ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ, ਸਭ ਸਤਿਕਾਰ ਸੱਜਣਾ ਨੂੰ ਜੋ ਇਸ ਵਕਤ ਜ਼ਿੰਦਗੀ ਦੇ ਰੰਗਾਂ ਤੇ ਵਾਜਦੀਆਂ ਤਰੰਗਾਂ ਨੂੰ ਮਾਣਦਿਆਂ ਜੁੜੇ ਨੇ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾ ਦਾ ਸਵਾਗਤ ਕਰਦਾ। ਭਾਰਤੀ ਸਮਾਂ 7:33 ਹੋ ਚੁੱਕੇ ਨੇ। ਵੀਰਵਾਰ ਦੀ ਸ਼ਾਮ 18 ਅਗਸਤ ਸਨ 2022 ਦੋ ਭਾਦੋਂ ਨਾਨਕਸ਼ਾਹੀ ਸੰਮਤ 554 ਨੂੰ ਸ਼ਾਮ ਦੀ ਸਭਾ ਦੇ ਟਿਵਾਣਾ ਲਾਈਵ ਪ੍ਰੋਗਰਾਮ ਦੇ ਵਿਚ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਆਪ ਸਭ ਸੱਜਣਾ ਦਾ ਸਵਾਗਤ। ਸੋਮਵਾਰ ਤੋਂ ਸ਼ਨੀਵਾਰ ਸਵੇਰੇ 6 ਤੋਂ 8 ਤੇ ਸ਼ਾਮ ਨੂੰ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਰਾਜਨੀਤਿਕ ਚਰਚਾ ਦੇ ਵਾਸਤੇ ਐਡਵੋਕੇਟ ਸੁਰਿੰਦਰ ਸਿੰਘ ਜੁੜਦੇ ਨੇ ਤੇ ਤੁਸੀਂ ਆਪਣੇ ਇਨ੍ਹਾਂ ਪ੍ਰੋਗਰਾਮਾਂ ਨੂੰ ਆਪਣੀ ਵੈਬਸਾਈਟ tiwanaradio.com ਦੇ ਜ਼ਰੀਏ ਲਾਈਵ ਸੁਣ ਸਕਦੇ ਹੋ। ਆਪਣੀ ਵੈਬਸਾਈਟ tiwanaradio.com ਤੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਦੇ ਲਿੰਕ ਮਿਲਣਗੇ। ਇੰਸਟਾਲ ਕਰੋ ਟਿਵਾਣਾ ਰੇਡੀਓ ਦਾ ਫੇਸਬੁੱਕ ਤੇ ਯੂਟਿਊਬ ਪੇਜ ਦਾ ਲਿੰਕ ਮਿਲੇਗਾ। ਲਾਈਕ ਕਰੋ, ਬੈਲ ਆਈਕਨ ਦਵਾਓ। ਇਸ ਤੋਂ ਇਲਾਵਾ ਉੱਥੇ ਤੁਹਾਨੂੰ ਫੇਸਬੁੱਕ ਤੇ ਯੂਟਿਊਬ ਦਾ ਲਿੰਕ ਜੋ ਮਿਲੇਗਾ, ਉਸ ਤੋਂ ਇਲਾਵਾ ਇਸ ਯੂਟਿਊਬ ਦੇ ਲਿੰਕ ਨੂੰ ਅਗਰ ਤੁਸੀਂ ਆਪਣੇ ਵਟਸਐਪ ਨੰਬਰ ਤੇ ਮੰਗਵਾਉਣਾ ਤਾਂ ਆਪਣੇ ਵਟਸਐਪ ਗਰੁੱਪ ਦੇ ਵਿਚ ਸ਼ਾਮਲ ਹੋ ਸਕਦੇ ਹੋ। ਜਿਸ ਨੰਬਰ ਤੇ ਤੁਸੀਂ ਸਟੂਡੀਓ ਚ ਕਾਲ ਕਰ ਸਕਦੇ ਹੋ ਕਰਦੇ ਹੋ, ਉਸੇ ਨੰਬਰ ਤੇ ਵਟਸਐਪ ਗਰੁੱਪ ਹੈ ਪਟਿਆਲਾ ਸਟੂਡੀਓ ਦਾ। ਮੇਰਾ ਸੰਪਰਕ ਨੰਬਰ ਵੀ ਇਹੀ ਹੈ, 9876300955 9876300955। ਇਸ ਵਟਸਐਪ ਗਰੁੱਪ ਨੰਬਰ ਤੇ ਕਾਲ ਕਰਕੇ ਤੁਸੀਂ ਆਪਣਾ ਨਾਮ ਪਤਾ ਸੈਂਡ ਕਰ ਦਿਓ ਤੇ ਗਰੁੱਪ ਦੇ ਵਿਚ ਤੁਹਾਨੂੰ ਸ਼ਾਮਲ ਕਰ ਲਿਆ ਜਾਵੇਗਾ ਤੇ ਫਿਰ ਪ੍ਰੋਗਰਾਮ ਦੇ ਸ਼ੁਰੂ ਹੁੰਦੇ ਆ ਲਾਈਵ ਪ੍ਰੋਗਰਾਮ ਦਾ ਲਿੰਕ। ਉਸ ਤੋਂ ਬਾਅਦ ਪ੍ਰੋਗਰਾਮ ਨੂੰ ਐਡਿਟ ਕੀਤਾ ਜਾਂਦਾ, ਜੇ ਆਵਾਜ਼ ਦੀ ਕੋਈ ਦਿੱਕਤ ਹੁੰਦੀ ਹੈ, ਵੱਧ ਘੱਟ ਡਿਸਟਰਬੈਂਸ, ਉਹ ਸੈੱਟ ਕਰੀਦੀ ਹੈ ਤੇ ਉਹ ਐਡਿਟ ਪ੍ਰੋਗਰਾਮ ਪਾਈਦਾ। ਉਸ ਐਡਿਟ ਪ੍ਰੋਗਰਾਮ ਨੂੰ ਤੁਸੀਂ ਡਾਊਨਲੋਡ ਕਰਕੇ ਸੁਣ ਸਕਦੇ ਹੋ। ਲਾਈਵ ਦੇ ਵਿਚ ਡਾਊਨਲੋਡ ਦੀ ਦਿੱਕਤ ਆਉਂਦੀ ਹੈ ਤੇ ਜੇ ਅਮਰੀਕਾ ਦੇ ਵਿਚ ਹੋ ਤਾਂ ਅਮਰੀਕਾ ਦੇ ਵਿਚ ਆਪਣਾ ਕਾਲ ਟੂ ਲਿਸਨ ਨੰਬਰ ਹੈ 667-930-9260। ਜਾਣੀ ਕਿ ਇਸ ਨੰਬਰ ਤੇ ਡਾਇਲ ਕਰਕੇ ਤੁਸੀਂ ਅਮਰੀਕਾ ਭਰ ਦੇ ਵਿਚ ਆਪਣੇ ਰੇਡੀਓ ਪ੍ਰੋਗਰਾਮਾਂ ਨੂੰ ਸੁਣ ਸਕਦੇ ਹੋ। ਕਾਲ ਟੂ ਲਿਸਨ ਨੰਬਰ 667-930-9260 ਤੇ ਇਸ ਪ੍ਰੋਗਰਾਮਾਂ ਦੇ ਮੁਤਲਕ ਜਾਣਕਾਰੀਆਂ ਆਈਫੋਨ ਤੇ ਐਂਡਰਾਇਡ ਐਪਸ ਦੇ ਲਿੰਕ ਮਿਲਣਗੇ ਆਪਣੀ ਵੈਬਸਾਈਟ tiwanaradio.com ਤੇ ਤੇ ਇੱਥੇ ਨਾਲ ਨਾਲ ਪੰਜਾਬੀ ਦੇ ਵਿਚ ਖਬਰਾਂ ਵੀ ਪੜ ਸਕਦੇ ਹੋ। ਅੱਜ ਤਾਰੀਖ 18 ਅਗਸਤ ਸਨ 2022 ਵੀਰਵਾਰ ਦਾ ਆਥਣ ਦਾ ਵਕਤ ਹੈ। ਦੋ ਭਾਦੋ ਨਾਨਕਸ਼ਾਹੀ ਸੰਮਤ 554। ਕਿਸਾਨਾਂ ਨੇ ਆਪਣਾ ਅੰਦੋਲਨ ਵਿੱਢ ਦਿੱਤਾ, ਲਖੀਮਪੁਰ ਖੀਰੀ ਦੇ ਵਿਚ ਲਲਕਾਰਿਆ ਭਾਰਤ ਸਰਕਾਰ ਨੂੰ, ਕਿਉਂਕਿ ਕਿਸਾਨਾਂ ਤੇ ਜੋ ਕੁਛ ਉਸ ਤਿੰਨ ਕੋਨੀ ਦੇ ਵਿਚ ਵਾਪਰਿਆ ਸੀ ਤੇ ਉਸ ਦੌਰਾਨ 4 ਕਿਸਾਨਾਂ ਦੀ ਮੌਤ ਹੋਈ ਸੀ, ਇਕ ਪੱਤਰਕਾਰ ਵੀ ਇਸ ਹਾਦਸੇ ਦੇ ਦੌਰਾਨ ਮਾਰਿਆ ਗਿਆ ਸੀ ਤੇ 3 ਬੀਜੇਪੀ ਦੇ ਕਾਰਜਕਰਤਾ ਦੀ ਮੌਤ ਹੋਈ ਸੀ। ਉਸ ਸਿਲਸਿਲੇ ਵਿਚ ਸਰਕਾਰ ਨਾਲ ਹੋਏ ਸਮਝੌਤੇ ਦੇ ਦੌਰਾਨ ਕੁਛ ਮੱਦਾਂ ਸੀ, ਹਾਲਾਂਕਿ ਕਾਨੂੰਨ ਕੇਸ ਹੈ, ਕਈ ਗੱਲਾਂ ਨੇ ਪਰ ਕੁਛ ਅਣਪਛਾਤੇ ਸੀ, ਉਨ੍ਹਾਂ ਨੂੰ ਉਥੇ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਮੁਤਲਕ ਆਪਣੀ ਮੰਗਾਂ ਨੂੰ ਲੈ ਕੇ ਵਾਅਦਿਆਂ ਤੋਂ ਸਰਕਾਰ ਦੇ ਮੁਕਰਨ ਤੇ MSP ਕਮੇਟੀ ਜਾਂ ਹੋਰਾਂ ਤੇ ਧਰਨਾ ਸ਼ੁਰੂ ਹੋ ਗਿਆ, ਉਹਦੀ ਅਪਡੇਟ ਦੇਵਾਂਗੇ ਤੇ ਰਾਜੂ ਸ਼੍ਰੀਵਾਸਤਵ ਦੀ ਹਾਲਾਤ ਗੰਭੀਰ ਬਣੀ ਹੋਈ ਹੈ। ਲੋਕਾਂ ਨੂੰ ਹਸਾਉਣ ਵਾਲਾ ਜ਼ਿੰਦਗੀ ਦੀ ਜੰਗ ਲੜ ਰਿਹਾ, ਦੁਆ ਕਰੀਏ ਦਰੁਸਤ ਹੋ ਕੇ ਆਉਣ। ਵੈਸੇ ਉਨ੍ਹਾਂ ਦੇ ਬ੍ਰੇਨ ਨੇ ਕੰਮ ਕਰਨਾ ਬੰਦ ਕਰ ਦਿੱਤਾ ਤੇ ਰਾਤ ਤੋਂ ਉਨ੍ਹਾਂ ਨੂੰ ਵਾਰ ਵਾਰ ਦੌਰੇ ਵੀ ਪੈ ਰਹੇ ਨੇ ਤੇ ਇਹ ਉਨ੍ਹਾਂ ਦੇ ਦੋਸਤ ਸੁਨੀਲ ਪਾਲ, ਜਿਹੜੇ ਅੱਜਕੱਲ ਬੀਜੇਪੀ ਸਰਕਾਰ ਦੀ ਕਾਫ਼ੀ ਖਿਚਾਈ ਕਰਦੇ ਨੇ, ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਤੇ 9 ਦਿਨਾਂ ਤੋਂ ਵੈਂਟੀਲੇਟਰ ਤੇ ਨੇ ਰਾਜੂ ਸ਼੍ਰੀਵਾਸਤਵ, ਅਜੇ ਉਨ੍ਹਾਂ ਨੂੰ ਹੋਸ਼ ਨਹੀਂ ਆਇਆ, ਪਰ ਦੁਆ ਕਰੀਏ ਸ਼ਾਇਦ ਉਹ ਦਰੁਸਤ ਹੋ ਸਕਣ। ਤੇ ਉਸ ਦੌਰਾਨ ਉਹਨਾਂ ਦੇ ਚਾਹੁਣ ਵਾਲਿਆਂ ਵੱਲੋਂ ਦੁਆਵਾਂ ਕੀਤੀਆਂ ਜਾ ਰਹੀਆਂ ਨੇ, ਡਾਕਟਰਾਂ ਵੱਲੋਂ ਜੱਦੋਜਹਿਦ ਕੀਤੀ ਜਾ ਰਹੀ ਹੈ, ਕਈ ਮੰਦਰਾਂ ਧਾਰਮਿਕ ਸਥਾਨਾਂ ਦੇ ਵਿੱਚ ਉਹਨਾਂ ਦੇ ਚਾਹੁਣ ਵਾਲੇ ਉਹਨਾਂ ਦੇ ਚੜ੍ਹਦੀ ਕਲਾ ਦੇ ਵਾਸਤੇ ਜਾਗ ਕਰ ਰਹੇ ਨੇ। ਤੇ ਇਸੇ ਦੌਰਾਨ ਕਾਨਪੁਰ ਦੇ ਮੰਦਰਾਂ ਦੇ ਵਿੱਚ ਜਿਹੜਾ ਮਹਾਮ੍ਰਿਤਯੁੰਜਨਾ ਮੰਤਰ ਹੈ ਉਸ ਦਾ ਜਾਗ ਵੀ ਚੱਲ ਰਿਹਾ, ਅਕਾਲ ਮ੍ਰਿਤੂ ਤੋਂ ਬਚਾਅ ਕਰਦਾ ਇਹ ਮੰਤਰ। ਵੈਸੇ ਪੰਡਿਤ ਬਹੁਤ ਮਹਿੰਗਾ ਕਰਦੇ ਆ, ਸਾਡੇ ਇੱਕ ਦੋਸਤ ਬਿਮਾਰ ਹੋ ਗਿਆ, 1.5 ਲੱਖ ਰੁਪਈਆ ਮੰਗੀ ਜਾਵੇ ਪੰਡਿਤ, ਚਲੋ ਮੁੰਡਾ ਤੇ PGI ਜਾ ਕੇ ਠੀਕ ਹੋ ਗਿਆ ਪਰ ਉਹ ਪੰਡਿਤ ਜੀ ਥੋੜ੍ਹੀ ਦੇਰ ਬਾਅਦ ਫੌਤ ਹੋ ਗਏ, ਹੈ ਨਾ। ਸੋ ਇਹ ਠੀਕ ਹੈ ਕਿ ਇਹਦੇ ਨਾਲ ਪੋਜ਼ਿਟਿਵਿਟੀ ਮਿਲਦੀ ਹੈ, ਬਿਰਥੀ ਨਜਾਇਜ਼ ਜਾਨਕੀ ਅਰਦਾਸ, ਪਰ ਸਿਰਫ ਇਸੇ ਤੇ ਮੁਨਸਰ ਨਹੀਂ ਹੋਣਾ ਚਾਹੀਦਾ, ਜਾਂ ਇਸ ਆਰਟ ਦੇ ਵਿੱਚ ਠੱਗੀ ਠੋਰੀ ਹੈ ਜਿਹੜੀ ਉਹ ਨਹੀਂ ਹੋਣੀ ਚਾਹੀਦੀ, ਕਿਉਂਕਿ ਧਰਮ ਕਰਮ ਦਾ ਕੰਮ ਹੈ, ਪਾਠ ਕਰਨ ਨੂੰ ਕਿਹੜੀਆਂ ਕਿੰਨੀਆਂ ਕੁ ਗਰਾਰੀਆਂ ਘੱਸਦੀਆਂ, ਕਿੰਨੇ ਕੁ ਦੰਦ ਘੱਸਦੇ ਆ, ਪਰ ਉਹਦਾ ਵੀ ਲੱਖਾਂ ਰੁਪਏ ਅਗਰ ਪੁਜਾਰੀ ਬਟੋਰਦਾ ਹੈ, ਕਿਉਂਕਿ ਮਹਾਮ੍ਰਿਤਯੁੰਜ ਨੂੰ ਪਾਠ ਬੰਦਾ ਉਹੀ ਕਰਦਾ ਜਿਹੜਾ ਜ਼ਿੰਦਗੀ ਦੀ ਜੰਗ ਲੜ ਰਿਹਾ ਹੋਵੇ, ਮੌਤ ਸਾਹਮਣੇ ਹੋਵੇ, ਅਦਰਵਾਈਜ਼
ਜੇ ਅਸੀਂ ਕਿਸੇ ਦੀ ਮੌਤ ਤੇ ਮੰਤਰ ਪੜ੍ਹਨ ਦੇ ਵੀ ਪੈਸੇ ਲਵਾਂਗੇ ਤਾਂ ਇਦੋਂ ਵੱਧ ਲਾਹਨਤ ਸ਼ਾਇਦ ਕੋਈ ਨਹੀਂ ਹੈ। ਠੀਕ ਹੈ ਜਾਇਜ਼ ਭੇਟਾ 5-4 ਹਜ਼ਾਰ ਹੋ ਸਕਦੀ ਹੈ, ਪਰ ਲੱਖਾਂ ਰੁਪਈਏ ਬਟੋਰਨੇ ਕਿਸੇ ਪੀੜਤ ਪਰਿਵਾਰ ਤੋਂ, ਇਹ ਸ਼ਾਇਦ ਰੱਬ ਨੂੰ ਧੋਖਾ ਹੈ। ਗੁਰੇਜ਼ ਕਰਨਾ ਚਾਹੀਦਾ ਧਰਮਾਂ ਵਾਲਿਆਂ ਨੂੰ ਤੇ ਲੋਕਾਂ ਨੂੰ ਵੀ ਗੁਰੇਜ਼ ਕਰਨਾ ਚਾਹੀਦਾ ਕਿ ਇਸ ਤਰ੍ਹਾਂ ਦੇ ਮਹਿੰਗੇ ਪਾਠ ਨਾ ਕਰਾਏ ਜਾਣ। ਇਹ ਸਿਰਫ ਡਰਾਮਾ ਆ, ਲੁੱਟ ਹੈ ਧਰਮ ਦੀ ਆੜ ਦੇ ਵਿੱਚ। ਸੁਰਿੰਦਰ ਵੀ ਸਵਾਗਤ, ਸਤਿ ਸ੍ਰੀ ਅਕਾਲ। ਸੁਰਿੰਦਰ ਜੀ, ਹਾਂਜੀ ਸੁਰਿੰਦਰ ਵੀਰ, ਸਤਿ ਸ੍ਰੀ ਅਕਾਲ। ਅਜੇ ਨਹੀਂ ਮੰਨਦੇ, ਸਤਿ ਸ੍ਰੀ ਅਕਾਲ, ਮੇਰੀ ਮਾੜੀ ਗੱਲ ਹੈ। ਸੁਰਿੰਦਰ ਤਾਂ ਮੰਨਦੇ ਆ, ਮਿਸ਼ਨਰੀ ਨਹੀਂ ਮੰਨਦੀ। ਸੁਰਿੰਦਰ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਮਿਹਰਬਾਨੀ ਜੀ। ਸਤਿ ਸ੍ਰੀ ਅਕਾਲ ਨਾ ਮੰਨੇ ਨਾ ਬੰਦਾ ਰਿਸ਼ਤੇ ਤੋੜ ਦਿੰਦਾ, ਕਹਿੰਦਾ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਮੰਨੀ। ਹੁਣ ਦੋਸ਼ ਤੁਹਾਡਾ ਵੀ ਨਹੀਂ, ਦੋਸ਼ ਮੇਰਾ ਵੀ ਨਹੀਂ, ਦੋਸ਼ ਸਿਸਟਮ ਦਾ ਹੈ ਨਾ। ਤੇ ਕਈ ਵਾਰੀ ਬੀਬੀਆਂ ਲੜ ਪੈਣਗੀਆਂ, ਲੈ ਮੈਂ ਸਤਿ ਸ੍ਰੀ ਅਕਾਲ ਬੁਲਾਈ, ਉਹਨੇ ਜਵਾਬ ਨਹੀਂ ਦਿੱਤਾ ਹੈ ਨਾ। ਤੇ ਕੋਈ ਤੁਹਾਡਾ ਸਤਿਕਾਰ ਕਰੇ, ਕੋਈ ਤੁਹਾਡੇ ਅੱਗੇ ਹੱਥ ਕਰੇ ਦੋਸਤੀ ਦਾ, ਤੇ ਤੁਸੀਂ ਉਹਨੂੰ ਨਮਸਕਾਰ ਕਰਕੇ ਸਾਰ ਦਿਓ। ਪਰ ਇਹਦੇ ਚ ਬਹੁਤ ਸਾਰੇ ਰਿਸ਼ਤੇ ਸੁਰਿੰਦਰ ਵੀਰ ਵਿਆਹਾਂ ਚ ਟੁੱਟ ਜਾਂਦੇ ਨੇ। ਕਹਿੰਦੀ ਲੈ ਮੈਂ ਫਲਾਣੀ ਨਾਲ ਗੱਲ ਕਰੀ, ਉਹਨੇ ਮੈਨੂੰ ਕੋਈ ਵਾਈ ਧਾਈ ਨਹੀਂ ਦਿੱਤੀ। ਮੈਂ ਕਿਹਾ ਆਂਟੀ ਵਾਈ ਧਾਈ ਕੀ ਦੇਣੀ ਹੈ, ਇੰਨੇ ਰੌਲੇ ਚ ਤੁਹਾਡੀ ਗੱਲ ਅਗਲੀ ਨੂੰ ਸੁਣਦੀ ਹੈ ਕਿ ਤੁਸੀਂ ਕੀ ਕਿਹਾ। ਬੋਲਿਆ ਵਾਂਗੂ ਜਵਾਬ ਵੀ ਨਹੀਂ ਦਿੱਤਾ ਜਾਂਦਾ ਹੁੰਦਾ, ਕਈ ਵਾਰੀ ਸੁਣਦਾ ਵੀ ਨਹੀਂ ਹੈ, ਜਾਣ ਬੁੱਝ ਕੇ ਨਹੀਂ ਇਗਨੋਰ ਕਰਦਾ ਹੁੰਦਾ ਬੰਦਾ, ਕਿਉਂਕਿ ਵਿਆਹਾਂ ਚ ਜੋ ਸ਼ੋਰ ਸ਼ਰਾਬਾ, ਵੈਸੇ ਅੱਜ ਕੱਲ ਜਿਹੜਾ ਹੈਗਾ ਧਾਰਮਿਕ ਤਿਉਹਾਰ ਜਨਮ ਅਸ਼ਟਮੀ, ਉਸ ਦੌਰਾਨ ਵੀ ਪੂਰਾ ਖੜਕਾ ਦੜਕਾ ਹੋ ਰਿਹਾ ਜੀ ਵਾਤਾਵਰਨ ਦੇ ਵਿੱਚ। ਤੇ ਕਿਉਂਕਿ ਕਿਸੇ ਵੀ ਸਭਿਆਚਾਰ ਦਾ, ਕੋਈ ਧਰਮ ਦਾ ਕੋਈ ਵੀ ਪ੍ਰੋਗਰਾਮ ਹੁੰਦਾ, ਅੱਜ ਕੱਲ ਦਾ ਸਪੀਕਰ ਬਹੁਤ ਵੱਡੇ ਵੱਡੇ ਹੋ ਗਏ, ਤੁਸੀਂ ਉਹ ਮੰਜਿਆਂ ਵਾਲੇ ਸਪੀਕਰ ਬੀਤੇ ਦੀਆਂ ਗੱਲਾਂ ਨੇ, ਉਹ ਵੀ ਰੌਲਾ ਬਹੁਤ ਪੈਂਦਾ ਸੀ ਉਹਨਾਂ ਸਪੀਕਰਾਂ ਨਾਲ ਵੀ, ਪਰ ਹੁਣ ਜਿਹੜੇ ਡੀਜੇ ਨੇ ਰੌਲਾ ਰੱਪਾ ਵੀ ਬਹੁਤ ਪਾਉਂਦੇ ਨੇ, ਰਿਸ਼ਤੇ ਤੋੜਦੇ ਨੇ। ਤੇ ਇੱਦਾਂ ਕਈ ਵਾਰੀ ਮਿਸਕਮਿਊਨੀਕੇਸ਼ਨ ਜਿਹੜਾ ਹੈਗਾ ਨਾ, ਉਹ ਤੁਹਾਡੇ ਮਤਭੇਦ ਦਾ ਕਾਰਨ ਵੀ ਬਣ ਜਾਂਦਾ ਹੈ ਨਾ, ਕਿਉਂਕਿ ਵਿਆਹਾਂ ਸ਼ਾਦੀਆਂ ਚ ਖਾਸ ਕਰਕੇ, ਕਿਉਂਕਿ ਉੱਥੇ ਕੰਨ ਪਾਈ ਸੁਣਦੀ ਨਹੀਂ, ਗਧੀ ਗਾ ਇੰਨਾ ਹੁੰਦਾ। ਤੇ ਉੱਥੇ ਫਿਰ ਕਈ ਵਾਰੀ ਇੱਦਾਂ ਅਗਲਾ ਕਹਿੰਦਾ ਮੈਂ ਬੁਲਾਇਆ, ਉਹਨੇ ਸਿੱਧੇ ਮੂੰਹ ਗੱਲ ਜੀ ਨਹੀਂ ਕੀਤੀ ਹੈ ਨਾ, ਇਹ ਵੀ ਕਾਰਨ ਬਣ ਜਾਂਦਾ ਹੈ। ਕੀ ਲੱਗਦਾ ਸੁਰਿੰਦਰ? ਹਾਂ ਉਹੀ ਹੈ ਨਾ, ਵੀ ਦੇਖੋ ਹੁਣ ਆਪਣਾ ਤਾਂ ਮੈਂ ਚਲੋ ਆਪਾਂ ਗੱਲ ਚੋ ਗੱਲ, ਕਿਉਂਕਿ ਆਪਾਂ ਨੂੰ ਪਤਾ ਨਹੀਂ ਹੁੰਦਾ ਗੱਲ ਸ਼ੁਰੂ ਕਿੱਥੋਂ ਕਿੱਧਰ ਨੂੰ ਹੋ ਜਾਣੀ ਆ, ਖੁੱਲੀਆਂ ਗੱਲਾਂ ਕਰੀਦੀਆਂ ਕਿ ਚਲੋ ਠੀਕ ਹੈ ਆਪਣਾ ਕਮਿਊਨੀਕੇਸ਼ਨ ਨਹੀਂ ਸੀ ਆ ਰਹੀ ਆਵਾਜ਼ ਹੈ ਨਾ। ਤੇ ਪਰ ਉਹ ਰੌਲੇ ਰੱਪੇ ਚ ਵੀ ਆਵਾਜ਼ ਨਹੀਂ ਆਉਂਦੀ, ਕਈਆਂ ਨੂੰ ਸੁਣਦਾ ਉੱਚਾ ਹੁੰਦਾ, ਸਵਾਰੇ ਚੜਿਆ ਹੁੰਦਾ ਨਿੰਗ ਪਾਸ਼ਾ, ਤੇ ਉੱਥੇ ਫਿਰ ਉਹ ਰਿਸ਼ਤੇ ਜਿਹੜੇ ਆ ਨਾ, ਉਹਨਾਂ ਚ ਊਚ ਨੀਚ ਆ ਜਾਂਦੀ ਹੈ ਕਿ ਨਹੀਂ ਸੁਰਿੰਦਰ ਜੀ? ਏਦਾਂ ਕਿ ਇੱਕ ਗੱਲ ਸੁਣਾਉਣਾ, 1900 ਮੇਰਾ ਖਿਆਲ ਸ਼ਾਇਦ ਇਹ 91 ਦੀ ਗੱਲ ਆ, ਜਾਂ ਹਾਂ 91 ਦੀ ਹੋਏਗੀ ਜਾਂ 90 ਦੀ ਹੋਏਗੀ। ਪਟਿਆਲੇ CIA ਸਟਾਫ ਵਾਲੇ ਨਾ ਕੋਈ ਬੰਦਾ ਚੱਕ ਕੇ ਲਾਏ, ਉਹਨਾਂ ਨੂੰ ਪਤਾ ਨਹੀਂ ਸੀ ਕਿ ਇਸ ਬੰਦੇ ਦੀ DGP ਤੱਕ ਪਹੁੰਚ ਆ, ਤੇ ਮਗਰ ਲਿਹਾਜ਼ ਨੇ ਅਪਰੋਚ ਕਰ ਲਈ, ਉੱਥੋਂ SSP ਦੀ ਗਰਦਨ ਕੁੱਟੀ ਗਈ, ਕਹਿੰਦੇ 5 ਮਿੰਟ ਦੇ ਅੰਦਰ ਅੰਦਰ ਬੰਦਾ ਉਹਦੇ ਪਰਿਵਾਰ ਨੂੰ ਹੈਂਡ ਓਵਰ ਕਰੋ। ਤੇ ਹੁਣ ਜੋ SSP ਨੇ ਸਿੱਧਾ ਇੰਚਾਰਜ ਨੂੰ ਖਿੱਚਤਾ ਕਿ ਬੰਦਾ ਉਹਦੇ ਘਰੇ ਛੱਡ ਕੇ ਆਓ, ਤੇ ਹੁਣ ਇੰਚਾਰਜ ਦੀ ਕੀ ਹਾਲਤ ਹੋਈ, ਉਹਨੂੰ ਜਿਹੜੇ ਫੋਨ ਤੇ ਫੋਨ ਆਇਆ ਨਾ ਉਹਨੇ ਮੁਨਸ਼ੀ ਬੁਲਾਇਆ, ਕਹਿੰਦਾ ਇੱਧਰ ਆ, ਕਹਿੰਦਾ ਇਸ ਫੋਨ ਚ ਆਵਾਜ਼ ਨੀ ਠੀਕ ਆਉਂਦੀ, ਇਹਨੂੰ ਚੱਕ ਉੱਥੇ ਬਾਹਰ ਰੱਖ ਕੇ ਇਹਨੂੰ ਇੱਟ ਨਾਲ ਤੋੜ ਪਹਿਲਾਂ ਤੇ ਨਵਾਂ ਸੈੱਟ ਲੈ ਕੇ ਆਓ। ਹੁਣ ਗੱਲ ਤੇ ਸੀ ਕਿ ਬੰਦੇ ਤੋਂ ਲੈਣੇ ਸੀ ਪੈਸੇ, ਬੰਦਾ ਚੱਕ ਲਿਆ ਸੀ ਤੇ ਪੈਸੇ ਲਵਾਂਗੇ ਤਾਂ ਛੱਡਾਂਗੇ, ਅਗਲੇ ਦਾ ਡੰਡਾ ਆ ਗਿਆ, ਉਹਨਾਂ ਨੇ ਫੋਨ ਹੀ ਤੜਵਾ ਦਿੱਤਾ। ਤੇ ਉਹ ਬਾਅਦ ਦੇ ਵਿੱਚ ਉਹ ਬੜਾ ਇਸ ਗੱਲ ਦਾ ਰੌਲਾ ਪਿਆ ਵੀ ਫੋਨ ਤੇ ਕੋਈ ਨੁਕਸ ਨੀ ਸੀ, ਅਗਲ ਦੇ ਪੈਸੇ ਕਰਾਉਣੇ ਸੀ, ਡੰਡਾ ਵੱਡਾ ਆ ਗਿਆ, ਤੇ ਉੱਤੋਂ ਹੁਕਮ ਵੀ ਆਇਆ ਕਿ ਜਿਹੜਾ ਇੰਸਪੈਕਟਰ ਲੈ ਕੇ ਆਇਆ ਉਹੀ ਘਰ ਛੱਡ ਕੇ ਆਵੇ। ਤੇ ਦੂਜੀ ਗੱਲ, ਜਦੋਂ ਬੰਦੇ ਨੂੰ ਪਤਾ ਲੱਗਿਆ ਉਹਨੂੰ ਕਹਿੰਦੇ ਜੀ ਆਪਣੇ ਤੇਰੇ ਵਾਰਸ ਆ ਰਹੇ ਉਹ ਲੈ ਕੇ ਜਾਣਗੇ, ਉਹ ਕਹਿੰਦਾ ਕੋਈ ਵਾਰਸ ਨੀ ਆਉਣਗੇ, ਜਿਹੜਾ ਲਿਆਇਆ ਉਹ ਛੱਡ ਕੇ ਆਵੇ, ਉਸ ਤੋਂ ਥੱਲੇ ਵਾਲੇ ਨਾਲ ਮੈਂ ਵੀ ਨੀ ਜਾਊਂਗਾ। ਤੇ ਕਿਉਂਕਿ ਅਗਲੇ ਨੇ ਫੋਨ ਵੀ ਟੁੱਟਦਾ ਦੇਖ ਲਿਆ, ਉਹਨੂੰ ਪਤਾ ਸੀ, ਉਹ ਵੀ ਸਮਝ ਗਿਆ, ਤੇ ਪੁਲਿਸ ਵਾਲਿਆਂ ਵਿੱਚੋਂ ਮੁਨਸ਼ੀ ਨੇ ਤੇ ਬਾਕੀਆਂ ਨੇ ਦੱਸਤਾ, ਕਹਿੰਦੇ ਵੀ ਖਚਾਈ ਚੰਗੀ ਹੋ ਗਈ, ਉਹ ਤਾਂ ਗੁੱਸਾ ਫੋਨ ਤੇ ਨਿਕਲ ਗਿਆ, ਤੂੰ ਚਿੰਤਾ ਨਾ ਕਰ ਤੇ ਗੱਡੀ ਆਪਦੀ ਚਿੱਤੇ ਵੀ ਛੱਡ ਕੇ ਆਊਗਾ, ਕਈ ਵਾਰੀ ਇਹ ਕੁਛ ਵੀ ਵਾਪਰ ਜਾਂਦਾ। ਚਲੋ ਆਪਾਂ ਆਪਾਂ ਇਸ ਕਰਕੇ ਆਪਾਂ ਸਿਸਟਮ ਸੁਸਟਮ ਨਾਲ ਨਹੀਂ ਲੜਦੇ, ਜੇ ਸਿਸਟਮ ਦਾ ਵੀ ਕਸੂਰ ਆ ਕੋਈ ਗੱਲ ਨੀ, ਥੋੜਾ ਬਹੁਤਾ ਗੁੱਸਾ ਆਉਂਦਾ ਮਿੰਟ ਚ ਟੈਲਾ ਹੋ ਜਾਂਦਾ, ਉਹਦਾ ਕੋਈ ਚੱਕਰ ਨੀ। ਉਹ ਤਾਂ ਮੈਨੂੰ ਚੇਤੇ ਹੈ ਪਿੱਛੇ ਜੇ ਨੀ ਸੀ ਹੋਇਆ, ਕਿਉਂਕਿ ਆਪਣੀਆਂ ਵੀ ਕਈ ਵਾਰੀ ਅੰਦਰਲੀਆਂ ਗੱਲਾਂ ਹੁੰਦੀਆਂ ਨੇ, ਚਲੋ ਜਨਤ ਕੀ ਕਰ ਦਈਏ, ਉਹ ਸਿਸਟਮ ਨਾ ਉਹਦੇ ਪਤਾ ਨੀ ਕੀ ਦੇਖ ਸੀ, ਵਾਰ ਵਾਰ ਹੈਂਗ ਹੋਈ ਜਾਵੇ ਹਨਾ, ਸਾਲ ਡੇਢ ਸਾਲ ਦੀ ਗੱਲ ਹੈ। ਮੈਂ ਨਾ ਜ਼ੋਰ ਦੀ ਮਾਰਿਆ ਕੁਸੋ ਲੈਪਟਾਪ ਤੇ,
ਤੇ ਤੁਸੀਂ ਕਹਿੰਦੇ ਕੋਈ ਨਾ ਯਾਰ ਇਹਦਾ ਕੀ ਕਸੂਰ ਆ ਵਿਚਾਰੇ ਦਾ, ਏਦਾਂ ਵੀ ਹੋ ਜਾਂਦਾ ਕਿ ਨਹੀਂ ਜੀ ਸੁਰਿੰਦਰ? ਮੈਂ ਤਾਂ ਤਾਂ ਮੈਂ ਤਾਂ ਉਦਾਹਰਣ ਦੇ ਦਿੱਤੀ ਕਿ ਇਸ ਤਰ੍ਹਾਂ ਵੀ ਹੋਇਆ ਸੀਗਾ। ਇਸ ਕਰਕੇ ਚਲੋ ਸਿਸਟਮ ਆ ਚੱਲਦੀ, ਹਰ ਚੀਜ਼ ਗਰਮ ਹੁੰਦੀ ਆ ਤੇ ਗਰਮ ਹੋ ਕੇ ਠੰਡੀ ਹੋਊਗੀ ਫਿਰ ਸੈੱਟ ਆ ਜੂਗੀ, ਇਹ ਕੁਛ ਹੁੰਦਾ ਵਾ ਚੱਲਦਾ ਕੋਈ ਗੱਲ। ਜਿਸ ਤਰ੍ਹਾਂ ਰਾਜੂ ਸ਼੍ਰੀ ਵਾਸਤਵ ਹੈ, ਮੈਂ ਵੇਖ ਰਿਹਾ ਕਾਨਪੁਰਾ ਦੇ ਮੰਦਰਾਂ ਦੇ ਵਿੱਚ ਮਹਾਮ੍ਰਿਤੰਜਨਾ ਪਾਠ ਹੋ ਰਿਹਾ। ਇਹ ਮੇਰਾ ਨਿੱਜੀ ਤੌਰ ਤੇ ਤਜਰਬਾ ਹੈ, ਇੱਕ ਦੋ ਮੇਰੇ ਨੋਨ ਨਾਲ ਇੱਦਾਂ ਵਾਪਰਿਆ ਕਿ ਉਹ ਮੰਦਰ ਦਾ ਜਿਹੜਾ ਪੁਜਾਰੀ ਸੀਗਾ ਉਹ 1,00,000 ਰੁਪਏ ਮੰਗ ਰਿਹਾ ਸੀ ਮਹਾਮ੍ਰਿਤੰਜਨਾ ਪਾਠ ਦਾ। ਇੱਦਾਂ ਬਹੁਤ ਸਾਰੇ ਮਹਿੰਗੇ ਪਾਠ ਨੇ, ਸੰਪਟ ਪਾਠ ਹੈ, ਉਹਨਾਂ ਦਾ ਆਪਣਾ ਪ੍ਰੋਸੈਸ ਹੈ, ਉਹ ਵੀ ਬਹੁਤ ਮਹਿੰਗੇ ਨੇ। ਪਰ ਕਿਸੇ ਦੀ ਮਰਗਤ ਜਾਂ ਇਸ ਤਰ੍ਹਾਂ ਭੀੜ ਪਈ ਹੋਵੇ ਤੇ ਬਿਰਥੀ ਜਨ ਕੇ ਅਰਦਾਸ ਦੀ ਅਸੀਂ ਮਹਾਨਤਾ ਨੂੰ ਸਮਝਦੇ ਹਾਂ, ਪਰ ਇਸ ਦੌਰਾਨ ਭਾਵੇਂ ਸਿੱਖ ਜਾਂ ਹਿੰਦੂ ਜਾਂ ਕਿਸੇ ਵੀ ਧਰਮ ਦੇ ਮੰਦਰਾਂ ਦੇ ਵਿੱਚ ਜਾਂ ਧਾਰਮਿਕ ਸਥਾਨਾਂ ਦੇ ਵਿੱਚ ਜੇ ਕੋਈ ਅਜਿਹੀ ਭੀੜ ਪਈ ਹੋਈ ਹੈ ਕਿਸੇ ਤੇ, ਉੱਥੇ ਅਰਦਾਸ ਦਾ ਇਸ ਤਰ੍ਹਾਂ ਜਾਂ ਪਾਠ ਦਾ ਇਸ ਤਰ੍ਹਾਂ ਮੁੱਲ ਠੀਕ ਹੈ, ਭੇਟਾ ਹੋਣੀ ਚਾਹੀਦੀ। ਆਪਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪਾਠੀ ਸਿੰਘ ਨੇ ਉਹਨਾਂ ਦੇ ਵਾਸਤੇ ਅਕਸਰ ਆਪਾਂ ਕਹਿੰਦੇ ਕਿ ਇਹਨਾਂ ਨੂੰ ਲੋੜੀਂਦੇ ਵੇਜਸ ਹੋਣ, ਪਰ ਉਸ ਦੇ ਵਿੱਚ ਉਸ ਪੀੜਿਤ ਪਰਿਵਾਰ ਦਾ, ਜਿਵੇਂ ਆਪਾਂ ਸਵੇਰੇ ਵੀ ਗੱਲ ਕੀਤੀ ਸੀ ਕਿ ਜਿਹੜਾ ਪਾਂਡਾ ਸੀ ਉਹਦੇ ਤੋਂ ਲੈ ਕੇ ਸਾਰਾ ਕੁਛ ਹੋ ਕੇ ਮੁੰਦਰੀਆਂ ਮੁੰਦਰੀਆਂ ਪੁੱਛ ਲੈਣਾ ਹੈ। ਪਰ ਇਹ ਭਗਤਾਂ ਦਾ ਇਸ ਤਰ੍ਹਾਂ ਪੁਜਾਰੀਆਂ ਵੱਲੋਂ ਸ਼ੋਸ਼ਣ ਕੀਤਾ ਜਾਣਾ ਜਾਇਜ਼ ਨਹੀਂ ਹੈ। ਅਤੇ ਦੂਸਰਾ, ਕੁਮਾਰ ਵਿਸ਼ਵਾਸ ਦੇ ਬਾਰੇ ਵੀ ਬਹੁਤ ਅਫਵਾਹਾਂ ਲੋਕ ਫੈਲਾ ਰਹੇ ਨੇ, ਉਹਨਾਂ ਦੀ ਮੌਤ ਨਹੀਂ ਹੋਈ ਜਿਵੇਂ ਮਨਮੋਹਨ ਸਿੰਘ ਦਾ ਪਹਿਲਾਂ ਹੀ ਫੈਲਾਤਾ ਸੀ। ਇਹ ਵੀ ਲੋਕ ਨਾ ਪਹਿਲਾਂ ਦੇ ਚੱਕਰਾਂ ਚ ਕਈ ਵਾਰੀ ਬਹੁਤ ਕੱਚ ਘਾਟ ਦਾ ਕੰਮ ਮੀਡੀਆ ਤੇ ਆਮ ਲੋਕ ਵੀ ਕਰਦੇ ਨੇ। ਜੀ ਸੁਰਿੰਦਰ, ਦੋਨਾਂ ਵਿਸ਼ਿਆਂ ਤੋਂ ਸ਼ੁਰੂਆਤ ਕਰਾਂਗੇ, ਫਿਰ ਕਿਸਾਨ ਅੰਦੋਲਨ ਦੀ ਵੀ ਗੱਲ ਕਰਾਂਗੇ ਜਿਹੜਾ ਲਖੀਮਪੁਰ ਚ ਸ਼ੁਰੂ ਹੋਇਆ। ਜੀ ਪਰਮਿੰਦਰ, ਸਭ ਤੋਂ ਪਹਿਲੀ ਗੱਲ, ਅਰਦਾਸ ਕਰੋਗੇ ਤੁਸੀਂ ਆਪ ਕਰੋਗੇ, ਜੇ ਭਾਈ ਜੀ ਤੋਂ ਕਰਾਉਂਗੇ ਤਦ ਵੀ ਕੋਈ ਬੈਨੀਫਿਟ ਨਹੀਂ। ਮੁੱਲ ਦੀ ਅਰਦਾਸ, ਮੁੱਲ ਦਾ ਪੁੱਤ ਤੇ ਮੁੱਲ ਦਾ ਅੜੁੱਤ, ਜੋ ਕੁਛ ਮਰਜ਼ੀ ਇਕੱਠਾ ਕਰ ਲਓ ਕੁਛ ਨਹੀਂ ਬਣਨਾ। ਚੋਰੀ ਦੇ ਗੱਭਰੂ ਕਦੀ ਜਵਾਨ ਹੋਏ ਆ? ਹੁਣ ਜੇ ਕਹਿ ਦੋ ਕਿ ਦੂਸਰਾ ਪੰਡਿਤ ਜੀ ਪਾਠ ਕਰ ਦੇਣਗੇ ਤੇ ਬੰਦੇ ਨੂੰ ਜ਼ਿੰਦਗੀ ਮਿਲ ਜੂਗੀ, ਕਿੱਦਾਂ ਮਿਲ ਜੂਗੀ? ਠੀਕ ਆ, ਦੁਨੀਆਂ ਸਾਰੀ ਨੂੰ ਸੌਣ ਵਾਲਾ ਸੀ, ਅੱਜ ਉਹਦਾ ਪਰਿਵਾਰ ਦਾ ਆਪਦਾ ਰੋਣਾ ਨਿਕਲਿਆ ਹੋਇਆ। ਕੁਦਰਤੀ ਹੈ, ਕੁਦਰਤ ਦਾ ਨਿਯਮ, ਤੁਸੀਂ ਕੁਦਰਤ ਦੇ ਨਿਯਮ ਥੋੜੀ ਚੇਂਜ ਕਰ ਦੋਗੇ, ਇਹ ਨੀ ਚੇਂਜ ਹੁੰਦੇ। ਹਾਂ, ਜੇ ਕੁਛ ਚੇਂਜ ਹੋਣਾ ਤਾਂ ਉਹ ਜਿਹੜੀ ਤੁਸੀਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਅਰਦਾਸ ਕਰਦੇ ਹੋ ਤੇ ਤੁਹਾਡੀ ਅਰਦਾਸ ਕਬੂਲ ਹੋ ਸਕਦੀ ਆ, ਪਰ ਤੁਹਾਡੇ ਲਈ ਜੇ ਕਹੋ ਕਿ ਤੀਸਰਾ ਵਿਅਕਤੀ ਉੱਠ ਕੇ ਅਰਦਾਸ ਕਰੇ ਉਹ ਕਬੂਲ ਹੋ ਜਾਏ, ਉਹ ਬਿਲਕੁਲ ਬੇਕੂ ਬਣਾਉਣਾ ਦੁਨੀਆਂ ਨੂੰ, ਜਿੰਨਾ ਮਰਜ਼ੀ ਬਣਾ ਲਓ ਤੇ ਜਿੰਨੇ ਮਰਜ਼ੀ ਕੁਛ ਬਟੋਰ ਲਓ, ਤੇ ਉਹ ਫਿਰ ਉਸੇ ਪੰਡਤ ਤਰ੍ਹਾਂ ਹੋਣੀ ਆ ਜਿਹੜਾ ਲੋਕਾਂ ਦਾ ਭਵਿੱਖ ਦਾ ਸੀ ਤੇ ਆਪਣੇ ਭਵਿੱਖ ਦਾ ਪਤਾ ਨਹੀਂ ਸੀ, ਆਪਣਾ ਸਾਰਾ ਕੁਛ ਅਗਲੇ ਲੁੱਟ ਕੇ ਲੈ ਕੇ ਤੁਰ ਕੇ ਬਣੇ। ਸੋ ਇਸ ਕਰਕੇ ਆ ਕਿ ਲੋਕਾਂ ਨੂੰ ਧਰਮ ਦੇ ਨਾਮ ਤੇ ਜਿੰਨਾ ਕੁ ਮੂਰਖ ਬਣਾ ਸਕਦੇ ਹੋ ਬਣਾ ਲਓ, ਲੋਕ ਬਣਦੇ ਨੇ। ਗੱਲ ਤੇ ਇਸ ਮੂਰਖਤਾਈ ਚੋਂ ਨਿਕਲਦੀ ਸੀ, ਗੁਰੂ ਨਾਨਕ ਪਾਤਸ਼ਾਹ ਨੇ ਆ ਕੇ ਸਾਰਾ ਕੁਛ ਸ਼ੁਰੂ ਕੀਤਾ ਸੀ, ਉਹਨਾਂ ਦੇ ਆਗਮਨ ਦੇ ਨਾਲ ਹੀ ਸ਼ੁਰੂ ਹੋਇਆ ਕਿ ਲੋਕ ਇਸ ਪਖੰਡਵਾਦ ਤੋਂ ਬਾਹਰ ਨਿਕਲਣ, ਪਰ ਵੱਧ ਗਏ ਸੀ, ਅਸੀਂ ਨਿਕਲੇ ਨੀ। 550 ਸਾਲ ਹੋ ਗਿਆ, ਅਸੀਂ ਵੀ ਉਸੇ ਚ ਰੁਲ ਗਏ, ਪਹਿਲਾਂ ਜਿਹੜੇ ਰੁਲੇ ਹੋਏ ਸੀ ਉਹ ਤਾਂ ਰੁਲੇ ਹੋਏ ਸੀ, ਅਸੀਂ ਵੀ ਉੱਥੇ ਜਾ ਰੁਲੇ ਹਾਂ, ਸਾਰੇ ਇੱਕ ਦੇ ਬਾਅਦ ਉੱਥੇ ਢਹਿੰਦੇ ਤੁਰੇ ਜਾ ਰਹੇ ਨੇ। ਇਸ ਕਰਕੇ ਨਾ ਕੋਈ ਡੇਰੇ ਵਾਲਾ, ਨਾ ਕੋਈ ਪੰਡਿਤ ਜੀ, ਨਾ ਕੋਈ ਗ੍ਰੰਥੀ, ਕਿਸੇ ਨੇ ਨੀ ਤੁਹਾਡੀ ਲਈ ਅਰਦਾਸ ਕਰਨੀ ਕਿ ਤੁਹਾਡੀ ਕੀਤੀ ਹੋਈ ਅਰਦਾਸ ਉਹਦੀ ਕੀਤੀ ਅਰਦਾਸ ਉਹਦਾ ਤੁਹਾਨੂੰ ਬੈਨੀਫਿਟ ਮਿਲੇ। ਤੁਸੀਂ ਦੇਖੋ ਸੰਗਰਾਮ ਦਾ ਦਿਹਾੜਾ ਹੋਊਗਾ, ਜਦੋਂ ਅਰਦਾਸ ਸ਼ੁਰੂ ਹੋਣ ਲੱਗੀ ਨਿਤਨੇਮ ਤੋਂ ਬਾਅਦ, ਤਾਂ ਤੁਸੀਂ ਇੱਕ ਚੀਜ਼ ਦੇਖੋ ਕਿ ਕਿਸ ਤਰੀਕੇ ਦੇ ਨਾਲ ਸੰਗਤ ਜਿੰਨੀ ਹਾਲ ਚ ਹੁੰਦੀ ਫਟਾਫਟ ਭਾਈ ਜੀ ਵੱਲ ਭੱਜਦੀ, ਭਾਈ ਜੀ ਦਾ ਅਰਦਾਸ ਵੱਲ ਧਿਆਨ ਹੁੰਦਾ ਤੇ ਸੰਗਤ ਉਹਦੇ ਹੱਥ ਦੇ ਵਿੱਚ ਨੋਟ ਜਿਹੜੇ ਫਟਾਫਟ ਤੱਕੀ ਜਾਂਦੀ ਹੁੰਦੀ ਆ ਵੀ ਭਾਈ ਜੀ ਮੇਰੀ ਅਰਦਾਸ ਕਰ ਜਾਵੇ। ਜਦੋਂ ਕਿ ਭਾਈ ਜੀ ਅਰਦਾਸ ਚ ਬਿਜੀ ਹੁੰਦਾ, ਭਾਈ ਜੀ ਨੂੰ ਪਤਾ ਨੀ ਅਖੀਰ ਅਸੀਂ ਕੀ ਕੀਤਾ, ਜਦ ਤੱਕ ਭਾਈ ਜੀ ਦੇ। ਤੁਹਾਡੀ ਗੱਲ ਕੱਟ ਗਈ ਸੀ ਸੁਰਿੰਦਰ ਵੀਰ, ਤੇ ਉਹ ਤਾਂ ਬਾਈ ਜੀ ਮਰਗਤ ਦੇ ਸ਼ਮਸ਼ਾਨ ਚ ਵੀ ਮੈਂ ਵੇਖਿਆ, ਜਦੋਂ ਸ਼ਮਸ਼ਾਨ ਚ ਅਰਦਾਸ ਕਰਦੇ ਆ ਉਦੋਂ ਵੀ ਪਰਿਵਾਰਕ ਮੈਂਬਰ, ਤੁਹਾਡਾ ਪਰਿਵਾਰਕ ਮੈਂਬਰ ਸਾਹਮਣੇ ਪਿਆ ਹੁੰਦਾ, ਤੇ ਉਦੋਂ ਵੀ ਲੋਕੀ ਆਪਣੇ ਆਪ ਨੂੰ ਵੱਡਾ ਦਿਖਾਉਣ ਦੇ ਵਾਸਤੇ ਉਹਦੇ ਭਾਈ ਜੀ ਦੇ ਹੱਥ ਚ ਪੈਸਾ ਫੜਾਉਣਗੇ। ਇਹ ਮੇਰੇ ਖਿਆਲ ਪਹਿਲਾਂ ਨਹੀਂ ਸੀ ਹੁੰਦਾ ਸੁਰਿੰਦਰ ਵੀ, ਥੋੜੇ ਸਾਲਾਂ ਤੋਂ ਹੀ ਇਹ ਟਰੈਂਡ ਜਿਹਾ ਵਧਿਆ, ਟਰੈਂਡ ਵੀ ਨਹੀਂ ਕਹਾਂਗੇ ਇਹਨੂੰ, ਕੁਰਹਿਤ ਹੀ ਕਹਾਂਗੇ, ਕਿਉਂਕਿ ਬਾਅਦ ਚ ਦੇ ਦਿਓ ਜਿਹੜਾ ਦੇਣਾ, ਪਰ ਉਹ ਸਾਰੇ ਲੋਕ ਅਰਦਾਸ ਕਰਦੇ ਆ, ਉਹਦੇ ਹੱਥ ਜੋੜੇ ਹੋਏ ਨੇ, ਤੁਸੀਂ ਉਹ ਚ 100, 200 ਦਾ, 500 ਦਾ ਨੋਟ ਘੁਸੇੜੀ ਜਾ ਰਹੇ ਹੋ, ਬਾਅਦ ਚ ਦੇ ਦਿਓ। ਇਹ ਵੀ ਮਤਲਬ ਸਾਡਾ ਜਿਹੜਾ ਨਾ ਸ਼ੋ ਆਫ ਜ਼ਿਆਦਾ ਹੈ ਤੁਹਾਡੇ ਜੀ ਦੀ, ਕਿਉਂਕਿ ਉਹ ਦੰਦੇ ਜ਼ਿਆਦਾ ਉਹੀ ਨੇ ਜਿਨ੍ਹਾਂ ਦਾ ਜੀ ਦੀ ਮੌਤ ਹੋਈ ਹੁੰਦੀ ਹੈ, ਜਿਹੜਾ ਚਿਖਾ ਚ ਪਿਆ ਹੁੰਦਾ, ਜਿਹਨੂੰ ਅੱਗ ਲਾਈ ਜਾਣੀ ਹੁੰਦੀ ਹੈ, ਹਨਾ, ਅਗਨ ਭੇਂਟ ਕਰਨਾ ਕਹਿ ਲਿਓ,
ਤੇ ਉਹ ਸਭ ਤੋਂ ਪਹਿਲਾਂ ਉਸ ਅਰਦਾਸ ਦੇ ਦੌਰਾਨ ਜਦੋਂ ਪਿੰਡ ਡ੍ਰੌਪ ਸਾਇਲੈਂਸ ਹੁੰਦੀ ਹੈ ਤੇ ਉਹ ਪੈਸੇ ਕੱਢੇਗਾ ਜੇਬ ਚੋਂ ਭਾਈ ਦੇ ਹੱਥ। ਇਹ ਵੀ ਮਤਲਬ ਖੌਤਾ ਪੁਜਾਰੀਵਾਦ ਨੂੰ ਜਿਹੜਾ ਹੈਗਾ ਪ੍ਰਮੋਟ ਕਰਨ ਵਾਲੀ ਗੱਲ ਹੈ। ਤੁਸੀਂ ਬਾਅਦ ਚ ਦੇ ਦਿਓ ਜਿਹੜੀ ਜ਼ਮੀਨ ਨਾ ਉਹ ਕਰਾਉਣੀ ਹੈ ਕਰਵਾ ਦਿਓ, ਵੜੱਪਣ ਆਪਣਾ ਦਿਖਾ ਦਿਓ ਭਾਈ ਜੀ ਨੂੰ, ਦਿਓ ਜ਼ਰੂਰ ਦਿਓ, ਪਰ ਉਦੋਂ ਨਹੀਂ ਇਹ ਸੋਹਣਾ ਲੱਗਦਾ। ਜੀ ਸੁਰਿੰਦਰ, ਪਰਮਿੰਦਰ ਗੱਲ ਇਹ ਆ ਕਿ ਡੇਰੇਦਾਰ ਪੈਦਾ ਹੋ ਗਏ, ਅਸੀਂ ਗੁਰਮਤ ਨਾਲੋਂ ਟੁੱਟ ਗਏ, ਅਸੀਂ ਜਿਹੜੀ ਸਾਡੀ ਸਿੱਖ ਰਹਿਤ ਮਰਿਆਦਾ ਸੀ ਅਸੀਂ ਉਹਦੇ ਨਾਲ ਟੁੱਟ ਗਏ, ਅਸੀਂ ਸਾਰੇ ਸਾਬਕਾ ਤੋਂ ਟੁੱਟ ਗਏ, ਸਿੱਖ ਰਹਿਤ ਮਰਿਆਦਾ ਤੇ ਅਸੀਂ ਪੂਰੇ ਉਤਰੇ ਹੀ ਨਹੀਂ। ਜਦੋਂ ਪੂਰੇ ਨਹੀਂ ਉਤਰੇ ਤੇ ਕੁਦਰਤੀ ਸੀ ਅਸੀਂ ਪਖੰਡਵਾਦ ਵੱਲ ਨੂੰ ਵੱਧ ਗਏ, ਤੇ ਪਖੰਡਵਾਦ ਜਿਹੜਾ ਉਹ ਵਧੇਗਾ ਤੇ ਜਿਹੜੇ ਪੁਜਾਰੀ ਆ ਉਹਨਾਂ ਦਾ ਕੁਛ ਬਣੇਗਾ, ਚਾਹੇ ਉਹ ਭਾਈ ਜੀ ਦੇ ਰੂਪ ਚ ਆ, ਚਾਹੇ ਉਹ ਡੇਰੇਦਾਰ ਦੇ ਰੂਪ ਚ ਆ, ਤੇ ਚਾਹੇ ਉਹ ਪੰਡਿਤ ਜੀ ਦੇ ਰੂਪ ਚ ਆ। ਉਹ ਪਖੰਡਵਾਦ ਵਧਾਇਆ ਗਿਆ ਤੇ ਪਖੰਡਵਾਦ ਨੇ ਤੁਹਾਨੂੰ ਇੱਥੋਂ ਤੱਕ ਲੈ ਆਂਦਾ। ਹੁਣ ਗੱਲ ਤੇ ਆ ਕਿ ਠੀਕ ਆ ਭਾਈ ਜੀ ਨੇ ਉੱਥੇ ਅਰਦਾਸ ਕੀਤਾ, ਬੇਸਿਕਲੀ ਤੇ ਕੀ ਆ ਕਿ ਘਰ ਚ ਡੈਥ ਹੋਈ ਆ, ਭਾਈ ਜੀ ਬੈਠਾ ਹੋਵੇ, ਪਰਿਵਾਰ ਉੱਥੇ ਪਾਠ ਕਰਦਾ ਹੋਵੇ ਬੈਠਾ, ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰੋ ਆਰਾਮ ਨਾਲ ਬੈਠ ਕੇ ਸਿਰਹਾਣੇ ਵੀ ਕਰੋ, ਠੀਕ ਆ ਜੀ ਨੇ ਜਾਣਾ ਉਹ ਚਲਾ ਗਿਆ, ਪਰ ਗੱਲ ਤੇ ਉੱਧਰ ਧਿਆਨ ਨਹੀਂ ਹੁੰਦਾ ਕਿਸੇ ਦਾ। ਪਹਿਲਾਂ ਕੀ ਹੁੰਦਾ ਸੀ, ਪਹਿਲਾਂ ਬਹੁਤ ਹੁੰਦਾ ਸੀ ਘਰ ਚ ਚੁੱਲਾ ਨੀ ਬਾਲਣਾ ਜੀ, ਗੁਆਂਢੀਆਂ ਵੱਲੋਂ ਸਾਰਾ ਕੁਛ ਬਣ ਕੇ ਆਊਗਾ, ਹੁਣ ਹੌਲੀ ਹੌਲੀ ਚੇਂਜ ਆ ਗਈ, ਲੋਕਾਂ ਨੂੰ ਪਤਾ ਲੱਗ ਗਿਆ। ਪਹਿਲਾਂ ਪਰਮਿੰਦਰ ਗੁਆਂਢੀਆਂ ਵਾਲਾ ਟ੍ਰੈਂਡ ਸੀ ਨਾ, ਤੇ ਉਹ ਕਿਤੇ ਨਾ ਕਿਤੇ ਬਹੁਤ ਵਧੀਆ ਸਪੋਰਟ ਸੀਗੀ, ਇੱਕ ਸਾਂਝਾ ਸੀ ਸੁਰਿੰਦਰ ਵੀਰ ਉਹ ਕਿ ਚਲੋ ਇੱਕ ਜੇ ਭਾਈ ਇਹਨਾਂ ਦੇ ਮਰਗਤ ਹੋ ਗਈ ਤਾਂ ਪਿੰਡ ਚ ਰੋਟੀ ਅਕਸਰ ਇੱਕ ਦੋ ਡੰਗ ਜਾਂ ਕਈ ਡੰਗ ਗੁਆਂਢੀਆਂ ਤੋਂ, ਪਹਿਲੇ ਡੰਗ ਤਾਂ ਪੱਕਾ ਹੀ ਹੈ ਪਹਿਲੀ ਰਾਤ ਤਾਂ ਗੁਆਂਢੀਆਂ ਦੇ ਆਉਂਦੀ ਹੁੰਦੀ ਸੀ। ਉਹ ਕੋਈ ਸਹਿਚਾਰ ਵੀ ਸੀਗਾ ਇਸ ਦੁੱਖ ਦੀ ਘੜੀ ਚ, ਮੈਂ ਵੇਖਿਆ ਜਦੋਂ ਮੇਰੇ, ਮੈਂ ਅਕਸਰ ਇਸ ਗੱਲ ਦਾ ਜ਼ਿਕਰ ਕਰਦਾ ਕਿਉਂਕਿ ਇਹਦਾ ਇਹ ਹੁੰਦਾ ਕਿ ਅੱਛੀਆਂ ਚੀਜ਼ਾਂ ਦਾ ਜ਼ਿਕਰ ਕਰੋ। ਸਾਡੇ ਉੱਥੇ ਜਦੋਂ ਮੇਰੇ ਸਹੁਰਾ ਸਾਹਿਬ ਦੀ ਡੈਥ ਹੋਈ ਤੇ ਰਾਤ ਨੂੰ ਜਿਹੜੀ ਇਹ ਗਲੀ ਦੇ ਸਾਡੇ ਆਂਟੀ ਹੋਰੀ ਸੀ ਸਾਰੀਆਂ, ਭੈਣ ਰਾਜਪਾਲ ਜਾਂ ਹੋਰ ਆਂਟੀ ਮੱਤੀ ਵਾਲੇ ਹੋਰ ਜਿੰਨੇ ਵੀ ਸੀਗੇ ਉਹ ਗਲੀ ਵਾਲੀਆਂ, ਰਾਤ ਨੂੰ ਉਹਨਾਂ ਦੇ ਆਪਣਾ ਬਿਸਤਰਾ ਚੁੱਕਿਆ ਹੋਇਆ, ਸਿਰਾਣੇ ਚੁੱਕੇ ਹੋਏ, ਤੇ ਉਹ ਆਈਆਂ। ਮੈਂ ਮਾਤਾ ਜੀ ਨੂੰ ਪੁੱਛਿਆ, ਸਾਸੂ ਮਾਂ ਨੂੰ ਆਪਣੀ ਨੂੰ, ਮੈਂ ਵੀ ਇਹ ਕਿਉਂ ਇੱਦਾਂ, ਕਿਉਂਕਿ ਜਾਣਨ ਦੀ ਇੱਛਾ ਅਦਰਵਾਈਜ਼ ਤਾਂ ਅਸੀਂ ਬੋਦਰੀ ਨਹੀਂ ਕਰਦੇ। ਇਹ ਕਹਿੰਦੇ ਬੇਟਾ ਆਪਣੇ ਘਰੇ ਰਹਿਣਗੇ ਅੱਜ ਰਾਤ ਮੇਰੇ ਕੋਲ ਸੌਣਗੇ ਇਹ ਸਾਰੇ ਲੋਕ, ਉਹ ਚਾਰ ਪੰਜ ਲੇਡੀਜ਼ ਸਾਰੀ ਗਲੀ ਵਾਲੀਆਂ, ਤੇ ਹਾਲਾਂਕਿ ਸ਼ਹਿਰ ਹੈ ਦੂਰੋਂ ਨੇੜਿਓਂ ਰਿਸ਼ਤੇਦਾਰੀਆਂ ਨੇ ਜਾਣ ਪਛਾਣ ਹੈ, ਪਰ ਫਿਰ ਵੀ ਇੰਨੀ ਸਾਂਝ। ਉਹ ਕਹਿੰਦੇ ਸਾਡੇ ਅਜੇ ਵੀ ਇੱਥੇ ਇੱਦਾਂ ਹੁੰਦਾ ਹੈ ਵੀ ਗਲੀ ਦੀਆਂ ਸਾਰੀਆਂ ਲੇਡੀਜ਼ ਫਿਰ ਉਸ ਔਰਤ ਕੋਲ ਜਿਹਦਾ ਕੋਈ ਪਤੀ ਜਾਂ ਪੁੱਤਰ ਦੀ ਡੈਥ ਹੁੰਦੀ ਹੈ ਉਹਦੇ ਕੋਲ ਰਾਤ ਨੂੰ ਪਹਿਲੀ ਰਾਤ ਤੱਕ ਉਹਦੇ ਕੋਲ ਰਹਿੰਦੇ ਹੀ ਰਹਿੰਦੇ ਆ। ਉਹਦੇ 'ਚ ਕਿਤੇ ਨਾ ਕਿਤੇ ਅਟੈਚਮੈਂਟ ਜੁੜਦੀ ਹੈ ਫਿਰ ਉਹ, ਕਿਉਂਕਿ ਉਹ ਬਹੁਤ ਕਹਿਰ ਜ਼ਹਿਰ ਦੀ ਰਾਤ ਹੁੰਦੀ ਹੈ। ਹੌਲੀ ਹੌਲੀ ਚਲੋ ਦੂਸਰੇ ਦਿਨ ਦੂਰ ਨੇੜੇ ਦੇ ਰਿਸ਼ਤੇਦਾਰ ਆ ਜਾਂਦੇ ਨੇ। ਉਹ ਇੱਕ ਮਤਲਬ ਸ਼ਾਇਦ ਸਦੀਆਂ ਤੋਂ ਚੱਲਿਆ ਹੋਇਆ ਸੱਭਿਆਚਾਰਕ ਸਾਂਝ ਦਾ ਸਿਲਸਿਲਾ ਜਿਹੜਾ ਮੈਂ ਆਪਣੀ ਲਾਈਫ 'ਚ ਪਹਿਲੀ ਵਾਰੀ ਵੇਖਿਆ, ਹਾਲਾਂਕਿ ਸ਼ਾਇਦ ਕਿਸੇ ਹੋਰ ਨੇ ਵੀ ਵੇਖਿਆ ਹੋਵੇ ਉਹ ਵੀ ਦੱਸ ਸਕਦੇ ਆ। ਮਤਲਬ ਬਠਿੰਡਾ ਏਰੀਏ 'ਚ ਥੋੜ੍ਹਾ ਜਿਹਾ ਹੈਗਾ, ਆਪਣੇ ਡਾਕਟਰ ਗਿਆਨ ਸਿੰਘ ਉਹ ਕਾਫੀ ਦੇਰ ਉੱਥੇ ਰਹੇ ਨੇ ਇਕਨੋਮਿਕਸ ਵਾਲੇ, ਉਹ ਕਹਿੰਦੇ ਵੀ ਬਠਿੰਡਾ ਬਰਨਾਲਾ ਮਾਨਸਾ ਇਹ ਲੋਕ ਭਾਵੇਂ ਕਿਹਾ ਜਾਂਦਾ ਪਛੜੇ ਨੇ, ਪਰ ਇਹ ਦੁਆਬਾ ਮਾਲਵਾ ਮਾਝਾ ਪੂਰੇ ਪੰਜਾਬ ਦੇ ਨਾਲੋਂ ਨਾ ਕਹਿੰਦੇ ਬਹੁਤ ਸਿੱਧੇ ਲੋਕ ਵੀ ਨੇ। ਇਹ ਉਹਨਾਂ ਦਾ ਕੋਟ ਸੀ ਡਾਕਟਰ ਆਪਣਾ ਇਕਨੋਮਿਕਸ ਵਾਲੇ ਬੈਨੀਪਾਲ ਸਾਹਿਬ ਡਾਕਟਰ ਗਿਆਨ ਸਿੰਘ ਹੋਰਾਂ ਦਾ। ਸੋ ਉਹ ਸਾਂਝ ਮੈਂ ਉੱਥੇ ਵੇਖੀ ਹੈ ਸੁਰਿੰਦਰ, ਉਹ ਜ਼ਰੂਰੀ ਵੀ ਹੈ, ਹੈ ਨਾ, ਮਤਲਬ ਦੁੱਖ ਮੰਡਾਇਆ ਘਟਦੇ ਨੇ ਤੇ ਸੁੱਖ ਮੰਡਾਇਆ ਵੱਧਦੇ ਨੇ। ਜੀ ਸੁਰਿੰਦਰ, ਨਹੀਂ ਮੈਂ ਉਹਦੇ ਨਾਲ ਸਹਿਮਤ ਆ, ਇਹ ਸਾਰੇ ਪਿੰਡਾਂ ਚ ਤਕਰੀਬਨ ਇਹੀ ਸੀਗਾ, ਪਰ ਇਹ ਸੀਗਾ ਕਿ ਉਦਣ ਦਾ ਜਿੰਨਾ ਵੀ ਪਰਿਵਾਰ ਆਇਆ ਉਹ ਸਾਰੇ ਦੀ ਮਤਲਬ ਲੰਗਰ ਵੀ ਉਧਰ ਤਿਆਰ ਹੋਣਾ ਤੇ ਚਾਹ ਵੀ ਉਧਰੋਂ ਬਣ ਕੇ ਆਉਣੀ, ਸੰਸਕਾਰ ਕਰਕੇ ਆ ਗਏ, ਤੇ ਰਾਤ ਤੱਕ ਸਾਰਾ ਕੁਛ ਗੁਆਂਢੀਆਂ ਵੱਲੋਂ ਆਉਂਦਾ ਹੁੰਦਾ ਸੀਗਾ, ਭਾਵੇਂ ਇੱਕ ਘਰ ਹੋਣ ਦੋ ਹੋਣ ਸਾਰਾ ਕੁਛ ਉਧਰ ਬਣਦਾ ਸੀ। ਹੁਣ ਦੂਸਰੀ ਗੱਲ ਜਿਹੜੀ ਗਲਤ ਸੀਗੀ ਉਹ ਗਲਤ ਕੀ ਸੀ ਕਿ ਜਿੱਦਣ ਭੋਗ ਪੈਣਾ ਜਾਂ ਭੋਗ ਤੋਂ ਪਹਿਲਾਂ ਕੀ ਹੁੰਦਾ ਸੀ, ਇੱਕ ਪਰੰਪਰਾ ਜਿਹੜੀ ਸੀ ਉਹ ਤਕਰੀਬਨ 1990 ਦੇ ਆਸ ਪਾਸ ਆ ਕੇ ਬੰਦ ਹੋ ਗਈ। ਉਹ ਕੀ ਸੀਗਾ, ਇੱਕ ਦਿਨ ਸਾਰੇ ਰਿਸ਼ਤੇਦਾਰ ਜਿੰਨੇ ਵੀ ਆ ਉਹਨਾਂ ਨੂੰ ਇੱਕ ਦਿਨ ਸੱਦ ਲਓ ਭੋਗ ਤੋਂ ਪਹਿਲਾਂ, ਤੇ ਉਦਣ ਜਿਹੜਾ ਲੰਗਰ ਤਿਆਰ ਹੋਇਆ ਹੋਣਾ ਉਹ ਜਿਹਦੀ ਜੇ ਲੇਡੀ ਕਿਸੇ ਦੀ ਡੈਥ ਹੋਈ ਆ ਭਾਵੇਂ ਉਹ 80 ਸਾਲਾਂ ਦੀ ਭਾਵੇਂ 90 ਦੀ ਆ, ਉਹਦਾ ਜਿਹੜਾ ਪੇਕਾ ਪਰਿਵਾਰ ਸੀ ਉਹਨਾਂ ਰੋਟੀ ਨੀ ਖਾਣੀ, ਉਹਨਾਂ ਛੱਡ ਕੇ ਚਲ ਜਾਣਾ, ਉਹ ਕਹਿੰਦੇ ਧੀ ਦਾ ਘਰ ਦਾ ਨੀ ਖਾਣਾ। ਇਹ 90 ਤੋਂ ਪਹਿਲਾਂ ਇਹ ਵੀ ਚੱਲਦਾ ਸੀ ਸਿਸਟਮ ਜਿਹੜਾ ਸੀ, ਪਰ ਉਹ ਉਹਨੂੰ ਲੱਦਾ ਕਹਿੰਦੇ ਸੀਗੇ। ਮੈਂ ਵੀ ਵੇਖਿਆ ਜਦੋਂ ਮੇਰੇ ਦਾਦਾ ਜੀ ਦੀ ਡੈਥ ਹੋਈ ਤਾਂ ਮੇਰੇ ਨਾਨਕਿਆਂ ਤੋਂ ਟਰਾਲੀ ਆਈ, ਉਹਨਾਂ ਨੇ ਦੂਰ ਆਪਣਾ ਲਾਲੀ ਬਾਈ ਜਿਹੜੇ ਦੋਤਮਾਨ ਸਾਡੇ ਯੂਸ ਰਹਿੰਦੇ ਆ ਤੇ ਧਾਲੀਵਾਲ, ਉਹਨਾਂ ਦੀ ਮੋਟਰ ਸੀ ਪਿੱਛੇ, ਬੜੇ ਬਾਈ ਕਹਿੰਦੇ ਉਹਨੂੰ, ਬੜੇ ਬਾਈਆਂ ਦਾ ਲਾਣਾ, ਉਹਨਾਂ ਦੀ ਮੋਟਰ ਤੇ ਟਰਾਲੀ ਖੜਾ ਦਿੱਤੀ
ਤੇ ਅਸੀਂ ਖੇਡਣ ਚਲੇ ਗਏ ਟਰਾਲੀ ਚ, ਉੱਥੇ ਇੱਕ ਦੋ ਬੰਦਾ ਬੈਠਾ ਪਿੰਡ ਦਾ ਜਿਹੜਾ ਨਾਲ ਆਉਂਦਾ ਹੁੰਦਾ ਲਾਗੀ ਵਗੈਰਾ ਜਾਂ ਜੋ ਵੀ ਹੈ, ਤੇ ਉਹਦੇ ਚ ਰੋਟੀਆਂ ਸਬਜ਼ੀਆਂ ਉੱਥੇ ਰੱਖੀਆਂ ਹੋਈਆਂ। ਮੰਨ ਲਓ ਉਹਨੂੰ ਲੱਦਾ ਕਹਿੰਦੇ ਸੀ ਵੀ ਜੇ ਤੁਸੀਂ ਮਕਾਨ ਵਗੈਰਾ ਜਾਣਾ ਤੇ ਆਪਣਾ ਭਾਈ ਲੱਦਾ ਲੱਦ ਲਓ। ਜਾਣੀ ਉਹ ਮਕਾਨ ਜਿਹੜੀ ਜਾਂਦੀ ਹੁੰਦੀ ਸੀ ਰੋਟੀ ਨਹੀਂ ਸੀ ਖਾਂਦੀ ਹੁੰਦੀ ਕਿ ਅਗਲੇ ਨੂੰ ਖੇਚਲ ਨਾ ਹੋਵੇ, ਉਹ ਸਾਂਝਾ ਆਪਣੇ ਤੌਰ ਤੇ ਉਹ ਰਾਹ ਚ ਖੜ ਕੇ ਖਾ ਲੈਣਾ ਜਾਂ ਕਿਤੇ ਖਾ ਲੈਣਾ, ਚਾਹ ਚੂ ਪੀ ਲੈਣਾ ਸੀ, ਰੋਟੀ ਨਹੀਂ ਸੀ ਖਾਂਦੇ ਹੁੰਦੇ। ਉਹ ਲੱਦਾ ਕਹਿੰਦੇ ਨੇ ਉਹਨੂੰ ਆਈਟਮ ਨੂੰ। ਹੁਣ ਜਿਵੇਂ ਹੁਣ ਕਿਸਾਨ ਜਾ ਰਹੇ ਨੇ ਵੀ ਲੱਦਾ ਹੀ ਕਹਿੰਦੇ ਨੇ ਭਾਈ ਲੱਦਾ ਲੱਦ ਲਓ ਆਪਣਾ ਜਾਣ ਲੱਗਿਆ ਜੀ। ਪਰ ਇਹਦੇ ਚ ਕਿਉਂਕਿ 90 ਤੋਂ ਬਾਅਦ ਟ੍ਰੈਂਡ ਹੋਇਆ, ਕਿਉਂਕਿ ਉਦੋਂ ਸਾਧਨ ਵੱਧ ਗਏ, ਲੋਕੀ ਸ਼ਾਮ ਨੂੰ ਮੁੜੇ ਆਉਂਦੇ ਸੀ ਜਾਂ ਫਿਰ ਖਾ ਕੇ ਟਾਈਮ ਨਾਲ ਜਾਂਦੇ ਸੀ, ਅੱਗੇ ਆਵਾਜਾਈ ਦੇ ਸਾਧਨ ਸਲੋ ਸੀਗੇ ਜਾਂ ਫਿਰ ਮੂਵਮੈਂਟ ਦਾ ਟਾਈਮ ਸੀ। ਉਦੋਂ ਬਹੁਤ ਸਾਰੀਆਂ ਸਾਂਝਾਂ ਨਾ ਜਿਹੜੀਆਂ ਮਨੁੱਖ ਦੀਆਂ ਮਨੁੱਖ ਨਾਲ ਸਮਾਜਿਕ ਸਾਂਝਾਂ ਸਰੋਕਾਰ ਨੇ ਜਿਹੜੇ ਉਹ ਟੁੱਟੇ ਵੀ ਨੇ ਜੀ। ਸੁਰਿੰਦਰ ਪਰਮਿੰਦਰ ਇੱਥੇ ਨੀ ਸੀ ਰੁਕਦਾ, ਈਵਨ ਕਿ ਜਿੱਦਣ ਭੋਗ ਪੈਂਦਾ ਸੀਗਾ, ਚਾਹੇ ਸਹਿਜ ਪਾਠ ਦਾ ਪਵੇ, ਅਖੰਡ ਪਾਠ ਸਾਹਿਬ ਦਾ ਪਵੇ, ਉਦਣ ਵੀ ਜਿਹੜਾ ਏਕਾ ਪਰਿਵਾਰ ਹੁੰਦਾ ਸੀ ਉਹਨਾਂ ਚ ਕੋਈ ਵੀ ਬੰਦਾ ਭੋਗ ਪੈਣ ਤੋਂ ਬਾਅਦ ਰੁਕਦਾ ਨੀ ਸੀ, ਨਾਲ ਦੀ ਨਾਲ ਚਲ ਜਾਂਦੇ ਸੀ, ਕਹਿੰਦੇ ਨਹੀਂ ਅਸੀਂ ਧੀ ਦੇ ਘਰ ਦਾ ਨੀ ਖਾਣਾ। ਬਾਕੀ ਫਿਰ ਤੁਹਾਡੇ ਵਾਲੀ ਫੌਜ ਨੇ ਬਹੁਤ ਦਬਲੇ ਆ, ਕੜਮੱਤਾਂ ਵਾਲੇ ਤਾਂ ਬਾਹਲੇ ਕੁੱਟੇ ਆ ਹਨਾ, ਜਿਹੜਾ ਹੰਗਾਮਾ ਹੰਗੂਮਾ ਕਰਦੇ ਸੀ ਹਨਾ ਲੱਡੂ ਜਲੇਬੀਆਂ ਵਾਲਿਆ, ਉਹ ਕੜਮੱਤਾਂ ਵਾਲਿਆਂ ਨੂੰ ਕਈਆਂ ਨੂੰ ਫਿਰ ਪਾਥੀਆਂ ਪਥਵਾਈਆਂ ਨੇ ਉਹਨਾਂ ਨੇ ਹਨਾ। ਉਹ ਠੀਕ ਨਹੀਂ ਸੀਗਾ ਕਿਉਂ, ਖਾਸ ਕਰਕੇ ਚਲੋ ਵਿਆਹ ਸ਼ਾਦੀ ਚ ਜਿਆਦਾ ਤਾਮ ਝਾਮ ਹੈ, ਪਰ ਉਹ ਕੜਮੱਤਾਂ ਵੀ ਪਹੁੰਚ ਤੋਂ ਬਾਅਦ ਉਹ ਵੱਡਾ ਕਰਨਾ, ਗਦੌੜਾ ਫੇਰਨਾ, ਉਹ ਕਈ ਰਸਮਾਂ ਗਲਤ ਸੀ, ਪਰ ਜਿਹੜੀਆਂ ਸਰੀਰਕ ਸਾਂਝਾਂ ਨੇ ਨਾ ਆਉਣ ਜਾਣ ਦੁੱਖ ਦੀ ਘੜੀ ਚ, ਉਹ ਸ਼ਾਇਦ ਜ਼ਿਆਦਾ ਬਿਹਤਰ ਵੀ ਸੀਗੀਆਂ। ਤੇ ਕਰੋ ਇਹਨੂੰ ਕੰਪਲੀਟ। ਤੇ ਜਿਹੜਾ ਕਿਸਾਨਾਂ ਨੇ ਹੁਣ ਲੱਦਾ ਲੱਦਿਆ ਲਖੀਮਪੁਰ ਦੇ ਵਿੱਚ ਮੋਰਚੇ ਵਿੱਢ ਦਿੱਤੇ ਨੇ, ਕਿ ਉਸ ਤੇ ਦਿਓ ਅਪਡੇਟ ਜੀ ਸੁਰਿੰਦਰ। ਫਿਰ ਪੰਜਾਬ ਸਰਕਾਰ ਦੀਆਂ ਵੀ ਗੱਲਾਂ ਕਰਾਂਗੇ, ਅੱਜ ਕੋਸ਼ਿਸ਼ ਕਰਾਂਗੇ ਕਿ ਸਮੇਂ ਨਾਲ ਨਿਬੇੜ ਕੇ ਕੋਈ ਕਹਾਣੀ ਕਹੂਣੀ ਵੀ ਸੁਣਾ ਦਈਏ, ਸਰੋਤੇ ਮੰਗ ਕਰਦੇ ਆ ਜੀ ਸੁਰਿੰਦਰ। ਹੁਣ ਆ ਜੀ, ਦੇਖੋ ਪਤਾ ਕੀ ਸੀਗਾ ਪਰਮਿੰਦਰ, ਗੱਲ ਕਿੱਥੋਂ ਤੱਕ ਸੀ ਕਿ ਮਕਾਨ ਜਾਂਦੀ ਆ, ਸਭ ਦੇ ਚਿੱਟੇ ਕੱਪੜੇ ਹੋਣੇ ਤੇ ਮੋਰੇ ਮੋਰੇ ਬੰਦੇ ਦੇ ਮਗਰ ਮਗਰ ਜਨਾਨੀਆਂ ਪੈਦਲ ਤੁਰੀਆਂ ਜਾਣੀਆਂ ਸੜਕ ਤੇ, ਇਹ ਉਹ ਪਤਾ ਲੱਗ ਜਾਣਾ ਕਿ ਇਹ ਫਲਾਣੇ ਪਿੰਡ ਜਾ ਰਹੇ ਤਾਂ ਮਤਲਬ ਉੱਥੇ ਕਿਸੇ ਦੀ ਡੈਥ ਹੋ ਗਈ, ਮਤਲਬ ਪੂਰਾ ਪਿੰਡ ਜਿਹੜਾ ਤਕਰੀਬਨ ਸਾਰਾ ਚਲਾ ਜਾਂਦਾ ਸੀ ਤੇ ਚਿੱਟੇ ਕੱਪੜੇ। ਉਹ ਕਈ ਵਾਰੀ ਹੱਸਣਾ ਵੀ ਤੇ ਬੀਬੀਆਂ ਨੇ ਕੀ ਵੀ ਇਹਨਾਂ ਨੇ ਆ ਕੇ ਨਾ ਚਿੱਟੇ ਕੱਪੜੇ ਜਿਹੜੇ ਧੋ ਕੇ ਸੂਟ ਰੱਖ ਲੈਣਾ ਕਿ ਅਗਲੇ ਦੀ ਤਿਆਰੀ ਕਰ ਲੈਣੀ ਆ। ਉਹ ਮਤਲਬ ਇੱਕ ਨਾ ਓਨ ਪ੍ਰਥਾ ਜੀ ਬਣਾਈ ਪਈ ਸੀ, ਉਹਦਾ ਕੋਈ ਮਤਲਬ ਤਾਂ ਹੈ ਨਹੀਂ ਸੀ, ਪਰ ਇਹ ਸੀ ਕਿ ਜਾਣਾ ਤਾਂ ਸਭ ਨੇ ਜਾਣਾ ਇੱਕ ਵੱਡੇ ਚ। ਲੇਕਿਨ ਹੌਲੀ ਹੌਲੀ ਚੇਂਜ ਬਹੁਤ ਆ ਗਈ, ਚੰਗੀ ਵੀ ਗੱਲ ਆ, ਸਮਾਂ ਜਿਹੜਾ ਬਦਲਿਆ ਸਮੇਂ ਦੇ ਨਾਲ ਬਦਲਣਾ, ਜਿਹੜੀਆਂ ਐਵੇਂ ਬਗੈਰ ਗੱਲ ਤੋਂ ਕੀ ਕਹਿੰਦੇ ਹੁੰਦੇ ਸੀਗੇ ਵੀ ਲੋਕਾਂ ਤੇ ਬੋਝ ਪਿਆ ਹੋਇਆ ਸੀ, ਵਜਨ ਵਧਿਆ ਹੋਇਆ ਸੀਗਾ, ਕੋਈ ਉਹਦਾ ਮਤਲਬ ਨਹੀਂ ਸੀ, ਉਹ ਜਦੋਂ ਘਟੀਆਂ ਵੀ ਆ ਤੇ ਚੰਗੀ ਗੱਲ ਵੀ ਆ, ਲੋਕ ਉਧਰੋਂ ਹਟੇ ਵੀ ਆ। ਰਹਿ ਗਈ ਗੱਲ ਹੁਣ ਚੱਲੀਏ ਲਖੀਮਪੁਰ ਖੀਰੀ, ਪਰਮਿੰਦਰ ਕੱਟ ਤਾਂ ਹੋਇਆ, ਕੱਟ ਹੋਇਆ, ਜਿਹੜੀਆਂ ਵੀ 14-15 ਜਥੇਬੰਦੀਆਂ ਪੰਜਾਬ ਤੋਂ ਗਈਆਂ ਨੇ ਕੱਠ ਉਹਦਾ, ਹਰਿਆਣੇ ਦਾ ਵੀ ਕੋਈ ਕੱਠ ਉੱਥੇ ਦੇਖਣ ਨੂੰ ਨਹੀਂ ਮਿਲਿਆ ਤੇ ਲੋਕਲ ਵੀ ਕੱਠ ਨਹੀਂ ਗਾ, ਯਾਨੀ ਕਿ ਲੋਕਲ ਸਪੋਰਟ ਵੈਸੇ ਤੇਜਿੰਦਰ ਸਿੰਘ ਵਿਰਕੋ ਨਹੀਂ ਹੈਗੇ ਨੇ ਉੱਥੇ ਸਾਰੇ, ਪਰ ਜਿਹੜੀ ਰਕੇਸ਼ ਕੈਦ ਬੈਠਾ, ਹਰਿਆਣੇ ਤੋਂ ਜਗਿੰਦਰ ਯਾਦਵ ਬੈਠਾ, ਲੇਕਿਨ ਨਾ ਹਰਿਆਣੇ ਦੀ ਨਾ ਉੱਤਰ ਪ੍ਰਦੇਸ਼ ਦੀ ਲੋਕਲ ਸਪੋਰਟ ਨਹੀਂ ਹੈ। ਮੈਂ ਪ੍ਰੋਗਰਾਮ ਤੋਂ ਪਹਿਲਾਂ 4 ਵਜੇ ਕਲੀਅਰ ਕਰ ਲਿਆ ਸੀ ਉੱਥੇ ਵੀ ਕੀ ਹਾਲਾਤ ਆ, ਲੇਕਿਨ ਪੰਜਾਬ ਤੋਂ ਜਿਹੜਾ ਉਹ ਕੱਟ ਹੋਇਆ ਤੇ ਇਹਨਾਂ ਨੇ 20 ਤਰੀਕ ਤੱਕ 72 ਘੰਟੇ ਤੱਕ ਦਾ ਸਮਾਂ, ਕਹਿੰਦੇ 72 ਘੰਟੇ ਬਾਅਦ ਅਸੀਂ ਫੈਸਲਾ ਲਵਾਂਗੇ ਅਸੀਂ ਕੀ ਕਰਨਾ, ਨਵਾਂ ਸਾਡਾ ਸੰਘਰਸ਼ ਕੀ ਹੋਊਗਾ। ਯਾਨੀ ਕਿ ਚੋਣਾਂ ਲੜਨ ਵਾਲੇ, ਉਹ ਚੋਣਾਂ ਦਾ ਬਾਈਕਾਟ ਕਰਨ ਵਾਲੇ, ਕੋਈ ਚੋਣਾਂ ਦੇ ਅੱਧ ਵਿਚਾਲੇ ਖੜਨ ਵਾਲੇ, ਉਹ ਸਾਰੇ ਹੁਣ ਉੱਥੇ ਇੱਕ ਜਗ੍ਹਾ ਤੇ ਜਿਹੜਾ ਉਹ ਇਕੱਠੇ ਹੋਏ ਆ ਜੀ। ਗੱਲ ਆਪਾਂ ਕਰਦੇ ਆ ਇਸਤੇ ਆਪਣੇ ਨਾਲ, ਸੋਰੀ ਸੁਰਿੰਦਰ ਸਿੰਘ ਦੁਬਈ ਤੋਂ ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ ਜੀ। ਹੈਲੋ ਬਾਈ ਜੀ, ਸਤਿ ਸ੍ਰੀ ਅਕਾਲ ਬਾਈ ਜੀ, ਗੱਲ ਕਰੋ ਜੀ ਜੀ। ਹਾਂਜੀ ਹਾਂਜੀ, ਗੱਲ ਕਰੋ, ਤੁਸੀਂ ਆਉਣ ਆਏ ਹੋ ਭਾਜੀ? ਗੱਲ ਕਰਨ ਡਿਆ ਤੁਹਾਨੂੰ ਸਾਹਿਬ ਨਹੀਂ ਆਵਾਜ਼ ਆਉਣ ਡੀ, ਮੈਂ ਗੱਲ ਕਰਨ ਡਿਆ ਵੀ ਸਾਡੇ ਪਿੰਡ ਕਮਾਈ ਹੁੰਦੀ ਸਿੱਧੀ ਥੋੜੀ ਜੀ, ਉਹਨੂੰ ਮਕਾਨੇ ਨਾ ਖੜਨਾ ਗਏ ਨੇ ਤੇ ਉਹਨੂੰ ਕਿਹਾ ਰਹਿਣ ਤੋਂ ਮਕਾਨੇ, ਕੋਈ ਸਾਡੇ ਪਿੰਡ ਏਦਾਂ ਬਜੁਰਗ ਮਰ ਗਿਆ ਰਿਸ਼ਤੇਦਾਰਾਂ ਦੇ, ਉਹਨੂੰ ਨਾ ਖੜਿਆ। ਅੱਛਾ, ਉਧਰੋਂ ਕਿਤੇ ਕੁਦਰਤ ਦੂਜਾ ਮਰ ਗਿਆ,
बेबे कहंदी जे तुसी नहीं लैके गए कोई होर लै जू सानू केड़ा मकाना दा घाटा। वैसे बड़ा इंटरेस्टिंग पक्ष सीगा ओ भी मकाना दा भी ते खास करके काली सूफ दे घगरे जिहड़े ना ओ मकान दे वक्त काला घगरा पाया जांदा सी कुड़ती दे नाल। अफसोस दा चिन्ह सीगा काला कपड़ा। 85 नंबर स्वागत जी। 85 नंबर गल करो स्वागत सत श्री अकाल। ਬੇਟੋ ਹਟ ਗਈ ਆ ਜਿਦਾਂ ਆਪਾਂ ਗੱਲ ਕਰਦੇ ਸੀ ਮਕਾਨਾ ਮਕਾਨਾ ਦੀ ਰੋਹ ਇਹਨਾਂ ਦੀ ਰੋਹ ਰੀਤਾਂ ਦੀ ਜੀ ਹੁਣ ਕਈ ਬੰਦੇ ਨੇ ਚਲੋ ਕਹਿਣਾ ਗੱਲ ਕਿੱਦਾਂ ਕਰੇ ਜਿੱਦਾਂ ਹੁਣ ਸਾਉਣ ਮਹੀਨਾ ਜਾਂਦੀਆਂ ਆਪਣੇ ਧੀਆਂ ਚਲੋ ਧੀਆਂ ਭੈਣਾਂ ਆਪਣੇ ਸਾਰਿਆਂ ਦੇ ਇਹ ਜਾਂਦੀਆਂ ਕੱਟਣ ਮਤਲਬ ਜਿੱਦਾਂ ਸਾਉਣ ਮਹੀਨੇ ਕਹਿੰਦੇ ਮਾੜਾ ਹੁੰਦਾ ਕਹਿੰਦੇ ਜੀ ਅਸੀਂ ਜਿਹੜੀਆਂ ਸੱਸਾਂ ਦੇ ਨੋਹਾਂ ਮੱਥੇ ਨੀ ਲੱਗਦੀਆਂ ਇਹ ਇਹਦਾ ਜਿੱਦਾਂ ਜਿਹੜਾ ਲੌਜੀ ਚੱਲੇ ਆ ਸਾਡੇ ਹੁਣ ਬਾਪੂ ਚਲੋ ਇੱਦਾਂ ਹੀ ਕਹੇ ਯਾਰੀ ਗੱਲ ਕਰ ਉਹ ਕਹਿੰਦਾ ਹੁੰਦਾ ਕਹਿੰਦਾ ਸਾਉਣ ਮਹੀਨੇ ਦੇ ਵਿੱਚ ਕਹਿੰਦਾ ਇਹਦਾ ਕੋਈ ਹੋਰ ਕੁਛ ਨੀ ਲੌਜੀਕਲ ਉਹ ਬੁੜੀਆਂ ਕਈ ਜਿਵੇਂ ਕਹਿੰਦਾ ਕਹੀ ਜਾਂਦੀਆਂ ਜਦੋਂ ਕਹਿੰਦਾ ਜਿਹੜਾ ਸਾਉਣ ਮਹੀਨਾ ਹੁੰਦਾ ਬੰਦੇ ਦਾ ਕਹਿੰਦਾ ਖੂਨ ਪਸੀਨਾ ਜਿਹੜਾ ਜਿੱਦਾਂ ਕਹਿੰਦਾ ਜਿਹੜਾ ਸਮਾਂ ਮਾੜਾ ਹੁੰਦਾ ਜੇ ਅਗਰ ਕਹਿੰਦਾ ਕਿਤੇ ਕੋਈ ਰੱਬ ਨਾ ਕਰੇ ਕੋਈ ਪ੍ਰੈਗਨੈਂਸੀ ਹੋ ਜਾਵੇ ਤਾਂ ਕਹਿੰਦਾ ਉਹ ਬੱਚਾ ਜਿਹੜਾ ਉਹ ਸਹੀ ਨੀ ਹੁੰਦਾ ਇਹਦਾ ਕਹਿੰਦਾ ਹੋਰ ਕਹਿੰਦਾ ਇਹਦਾ ਕੋਈ ਮਤਲਬ ਨੀ ਇਹ ਨੀ ਖਾਣ ਆ ਜੀ ਥੈਂਕ ਯੂ ਕੋਈ ਨੀ ਗੱਲ ਕਰਦੇ ਜੇ ਕਹਿੰਦਾ 37 ਫੇ ਕਹਿੰਦਾ ਦੇਖੋ ਤਾਂ ਕਹਿੰਦਾ ਇਹਦਾ ਕੋਈ ਹੋਰ ਇਹੀ ਇਹਦਾ ਹੋਰ ਕਹਿੰਦਾ ਇਹਦਾ ਕੁਛ ਨੀ ਐਵੇਂ ਕਹਿੰਦਾ ਮਾੜਾ ਕਹਿੰਦਾ ਮੁੜ ਕੇ ਵੀ ਤਾਂ ਰਹਿੰਦੀਆਂ ਆਈਆਂ ਮੁੜ ਕੇ ਕਰਦੇ ਆ ਗੱਲ ਥੈਂਕ ਯੂ ਇਹਦਾ ਦੇਖੋ ਪੰਜਾਬ ਖੇਤੀ ਪ੍ਰਧਾਨ ਸੂਬਾ ਸਾਉਣ ਦੇ ਮਹੀਨੇ ਮੰਜੇ ਡਾਹੀਏ ਨਾ ਵੀ ਜੋੜ ਕੇ ਵਗਣ ਪਰਨਾਲੇ ਪਾਣੀ ਲੈ ਨਾ ਜਾਏ ਰੋੜ ਕੇ ਸਾਉਣ ਦਾ ਮਹੀਨਾ ਗਿੱਧੇ ਕਲਰਾਂ ਚ ਪੈਣ ਨੀ ਖਿੱਚ ਲੈ ਤਿਆਰੀ ਜੱਟ ਆਇਆ ਤੈਨੂੰ ਲੈਣ ਨੀ ਤੈਨੂੰ ਤੀਆਂ ਨੂੰ ਲੈਣ ਨਾ ਆਏ ਵੱਡਿਆਂ ਭਰਾਵਾਂ ਵਾਲੀ ਇਹ ਲੋਕ ਬੋਲੀਆਂ ਨੇ ਸਾਉਣ ਦੇ ਮਹੀਨੇ ਨੂੰ ਸੱਸ ਦਾ ਮੱਥੇ ਲੱਗਣਾ ਬੁਰਾ ਸਮਝਿਆ ਜਾਂਦਾ ਸੀ ਕਿ ਸਾਉਣ ਮਹੀਨੇ ਨੂੰਹਾਂ ਚੱਲੀਆਂ ਜਾਣ ਕਾਰਨ ਇੱਕ ਤੇ ਸਾਡੇ ਘਰ ਏਦਾਂ ਦੇ ਹੁੰਦੇ ਸੀਗੇ ਕੋਈ ਆਇਆ ਨੀ ਸੀ 20-20 ਬੈਡਰੂਮ ਨੇ ਤੇ ਥੋੜਾ ਥਾਂ ਹੁੰਦਾ ਸੀ ਨੂੰਹਾਂ ਨੂੰ ਦਿੱਕਤ ਸੀ ਇਸ ਕਰਕੇ ਅੰਦਰ ਪੈਣ ਦੀ ਉਹਦੀ ਇੱਕ ਇਹ ਕਾਰਨ ਤੇ ਦੂਸਰਾ ਕਾਰਨ ਸੀ ਕਿ ਸਾਉਣ ਮਹੀਨੇ ਜਿਹੜਾ ਹਸਬੈਂਡ ਵਾਈਫ ਦੇ ਆਪਸੀ ਰਿਲੇਸ਼ਨ ਨਾ ਬਣ ਕਿਉਂਕਿ ਸਾਉਣ ਭਾਦੋਂ ਅੱਸੂ ਉਹਦਾ ਕਿਉਂਕਿ ਖੇਤੀ ਪ੍ਰਧਾਨ ਸੂਬਾ ਸਾਉਣ ਮਹੀਨੇ ਮੀਟਿੰਗ ਹੁੰਦੀ ਹੈ ਕਨਸੀਵ ਹੁੰਦਾ ਬੱਚਾ ਤੇ ਜਾ ਕੇ ਚੇਤ ਵਿਸਾਖ ਚ ਜੰਮਦਾ ਜਦੋਂ ਕੰਮ ਦੀ ਤਾੜ ਪਈ ਹੁੰਦੀ ਹੈ ਸਾਉਣ ਭਾਦੋਂ ਅੱਸੂ ਕੱਤਾ ਮੱਘਰ ਪੋਹ ਮਾਘ ਫੱਗਣ ਚੇਤ ਵਿਸਾਖ ਚੇਤ ਵਿਸਾਖ ਨੌਵਾਂ ਦਸਵਾਂ ਮਹੀਨਾ ਵਿਸਾਖ ਆਉਂਦਾ ਸਾਉਣ ਤੋਂ ਜਿਹੜੀ ਨੌਵੇਂ ਮਹੀਨੇ ਔਰਤ ਪ੍ਰੈਗਨੈਂਟ ਹੋਈ ਹੈ ਤਾਂ ਉਹ ਅੱਗੇ ਜਾ ਕੇ ਆਪਣਾ ਬੱਚਾ ਚੇਤ ਵਿਸਾਖ ਦੇ ਵਿਚ ਉਸ ਨੂੰ ਡਿਲੀਵਰੀ ਹੁੰਦੀ ਹੈ ਜਣੇਪਾ ਹੁੰਦਾ ਇਹ ਕਾਰਨ ਸੀਗਾ ਅਸਲ ਦੇ ਵਿਚ ਕਿਉਂਕਿ ਫਿਰ ਚੇਤ ਵਿਸਾਖ ਜਿਹੜਾ ਹੈਗਾ ਨਾ ਉਹ ਹਾੜੀ ਦੀਆਂ ਰੁੱਤਾਂ ਸ਼ੁਰੂ ਹੋ ਜਾਂਦੀਆਂ ਸੀ ਹਾਲਾਂਕਿ ਉਹ ਕਈ ਕਾਰਨ ਸੀਗੇ ਵਿਸਾਖ ਚ ਜਿਹੜਾ ਹੈਗਾ ਨਾ ਕਿ ਵਾਢੀਆਂ ਦੀ ਸ਼ੁਰੂਆਤ ਜਾਂ ਉਹ ਵੀ ਇੱਕ ਕਾਰਨ ਸੀ ਕਿ ਕੰਮ ਦੀ ਉਦੋਂ ਤਾੜ ਹੁੰਦੀ ਹੈ ਕਣਕਾਂ ਕੂੰਜਾਂ ਮਿਹਣਾ ਜੇ ਰਹਿਣ ਵਿਸਾਖ ਕਿ ਵਿਸਾਖ ਦੇ ਮਹੀਨੇ ਜੇ ਕਿਸੇ ਦੀ ਕਣਕ ਖੜੀ ਰਹਿ ਜਾਏ ਤਾਂ ਉਹਦੇ ਲਈ ਮਿਹਣਾ ਕੰਮ ਦੀ ਤਾੜ ਦਾ ਵਕਤ ਹੁੰਦਾ ਇਹ ਵੀ ਇੱਕ ਲੌਜਿਕ ਸੀਗਾ ਬਾਕੀ ਇਸ ਮਹੀਨੇ ਦੇ ਦੌਰਾਨ ਜਿਹੜਾ ਸਰੀਰ ਜ਼ਿਆਦਾ ਦਰੁਸਤ ਨਹੀਂ ਹੁੰਦੇ ਅੱਗੇ ਭਾਦੋਂ ਆਉਂਦੀ ਹੈ ਗਰਮਾਇਸ਼ ਵਾਲੇ ਮਹੀਨੇ ਹੁੰਦੇ ਨੇ ਇਹਦਾ ਇੱਕ ਇਹ ਵੀ ਪੱਖ ਸੀਗਾ ਸਭਿਆਚਾਰਕ ਤੇ ਕੰਮ ਕਾਜ ਦੇ ਪੱਖ ਤੋਂ ਵੀ ਸਰ ਜਸਵੀਰ ਸਿੰਘ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਹਾਂਜੀ ਦੋਨੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ ਸਤਿ ਸ਼੍ਰੀ ਅਕਾਲ ਮੈਂ ਕਹੀ ਸਾਹਿਬ ਚਰਚਾ ਹੋ ਗਈ ਹੋਣੀ ਕੱਲ ਤੇ ਜਿਹੜਾ ਲੁਧਿਆਣੇ ਮੰਡੀ ਕੰਨ ਬੋਰਡ ਦੇ ਅਧਿਕਾਰੀਆਂ ਦੇ ਖਿਲਾਫ FIR ਦਰਜ ਕਰੀ ਵਿਜੀਲੈਂਸ ਨੇ ਹੈਲੋ ਹਾਂਜੀ ਹਾਂਜੀ ਉਸ ਅਧਿਕਾਰੀ ਡਿਪਟੀ ਡਾਇਰੈਕਟਰ ਕਹਿੰਦੇ ਜੀ ਵੀ ਇਕੱਠੇ ਹੋ ਕੇ ਵੀ ਸਾਰੇ ਨਾਲ ਧੱਕਾ ਹੁੰਦਾ ਸੁੱਤੀ ਤੇ ਜਾ ਰਹੇ ਆ ਮੇਰੇ ਖਿਆਲ ਦੇ ਵਿਚ ਹਰਾ ਬੂਟਾ ਕੋਈ ਹੈ ਹੀ ਨੀ ਹੈ ਇਹ ਮਾਨਤਾ ਦੇਣੀ ਚਾਹੁੰਦਾ ਕਰਪਟ ਨੂੰ ਕਾਨੂੰਨੀ ਤੌਰ ਤੇ ਸਾਡਾ ਰਾਈਟ ਹੈਗਾ ਆ ਹਾਂ ਉਹਦੇ ਤੇ ਰੇਡ ਹੋਈ ਆ ਕਈ ਦਾ ਕੰਮ ਕਰਦੀ ਤਾਂ ਉਹਨੂੰ ਸਹਿਯੋਗ ਦੇਣਾ ਚਾਹੀਦਾ ਜਿਹੜੇ ਇਮਾਨਦਾਰ ਆ ਉਹ ਤਾਂ ਸਰਕਾਰ ਨਾਲ ਖੜੇ ਨਾ ਉਹ ਫਿਰ ਉਹ ਤਾਂ ਲੌਬਿੰਗ ਕਰਦੇ ਆ ਨਾ ਅਗਲਾ ਕਹਿੰਦਾ ਸਾਡੇ ਤੇ ਨਜਾਇਜ਼ ਪੱਖ ਉਹਨਾਂ ਨੂੰ ਤਾਂ ਪਈ ਜਾਂਚ ਹੋਗਾ ਆਪਣਾ ਪੱਖ ਰੱਖੋ ਤੁਸੀਂ ਵੀ ਜਿਲੇ ਇੱਥੇ ਆ ਕੇ ਕਿਤੇ ਜਾਣਾ ਤਾਂ ਕੋਈ ਲੌਜਿਕ ਨਹੀਂ ਬਣਦਾ ਮੇਰੇ ਖਿਆਲ ਦੇ ਵਿੱਚ ਜੀ ਥੈਂਕ ਯੂ
हाँ उहदे च पहला पटवारियों का मसला भी आया सी नारीके आला, पर पटवारी का मसला यह सी कि वह पोलीटिकल कारण भी सी, मान अकाली दल नूं सपोर्ट करदा सी नारीके आला पटवारी जदों पटवारियों ने स्ट्राइक की सी, इह भी पोलीटिकल मसले भी ने। हुण भारत भूषण आशू दे जिहड़े सहयोगी ने उन्हां ते जिहड़ी रेड हुई है उहदे इह कारण भी ने। सुरेंद्र जी मेरी ना मनदीप होरां ने कल भी फोन किया सी, लाली दे ब्रदर मनदीप सिंह टवाणा यूपी तों, उह कहिंदे वी असल दे विच ना जिहड़ी यूपी दे विच जिहड़ा इह अजय मिश्रा टैणी आ जिहदे ते लखीमपुर कांड दे कतल दे दोष ने, ते उहनां दी उह क्योंकि मोदी खेमे दा ते योगी ते टैणी मिश्रा दी बनदी बहुत घट है, जिहड़ा उह चलान पेश कीते गए एफ आई आर होईआं उह सारीआं मिश्रा दे खिलाफ जांदीआं ने, ते हुण कितें ना कितें राकेश टिकैत भी जिहड़ा हैगा उत्थे इह सांझा ने कि उह शायद योगी नूं सपोर्ट करदा है जां कुछ भी है, पर योगी ते मोदी दा आपस च फर्क भी हैगा, ਲਾਅ ਐਂਡ ਆਰਡਰ ਜਾਂ ਕਿਸਾਨ ਪੱਖ ਤੋਂ ਜਾਂ ਸਿੱਖ ਸੈਂਟੀਮੈਂਟ ਦੇ ਪੱਖ ਤੋਂ ਉਹ ਹੋਰ ਤਰ੍ਹਾਂ ਦਾ, ਤੇ ਮੋਦੀ ਦਾ ਨਜ਼ਰੀਆ ਸਿਆਸਤ ਦਾ ਹੋਰ ਤਰ੍ਹਾਂ ਦਾ, ਕਿਤੇ ਨਾ ਕਿਤੇ ਯੋਗੀ ਤੇ ਮੋਦੀ ਚ ਵੀ ਅੰਦਰੋਂ ਟੱਕਰ ਹੈ। ਹੁਣ ਜਿਹੜਾ ਉੱਥੇ ਕਿਸਾਨਾਂ ਦੇ ਉੱਤੇ ਜਿਹੜਾ ਕੁਛ ਹੋ ਰਿਹਾ ਉਹਦੇ ਦੌਰਾਨ ਕਿ ਜਿਹੜਾ ਅਜੇ ਮਿਸ਼ਰਾ ਦਾ ਮਾਮਲਾ ਜਾਂ ਜਿਹੜਾ ਉਹ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ, ਉਹ ਕਿਤੇ ਨਾ ਕਿਤੇ ਯੋਗੀ ਸਰਕਾਰ ਨੂੰ ਇਹ ਸਖਾਲਾ ਪੈ ਜਾਣਾ, ਅਗਰ ਉਹਦੇ ਸੂਬੇ ਚ ਇਹ ਐਜੀਟੇਸ਼ਨ ਹੁੰਦੀ ਹੈ ਤਾਂ ਉਹ ਕਿਸਾਨੀ ਦੇ ਹੱਕ ਦੇ ਵਿੱਚ ਕੁਛ ਨਾ ਕੁਛ ਕਰੇਗਾ। ਇਹ ਵੀ ਇੱਕ ਪੱਖ ਹੈ ਕਿ ਉਹ ਮਿਸ਼ਰਾ ਜਿਹੜਾ ਕਹਿੰਦਾ ਸੀਗਾ ਕਹਿੰਦਾ ਮੈਂ ਲਖੀਮਪੁਰ ਤੋਂ ਪਲੀ ਤੋਂ ਬਾਹਰ ਮਾਰੂ ਚੱਕ ਕੇ ਇਹਨਾਂ ਨੂੰ ਅੰਦੋਲਨਕਾਰੀਆਂ ਨੂੰ, ਤੇ ਉਹ ਕਿਤੇ ਨਾ ਕਿਤੇ ਉਹਦੇ ਲਈ ਇਹ ਸੰਕਟ ਦੀ ਘੜੀ ਹੈ, ਤੇ ਯੋਗੀ ਸਰਕਾਰ ਦੇ ਲਈ ਇਹ ਸ਼ਾਇਦ ਕੋਈ ਬਹੁਤਾ ਹੋ ਨਹੀਂ ਯੋਗੀ ਨੂੰ, ਬਲਕਿ ਇਸ ਅੰਦੋਲਨ ਦੇ ਪ੍ਰੈਸ਼ਰ ਦੇ ਵਿੱਚ ਮਿਸ਼ਰਾ ਲਾਣੇ ਦੇ ਖਿਲਾਫ ਜਿਨ੍ਹਾਂ ਨੇ ਉਸ ਕਤਲੇਆਮ ਨੂੰ ਅੰਜਾਮ ਦਿੱਤਾ ਲਖੀਮਪੁਰ ਕਾਂਡ ਨੂੰ, ਉਨ੍ਹਾਂ ਦੇ ਖਿਲਾਫ਼ ਹੋਰ ਸਖ਼ਤੀ ਕਰਨ ਦਾ ਮੌਕਾ ਜਿਹੜਾ ਮਿਲੇਗਾ, ਇਹਦੇ ਪਿੱਛੇ ਇਹ ਸਰਕਮਸਟੈਂਸ ਵੀ ਬਣਦੇ ਨੇ। ਦੂਸਰਾ ਭਾਰਤ ਸਰਕਾਰ ਜਿਵੇਂ ਕਈ ਕਾਨੂੰਨ ਲਿਆ ਰਹੀ ਹੈ ਜਾਂ ਬਿਜਲੀ ਬਿੱਲ ਲਿਆ ਰਹੀ ਹੈ, ਬਿਜਲੀ ਸੋਧ ਬਿੱਲ ਜਾਂ ਸਬਸਿਡੀਆਂ ਦਾ ਮੁੱਦਾ, MSP ਦਾ ਮੁੱਦਾ, ਉਹ ਕਾਰਨਾਂ ਤੇ ਵੀ ਕਿਤੇ ਨਾ ਕਿਤੇ ਪ੍ਰੈਸ਼ਰ ਉੱਥੇ ਬਣੇਗਾ। ਸਥਾਨਕ ਜਿਹੜੇ ਆਗੂ ਜਿਵੇਂ ਤੁਸੀਂ ਦੱਸਿਆ ਉਹ ਘੱਟ ਨਿਕਲਦੇ ਨੇ, ਵੈਸੇ ਵੀ ਉਹ ਕੰਮਾਂ ਕਾਜਾਂ ਦਾ ਟਾਈਮ ਜਾਂ ਵੈਸੇ ਵੀ ਉਹਨਾਂ ਦਾ ਉੱਤਰਾਖੰਡ ਤੋਂ ਬਾਅਦ ਥੋੜਾ ਜਿਹਾ ਘੱਟ ਨਿਕਲਦੇ ਨੇ ਕਿਉਂਕਿ ਉਹਨਾਂ ਨੇ ਉੱਥੇ ਰਹਿਣਾ, ਪਰ ਉਹ ਪੰਜਾਬ ਦੇ ਕਿਸਾਨਾਂ ਦੇ ਉੱਥੇ ਜਾਣ ਦੇ ਨਾਲ ਅਗਰ ਉਹ ਸ਼ਾਂਤਮਈ ਅੰਦੋਲਨ ਕਰਦੇ ਨੇ ਤਾਂ ਉੱਥੋਂ ਦਾ ਕਿਸਾਨ ਵੀ ਜਾਗਰੂਕ ਹੋਵੇਗਾ, ਕਿਉਂਕਿ ਮੁਜ਼ੱਫਰਨਗਰ ਤੋਂ ਬਾਅਦ ਲਖੀਮਪੁਰ ਦੇ ਵਿੱਚ ਇਹ ਵੱਡੀ ਐਜੀਟੇਸ਼ਨ ਹੈ ਜਿਹੜੀ ਪੰਜਾਬ ਦੇ ਕਿਸਾਨਾਂ ਨੇ ਵਿੱਢੀ ਹੈ। ਇਹਨਾਂ ਦੀ ਰਣਨੀਤੀ ਮੁਤਾਬਕ ਕੀ ਸੋਚਦੇ ਹੋ ਜੀ? ਪਰਮਿੰਦਰ ਰਣਨੀਤੀ ਤਾਂ ਠੀਕ ਆ, ਮੈਂ ਇਸ ਗੱਲ ਨਾਲ ਵੀ ਸਹਿਮਤ ਹਾਂ, ਯੋਗੀ ਤੇ ਮੋਦੀ ਦੀ ਆਪਸ ਚ ਫਰਕ ਆ, ਪਰ ਕੀ ਯੋਗੀ ਏਡਾ ਵੱਡਾ ਸਟੈਂਡ ਲੈ ਜੂਗਾ ਕਿ ਮੋਦੀ ਜਾਂ ਅਮਿਤ ਸ਼ਾਹ ਤੋਂ ਬਾਹਰ ਜਾ ਕੇ ਕੋਈ ਫੈਸਲਾ ਲੈ ਜੂਗਾ? ਕੀ ਇੰਨੀ ਪਾਵਰ ਦੇ ਦਿੱਤੀ ਜਾਏਗੀ ਇੱਕ ਮੁੱਖ ਮੰਤਰੀ ਨੂੰ? ਨਹੀਂ, ਇੰਨੀ ਪਾਵਰ ਤਾਂ ਨਹੀਂ ਦੇਗਾ, ਥੋੜਾ ਜਿਹਾ ਉਹਨੂੰ ਕੰਮ ਕਰਨਾ ਸਿਖਾਲਾ ਹੋ ਜਾਏਗਾ। 43 ਨੰਬਰ ਸਵਾਗਤ ਹੈ ਜੀ ਤੁਹਾਡਾ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਮੈਂ ਸਰਜੀਤ ਸਿੰਘ ਸ਼ਾਮ ਖੇੜਾ ਬੋਲਦਾ ਜੀ। ਹਾਂਜੀ, ਸ਼ਾਮ ਖੇੜਾ ਮਨ ਆਪਣਾ ਸਰਜੀਤ ਸਿੰਘ ਸੰਧੂ ਪਿੰਡ ਸ਼ਾਮ ਖੇੜਾ ਜੀ, ਸੰਧੂ ਸਾਹਿਬ ਜੀ। ਆਪਣਾ ਮੇਰਾ ਮੇਰਾ ਸ਼ਾਮ ਖੇੜਾ ਪਿੰਡ ਜੀ, ਤੇ ਕੋਲੇ ਵਾਲੀ ਪਿੰਡ ਵੀ ਹੈ ਜੀ, ਮੇਰੀ ਜ਼ਮੀਨ ਕੋਲੇ ਵਾਲੀ ਦੇ ਵਿਚ ਵੀ ਹੈਗੀ ਹੈ ਜੀ। ਕਦੋਂ ਦੀ ਇਹ ਸ਼ਾਮ ਖੇੜਾ ਸਾਹਿਬ? ਮੇਰੇ ਧਿਆਨ ਚ ਨੀ ਹੈ, ਸੋਰੀ ਦੱਸ ਦਿਓ ਕਦੋਂ ਦਾ? ਜਿਹੜੀ ਇੱਕ ਜ਼ਮੀਨ ਦੇ ਪਾਣੀ ਦੇ ਰੌਲੇ ਚ ਫੈਰਿੰਗ ਨੀ ਹੋਈ ਜੀ, 6 ਬੰਦਿਆਂ ਨੂੰ ਫਾਇਰ ਲੱਗੀ ਬੜੀ, ਆਪਣੇ ਤੋਂ ਕਿੰਨੀ ਤਰੀਕ ਦੀ ਗੱਲ ਹੈ, 14 ਤਰੀਕ ਦੀ ਗੱਲ ਹੈ ਸ਼ਾਇਦ ਜੀ। ਓਕੇ, ਤੇ ਬੰਦਿਆਂ ਨੂੰ ਫਿਰ ਪੁਲਿਸ ਫੜ ਨਹੀਂ ਰਹੀ, ਫਿਰ ਛੜੇ ਆ ਇੰਨੀ ਫਾਇਰਿੰਗ ਕੀਤੀ ਬੰਦਿਆਂ ਨੇ, ਸਾਡੇ ਸਿੱਧੇ ਫਾਇਰ ਵੱਜੇ ਆ ਜੀ, ਸਾਡੇ ਭਰਾ 6 ਹਸਪਿਟਲ ਚ ਪਏ ਆ ਜੀ। ਪੁਲਿਸ ਦਾ ਕੀ ਰੋਲ ਆ ਫਿਰ, ਦੂਜੀ ਧਿਰ ਕੌਣ ਹੈ? ਦੱਸਦੀ ਪੁਲਿਸ ਦੀ ਮੌਜੂਦਗੀ ਸੀ ਉੱਥੇ ਜੀ, ਵੇਖੋ ਜਦੋਂ ਫਾਇਰਿੰਗ ਹੋਈ, ਬੰਦੂਕਾਂ ਲੈ ਕੇ ਚਲਾਇਆ, ਪੱਤਰਕਾਰ ਦੀ ਕੋਲ ਚ ਵੀਡੀਓ ਬਣੀਆਂ ਜਦੋਂ ਬੰਦੂਕਾਂ ਲੈ ਕੇ ਤੁਰੇ ਫਿਰਦੇ, ਉਹ ਧਾਰ ਕੇ ਹੀ ਆਏ ਸੀ ਵੀ ਅੱਜ ਇਹਨਾਂ ਨੂੰ ਰਿਮੇਡ ਦਾ ਕੰਮ ਇਹਨਾਂ ਦਾ। ਅੱਛਾ ਜੀ, ਤੇ ਪਰ ਫਿਰ ਪੁਲਿਸ ਤੋਂ ਜਦੋਂ ਪੱਤਰਕਾਰ ਆਏ, ਪੁਲਿਸ ਭੱਜ ਗਈ ਜੀ ਉੱਥੋਂ, ਤੇ ਪਰ 10 ਮਿੰਟ ਅੱਧੇ ਘੰਟੇ ਬਾਅਦ ਦੋ ਬੰਦਿਆਂ ਨੇ ਸਿੱਧੇ ਫਾਇਰ ਸਾਨੂੰ ਮਾਰੇ ਜੀ। ਸਾਡਾ ਪਾਣੀ ਦਾ ਰੌਲਾ ਜੀ, ਉਹ ਪਾਣੀ ਗਲਤ ਬੱਜਾ ਆਇਆ ਉੱਥੇ, ਤੇ ਅਸੀਂ ਨਾ ਹਰੇਕ ਵਾਰੀ ਵਿਖਾਉਣ ਜਾਂਦੇ ਹਾਂ, ਦੇਖੋ ਜੀ ਕਿ ਪਾਣੀ ਇੱਥੇ ਬੱਜਾ ਹੈ, ਪਰ ਪਾਣੀ ਇੱਥੇ ਲੱਗਦਾ ਨੀ, ਪਾਣੀ ਇੱਥੇ ਕਿਉਂਕਿ ਖਾਲਾ ਬੰਨਾ ਹੀ ਨੀ ਹੈਗਾ, ਜਿੱਥੇ ਪਾਣੀ ਬੰਨੇ ਖਾਲਾ ਹੈ ਹੀ ਨੀ ਜੀ, ਉੱਥੇ ਜਿੱਥੇ ਪਾਣੀ ਗਲਤ ਹੈ। ਪਰ ਸਾਨੂੰ ਵੀ ਉਹ ਬੰਦੇ ਨੇ ਸਿੱਧੇ ਫਾਇਰ ਮਾਰੇ ਪੱਤਰਕਾਰਾਂ ਦੀ ਹਾਜ਼ਰੀ ਦੇ ਵਿੱਚ ਜੀ, ਕੋਈ ਕਾਰਵਾਈ ਨੀ ਹੋਈ ਫਿਰ ਉਹਨਾਂ ਤੇ? 307 ਲੱਗੀ ਆ, ਪਰ ਜੋ ਬੰਦੇ ਰੈਸਟ ਨਹੀਂ ਕਰ ਰਹੇ ਤੇ ਉਸ ਕੋਲ ਕਾਰਵਾਈ ਨੀ ਕਰ ਰਹੀ ਉਹਨਾਂ ਬੰਦਿਆਂ ਤੇ ਜੀ, ਕੀ ਪਰਚੇ ਤਾਂ ਹੋ ਗਏ ਜੀ, ਵੇਖੋ ਕਾਰਵਾਈ ਇਸ ਕਰਕੇ ਹੋ ਗਈ ਨਾ ਜੀ, ਵੀਡੀਓ ਬਣੀਆਂ ਨੇ, ਲਾਈਵ ਵੀਡੀਓ ਸਾਰੀਆਂ ਤੁਸੀਂ ਵੇਖੀਆਂ ਨੀ ਸਰ ਜੀ, ਇੰਨਾ ਰੌਲਾ ਪਿਆ। ਸੋਰੀ, ਮੈਂ ਨਾ ਮੇਰੇ ਧਿਆਨ ਚ ਨੀ ਹੈਗਾ ਸੰਧੂ ਸਾਹਿਬ, ਤੇ ਸਰ ਤੁਸੀਂ ਚੈੱਕ ਕਰੋਗੇ ਨਾ ਜੇ ਮਾੜਾ ਜਿਹਾ
ਤੁਹਾਡੇ ਸਾਹਮਣੇ ਆ ਜਾਣਾ ਸਾਰਾ ਕੁਝ ਆ ਜਾਏਗਾ। ਓਕੇ ਜੁਗਾੜਬਾਜੀ ਕਰ ਗਏ ਸਰਕਾਰ ਮਤਲਬ ਪੁਲਿਸ ਦੇ ਨਾਲ ਕਿੰਨੀ ਕੁ ਦੇਰ ਭੱਜਣਗੇ? ਮਿਹਰਬਾਨੀ ਮਿਹਰਬਾਨੀ, ਥੈਂਕ ਯੂ ਜੀ ਸੁਰਿੰਦਰ। ਗੱਲ ਉਹੀ ਹੈ ਨਾ ਕਿ ਦੇਖੋ ਮੋਦੀ ਸਰਕਾਰ ਦੇ ਖਿਲਾਫ਼ ਤਾਂ ਨਹੀਂ ਜਾ ਸਕੇਗਾ, ਪਰ ਕਿਤੇ ਨਾ ਕਿਤੇ ਜਿਹੜਾ ਉਹਨੂੰ ਕੰਮ ਕਰਨ ਦਾ ਮੌਕਾ ਤਾਂ ਮਿਲੇਗਾ, ਥੋੜਾ ਬਹੁਤ ਐਕਸ਼ਨ ਲੈਣ ਦਾ ਮੌਕਾ ਮਿਲੇਗਾ। ਸਰ ਜਗਦੀਪ ਸਿੰਘ ਬਲਗਣ ਕਕਰਾਲਾ ਭਾਈਕਾ ਤੋਂ, ਬਲਗਣ ਸਾਹਿਬ ਗੱਲ ਕਰੋ, ਸਵਾਗਤ ਹੈ ਤੁਹਾਡਾ, ਸਤਿ ਸ੍ਰੀ ਅਕਾਲ। ਹੈਲੋ, ਮਾਫ਼ੀ ਚਾਹੁੰਦਾ ਕਾਲ ਕੱਟ ਗਈ ਹੈ ਬਾਈ ਜੀ, ਉਹਨਾਂ ਦੇ ਸ਼ਾਇਦ ਕਿਤੇ ਹੋਰ ਬਿਜ਼ੀ ਸੀਗੇ। ਬਲਗਣ ਸਾਹਿਬ ਸਵਾਗਤ ਹੈ ਤੁਹਾਡਾ ਕਕਰਾਲਾ ਭਾਈਕਾ ਤੋਂ। ਹਾਂਜੀ, ਕੱਟ ਗਏ। ਹਾਂ ਜੀ, ਸਤਿ ਸ੍ਰੀ ਅਕਾਲ। ਮੈਂ ਕਿਹਾ ਜੀ ਫਰਕ ਤਾਂ ਪਊਗਾ, ਡਾਕਟਰ ਦਰਸ਼ਨਪਾਲ ਵੀ ਅੱਜ ਬੋਲ ਰਿਹਾ ਸੀ ਵੀ ਸਾਡਾ ਹੈਗਾ ਪ੍ਰੋਗਰਾਮ ਇੱਥੇ ਲੰਬਾ, ਉਦੋਂ ਬਾਅਦ ਇੱਕ ਇਹ ਦੱਸਿਓ ਵੀ ਸਾਰੇ ਇਕੱਠੇ ਹੋਏ ਨੇ ਕਿ ਨਹੀਂ ਹੋਏ। ਆਪਣਾ ਬਲਗਣ ਸਾਹਿਬ ਗੱਲ ਕਰ ਲੈਂਦੇ, ਥੈਂਕ ਯੂ ਥੈਂਕ ਯੂ। ਸੁਰਿੰਦਰ ਜੀ, ਯੂਨੀਅਨਾਂ ਦਾ ਕੀ ਆਪਸੀ ਏਕਤਾ ਤੇ ਕੀ ਰਣਨੀਤੀ, ਤੁਹਾਡੇ ਜਿਹੜੇ ਮਤਭੇਦ ਸੀ ਇਹਨਾਂ ਦੇ ਆਪਸ ਚ, ਜਾਂ ਕੀ ਸਥਿਤੀ ਹੈ? ਜੀ ਸੁਰਿੰਦਰ, ਕੰਟੀਨਿਊ ਪਲੀਜ਼ ਬਾਈ ਜੀ। ਮੀਆਂ ਬੀਬੀ ਆਪਸ ਚ ਦੋਨੋਂ ਤੂੰ ਨੀ ਚੰਗੀ, ਉਹ ਕਹਿੰਦੇ ਜੀ ਤੂੰ ਨੀ ਚੰਗਾ, ਲਾਲਾ ਲਾਲਾ ਕਰਕੇ ਸਾਲ ਕੁ ਆਪਸ ਚ ਤੂੰ ਤੂੰ ਐਵੇਂ ਕਰਕੇ ਰੁੱਸੇ ਰਹੇ, ਤੇ ਮੁੜ ਕੇ ਕਹਿੰਦੇ ਚੱਲ ਕੋਈ ਨੀ ਅਗਲੇ ਪਿਛਲੇ ਮਤਭੇਦ ਭੁਲਾਓ, ਆਪਾਂ ਇਕੱਠੇ ਹੋ ਚੱਲੀਏ, ਹੁਣ ਕੁਛ ਬਣਦਾ ਨੀ। ਪੰਜਾਬ ਸਰਕਾਰ ਵੀ ਐਂ ਕਹਿੰਦੀ ਆ, ਉੱਥੇ ਵੀ ਗੱਲ ਕਰਾਂਗੇ। ਹਾਂ, ਹੁਣ ਇਸ ਕਰਕੇ ਆ ਕਿ ਹੁਣ ਇਕੱਠੇ ਹੋਏ ਆ, ਪਰ ਹੁਣ ਇਕੱਠੇ ਹੋਇਆ ਦਾ ਉਹ ਫਾਇਦਾ ਨੀ। ਪਰਮਿੰਦਰ, ਦਿੱਲੀ ਤੋਂ ਮੋਰਚਾ ਨਾ ਪੱਟਦੇ, ਦੇਖੋ ਜਿਹੜਾ ਵੱਡਾ ਨੁਕਸਾਨ ਹੋਣ ਦਾ ਮੈਨੂੰ ਖਤਰਾ ਦਿਖ ਰਿਹਾ ਉਹ ਕਿਹੜਾ, ਪੈਣੀ ਨਿਕਲੇ ਹੋਣਾ ਦਾ ਕੀ ਬਣਨਾ ਕੀ ਨਹੀਂ ਬਣਨਾ ਉਹ ਬਾਅਦ ਦੀ ਗੱਲ ਆ, ਸਬੂਤ ਉਹਨਾਂ ਵਿਰੁੱਧ ਬਥੇਰੇ ਨੇ, ਬਣਦਾ ਕਿ ਨਹੀਂ ਬਣਦਾ ਉਹ ਸਰਕਾਰਾਂ ਨੇ ਬਹੁਤ ਚਿਕੜਮਬਾਜ਼ੀ ਕਰਨਗੀਆਂ ਹੋਏਗੀ ਵੀ, ਲੇਕਿਨ ਜਿਹੜੇ ਉੱਥੇ ਪੰਜਾਬੀ ਕਿਸਾਨ ਕਤਲ ਦੇ ਕੇਸ ਚ ਅੰਦਰ ਦਿੱਤੇ ਗਏ ਉਹਨਾਂ ਦਾ ਕੀ ਬਣਨਾ, ਸਭ ਤੋਂ ਵੱਡੀ ਸੋਚਣ ਵਾਲੀ ਗੱਲ ਇਹ ਆ। ਜਦੋਂ ਉਦੋਂ ਆਪਾਂ ਮੁੱਦਾ ਚੱਕਿਆ ਸੀ, ਕਹਿੰਦੇ ਜੀ ਉਹ ਤਾਂ ਸੁਪਰੀਮ ਕੋਰਟ ਦੇ ਅੰਡਰ ਆ, ਸੁਪਰੀਮ ਕੋਰਟ ਮੋਨੀਟਰ ਕਰ ਰਹੀ ਆ, ਇਸ ਕਰਕੇ ਉਹ ਚ ਦਖਲ ਅੰਦਾਜ਼ੀ ਕਿਉਂ ਨੀ ਦਖਲ ਅੰਦਾਜ਼ੀ ਵੀ ਹੈ ਨਾ ਜੀ। ਮਨਜੀਤ ਸਿੰਘ ਧਨੇਰ ਦਾ ਮਾਮਲਾ, ਜੇ ਸਰਕਾਰ ਮਤਲਬ ਉਸ ਸਿਲਸਿਲੇ ਨੂੰ ਆਖੇ, ਸਰਕਾਰ ਕੀ ਆਪਣੇ ਤੌਰ ਤੇ ਉਹਨਾਂ ਨੂੰ ਖਾਸ ਧਰਾਵਾਂ ਚੋਂ ਕੱਢ ਨਹੀਂ ਸਕਦੀ ਜੇ ਪ੍ਰੈਸ਼ਰ ਬਣੇ? ਹੈ ਨਾ, ਅੰਦੋਲਨਕਾਰੀ ਸੀ, ਉਹਨਾਂ ਤੇ ਗੱਡੀਆਂ ਚੜਾਈਆਂ ਗਈਆਂ, ਬਰਾਬਰ 307 ਦੇ ਪਰਚੇ ਦਰਜ ਕਰਨੇ, ਹੈ ਨਾ, ਖਾਸ ਕਰਕੇ ਲੀਡਰਾਂ ਤੇ। ਇਹ ਅੰਦੋਲਨ ਨੂੰ ਭੰਨਣ ਵਾਲੀ ਕਾਰਵਾਈ ਸੀ, ਉਹੀ ਹੈ ਨਾ ਕਿ ਜੇ ਪ੍ਰੈਸ਼ਰ ਬਣੇ ਕਿ ਯੋਗੀ ਸਰਕਾਰ ਆਪਣੇ ਤੌਰ ਤੇ ਫੈਸਲਾ ਨਹੀਂ ਲੈ ਸਕਦੀ, ਕਿਉਂਕਿ ਉਸ ਮਾਮਲੇ ਚ ਸਰਕਾਰਾਂ ਨੇ ਵੀ ਰਿਵਿਊ ਜਦੋਂ ਕੀਤਾ ਸੁਪਰੀਮ ਕੋਰਟ ਦੇ ਫੈਸਲੇ ਚ, ਜ਼ਮਾਨਤਾਂ ਰੱਦ ਹੋਈਆਂ ਮਿਸ਼ਰੇ ਹੋਰਾਂ ਦੀਆਂ, ਤੇ ਕੀ ਸਰਕਾਰ ਦੇ ਉੱਤੇ ਜੇ ਪ੍ਰੈਸ਼ਰ ਬਣਦਾ ਪਬਲਿਕ ਦਾ, ਤੇ ਉਹ ਜਿਹੜੇ ਮੁਕੱਦਮੇ ਨੇ ਕਿਸਾਨਾਂ ਤੇ ਉਹ ਰੱਦ ਨਹੀਂ ਹੋਣਗੇ? ਜੀ ਧਰਮਿੰਦਰ, ਕਿਸੇ ਨੇ ਨਹੀਂ ਕਰਨੇ, ਟ੍ਰਾਇਲ ਚੱਲ ਰਿਹਾ ਕੋਰਟ ਚ, ਜੇ ਕੋਰਟ ਚ ਟ੍ਰਾਇਲ ਚੱਲ ਰਿਹਾ ਹੋਵੇ ਘੱਟੋ ਘੱਟੋ ਕੇਸ ਹਾਈ ਕੋਰਟ ਜਾਵੇ ਜਾਂ ਸੁਪਰੀਮ ਕੋਰਟ ਜਾਵੇ, ਉਹ ਦੁਬਾਰਾ ਇਨਵੈਸਟੀਗੇਸ਼ਨ ਲਈ ਕਹਿਣ, ਉਹਦੀ ਇਨਵੈਸਟੀਗੇਸ਼ਨ ਚ ਦੁਬਾਰਾ ਇਨਵੈਸਟੀਗੇਸ਼ਨ ਆਵੇ, ਫਿਰ ਜਾ ਕੇ ਉਹਨਾਂ ਨੂੰ ਅਨਟ੍ਰੇਸ ਚਲਾਨ ਪੇਸ਼ ਕੀਤਾ ਜਾਵੇ ਕਿ ਨਹੀਂ ਜੀ ਗਲਤ ਸੀ ਪਹਿਲੀ ਇਨਵੈਸਟੀਗੇਸ਼ਨ, ਤਦ ਜਾ ਕੇ ਕੁਛ ਬਣੇਗਾ। ਅਦਰਵਾਈਜ਼ ਜਿਹੜੀ ਮੈਨੂੰ ਚਿੰਤਾ ਇਹ ਆ ਕਿ ਇਹਨਾਂ ਨੇ ਗਏ ਆ, ਇਹਨਾਂ ਨੇ 20 ਤੱਕ ਬੈਠ ਕੇ ਆ ਜਾਣਾ, ਜਿੱਦਾਂ ਪਹਿਲਾਂ ਜਾਂਦੇ ਸੀ ਉਹੀ ਕੰਮ ਹੋਣਾ, ਲੇਕਿਨ ਨੁਕਸਾਨ ਉਹਨਾਂ ਪਰਿਵਾਰਾਂ ਦਾ ਹੋਣਾ ਜਿਹਨਾਂ ਦੇ ਪਹਿਲਾਂ ਜੀ ਚਲੇ ਗਏ, ਤੇ ਦੂਸਰੀ ਗੱਲ ਜਿਹਨਾਂ ਦੇ ਜੀ ਜਿਹੜੇ ਆ ਉਹ ਪਰਿਵਾਰ ਦੇ ਮੈਂਬਰ ਜੇਲ੍ਹ ਚ ਬੈਠੇ ਆ ਜਿਹਨਾਂ ਨੂੰ ਸਜ਼ਾ ਹੋ ਜਾਣੀ ਆ। ਤੁਸੀਂ ਦੂਸਰੀਆਂ ਸਟੇਟਾਂ ਚ ਏਡੇ ਸੌਖੇ ਨੀ ਨਿਕਲ ਸਕਦੇ, ਪੰਜਾਬ ਤੋਂ ਜਾ ਕੇ ਉੱਥੇ ਲੜਾਈ ਨੀ ਲੜੀ ਜਾ ਸਕਦੀ, ਜੋ ਮਰਜ਼ੀ ਕਹਿ ਦੋ, ਏਡਾ ਸੌਖਾ ਨੀ ਹੈ। ਉਹਨਾਂ ਇਹਨਾਂ ਕਿਸਾਨਾਂ ਨੇ ਜੇ ਉੱਥੇ ਸ਼ਾਂਤਮਈ ਐਜੀਟੇਸ਼ਨ ਕਰਦੇ ਨੇ, ਉਹਨਾਂ ਜੇਲ੍ਹ ਚ ਬੈਠਿਆਂ ਨੂੰ ਕੀ ਨੁਕਸਾਨ ਹੋ ਸਕਦਾ? ਕੀ ਅਦਾਲਤ ਕੋਈ ਜਾਂ ਸਰਕਾਰ ਸਖਤੀ ਕਰ ਦੂ ਉਹਨਾਂ ਤੇ? ਨਹੀਂ ਨਹੀਂ, ਤੁਸੀਂ ਮੇਰੀ ਗੱਲ ਹੀ ਨੀ ਸਮਝ ਸਕੇ। ਨੁਕਸਾਨ ਉਹਨਾਂ ਦਾ ਕੀ ਆ ਕਿ ਉਹਨਾਂ ਦੇ ਵਿਰੁੱਧ ਆਲਰੇਡੀ ਚਾਰਜਸ਼ੀਟ ਪੇਸ਼ ਹੋ ਚੁੱਕੀ ਆ, ਟ੍ਰਾਇਲ ਤੇ ਆ ਕੇਸ, ਟ੍ਰਾਇਲ ਤੇ ਆ, ਉੱਥੇ ਅਗਲਿਆਂ ਨੇ ਐਵੀਡੈਂਸ ਭੁਗਤਾ ਦੇਣਾ ਤੇ ਉਹਨਾਂ ਨੂੰ ਸਜ਼ਾ ਹੋ ਜਾਣੀ ਆ, ਨੁਕਸਾਨ ਤੇ ਆ। ਉਹ ਤਾਂ ਫੇਰ ਵੀ ਕਰਨਗੇ ਅੰਦੋਲਨ ਕਰਨ ਨਾਲ, ਕੋਈ ਸਰਕਾਰ ਜਾਂ ਉਹਨਾਂ ਨੂੰ ਕੋਈ ਜ਼ਿਆਦਾ, ਕਿਉਂਕਿ ਅੰਦੋਲਨ ਕਰਨ ਨਾਲ ਬਹੁਤ ਸਾਰੇ ਮਾਮਲਿਆਂ ਚ, ਮਨਜੀਤ ਧਨੇਰ ਦਾ ਮਾਮਲਾ ਸੀ, ਫੈਸਲੇ ਰਿਵਿਊ ਹੁੰਦੇ ਨੇ, ਸਜ਼ਾਵਾਂ ਰੱਦ ਵੀ ਹੋਈਆਂ ਨੇ,
जे बहुत सारे मामले च पब्लिक प्रोटेस्ट करती है तो सुप्रीम कोर्ट उसे शो नोटिस लेंदियां ने कि यार इन्नी पब्लिक इस फैसले के खिलाफ है तो अदालत उसनू काउंटर तो कर दियां ने, पर हुण जे नहीं भी अंदोलन करनगे तो फिर किहड़ा है वह सरकारां बख्श देणगियां उन्हां नू। पर जे अंदोलन करनगे कितना कितने लोग रोज तो आउणगे कि यार नजायज कर रहे हो तुसीं सियासत च आके मिस यूज कर रहे हो, पुलिस भी तुहाडी, अदालत भी तुहाडी, चार्जशीटां भी तुहाडियां। जी परमिंदर गल ये आ जदों ये मुद्दा चकना सी उदों नहीं चकेगा, सवाल ये है सब तो वड्डा। वह मैं मानदा तुहाडी गल नाल कि उदों जे करदे तां बेहतर सी, पर हुण ना करन दा की नुकसान है वह मैनूं समझ नहीं आ रही तुहाडी गल। जी कॉल लै लां सुरेंद्र, एक सैकंड। 86 नंबर स्वागत है जी तुहाडा। नंबर यही है वैसे ही बंद सीगा क्योंकि मैं सोचा अज कॉल कट लवांगे, इन्हें फोन डेड हो गया, कोई खास गल नहीं सी। जी दूजी गल आउंदी सी नहीं, वह व्हाट्सएप कॉल आउंदी सी इस नंबर ते ना जिहड़ा सेम नंबर है ओदी। अच्छा जी, देखो ऑर्डरली लाइन है, जे इसे नंबर ते तुसी व्हाट्सएप कॉल कर दो, मेरे पर्सनल फोन च आउंदी है बिजनेस अकाउंट च। हां जे एदे ते नहीं आउंदा तां इस सेम नंबर ते व्हाट्सएप कॉल भी ला सकदे हो। ठीक है, मैं तां कल बहुत कई बार जे एदी जिवें इह फोन लाइन बंद है ना इसे नंबर ते 9876396555 ते जे व्हाट्सएप कॉल ला लैंदे ओह दूसरे फोन च है मेरे, ए फोन अड है ऑर्डिनरी है। ਬਲਜਿੰਦਰ ਕੌਰ ਮੰਤਰੀ ਸਾਹਿਬ ਜਿਹੜੇ ਆਪਣੇ ਮੰਤਰੀ ਦਾ ਰੌਲਾ ਪਿਆ, ਕੋਈ ਨੀ ਪੁੱਛ ਲੈਣਾ ਸੁਰਿੰਦਰ ਜੀ ਹੋਰਾਂ ਨੂੰ। ਬੜਾ ਸੁਰਿੰਦਰ ਭਾਜੀ ਜਾਣਕਾਰੀ ਪਾਇਓ ਤੇ ਥੈਂਕ ਯੂ ਗੱਲ ਕਰਨਾ ਸੁਰਿੰਦਰ। ਆਪਣਾ ਬੀਬੀ ਬਲਜਿੰਦਰ ਕੌਰ ਨੇ ਕਿਸੇ ਨੂੰ ਪਨਾਹ ਦਿੱਤੀ ਹੈ, ਸਵਾਲ ਲੈ ਲਿਓ। ਆਪਣਾ ਪ੍ਰੋਫੈਸਰ ਰੁਪਿੰਦਰ ਸਿੰਘ ਸੋਢੀ ਸਾਹਿਬ ਕੈਨੇਡਾ ਤੋਂ, ਸੋਢੀ ਸਾਹਿਬ ਸਵਾਗਤ ਹੈ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜਨਾਬ, ਕੀ ਹਾਲ ਚਾਲ ਹੈ? ਠੀਕ ਠਾਕ ਹੈ ਜੀ। ਆਨਲਾਈਨ ਹੋ ਕੇ? ਹਾਂ ਆਨਲਾਈਨ ਆ ਗਏ ਆਪਾਂ। ਗੱਲਬਾਤ ਚੱਲ ਰਹੀ ਹੈ ਕਿ ਯੂਪੀ ਚ ਜਿਵੇਂ ਕਿਸਾਨ ਅੰਦੋਲਨ ਦੁਬਾਰਾ ਸ਼ੁਰੂ ਹੋਇਆ ਕਿਉਂਕਿ ਉਹ ਲਖੀਮਪੁਰ ਚ ਜਿਹੜੇ ਕਿਸਾਨ ਮਾਰ ਦਿੱਤੇ ਗਏ ਸੀ ਉਹਦੇ ਲਈ 3 ਦਿਨ ਅੰਦੋਲਨ ਸ਼ੁਰੂ ਹੋਇਆ, ਉਸ ਮਤਲਬ ਗੱਲਬਾਤ ਚੱਲ ਰਹੀ ਸੋਢੀ ਸਾਹਿਬ ਜੀ। ਹਾਂਜੀ ਉਹ ਮੈਂ ਇੱਥੇ ਦੇਖ ਰਿਹਾ ਸੀ, ਉਹ ਇੱਥੋਂ ਵੀ ਗਏ ਆ ਬੰਦੇ, ਪੰਜਾਬ ਤੋਂ ਵੀ ਪੂਰਾ ਜੱਥਾ ਗਿਆ। ਹਾਂ ਪੰਜਾਬ ਵਾਲਿਆਂ ਨੇ ਜਾ ਕੇ ਮੋਰਚਾ ਲਾਇਆ, ਲੋਕਲ ਤਾਂ ਅਜੇ ਥੋੜੀ ਸਪੋਰਟ ਕੀਤੀ ਉਨ੍ਹਾਂ ਲੋਕਾਂ ਨੇ। ਹਾਂ ਪਰ ਦੇਖ ਲੋ ਕਿੱਡਾ ਧੱਕਾ ਹੋ ਰਿਹਾ, ਮਤਲਬ ਸਾਰਾ ਕੁਛ ਸਾਹਮਣੇ ਆ, ਪੂਰੀ ਐਵੀਡੈਂਸ ਹੈ, ਪਰ ਫੇਰ ਵੀ ਕੋਈ ਟ੍ਰਾਂਸਪੇਰੈਂਸੀ ਗੱਲ ਹੈ ਨਹੀਂ। ਉਹ ਤਾਂ ਦੇਖੋ ਸਰਕਾਰਾਂ ਜਿਹੜੀਆਂ ਨੇ ਨਾ, ਪਤਾ ਹੀ ਆਪਾਂ ਨੂੰ ਕਿ ਪੁਲਿਸ ਕਿਵੇਂ ਕੇਸ ਬੰਨਦੀ ਹੈ, ਕਿਵੇਂ ਚਾਰਜਸ਼ੀਟਾਂ। ਹੁਣ ਅਦਾਲਤਾਂ ਦੇ ਜੱਜ ਸੁਪਰੀਮ ਕੋਰਟ ਦੇ ਕਹਿੰਦੇ ਸੀ ਚਾਰ ਜੱਜ ਕਿ ਸਾਡੇ ਤੇ ਪ੍ਰੈਸ਼ਰ ਹੈ, ਬਾਹਰੀ ਪ੍ਰੈਸ਼ਰ ਹੈ, ਪ੍ਰੈਸ਼ਰ ਕੋਈ ਬਾਹਰਲੇ ਮੁਲਕ ਦਾ ਥੋੜੀ ਹੈ, ਪੋਲੀਟੀਕਲ ਲੋਕਾਂ ਦਾ ਪ੍ਰੈਸ਼ਰ ਹੈ, ਪਤਾ ਹੀ ਹੈ ਹਨਾ। ਦੇਖੋ ਹੋਮ ਮਿਨਿਸਟਰ ਉਦਾਂ ਹੀ ਚੱਲ ਰਿਹਾ ਉਹ ਜੀ। ਮੈਂ ਪਤਾ ਨੀ, ਮੈਂ ਪਬਲਿਕ ਪਲੇਟਫਾਰਮ ਤੇ ਤੁਹਾਡੇ ਨਾਲ ਪਰਸਨਲ ਗੱਲ? ਨਹੀਂ ਨਹੀਂ, ਰੇਡੀਓ ਤੇ ਗੱਲ ਆਪਣੀ ਲਾਈਵ ਹੋ ਰਹੀ ਹੈ ਜੀ। ਓਕੇ ਹਾਂਜੀ, ਉਹ ਤਾਂ ਇੱਥੇ ਬੈਠੇ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਰਾ ਸਿਸਟਮ ਜਿਹੜਾ ਹੈਗਾ ਉਹ ਇਹਨਾਂ ਨੇ ਚਲੋ ਇੱਕ ਤਰ੍ਹਾਂ ਨਾਲ, ਇਹ ਗੌਰਮੈਂਟ ਤਾਂ ਇੱਕ ਤਰ੍ਹਾਂ ਨਾਲ ਕਹਿ ਲੋ ਐਂਟੀ ਫਾਰਮਰ ਤਾਂ ਚੱਲ ਹੀ ਰਹੀ ਹੈ। ਹਾਂ ਉਹ ਤਾਂ ਕਾਰਪੋਰੇਟ ਪੂਰੀ ਦੁਨੀਆਂ ਚ ਹੀ ਆ ਰਿਹਾ ਨਾ ਇਹ ਤਾਂ, ਕਿਉਂਕਿ ਬਿਜ਼ਨਸ ਇਹ ਕਾਰਪੋਰੇਟ ਕੈਪਚਰ ਕਰਨਾ ਚਾਹੁੰਦਾ ਇਹ ਖੇਤੀ ਸੈਕਟਰ ਨੂੰ, ਹੈਨਾ। ਹਾਂਜੀ ਬਿਲਕੁਲ, ਉਹੀ ਉਹਦੇ ਉਹਦਾ ਇੱਕ ਪਾਰਟ ਹੈ ਸਾਰਾ ਕੁਛ, ਇਹ ਉਦਾਂ ਦੇ ਪ੍ਰੈਸ਼ਰ ਬਿਲਡ ਕੀਤੇ ਜਾ ਰਹੇ ਆ ਕਿ ਕਿਸੇ ਤਰ੍ਹਾਂ ਦੇ ਨਾਲ ਇਹਨਾਂ ਨੂੰ ਚੁੱਪ ਕਰਾਇਆ ਜਾਵੇ ਤੇ ਆਪਣਾ ਏਜੰਡਾ ਇੰਪਲੀਮੈਂਟ ਕੀਤਾ ਜਾਵੇ। ਉਹਦੇ ਚ ਇਹਨਾਂ ਨੂੰ ਸਭ ਤੋਂ ਵੱਡੀ ਅੜਚਨ ਜਿਹੜੀ ਉਹ ਪੰਜਾਬ ਦੀ ਆਉਂਦੀ ਹੈ। ਹਾਂ ਕਿਉਂਕਿ ਪੰਜਾਬ ਵਿਰੋਧ ਕਰਦਾ, ਪੰਜਾਬ ਹਾਂ ਖੇਤੀ ਸੈਕਟਰ ਦਾ ਧੁਰਾ ਹੈ ਪੰਜਾਬ, ਬਾਕੀ ਤਾਂ ਇੰਡੀਆ ਚ ਫਾਰਮਰ ਇੰਨੇ ਇਕਜੁੱਟ ਨਹੀਂ ਹੁੰਦੇ, ਉਨ੍ਹਾਂ ਚ ਡਰ ਵੀ ਹੈ, ਉਹ ਐਜੀਟੇਸ਼ਨਾਂ ਨਹੀਂ ਕਰ ਪਾਉਂਦੇ। ਤੇ ਪੰਜਾਬ ਕਿਉਂਕਿ ਐਜੀਟੇਸ਼ਨ ਭਾਵੇਂ ਜੰਗੇ ਆਜ਼ਾਦੀ ਦੀ ਹੈ ਭਾਵੇਂ ਕੋਈ ਹੋਰ ਐਜੀਟੇਸ਼ਨ ਨੂੰ ਪੰਜਾਬ ਮੋਹਰੀ ਹੈ, ਟਿੱਟਕਾ ਟੱਕਾ ਕਰ ਲੈਂਦਾ ਕਿਉਂਕਿ ਆਜ਼ਾਦੀ ਦਾ ਅੰਦੋਲਨ ਜੇ ਦੇਖਿਆ ਜਾਵੇ ਤਾਂ ਪਗੜੀ ਸੰਭਾਲੋ ਜੱਟਾ ਕਿਸਾਨੀ ਅੰਦੋਲਨ ਸੀ ਜਿਹੜਾ ਆਜ਼ਾਦੀ ਦੀ ਲਹਿਰ ਚ ਬਦਲਿਆ, ਹੈਨਾ। ਸੋ ਇਸ ਕਰਕੇ ਪੰਜਾਬ ਤੋਂ ਉਮੀਦ ਰੱਖਦਾ ਇੰਡੀਆ, ਹੈਨਾ, ਪੂਰੀ ਦੁਨੀਆਂ ਚ ਚਰਚਿਤ ਹੋਇਆ ਕਿਸਾਨ ਅੰਦੋਲਨ ਜੀ।
ਇਹਨਾਂ ਨੂੰ ਦਿੱਕਤ ਇਹੀ ਆਉਂਦੀ ਕਿ ਪੰਜਾਬ ਨੂੰ ਜਾਂ ਪੰਜਾਬ ਦੇ ਕਿਸਾਨਾਂ ਨੂੰ ਕਿਵੇਂ ਕਾਬੂ ਕਰੀਏ। ਪੰਜਾਬ ਅੰਦੋਲਨ ਨਹੀਂ ਉੱਠੇਗਾ, ਇੰਡੀਆ ਚ ਅੰਦੋਲਨ ਨਹੀਂ ਉੱਠੇਗਾ, ਇਹ ਤਾਂ ਗੱਲ ਸਪਸ਼ਟ ਹੈ। ਇਸੇ ਕਰਕੇ ਉਹ ਕੇਜਰੀਵਾਲ ਰਾਹੀਂ ਅੰਦੋਲਨ ਖਿਲਾਰਿਆ ਗਿਆ ਤੇ ਹੁਣ ਵੀ ਅੰਦੋਲਨ ਚ ਬਹੁਤ ਸਾਰੀਆਂ ਤਿਕੜਮਬਾਜ਼ੀਆਂ ਨੇ, ਇਹਨਾਂ ਧਿਰਾਂ ਨੂੰ ਫਾੜ ਰਹੇ ਨੇ ਕਿ ਇਹ ਜੇ ਇਕੱਠੇ ਹੋ ਗਏ ਤੇ ਫਿਰ ਅੰਦੋਲਨ ਵਿੱਢਣਗੇ ਤੇ ਕਾਰਪੋਰੇਟ ਨੂੰ ਦਿੱਕਤ ਆਏਗੀ। ਰਿਲਾਇੰਸ ਨੂੰ ਉਨ੍ਹਾਂ ਦੇ ਕਿੰਨੇ, ਰਿਲਾਇੰਸ ਦੇ ਸ਼ੋਰੂਮ ਬੰਦ ਹੋਏ, ਕਰੋੜਾਂ ਦਾ ਘਾਟਾ ਪਿਆ ਤੇ ਉਹ ਬਾਈ ਜੀ ਕਦੋਂ ਬਰਦਾਸ਼ਤ ਕਰਨਗੇ? ਉਹ ਤਾਂ ਇਹਨਾਂ ਨੂੰ ਡਿਫੇਮ ਕਰਨਗੇ, ਇਹਨਾਂ ਚ ਆਪਣੇ ਬੰਦੇ ਪਾੜਨਗੇ, ਰੁਪਈਆ ਸੁੱਟਣਗੇ, ਹੈਨਾ, ਤੇ ਸੱਚੇ ਝੂਠੇ ਕੇਸ ਦਰਜ ਕਰਨਗੇ। ਉਹ ਤਾਂ ਇਸ ਅੰਦੋਲਨ ਦੇ ਵਿਚ ਮੀਡੀਆ ਵੀ ਇਹਨਾਂ ਨੂੰ ਬਦਨਾਮ ਕਰੇਗਾ, ਹੈਨਾ, ਕਿ ਪੈਸੇ ਖਾ ਗਏ, ਆਹ ਕਰਗੇ, ਆਹ ਕਰਗੇ। ਤੇ ਠੀਕ ਹੈ ਕਿ ਧੋਖਾ ਹੋਇਆ, ਬੇਕੂਫੀ ਇਹਨਾਂ ਚ ਕੁਛ ਬੰਦਿਆਂ ਨੇ ਕੀਤੀ ਹੈ, ਪਰ ਇਸ ਬਿਨਾਂ ਤੇ ਕਿਸਾਨ ਅੰਦੋਲਨ ਜਿਹੜਾ ਹੈਗਾ ਨਾ, ਉਹ ਮੱਠਾ ਨਹੀਂ ਪੈਣਾ ਚਾਹੀਦਾ, ਕਿਉਂਕਿ ਪਬਲਿਕ ਪ੍ਰੋਟੈਸਟ ਦਾ ਇਕ ਕਾਰਨ ਆ, ਪ੍ਰੈਸ਼ਰ ਗਰੁੱਪ ਹੈ, ਅਗਨੀਵੀਰਾਂ ਦਾ ਮਾਮਲਾ ਸੀ ਜਾਂ ਉਹ ਮਾਮਲਾ ਸੀ, ਤੇ ਉਥੇ ਕਿਤੇ ਨਾ ਕਿਤੇ ਫਿਰ ਇਸ ਅੰਦੋਲਨ ਦਾ ਉੱਠਣਾ ਜ਼ਰੂਰੀ ਵੀ ਹੈ, ਕਿਉਂਕਿ ਇਹ ਕੋਈ ਨਿੱਜੀ ਅੰਦੋਲਨ ਨਹੀਂ ਹੈ, ਇਹ ਮਜ਼ਦੂਰਾਂ ਦਾ, ਲੇਬਰ ਐਕਟ ਆ ਰਿਹਾ, ਸਭ ਕੁਝ ਆ ਰਿਹਾ, ਕਿਉਂਕਿ ਪੋਲੀਟੀਕਲ ਪਾਰਟੀਆਂ ਤਾਂ ਹੁਣ ਅੰਦੋਲਨ ਕਰ ਨਹੀਂ ਸਕਦੀਆਂ, ਕਿਉਂਕਿ ਆਪ ਦਾਗੀ ਨੇ ਜਿਹੜੀ ਪੋਲੀਟੀਕਲ ਪਾਰਟੀ ਅੰਦੋਲਨ ਕਰਦੀ ਹੈ ਉਹਦੇ ਖਿਲਾਫ ਹੀ CBI ਜਾਂ ED ਰੇਡ ਸ਼ੁਰੂ ਹੋ ਜਾਂਦੀ ਹੈ। ਸੋ ਇਸ ਕਰਕੇ ਪਬਲਿਕ ਪ੍ਰੈਸ਼ਰ ਜ਼ਰੂਰੀ ਹੈ, ਜਿਵੇਂ ਤੁਹਾਡੇ ਮੁਲਕਾਂ ਚ ਜੀ। ਤੁਹਾਡੀ ਸਾਹਿਬ ਥੈਂਕ ਯੂ, ਥੈਂਕ ਯੂ ਤੁਹਾਡੀ ਸਾਹਿਬ, ਮਿਹਰਬਾਨੀ ਜੋੜਨ ਦੇ ਵਾਸਤੇ। ਲਾਲੀ ਟੋੜਾ ਜੀ ਸਵਾਗਤ ਹੈ, ਲਾਲੀ ਟੋੜਾ ਜੀ ਤੁਹਾਡੇ ਇੱਧਰਲੇ, ਫਿਰ ਤੁਹਾਡੇ ਉੱਧਰਲੇ ਘਰੇ ਚਲੇ ਗਏ, ਕਿਸਾਨ ਅੰਦੋਲਨ ਦਾ ਅੱਜ ਸਵੇਰੇ ਕਾਫੀ ਗੱਲਾਂ ਬਾਤਾਂ ਹੋਈਆਂ ਲਾਲੀ ਨਾਲ, ਇਸ ਦੀ ਹਕੀਕਤ ਬਾਰੇ ਕੀ ਮਹਿਸੂਸ ਕਰਦੇ ਹੋ ਲਖੀਮਪੁਰ? ਹਾਂਜੀ ਟੋੜਾ ਸਾਹਿਬ, ਸਤਿ ਸ੍ਰੀ ਅਕਾਲ ਜੀ, ਪਹਿਲਾਂ ਸਾਰੇ ਮੈਂ ਨਾ ਇੱਕ ਵੈਸਪਾ, ਚਲੋ ਮੈਂ ਇੱਥੇ ਗੱਲ ਕਰਕੇ ਚੁੱਕਿਆ, ਇੱਥੇ ਨਾ ਪਰਵਿੰਦਰ, ਉਹਦਾ ਨਾਂ ਪਰਵਿੰਦਰ ਹੀ ਆ, ਉਹਨਾਂ ਤੁਹਾਨੂੰ ਕਾਲ ਕਰਨਗੇ ਤੁਹਾਨੂੰ, ਤੇ ਮੈਂ ਸਾਰੀ ਜਾਣਕਾਰੀ ਉਹਨਾਂ ਨੂੰ ਲਈ ਆ, ਪਟਿਆਲ ਦੇ ਵਿੱਚ ਆ, ਉਹ ਤੁਹਾਨੂੰ ਸਾਰਾ ਨਾ ਤੁਹਾਨੂੰ ਡਿਟੇਲ ਦੇਣਗੇ, ਉੱਥੇ ਸਾਰੀ ਉਹਨਾਂ ਦੀ ਜੂਨੀਅਰ ਨਾ ਬਜੀਦਪੁਰ ਵਾਲੇ ਸਾਰੇ ਉਹਨਾਂ ਦੇ ਪਰਿਵਾਰ ਉੱਥੇ, ਮਤਲਬ ਰਿਸ਼ਤੇਦਾਰ। ਕੋਈ ਨੀ, ਮੇਰੇ ਪਰਸਨਲ ਨੰਬਰ ਦੇ ਦਿਓ ਜਾਂ ਮੈਨੂੰ ਨੰਬਰ ਸੈਂਡ ਕਰ ਦਿਓ, ਆਪਾਂ ਜ਼ਰੂਰ ਅਪਡੇਟ ਲਵਾਂਗੇ। ਥੈਂਕ ਯੂ ਲਾਲੀ। ਹਾਂਜੀ ਹਾਂਜੀ, ਉਹ ਸਾਰੀ ਅਪਡੇਟ ਦੇਣਗੇ, ਹਾਂ ਤੁਸੀਂ ਅਟੈਂਡ ਕਰ ਲਓ ਪਲੀਜ਼। ਮਿਹਰਬਾਨੀ ਲਾਲੀ ਜੀ, ਮਿਹਰਬਾਨੀ, ਥੈਂਕ ਯੂ। ਤੇ ਸੁਰਿੰਦਰ ਵੀਰ, ਇਸ ਅੰਦੋਲਨ ਦੇ ਵਿਚ ਇਕ ਤੇ ਸਵਾਲ ਸੀਗਾ ਬਾਈ ਜੀ ਹੋਰਾਂ ਦਾ, ਮੁਸ਼ਤਾਕ ਹੋਰਾਂ ਦਾ, ਕਹਿੰਦੇ ਵੀ ਕੀ ਬਾਕੀ ਜਥੇਬੰਦੀਆਂ ਇਕਜੁੱਟ ਹੋ ਗਈਆਂ? ਇਕ ਬੀਬੀ ਬਲਜਿੰਦਰ ਕੌਰ ਬਾਰੇ ਪੁੱਛਿਆ ਸੀ ਕਿ ਉਨ੍ਹਾਂ ਤੇ ਕੋਈ ਚਰਚਾ ਕਿ ਦੋ ਬੰਦਿਆਂ ਨੂੰ ਪਨਾਹ ਦਿੱਤੀ ਹੈ ਉਨ੍ਹਾਂ ਨੇ, ਇਹਦੇ ਤੇ ਦਿਓ ਅਪਡੇਟ, ਤੇ ਕਿਸਾਨ ਅੰਦੋਲਨ ਦੀ ਰੂਪਰੇਖਾ ਤੇ ਦਿਓ ਅਪਡੇਟ, ਤੇ ਫਿਰ ਪੰਜਾਬ ਸਰਕਾਰ ਦੇ ਕੀ ਹਾਲ ਅਹਿਵਾਲ ਨੇ ਉਹਦੇ ਤੇ ਵੀ ਕੰਪਲੀਟ ਕਰਿਓ ਜੀ ਸੁਰਿੰਦਰ ਜੀ। ਸਭ ਤੋਂ ਪਹਿਲਾਂ ਕਿਸਾਨੀ ਅੰਦੋਲਨ ਦੇ ਕੋਈ ਗੱਲ ਇਹ ਆ, ਅੰਦੋਲਨ ਉੱਠਣਾ ਚਾਹੀਦਾ, ਪਰ ਅੰਦੋਲਨ ਉਸ ਹਿਸਾਬ ਨਾਲ ਜੀ ਉੱਠ ਨਹੀਂ ਰਿਹਾ। ਗੱਲ ਇਹ ਲੀਡਰਾਂ ਦੀ ਗੱਲ, ਸਾਰੇ ਇੱਕ ਜਗ੍ਹਾ ਇਕੱਠੇ ਨਹੀਂ ਆ, ਤਿੰਨ ਧੜੇ ਪੰਜਾਬ ਚ ਨੇ, ਤਿੰਨ ਦੇ ਵਿੱਚ ਗਿਣੋ ਤੇ ਪੰਜ ਨੇ, ਉਹ ਧੜੇਬੰਦੀਆਂ ਚ ਅਲੱਗ ਅਲੱਗ ਬੈਠੇ ਨੇ, ਜਿਹੜੇ ਗਏ ਨੇ ਠੀਕ ਆ, ਉੱਥੇ ਪਹੁੰਚ ਗਏ ਨੇ, ਪਰ ਲੋਕਲ ਸਪੋਰਟ ਉਸ ਲੈਵਲ ਦੀ ਨਹੀਂ ਮਿਲੀ, ਨਾ ਹੀ ਹਰਿਆਣੇ ਤੋਂ ਕੋਈ ਵੱਡੀ ਸਪੋਰਟ ਮਿਲੀ ਆ। ਸੋ ਇਸ ਕਰਕੇ ਆ ਅੰਦੋਲਨ ਖੜਾ ਹੋਇਆ ਵਾ, ਚੰਗੀ ਗੱਲ ਆ ਅੰਦੋਲਨ ਖੜਾ ਹੋਵੇ, ਪਰ ਬਦਕਿਸਮਤੀ ਇਹ ਆ, ਜੇ ਇਸ ਵੇਲੇ ਅੰਦੋਲਨ ਚੱਕਣਾ ਚਾਹੀਦਾ ਸੀ ਉਸ ਵੇਲੇ ਬੰਦ ਕਰ ਦਿੱਤਾ, ਹੁਣ ਲੱਗੇ ਨੇ, ਦੇਖੋ ਕੁਛ ਮਿਲਦਾ ਕਿ ਨਹੀਂ ਮਿਲਦਾ, ਪਰ ਮੈਨੂੰ ਚਾਂਸ ਬਹੁਤ ਘੱਟ ਲੱਗਦੇ ਨੇ, ਕੇਸ ਉਸੇ ਤਰ੍ਹਾਂ ਟ੍ਰਾਇਲ ਹੋਣਗੇ ਉਸੇ ਤਰ੍ਹਾਂ ਚੱਲੀ ਜਾਏਗਾ, ਲੇਕਿਨ ਜਿਹੜੇ ਵਿਚਾਰੇ ਨਜਾਇਜ਼ ਚੰਗੇ ਗਏ, ਜਿਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਸੀ, ਜਿਹੜੇ 302 ਦੇ ਕੇਸ ਦਾ ਸਾਹਮਣਾ ਕਰ ਰਹੇ ਆ, ਚੰਗੀ ਗੱਲ ਹੈ, ਦੇਰੀ ਨਾਲ ਚੱਕਿਆ, ਦਰੁਸਤ ਕਦਮ ਹੈ। ਸਵਰਨ ਸਿੰਘ ਸ਼ੇਰਗਿੱਲ ਸਾਹਿਬ ਸਵਾਗਤ ਹੈ, ਸਤਿ ਸ੍ਰੀ ਅਕਾਲ ਬਾਈ ਜੀ। ਸਰ ਜੀ, ਜਿਹੜੀ ਭਗਵਾਨ ਸਾਹਿਬ ਨੇ ਦਵਾਈ ਭੇਜੀ ਗਏ, ਰੁਕੀ ਗਈ ਹੈ ਜੀ, ਚਲਾ ਲਈ ਗਈ ਜਾ ਕੇ। ਅੱਛਾ, ਕੀ ਹਾਲਾਤ ਨੇ ਪਿੰਡਾਂ ਚ ਸ਼ੇਰਗਿੱਲ ਸਾਹਿਬ ਵੱਲੋਂ? ਬਹੁਤ ਬੁਰੇ ਹਾਲਤ ਹੈ ਜੀ, ਹੁਣ ਮੇਰੀ ਗਾਂ ਮਰ ਗਈ ਜੀ ਇੱਕ। ਓ ਮਾਈ ਗੋਡ। ਤੇ ਕਿੰਨੇ ਦਿਨ ਮਤਲਬ ਬਿਮਾਰ ਇਹ ਰਹੀ, ਕੋਈ ਦੁਬਾਰਾ ਉੱਠੀ ਨੀ ਜਾਂ ਨਾ? ਉੱਠਦੀ ਰਹੀ ਜੀ, ਪਹਿਲਾਂ ਥੋੜਾ ਚਿਰ ਜਿਹੜਾ ਸਰਕਾਰੀ ਡਾਕਟਰ ਆਯਾ ਜੀ ਓਹਨੂੰ ਬੁਲਾਉਂਦੇ ਰਹੇ, ਓਹਨੂੰ ਟੀਕੇ ਲਿਖ ਦਿੰਦੇ ਤਾਂ ਉਹ ਲੈ ਆਉਂਦੇ ਤੇ ਮੈਡੀਕਲ ਦੇ ਜਾ ਕੇ ਲਾਉਣ ਦੀ ਪ੍ਰੋਸੀਜਰ ਲੱਗ ਗਿਆ ਜੀ। ਸਰਕਾਰੀ ਡਾਕਟਰ ਕੋਲ ਸਰਕਾਰੀ ਦਵਾਈ ਕੋਈ ਨੀ ਸੀ? ਕੋਈ ਦਵਾਈ ਨੀ ਜੀ।
ਗੋਟ ਪੋਕਸ ਹੀ ਦਿੰਦੇ ਆ ਨਾ ਉਹ ਤਾਂ 15 ਦਿਨ ਬਾਅਦ ਕੰਮ ਕਰਨਾ ਸ਼ੁਰੂ ਕਰਦੀ ਹੈ ਹੋਰ ਤਾਂ ਕੋਈ ਦਵਾਈ ਨਹੀਂ ਹੈ ਉਹ ਵੀ ਨਹੀਂ ਆਈ ਜੀ ਹਜੇ ਤੱਕ ਮੇਰੇ ਪਿੰਡ ਡਿਸਪੈਂਸਰੀ ਅੱਛਾ ਉਹ ਵੀ ਨਹੀਂ ਆਈ ਉਹ ਤਾਂ ਮਤਲਬ 3-4 ਲੱਖ ਪਸ਼ੂਆਂ ਨੂੰ ਅਜੇ ਮਤਲਬ ਆਈ ਹੈ 1.5 ਲੱਖ ਡੋਜ਼ ਪਹਿਲਾਂ ਮੰਗਾਈ ਆ 65,000 ਪਹਿਲਾਂ ਮੰਗਾਈ ਆ 2.5 ਲੱਖ ਲੱਗਦੀ ਉਹਨੂੰ ਬੁਲਾਓ ਜੀ ਉਹ ਆਪਣੇ ਟੀਕੇ ਲਾ ਜਾਂਦਾ ਟੀਕੇ ਲਾ ਕੇ ਪੁੱਛੋ ਕਿੰਨੇ ਪੈ ਜਾਂਦੇ 200 ਰੁਪਏ ਅੱਛਾ ਉਹ ਤਾਂ ਪ੍ਰਾਈਵੇਟ ਸਰ ਆਪਣੇ ਕੋਲੋਂ ਲਾਉਂਦੇ ਆ ਸਵਰਨ ਸਿੰਘ ਜੀ ਕੀ ਲੱਗਦਾ ਕਿ ਬਿਮਾਰੀ ਵਧੀ ਕਿਉਂਕਿ ਡਾਟਾ ਤਾਂ ਸਰਕਾਰ ਨੇ ਵੀ ਜਾਰੀ ਕਰ ਦਿੱਤਾ ਕੱਲ ਪਸ਼ੂ ਬਹੁਤ ਜ਼ਿਆਦਾ ਮਰੇ ਨੇ ਤੇ ਅਵਾਰਾ ਪਸ਼ੂ ਵੀ ਮੈਂ ਦੇਖਿਆ ਇੱਥੇ ਸਾਡੇ ਮੰਡੀ ਚ ਸਾਨ ਖੜਾ ਸੀ ਸਾਰਾ ਉਹ ਵਿਚਾਰਾ ਭਰਿਆ ਪਿਆ ਬਿਮਾਰੀ ਨਾਲ ਫੋੜਿਆ ਨਾਲ ਬਲੈਟਿਆਂ ਨੂੰ ਵੀ ਆ ਰਹੀ ਹੈ ਦੇਸੀਆਂ ਨੂੰ ਵੀ ਆ ਰਹੀ ਹੈ ਸਾਡੇ ਕੋਲ ਬੱਚਾ ਰੱਖਿਆ ਹੋਇਆ ਜੀ ਘੱਟ ਲਿਆਉਣ ਵਾਸਤੇ ਹਾਂ ਉਹ ਕੱਲ ਦਾ ਵਿਚਾਰਾ ਇੰਨਾ ਤੰਗ ਆ ਜੀ ਉਹਨੂੰ ਇੰਨਾ ਬੁਖਾਰ ਆ ਜੀ ਮੈਂ ਥਰਮਾਮੀਟਰ ਲੈ ਆਪੇ ਬੁਖਾਰ ਵੱਧ ਜਾਂਦਾ ਜੀ ਫਿਰ ਛੱਡ ਦਿੰਦਾ ਹੁਣ ਕੱਲ ਤੇ ਤੂੰ ਰੈਸਟ ਕਰ ਬਾਈ ਤੂੰ ਆਪ ਹੀ ਤੰਗ ਸਾਡੇ ਘੱਟ ਵੀ ਲੈਣੇ ਡਾਇਰੈਕਟਰ ਥੱਲੇ ਕੇ ਆਇਆ ਕਰੂੰਗਾ ਜੀ ਦਵਾਈ ਕੀ ਕਰਨੀ ਚੋਪਰ ਪੰਜਾਬ ਸਰਕਾਰ ਦਾ ਚੁਟਾਲਾ ਲਈ ਫਿਰਦਾ ਹਰਿਆਣੇ ਵਾਲਾ ਡਿਪਟੀ ਸੀਐਮ ਤੇ ਆਪ ਜਨਾਬ ਹੋਰੀ ਸ਼ਿਮਲੇ ਫਿਰਦੇ ਨੇ ਰੈਲੀਆਂ ਕਰਦੇ ਗੁਜਰਾਤ ਫਿਰਦੇ ਨੇ ਇੱਥੇ ਦਵਾਈ ਕਿਹੜੀ ਆਉਣੀ ਆ ਡਰਾਮੇ ਨੇ ਫਿਰ ਕਹਿੰਦੇ ਅਸੀਂ ਖਬਰਾਂ ਅੱਛਾ ਯੂਪੀ ਜਾਣ ਵਾਸਤੇ ਇਕੱਠੇ ਹੋ ਰਹੇ ਤੁਹਾਡੇ ਵੀ ਓਕੇ ਥੈਂਕ ਯੂ ਸ਼ਿਰਲ ਸਾਹਿਬ ਬੜਾ ਮਾੜਾ ਹੋਇਆ ਜੀ ਦੇਖੋ ਵੈਸੇ ਸਾਡੇ ਵੀ ਸੁਰਿੰਦਰ ਵੀਰ ਆਪਣੇ ਇੱਕ ਬੱਚੀ ਦੇਸੀ ਜੀ ਇੱਥੇ ਫਿਰਦੀ ਫੜੀ ਸੀ ਸਾਹੀਵਾਲ ਲਾਸਟ ਈਅਰ ਤੇ ਉਹ 2 ਸਾਲ ਦੀ ਹੈ ਵਧੀਆ ਕੱਦ ਕੁੱਦ ਕਰ ਗਈ ਸੀ ਨਵੇਂ ਦੁੱਧ ਅਜੇ ਹੋਈ ਨੀ ਉਹਨੂੰ ਵੀ ਨਾ ਮਤਲਬ 4-5 ਦਿਨਾਂ ਤੋਂ ਧੱਫੜ ਨਿਕਲਿਆ ਵੈਸੇ ਉਹ ਦੂਸਰੀਆਂ ਗਾਵਾਂ ਨਾਲ ਅੱਡ ਕੀਤੀ ਹੋਈ ਹੈ ਇੰਜੈਕਸ਼ਨ ਲਵਾ ਰਹੇ ਹਾਂ ਤੇ ਕੱਖ ਉਹ ਖਾਂਦੀ ਹੈ ਜਗਾਲੀ ਕਰਦੀ ਹੈ ਮੈਂ ਹੁਣ ਵੀ ਦੇਖਿਆ ਸੀ ਮਤਲਬ ਉਰੇ ਸ਼ਹਿਰਾਂ ਚ ਵੀ ਹੈਗੀ ਨਾਲ ਸਾਡੇ ਕੋਈ ਬਾਹਰੋਂ ਪਸ਼ੂ ਆਉਂਦਾ ਜਾਂਦਾ ਨਹੀਂ ਹੈ ਉਹ ਦੇਸੀ ਵੱਛੀ ਨੂੰ ਹੋਈ ਹੈ ਜਿਹੜੀਆਂ ਦੂਸਰੀਆਂ ਵਲੈਤੀ ਨੇ ਉਹ ਅਜੇ ਬਚਾ ਆਇਆ ਸੋ ਮੁੰਡਾ ਸਾਡਾ ਵੀ ਚਿੰਤਾ ਚ ਅਮਰੀਕ ਸਿੰਘ ਤੇ ਆਪਣਾ 61 ਨੰਬਰ ਸਵਾਗਤ ਹੈ ਜੀ ਤੁਹਾਡਾ 61 ਹੋਲਡ ਰੱਖਿਓ ਗੱਲ ਕਰੋ ਸਰ ਤੁਸੀਂ ਆਪਣਾ 93 ਨੰਬਰ 61 ਨੰਬਰ ਹੋਲਡ ਰੱਖਣਾ ਭਾਜੀ ਹਾਂ ਮਾਨੂ ਕੇ ਸਾਹਿਬ ਗੱਲ ਕਰੋ ਪਲੀਜ਼ ਜੀ ਬਾਈ ਜੀ ਜਿਹੜੇ ਆਏ ਸੀ ਜੀ ਉਹ ਕਹਿੰਦੇ ਜੀ ਬੁਖਾਰ ਆ ਬਿਹੜੇ ਨੂੰ ਜੀ ਉਹ ਦਰਅਸਲ ਸਰ ਬੁਖਾਰ ਤਾਂ ਬਹੁਤ ਚੜਦਾ ਜੀ ਲੈਂਦੀ ਸਕਿਨ ਦੇ ਨਾਲ ਸਰ ਲੇਕਿਨ ਇਹਦਾ ਸੌਖਾ ਇਲਾਜ ਹੈ ਇਹਦੀ ਟੀਕੇ ਇੰਜੈਕਸ਼ਨ ਵੀ ਲਾਈ ਜਾ ਰਹੇ ਤੇ ਸਰ ਉਹਦੇ ਸਿਰ ਦੇ ਉੱਪਰ ਪਾਣੀ ਜ਼ਰੂਰ ਪਾਉਣ ਕਿਉਂਕਿ ਜੀ ਜ਼ਿਆਦਾਤਰ ਜਿਹੜੇ ਜਾਨਵਰ ਨੁਕਸਾਨੇ ਗਏ ਆ ਉਹ ਬੁਖਾਰ ਦੇ ਨਾਲ ਅਟੈਕ ਆਉਂਦਾ ਜੀ ਪਸ਼ੂਆਂ ਨੂੰ ਜ਼ਿਆਦਾ ਬੁਖਾਰ ਜਦੋਂ ਹਾਈ ਹੋ ਜਾਂਦਾ ਨਾ ਥੋੜੇ ਬਹੁਤ ਲੈਂਥੀ ਸਕਿਨ ਦੀ ਪ੍ਰੋਬਲਮ ਹੋਈ ਹੈ ਲੇਕਿਨ ਉਹ ਆਟੋਮੈਟਿਕ ਉਹਨਾਂ ਦੇ ਕੋਈ ਇੰਜੈਕਸ਼ਨ ਨਹੀਂ ਲੱਗਿਆ ਉਹ ਬਿਲਕੁਲ ਠੀਕ ਹੋ ਗਏ ਘਰੇਲੂ ਪਸ਼ੂ ਆ ਸਰ ਉਹਨਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਬਾਕੀ ਸਰ ਜਿਵੇਂ ਜਿਹੜੀ ਮੈਂ ਤੁਹਾਨੂੰ ਵੀਡੀਓ ਪਾਈ ਸੀ ਉਹ ਅਖਾੜੇ ਵਾਲੀ ਹੋਰ ਬਰਾਤ ਵਾਲੀ ਨਹਿਰ ਦੀ ਸਰ ਉਹ 10 ਦਿਨ ਹੋ ਗਏ ਘੱਟੋ ਘੱਟ ਪਸ਼ੂ ਫਸਿਆਂ ਨੂੰ ਅੱਜ ਵੀ ਮੈਂ ਜਾ ਕੇ ਹੁਣ ਵੀਡੀਓ ਬਣਾ ਕੇ ਸਾਡੀ ਬੀਬੀ ਮਾਂਕੇ ਨੂੰ ਵੀ ਸੈਂਡ ਕੀਤੀ ਹੈ ਸਰਬਜੀਤ ਕੌਰ ਨੂੰ ਸਾਡੇ ਪਿੰਡ ਦੀ ਜਿਹੜੀ ਸਰ ਕੋਈ ਕਾਰਵਾਈ ਨੀ ਸਰ ਉਹ ਬਿਲਕੁਲ ਪਸ਼ੂ ਗਲ ਗਲ ਕੇ ਕੁਛ ਤਾਂ ਨਿਕਲ ਗਏ ਕੁਛ ਅਜੇ ਸਾਰੇ ਅੱਜ ਕੱਲ ਦੇ ਵੀ ਫਸੇ ਹੋਏ ਆ ਹੁਣ ਵੀਡੀਓ ਤੁਹਾਨੂੰ ਸਰ ਸੈਂਡ ਕਰੂੰਗਾ ਲੇਕਿਨ ਉਹ ਮਾਣੂਗੇ MLA ਨੂੰ ਪਾਈ ਸਰ ਕੋਈ ਕਾਰਵਾਈ ਨੀ ਕੁਛ ਨੀ ਸਰ ਬੁਰੇ ਹਾਲਾਤ ਆ ਸਰ ਉਹ ਪੁਲ ਹੈਗਾ ਸਰ ਨੀਵਾ ਅਬੋਹਰ ਬਰਾਂਚ ਦੀ ਨਹਿਰ ਆ ਅਖਾੜੇ ਦੀ ਕੋਠੀ ਤੋਂ 3 ਕਿਲੋਮੀਟਰ ਉਹ ਪੈਂਦਾ ਰਸਤਾ ਬਹੁਤ ਜਿਆਦਾ ਮੁਸ਼ਕਿਲ ਆ ਸਰ ਉਹ 1-2 ਪਿੰਡਾਂ ਨੂੰ ਰਸਤਾ ਜਾਂਦਾ ਲੇਕਿਨ ਸਰ ਉਹ ਨਾ ਪਿੰਡ ਵਾਲੇ ਕੋਈ ਸਰਪੰਚ ਕਾਰਵਾਈ ਕਰ ਰਿਹਾ ਨਾ ਕੁਛ ਨਾ ਕੋਈ ਹਾਲਾਤ ਆ ਨਾ ਕੋਠੀ ਵਾਲੇ ਕਾਰਵਾਈ ਕਰ ਰਹੇ 3 ਕਿਲੋਮੀਟਰ ਤੇ ਸਰ ਨਹਿਰੀ ਵਿਭਾਗ ਬੈਠਾ ਬਿਮਾਰੀ ਫੈਲ ਜਾਏਗੀ ਇਨਫੈਕਸ਼ਨ ਵਧੇਗੀ ਲੋਕਾਂ ਨੂੰ ਬਹੁਤ ਸਰ ਬਹੁਤ ਜਿਆਦਾ ਪ੍ਰੋਬਲਮ ਆ ਸਰ ਉੱਥੇ ਜੰਗਲੀ ਕੁੱਤੇ ਸਰ ਜਿਹੜੇ ਹੱਡਾ ਰੂੜੀ ਵਾਲੇ ਆ 30-40 ਕੁੱਤੇ ਸਰਦੇ ਜਾਂਦੇ ਆ ਸਰ ਓ ਮਾਈ ਗੋਡ ਵੈਰੀ ਗੁੱਡ ਥੈਂਕ ਯੂ ਮਾਨੂਕ ਸਾਹਿਬ ਦੇਖੋ ਹਾਲਾਤ ਤਾਂ ਮਾੜੇ ਨੇ ਪਰ ਇਹਦੇ ਚ 61 ਨੰਬਰ ਸਵਾਗਤ ਸਤਿ ਸ੍ਰੀ ਅਕਾਲ ਜੀ 461 ਨੰਬਰ
हां जी सत श्री अकाल जी। जी मैं यूपी तो पलविंदर सिंह बोलता सी। हां पलविंदर सिंह गल करो, स्वागत है तुहाडा। हां जी मैनू ना ਸਾਡੀ ਥੋੜਾ ਜਿਹਾ ਫੋਨ ਆਇਆ ਸੀ, ਆਪਾਂ ਇਸ ਵਕਤ ਰੇਡੀਓ ਤੇ ਹਾਂ ਕਿਸਾਨ ਅੰਦੋਲਨ ਦੀ ਗੱਲ ਕਰਨ ਵਾਸਤੇ। ਹਾਂਜੀ ਹਾਂਜੀ ਤੇ ਉਹਦੇ ਵਾਸਤੇ ਮੈਨੂੰ ਕਿਵੇਂ ਕਿਹੜੀ ਜਗ੍ਹਾ ਤੋਂ ਯੂਪੀ ਚ ਤੁਸੀਂ ਪਲਵਿੰਦਰ ਸਿੰਘ ਜੀ ਕਿਵੇਂ ਚੱਲ ਰਿਹਾ ਹੈ ਲੋਕਲ ਲੋਕਾਂ ਦਾ ਸਹਿਯੋਗ ਇਸ ਅੰਦੋਲਨ ਨੂੰ ਲੈ ਕੇ, ਕੋਈ ਰਾਹਤ ਮਹਿਸੂਸ ਕਰਦੇ ਹੋ? ਜਿਵੇਂ ਪੰਜਾਬ ਦੇ ਕਿਸਾਨ ਇਕੱਠੇ ਹੋਏ ਨੇ ਜਿਹੜੇ ਪੀੜਿਤ ਕਿਸਾਨ ਸੀ, ਉਹ ਕੋਈ ਰਾਹਤ ਮਹਿਸੂਸ ਕਰਦੇ ਨੇ ਇਸ ਅੰਦੋਲਨ ਦੇ ਸ਼ੁਰੂ ਹੋਣ ਤੋਂ, ਕਿਉਂਕਿ ਉਹਨਾਂ ਦੀ ਗੱਲ ਤਾਂ ਚੱਲਣ ਲੱਗੀ ਹੈ ਨਾ ਹੁਣ? ਹਾਂਜੀ ਦੇਖੋ ਜੀ ਏਦਾਂ ਆ, ਜਿਲ੍ਹੇ ਪੰਜਾਬ ਤੋਂ ਸਾਡੀਆਂ ਜਥੇਬੰਦੀਆਂ ਇੱਥੇ ਪਹੁੰਚਦੀਆਂ, ਕਿਤੇ ਨਾ ਕਿਤੇ ਸਾਡਾ ਜਾਣੀ ਕਿ ਸੀਨਾ ਚੁੜਾ ਤਾਂ ਹੁੰਦਾ ਹੀ ਹੁੰਦਾ ਆ, ਤੇ ਅਸੀਂ ਆਪਣੇ ਆਪ ਨੂੰ ਬਹੁਤ ਜਾਣੀ ਮਜ਼ਬੂਤ ਸਮਝਦੇ ਆ ਔਰ ਜਿਹਨੂੰ ਜਿੱਦਾਂ ਸਾਨੂੰ ਪਹਿਲਾਂ ਤੋਂ ਇਗਨੋਰ ਕਰਦੇ ਆਏ ਆ। ਕੋਈ ਡਰ ਤਾਂ ਨਹੀਂ ਮਹਿਸੂਸ ਕਰਦਾ ਕਿ ਯਾਰ ਇਹ ਯੂਪੀ ਦੇ ਕਿਸਾਨ ਆ ਗਏ ਜਾਂ ਲੋਕਲ ਲੋਕ ਨੇ ਜਿਹੜੇ, ਉਹ ਡਰ ਤਾਂ ਨਹੀਂ ਮਹਿਸੂਸ ਕਰਦੇ ਕਿ ਯਾਰ ਸਾਡੇ ਕੋਈ ਦਿੱਕਤ ਨਾ ਆ ਜਾਏ? ਇਹ ਤਾਂ ਨਹੀਂ ਕੋਈ ਮਹਿਸੂਸ ਕਰਦਾ ਸਥਾਨਕ ਕਿਸਾਨ ਹੈ ਜਿਹੜਾ ਯੂਪੀ ਦਾ, ਮੁਸਲਿਮ ਹੈ ਚਾਹੇ ਹਿੰਦੂ ਹੈ, ਕਿਉਂਕਿ ਇੱਥੇ ਸਖਤੀ ਬਹੁਤ ਹੈ। ਜਿਨ੍ਹਾਂ ਨੇ ਪਹਿਲਾਂ ਰੇਲਾਂ ਰੋਕੀਆਂ ਸੀ, 20 ਸਾਲ ਦੇ ਕੇਸ ਚੱਲੀ ਜਾ ਰਿਹਾ ਯੂਪੀ ਚ, ਕਿਉਂਕਿ ਕਿਸਾਨ ਅੰਦੋਲਨ ਕਰਨ ਤੋਂ ਥੋੜਾ ਜਿਹਾ ਡਰਦੇ ਆ। ਉਹ ਜਿਹੜੇ MP ਸਿੰਘ ਸੀਗੇ, DMP ਸਿੰਘ ਸੀਗੇ ਜਿਹੜੇ, VP ਸਿੰਘ, ਉਹਨਾਂ ਨੇ ਵੀ VM ਸਿੰਘ, ਉਹਨਾਂ ਨੇ ਵੀ ਲੜਾਈ ਲੜੀ, ਬੜੇ ਸੁਪਰੀਮ ਕੋਰਟ ਦਾ ਕੇਸ ਲੜੇ। ਜਾਣੀ ਯੂਪੀ ਦਾ ਕਿਸਾਨ ਅਜੇ ਇਕਜੁੱਟ ਨਹੀਂ ਹੋ ਪਾਉਂਦਾ। ਪੰਜਾਬੀ ਕਿਸਾਨ ਤਾਂ ਕੋਸ਼ਿਸ਼ ਕਰਦੇ ਨੇ, ਲੋਕਲ ਕਿਸਾਨ ਭਾਵੇਂ ਹਿੰਦੂ ਆ ਭਾਵੇਂ ਉਹ ਮੁਸਲਿਮ ਹੈ, ਉਹ ਐਜੀਟੇਸ਼ਨ ਨਹੀਂ ਕਰਦਾ। ਸਰਕਾਰ ਸਖਤੀ ਬਹੁਤ ਕਰਦੀ ਆ ਉਹਨਾਂ ਤੇ, ਪਰ ਹੁਣ ਇਹ ਕਿਸਾਨ ਜਿਹੜੇ ਆਏ ਨੇ ਇਹਦੇ ਨਾਲ ਉੱਥੋਂ ਦਾ ਕਿਸਾਨ ਜਾਂ ਆਮ ਲੋਕ ਕੋਈ ਨਾਰਾਜ਼ ਤਾਂ ਨਹੀਂ ਹੈ ਜਾਂ ਉਹ ਖੁਸ਼ ਮਹਿਸੂਸ ਕਰਦੇ ਨੇ ਇਹਦੇ ਨਾਲ? ਹਾਂਜੀ ਦੇਖੋ ਜੀ ਇਸ ਵੇਲੇ ਨਾ ਜਿਹੜਾ ਮੈਟਰ ਵਾ ਥੋੜਾ ਹੋਰ ਸਾਵਣਾ ਹੈ। ਜਿਹੜੇ ਸਾਡੇ ਨਾ ਉਸ ਵੇਲੇ ਦੇ 4 ਨੌਜਵਾਨ ਜੇਲ੍ਹ ਚ ਬੰਦ ਵਾ, ਉਹਨਾਂ ਨੂੰ ਸਰਕਾਰ ਨੇ ਵਾਅਦਾ ਖਿਲਾਫੀ ਕੀਤੀ ਆ। ਸਰਕਾਰ ਨੇ ਕਿਹਾ ਸੀਗਾ ਵੀ ਅਸੀਂ ਕਰਾਸ ਕੇਸ ਉਹ ਮੈਟਰ ਨੂੰ ਲੈ ਕੇ ਦਰਜ ਨਹੀਂ ਕਰਾਂਗੇ, ਤਾਂ ਉਸ ਵੇਲੇ ਸੰਸਕਾਰ ਕੀਤੇ ਗਏ ਸੀ ਜਿਨ੍ਹਾਂ ਦੀ ਉਹ ਐਕਸੀਡੈਂਟ ਦੇ ਮੌਤ ਹੋਈ ਸੀਗੀ। ਹਾਂ ਹਾਂ ਭਰੋਸਾ ਦਿੱਤਾ ਤਾਂ, ਪਰ ਸਰਕਾਰ ਨੇ ਉਹਦੇ ਬਾਅਦ ਵਿੱਚ ਕਿਆ ਕੀਤਾ, ਕਰਾਸ ਕੇਸ 302 ਵਿੱਚ ਪਰਚੇ ਕੱਟ ਕੇ ਉਹ ਮੁੰਡੇ 4 ਬੰਦ ਸਾਡੇ ਨੌਜਵਾਨ ਹਜੇ ਵੀ ਉਹਨਾਂ ਦੇ ਖਿਲਾਫ਼, ਯਾਨੀ ਕਿ ਇਹਦਾ ਰਵੱਈਆ ਗਲਤ ਰਿਹਾ। ਉਸ ਚੀਜ਼ ਨੂੰ ਲੈ ਕੇ 75 ਘੰਟੇ ਦਾ ਜਿਹੜਾ ਇੱਥੇ ਰੱਖਿਆ ਗਿਆ ਅੰਦੋਲਨ ਅੱਜ ਸ਼ੁਰੂ ਹੋਇਆ 11 ਵਜੇ ਤੋਂ, ਤੇ ਬਹੁਤ ਵੱਧ ਚੜ ਕੇ ਹਿੱਸਾ ਲਿਆ ਪੰਜਾਬ ਦੀਆਂ ਜਥੇਬੰਦੀਆਂ ਸਾਰੀਆਂ ਆਈਆਂ। ਬੜੀ ਬਹੁਤ ਚੰਗਾ ਇਕੱਠ ਹੋਇਆ ਕਰ ਰਹੇ ਨੇ ਕਿਸਾਨ ਤੁਹਾਡੇ, ਲੋਕਲ ਕਿਸਾਨ ਵੀ ਇਕੱਠੇ ਹੋ ਰਹੇ ਨੇ ਕਿਉਂਕਿ ਲਖੀਮਪੁਰ? ਹਾਂ ਲੋਕਲ ਕਿਸਾਨ ਵੀ ਇਕੱਠੇ ਹੋ ਰਹੇ ਹੈ, ਕੱਲ ਤੋਂ ਹੋਰ ਜ਼ਿਆਦਾ ਤਰੀਕੇ ਨਾਲ ਇਕੱਠੇ ਹੋਣਾ। ਪਹਿਲਾਂ ਤੋਂ ਅੱਜ ਥੋੜਾ ਜਿਹਾ ਵੇਟ ਕੀਤਾ ਯਾਰ ਕਿੰਨੀ ਸੰਗਤ ਇਕੱਠੀ ਹੁੰਦੀ, ਕਿਆ ਹੋਊਗਾ, ਪ੍ਰਸ਼ਾਸਨ ਦਾ ਕਿਆ ਰੁਕ ਰਹੂਗਾ, ਤੇ ਕਾਫੀ ਤਾਰ ਤੱਕ ਇਸ ਚੀਜ਼ ਕਲੀਅਰ ਹੋ ਗਈ ਹੈ ਕਿ ਅੱਜ ਕੱਖ ਚੰਗਾ ਹੋ ਗਿਆ, ਕੱਲ ਨੂੰ ਹੋਰ ਵਧੀਆ ਹੋ ਜਾਣਾ। ਓਕੇ ਪਰਸਨ ਹੋਰ ਮਤਲਬ ਲੋਕਾਂ ਨੂੰ ਮਤਲਬ ਪੋਜ਼ਿਟਿਵਿਟੀ ਹੈ, ਕਿਤੇ ਨਾ ਕਿਤੇ ਉਹਨਾਂ ਨੂੰ ਸੁਣਵਾਈ ਦੀ ਆਸ ਵਜੀ ਹੈ, ਕਿਉਂਕਿ ਭਵਿੱਖ ਦੇ ਵਿੱਚ ਸਰਕਾਰ ਚਿੰਤਤ ਹੈ ਕਿਉਂਕਿ ਆਪਣੀ ਬਾਕੀ ਥੋੜੀ ਆਪਣੀ ਇੱਦਾਂ ਘੱਟ ਗਿਣਤੀ ਹੈ ਇੱਥੇ, ਇਸ ਕਰਕੇ ਸਾਨੂੰ ਦਿੱਕਤਾਂ ਨਾ ਆਈਆਂ ਪਹਿਲਾਂ, ਪਰ ਕਿਤੇ ਨਾ ਕਿਤੇ ਅਸੀਂ ਹੁਣ ਇਕਜੁੱਟ ਹੋ ਰਹੇ ਹਾਂ। ਜੀ ਜਿਹੜਾ ਆਪਣਾ ਤੁਸੀਂ ਗੱਲ ਕੀਤੀ ਸੀ ਕਿਸਾਨ ਜਿਹੜਾ ਹਿੰਦੂ ਕਿਸਾਨ ਵਾ ਜਾਂ ਮੁਸਲਮਾਨ ਕਿਸਾਨ ਵਾ, ਉਹ ਨਾਲ ਨੀ ਤੁਰਦਾ, ਇਹ ਗੱਲ ਸੱਚ, ਉਹ ਨਾਲ ਨੀ ਤੁਰਦਾ ਇੰਨਾ ਖੁੱਲ ਕੇ, ਉਹ ਦੱਬਦਾ ਆ, ਉਹ ਗਰੀਬੀ ਆ, ਉਹ ਛੋਟਾ ਕਾਸ਼ਤਕਾਰ ਵਾ। ਹਾਂ ਛੋਟਾ ਕਾਸ਼ਤਕਾਰ ਹੈ, ਜਥੇਬੰਦੀਆਂ ਹੈ ਨਹੀਂ ਹੈ, ਰਕੇਸ਼ਗੜ੍ਹ ਦੀ ਜਥੇਬੰਦੀ ਵੀ ਇੱਧਰ ਮੁਰਾਦਾਬਾਦ ਤੱਕ ਸੀਮਤ ਹੈ ਵੱਧ ਤੋਂ ਵੱਧ ਰਾਮਪੁਰ। ਜਿਹੜੀ ਰਕੇਸ਼ਗੜ੍ਹ ਵਾਲੀ ਪੱਛਮ ਵਿੱਚ ਇੱਥੇ ਕੋਈ ਮਜ਼ਬੂਤੀ ਨਹੀਂ, ਇੱਥੇ ਆਪਣੇ ਸਿੱਖਾਂ ਨੇ ਚੱਕਣ ਚੱਕਿਆ ਜਿਹੜੀ ਮਰਜ਼ੀ ਹੋਵੇ, ਚਾਹੇ ਚਲੂਨੀ ਗਰੁੱਪ ਆ, ਚਾਹੇ ਆਪਣਾ ਰਕੇਸ਼ ਟਗਾਰ ਦਾ ਗਰੁੱਪ ਆ, ਚਾਹੇ ਹੁਣ ਤਾਂ ਦੁਆਬਾ ਕਿਸਾਨ ਜਿੰਨੀ ਹੋਵੇ, ਇੱਥੇ ਮੇਰੇ ਕੋਲ ਹੀ ਅੱਜ ਇੱਥੇ ਰੁਕਿਆ ਹੋਇਆ ਕੱਲ ਦੇ ਸਾਡੇ ਕੋਲ। ਕਿਹੜੀ ਜਗ੍ਹਾ ਪਲਵਿੰਦਰ ਸਿੰਘ ਜੀ? ਅਸੀਂ ਲਖੀਮਪੁਰ ਜ਼ਿਲ੍ਹੇ ਦੀ ਤਹਿਸੀਲ ਮੋਹਮਦੀ ਵਿੱਚ ਹਾਂ ਜੀ। ਅੱਛਾ ਕਿੱਥੇ ਕਿ ਜੇ ਪੈਂਦਾ ਮੋਹਮਦੀ ਤੁਹਾਡਾ? ਇਹ ਆਪਣੇ ਲਾਲੀ ਸਾਹਿਬ ਫਾਰਮ ਦੇ ਨਾਲ ਹੀ ਹੈ ਜੀ ਆਪਣਾ ਫਾਰਮ। ਅੱਛਾ 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 ਓਕੇ ਓਕੇ, ਹਾਂ ਮੈਂ ਆ ਕੇ ਗਿਆ ਸੀ, ਚਲੋ ਮਿਲ। ਹਾਂਜੀ ਥੈਂਕ ਯੂ ਪਰਵਿੰਦਰ ਸਿੰਘ ਜੀ, ਅਪਡੇਟ ਸਵੇਰੇ ਵੀ ਦੇਣਾ ਜੇ ਕੋਈ ਖਾਸ ਹੁੰਦੀ ਹੈ, ਥੈਂਕ ਯੂ, ਮਿਹਰਬਾਨੀ। ਕੋਈ ਵੀ ਯੂਪੀ ਸੰਬੰਧ ਜੀ ਕੋਈ ਵੀ ਗੱਲ ਹੋਵੇ ਜੀ ਜੀ, ਮਤਲਬ ਲੰਗਰ ਲੁੰਗਰ ਦੇ ਪੂਰੇ ਪ੍ਰਬੰਧ ਉੱਥੇ ਠੀਕ ਚੱਲ ਰਹੇ ਹੈ ਨਾ ਸਾਰਾ ਸਿਸਟਮ? ਹਾਂਜੀ ਹਾਂਜੀ ਸਭ ਸਿਸਟਮ ਸਹੀ ਆ। ਥੈਂਕ ਯੂ ਭਾਈ ਜੀ, ਥੈਂਕ ਯੂ, ਮਿਹਰਬਾਨੀ ਮਿਹਰਬਾਨੀ। ਅਗਲੇ ਕਾਲਰ ਸਰ ਆਪਣਾ 7418 US ਤੋਂ। ਸਤਿ ਸ੍ਰੀ ਅਕਾਲ ਵੀਰ ਜੀ, ਮੈਂ ਗੁਰਚਰਨ ਬੋਲਦੀ ਆ। ਹਾਂ ਭੈਣ ਰਾਣੀ ਗੁਰਚਰਨ ਜੀ, ਸਤਿ ਸ੍ਰੀ ਅਕਾਲ, ਕਿਹੜੇ ਸਿਟੀ ਹੁੰਦੇ ਭੈਣ ਰਾਣੀ ਤੁਸੀਂ? ਹਾਂਜੀ ਅਸੀਂ ਅਮੈਰੀਕਾ ਨਾਰਥ ਕੈਰੋਲਾਈਨਾ ਚ। ਅੱਛਾ ਅੱਛਾ, ਥੈਂਕ ਯੂ ਭੈਣ ਰਾਣੀ, ਥੈਂਕ ਯੂ, ਨਾਰਥ ਕੈਰੋਲਾਈਨਾ ਤੋਂ ਕਮੈਂਟ। ਹਾਂਜੀ ਵੀਰ ਜੀ, ਜਿਹੜੀ ਤੁਸੀਂ ਮਰਗਤ ਦੀ ਗੱਲ ਕੀਤੀ ਆ, ਉਹ ਮੇਰੇ ਪਿੰਡ ਚ ਅੱਜ ਵੀ ਰਿਵਾਜ਼ ਹੈ।
ਵੀ ਤੁਹਾਡੇ ਆਂਢੀ ਗੁਆਂਢੀ ਤੁਹਾਡੇ ਘਰੇ ਭੋਗ ਤੱਕ ਪੈਂਦੇ ਆ, ਪੈਂਦੇ ਵੀ ਭੁੰਜੇ ਆ, ਕੋਈ ਮੰਜਾ ਪੀੜੀ ਨੀ ਉਹਨਾਂ ਨੇ ਲੈਣਾ। ਨੰਬਰ ਦੋ ਜਿਹੜਾ ਤੁਸੀਂ ਕਿਹਾ ਵੀ ਰੋਟੀ ਪਕਾ ਕੇ ਲੈ ਕੇ ਆਉਂਦੇ ਆ, ਵੀ ਜਦੋਂ ਕੋਈ ਲੇਡੀ ਮਰਦੀ ਉਹਦੇ ਸਿਰ ਕੇ, ਸਾਡੇ ਵੱਲ ਉਹ ਆਟਾ ਲੈ ਕੇ ਆਉਂਦੇ ਆ, ਦਾਲ ਲੈ ਕੇ ਆਉਂਦੇ ਆ, ਹਲਦੀ ਲੂਣ ਮਿਰਚ ਸੁੱਕਾ ਸੀਧਾ ਲੈ ਕੇ ਆਉਂਦੇ ਆ, ਵੀ ਤਾਂ ਕਿ ਆਪ ਉਹਨਾਂ ਨੇ ਜੇ ਰੋਟੀ ਖਾਣੀ ਆ ਸੁੱਕਾ ਸੀਧਾ ਲੈ ਕੇ ਆਉਂਦੇ, ਜੇ ਨੇੜੇ ਹੁੰਦੇ ਆ ਫਿਰ ਖਾਂਦੇ ਨੀ, ਜੇ ਦੂਰ ਆਉਂਦੇ ਆ ਫਿਰ ਸੁੱਕਾ ਸਮਾਨ ਲੈ ਕੇ ਆਉਂਦੇ ਆ। ਇੱਥੇ ਵੀ ਲੇਡੀਜ਼ ਵਹਿਮ ਕਰਦੀਆਂ, ਮੇਰੇ ਭਰਾ ਰਹਿੰਦੇ ਇੱਥੇ ਦੋ, ਜੇ ਮੇਰੇ ਘਰੇ ਆਟਾ ਮੁੱਕ ਕੇ ਖਾ ਲੈਂਦੀਆਂ ਤੇ ਦੂਰ ਆ ਮੈਨੂੰ ਕਹਿਣਗੀਆਂ ਭਰਾਵਾਂ ਦੇ ਘਰੋਂ ਆਟਾ ਨੀ ਲੈਣਾ, ਉਹ ਮਾੜੇ ਵੇਲੇ ਆਉਂਦਾ। ਅੱਛਾ, ਭਰਾਵਾਂ ਦੇ ਘਰੋਂ ਆਟਾ ਮਾੜੇ ਵੇਲੇ ਆਉਂਦਾ, ਵੀ ਮਤਲਬ ਆਟਾ ਪੇਕਿਆਂ ਤੋਂ ਨੀ ਆਉਣਾ ਚਾਹੀਦਾ। ਓਕੇ, ਪੇਕਿਆਂ ਤੋਂ ਆਟਾ ਨੀ ਆਉਣਾ ਚਾਹੀਦਾ, ਮਾੜੇ ਵੇਲੇ ਆਉਂਦਾ, ਉਹਨਾਂ ਨੂੰ ਲੱਦਾ ਸਮਝਿਆ ਜਾਂਦਾ, ਲੱਦਾ ਸਮਝਿਆ ਜਾਂਦਾ ਮਾੜੇ ਵੇਲੇ ਆਟਾ। ਅੱਛਾ, ਪੰਜਾਬ ਚ ਕਿਹੜੀ ਜਗ੍ਹਾ ਪਿੰਡ ਤੁਹਾਡਾ ਭੈਣ ਜੀ? ਸਾਡਾ ਪਿੰਡ ਮਾਣੂਕੇ ਆ, ਜਗਰਾਂ ਕੋਲੇ, ਜਿੱਥੋਂ ਦੀ ਆਰਾਮ ਮਾਣੂਕੇ ਜੁੜਦੇ ਹੁੰਦੇ ਆਪਣੇ ਮਾਣੂਕੇ। ਅੱਛਾ ਅੱਛਾ, ਵੈਰੀ ਗੁੱਡ। ਉਹ ਪਤਾ ਨੀ ਕਿਹੜੇ ਮਾਣੂਕੇ ਦੇ, ਮੈਂ ਉਹ ਸੰਧੀਆਂ ਵਾਲੇ ਮਾਣੂਕੇ ਦੀ ਆ, ਜਿਹੜੇ ਜਗਰਾਂ ਚ ਆ, ਤੇ ਜਿੱਥੋਂ ਦੀ ਸਰਬਜੀਤ ਕੌਰ ਮਾਣੂਕੇ ਆ। ਅੱਛਾ, ਸਰਬਜੀਤ ਕੌਰ ਮਾਣੂਕੇ ਜੀ, ਠੀਕ ਠੀਕ। ਥੈਂਕ ਯੂ ਭੈਣ ਗੁਰਚਰ ਜੀ, ਬਹੁਤ ਜਾਣਕਾਰੀਆਂ ਦਿੱਤੀਆਂ ਤੁਸੀਂ, ਮਿਹਰਬਾਨੀ, ਥੈਂਕ ਯੂ। ਕਹਿੰਦੇ ਅਜੇ ਵੀ ਦੇਖ ਲਾ ਉਹਨਾਂ ਦੇ ਨੇੜੇ ਸਟੋਰ ਹੈ, ਕਹਿੰਦੇ ਉਹ ਕਹਿੰਦੇ ਜੀ ਪੇਕਿਆਂ ਦੇ ਘਰੋਂ ਆਟਾ ਨਾ ਮਾੜਾ ਹੁੰਦਾ, ਆਉਣਾ ਗੁਰੇਜ਼ ਕਰਨਾ ਚਾਹੀਦਾ ਜੀ। ਜੀ ਸੁਰਿੰਦਰ ਜੀ, ਕਿਸਾਨ ਅੰਦੋਲਨ ਤੇ ਥੋੜੀ ਦਿਓ ਅਪਡੇਟ ਹੈ, ਤੇ ਪੰਜਾਬ ਸਰਕਾਰ ਦੇ ਜਿਵੇਂ ਲੰਪੀ ਡਿਜ਼ੀਜ਼ ਨੂੰ ਲੈ ਕੇ ਪ੍ਰਬੰਧ ਥੋੜੇ ਢਿੱਲੇ ਚੱਲਦੇ ਨੇ, ਤੇ ਸਰਕਾਰ ਤਾਂ ਆਪਣੇ ਮਾਮਲਿਆਂ ਚ ਫਸੀ ਹੈ, ਕਿਉਂਕਿ ਸਰਕਾਰ ਦੇ ਮਾਮਲੇ ਚ ਹੁਣ ਜੇ ਗੱਲ ਕਰੀਏ ਤਾਂ ਫਸ ਚੁੱਕੇ ਨੇ ਆਪਣਾ ਪਠਾਨ ਮਾਜਰਾ ਸਾਹਿਬ, ਬੀਬੀ ਮਨੀਸ਼ਾ ਗਲਾਟੀ ਕਹਿੰਦੀ ਹਫ਼ਤੇ ਦੇ ਅੰਦਰ ਅੰਦਰ ਰਿਪੋਰਟ ਦਿਓ, ਉਹਦੇ ਤੇ ਵੀ ਗੱਲ ਕਰਨੀ ਹੈ। ਸ਼ੇਰਗਿੱਲ ਸਾਹਿਬ ਆ ਜਾਓ ਫਟਾਫਟ, ਗੱਲ ਕਰੋ ਜਰਾ, ਵੈਲਕਮ। ਹੈਲੋ, 90 ਨੰਬਰ ਸਵਾਗਤ ਹੈ ਜੀ, ਤੁਸੀਂ ਗੱਲ ਕਰੋ ਪਲੀਜ਼ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਦਵਾਨਾ ਵੀਰ ਜੀ, ਮੈਂ ਗੁਰਪ੍ਰੀਤ ਕੌਰ ਬੋਲ ਰਹੀ ਹਾਂ ਜੀ। ਭੈਣ ਕਾਲ ਜੀ, ਬੈਠਣ ਦੀ ਅਧਿਕਾਰੀ, ਕਿਵੇਂ ਭੈਣ ਜੀ ਇਹ ਜਿਹੜਾ ਮਤਲਬ ਬਿਮਾਰੀ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰੀਕੋਸ਼ਨ, ਜਿਵੇਂ ਉਹਨਾਂ ਨੇ ਦੱਸਿਆ ਕਿ ਬੁਖਾਰ ਹੈ ਸਿਰ ਚ ਪਾਣੀ ਪਾ ਦਿਓ, ਕੀ ਪਸ਼ੂ ਵਗੈਰਾ ਨਵਾ ਦੇਣਾ ਵੀ ਠੀਕ ਹੁੰਦਾ ਬੁਖਾਰ ਚ, ਜਾਂ ਸਿਰਫ ਮੱਥੇ? ਹਾਂਜੀ, ਮੈਂ ਉਸ ਬਾਰੇ ਦੱਸਣਾ ਚਾਹੁੰਦੀ ਹਾਂ ਵੀ ਇਹਦੇ ਚ ਨਾ ਬੁਖਾਰ 106, 107, 108 ਤੱਕ ਵੀ ਜਾਂਦਾ, ਤੇ ਉਸ ਵੇਲੇ ਪਸ਼ੂ ਨੂੰ ਪਹਿਲਾਂ ਸਿਰ ਤੇ ਨੀ ਸਾਰੀ ਬੋਡੀ ਤੇ ਪਾਣੀ ਪਾਉਣਾ ਚਾਹੀਦਾ, ਤੇ ਜਿੰਨੀ ਕੁ ਦੇਰ ਪਾ ਹੁੰਦਾ ਪਾ ਕੇ ਉਸ ਤੋਂ ਬਾਅਦ ਕੋਈ ਗਿੱਲਾ ਖੇਸ ਜਾਂ ਗਿੱਲਾ ਬੋਰਾ ਉਹਦੇ ਉੱਤੇ ਪਾ ਦੇਣਾ ਚਾਹੀਦਾ, ਹੁਣ ਤਾਂ ਕਿ ਉਹਦੇ ਕਾਫੀ ਦੇਰ ਪਸ਼ੂ ਠੰਡਾ ਰਹੇ। ਤੇ ਦੂਸਰਾ, ਜਿਹੜੇ ਪਸ਼ੂ ਪੱਠੇ ਨਹੀਂ ਜ਼ਿਆਦਾ ਖਾ ਰਹੇ, ਜ਼ਿਆਦਾ ਬਿਮਾਰ ਆ, ਉਹਨਾਂ ਨੂੰ ਨਾ ਸ਼ੱਕਰ ਤੇ ਥੋੜਾ ਜਿਹਾ ਬੇਸਣ ਪਾਣੀ ਤੇ ਘੋਲ ਕੇ ਉਹ ਪੀਣ ਨੂੰ ਦੇ ਦੇਣਾ ਚਾਹੀਦਾ ਹੁਣ, ਤਾਂ ਕਿ ਉਹਨਾਂ ਨੂੰ ਐਨਰਜੀ ਮਿਲਦੀ ਰਹੇ। ਤੇ ਜਿਹਨਾਂ ਪਸ਼ੂਆਂ ਦੀ ਝਾਲਰ ਦੇ ਵਿੱਚ ਪਾਣੀ ਜਿਹਾ ਭਰਦਾ, ਉਹਦੇ ਅੰਦਰ ਉਹ ਫੇਫੜਿਆਂ ਚ ਵੀ ਪਾਣੀ ਫਿਰ ਭਰਦਾ, ਉਹਦੇ ਚ ਇੱਕ ਟੀਕਾ ਲੱਗਦਾ ਲੈਸਿਕਸ ਦਾ, ਉਹ ਜ਼ਰੂਰ ਲਗਾਉਣਾ ਚਾਹੀਦਾ। ਉਹਦੇ ਚ ਫਿਰ ਉਹ ਜਿਹੜਾ ਪਾਣੀ ਭਰਿਆ ਹੁੰਦਾ, ਉਹ ਹਾਈ ਫੀਵਰ ਕਰਕੇ ਪਸ਼ੂ ਚ ਪ੍ਰੋਬਲਮ ਆਉਂਦੀ ਆ, ਉਹ ਫਿਰ ਪਾਣੀ ਜਿਹੜਾ ਉਹ ਪਿਸ਼ਾਬ ਥਾਣੀ ਬਾਹਰ ਨਿਕਲ ਜਾਂਦਾ, ਤੇ ਉਹਦੇ ਨਾਲ ਪਸ਼ੂ ਨੂੰ ਜਿਹੜਾ ਨਮੋਨੀਆ ਵਗੈਰਾ ਤੋਂ ਬਚਾਅ ਹੋ ਜਾਂਦਾ ਜਾਂ ਹੋਰ ਇਨਫੈਕਸ਼ਨ ਤੋਂ ਬਚਾਅ ਹੋ ਜਾਂਦਾ ਹਨਾ। ਜਿਹਨਾਂ ਦੇ ਵੀ ਪਸ਼ੂਆਂ ਦੇ ਝਾਲਰ ਦੇ ਵਿੱਚ ਪਾਣੀ ਭਰਦਾ, ਉਹ ਟੀਕਾ ਖਾਸ ਕਰ ਡਾਕਟਰਾਂ ਤੋਂ ਲਵਾਉਣ ਹਨਾ। ਤੇ ਦੂਸਰਾ, ਬੁਖਾਰ ਤੋਂ ਸਵੇਰੇ ਸ਼ਾਮ ਕੱਲਾ ਇੱਕ ਟਾਈਮ, ਦੋ ਟਾਈਮ ਉਹਦਾ ਟੀਕਾ ਲੱਗਣਾ ਚਾਹੀਦਾ, ਤਾਂ ਕਿ ਉਹਦਾ ਬਹੁਤ ਜ਼ਿਆਦਾ ਹਾਈ ਟੈਂਪਰੇਚਰ ਜਿਹੜਾ ਉਹ ਘਟਿਆ ਰਹੇ। ਬੁਖਾਰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਲੰਪੀ ਦੇ ਵਿੱਚ, ਵੈਸੇ ਲੰਪੀ ਆਪਣੇ ਆਪ ਚ ਨਹੀਂ ਜਾਨਲੇਵਾ ਸਾਬਤ ਹੁੰਦੀ, ਬੁਖਾਰ ਜਾਂ ਕਈ ਕਾਰਨ ਉਹਦੇ ਤੇ ਬਣਦੇ ਨੇ ਹਨਾ। ਹਾਂਜੀ, ਕਿਉਂਕਿ ਬੁਖਾਰ ਇਸ ਵਾਇਰਸ ਚ ਤੇਜ਼ ਆਉਂਦਾ, ਹਾਈ ਫੀਵਰ ਆਉਂਦਾ। ਅੱਛਾ, ਜਿਵੇਂ ਆਪਣੇ ਬੱਚੀ ਹੈ ਛੋਟੀ ਜੀ, ਉਹ ਮਤਲਬ ਚਲੋ ਮੈਂ ਆਪਣਾ ਵੀ ਪੁੱਛ ਲਾਂ, ਉਹ ਮੈਂ ਦੇਖਿਆ ਸ਼ਾਮ ਨੂੰ ਬੈਠੀ ਆਰਾਮ ਨਾਲ ਜੁਗਾਲੀ ਕਰਦੀ ਹੈ, ਜੇ ਪਸ਼ੂ ਜੁਗਾਲੀ ਕਰਦਾ ਤਾਂ ਮਤਲਬ ਤੰਦਰੁਸਤ ਫੀਲ ਕਰਦਾ, ਪੱਠੇ ਪੁੱਠੇ ਵਧੀਆ, ਮਤਲਬ ਉਹਦਾ ਹਾਜ਼ਮਾ ਜੀ ਠੀਕ ਹੈ, ਉਹਦਾ ਫੀਵਰ, ਇੱਕ ਉਹਦਾ ਬੁਖਾਰ ਜ਼ਰੂਰ ਦੇਖ ਲਓ, ਕੰਨਾਂ ਨੂੰ ਹੱਥ ਲਾ ਕੇ ਪਤਾ ਲੱਗ ਜਾਂਦਾ ਅੰਦਰਲੇ ਪਾਸੇ ਸ਼ਾਮ ਆਉਂਦਾ ਮੁੰਡਾ। ਹਾਂਜੀ, ਜਦੋਂ ਤੱਕ ਇਹਦੇ ਚ ਜਿਆਦਾ ਪ੍ਰੋਬਲਮ ਆਉਂਦੀ ਜਦੋਂ ਹਾਈ ਫੀਵਰ ਹੁੰਦਾ, ਅਗਰ ਉਹਦੇ ਤੇ ਟਾਈਮ ਨਾਲ ਟੀਕਾ ਲੱਗ ਜਾਏ ਨਾ ਸਵੇਰੇ ਸ਼ਾਮ, ਉਹਦਾ ਬੁਖਾਰ ਘਟਿਆ ਰਹੇ, ਫਿਰ ਜਿਆਦਾ ਪ੍ਰੋਬਲਮ ਨਹੀਂ ਆਉਂਦੀਆਂ ਹਨਾ। ਇੱਕ ਜਿਹੜਾ 15 ਦਿਨਾਂ ਬਾਅਦ ਕੰਮ ਕਰਨ ਲੱਗਦਾ ਨਾ, ਪਹਿਲਾਂ ਤਾਂ ਨਹੀਂ ਕਰਦਾ ਨਾ। ਹਾਂਜੀ, ਇੱਕ ਜਿਹੜਾ ਪਸ਼ੂ ਪਾਲਕ ਵੀਰ ਆ ਨਾ, ਉਹ ਪਸ਼ੂਆਂ ਦੇ ਥੱਲੇ ਮਤਲਬ ਜਿਆਦਾ ਪਾਣੀ ਜਾਂ ਗਿੱਲਾ ਨਾ ਇਕੱਠਾ ਹੋਣ ਦੇਣ, ਜਿਹਦੇ ਕਰਕੇ ਸਫਾਈ ਦਾ ਥੋੜਾ ਜਿਹਾ ਧਿਆਨ ਰੱਖਣ, ਤਾਂ ਕਿ ਮੱਛਰ ਘਟੇ ਰਹਿਣ, ਕਿਉਂਕਿ ਮੇਨ ਕਾਰਨ ਇਹਦਾ ਮੱਛਰ ਬਣਦਾ, ਟਰਾਂਸਫਰ ਹੋਣ ਦਾ ਮੱਛਰ ਤੇ ਚਿੱਚੜ, ਥੋੜਾ ਜਿਹੜੇ ਮਤਲਬ ਸ਼ੈੱਡਾਂ ਚ ਸਫਾਈ ਰਹਿੰਦੀ ਆ ਉੱਥੇ ਬਿਮਾਰੀ ਘੱਟ ਆ ਹਨਾ। ਤੇ ਥੋੜਾ ਜਿਹਾ ਮਤਲਬ ਸਵੇਰੇ ਸ਼ਾਮ ਧੂੰਆਂ ਕਰਨ, ਸਫਾਈ ਰੱਖਣ, ਤੇ ਇੱਕ ਜਿਹੜਾ ਸਵੇਰੇ ਸ਼ਾਮ ਜਦੋਂ ਫੀਵਰ ਹੋਣ ਦਾ ਟੀਕਾ ਲਵਾ ਲੈਣ,
ਤੇ ਇੱਕ ਜਿਹੜੇ ਉਹਨਾਂ ਦੇ ਧੱਪੜ ਪਏ ਆ, ਜਦੋਂ ਧੱਪੜ ਛਿੱਲ ਹੁੰਦੇ ਆ ਉਹਦੇ ਉੱਤੇ ਬੇਟਾ ਦੇਣ ਦਾ ਘੋਲ ਜਾਂ ਇਹਦਾ ਕੋਈ ਵੀ ਮਤਲਬ ਘੋਲ ਜਿਹੜਾ ਉੱਤੇ ਲਾ ਦਿੱਤਾ ਜਾਏ ਤਾਂ ਕਿ ਮੱਖੀਆਂ ਨਾ ਜ਼ਿਆਦਾ ਬੈਠਣ ਤੇ ਅੱਗੇ ਕੀੜੇ ਨਾ ਪੈਣ। ਅੱਛਾ, ਜਦੋਂ ਭੈਣ ਜੀ ਉਹ ਧੱਫੜ ਅੰਦਰ ਅੰਦਰ ਹੈ, ਜ਼ਖਮ ਬਾਹਰ ਨੀ, ਉਹਦੇ ਤੇ ਕਈ ਲੋਕ ਡਟੋਲ ਵਗੈਰਾ ਲਾਉਂਦੇ ਆ, ਉਹਦਾ ਕੋਈ ਬੈਨੀਫਿਟ ਹੈ ਬਾਹਰੋਂ ਡਟੋਲ ਵਗੈਰਾ? ਉਦੋਂ ਨੀ ਲੋੜ ਜਦੋਂ ਥੋੜਾ ਜਿਹਾ ਧੱਫੜ ਅੱਗੇ ਜਾ ਕੇ ਕਾਲੇ ਹੋ ਕੇ ਉਤਲਾ ਛਿਲਕਾ ਲਿਖ ਜਾਂਦਾ। ਓਕੇ, ਉਦੋਂ ਨੁਕਸਾਨ ਉਦੋਂ ਮੱਖੀ ਬਹਿੰਦੀ ਆ ਤੇ ਉਦੋਂ ਕੀੜੇ ਪੈਣ ਦਾ ਡਰ ਹੁੰਦਾ ਬਰਸਾਤ ਕਰਕੇ ਨਾ, ਉਦੋਂ ਤੋਂ ਵਾਇਰਸ ਜ਼ਿਆਦਾ ਫੈਲਦਾ ਨਾ। ਹਾਂਜੀ, ਉਦੋਂ ਜਿਹੜਾ ਨਾ ਨਹੀਂ ਵਾਇਰਲ ਵੀ ਪੈਦਾ ਉਹਦੇ ਉੱਤੇ ਕੀੜੇ ਮਤਲਬ ਮੱਖੀਆਂ ਆਪਣੇ ਅੰਡੇ ਵੀ ਛੱਡ ਦਿੰਦੀਆਂ ਹਨਾ, ਤੇ ਉਦੋਂ ਜਿਹੜੀ ਆ ਉਹ ਡਿਟੋਲ ਜਾਂ ਬੀਟਾਡੀਨ ਲਾਉਣ ਦੀ ਲੋੜ ਹੈ। ਜਿੰਨੀ ਦੇਰ ਧੱਪੜ ਜਿਹੜੇ ਫੱਟਦੇ ਨੀ ਉਨੀ ਦੇਰ ਨੀ, ਕਿਉਂਕਿ ਧੱਪੜ ਹੁੰਦੇ ਧੱਪੜ ਤੋਂ ਬਾਅਦ ਕਾਲੇ ਜਿਹੇ ਹੋ ਜਾਂਦੇ ਆ, ਫਿਰ ਕਾਲੇ ਹੋ ਕੇ ਉੱਤੋਂ ਛਿਲਕਾ ਲਿਖ ਜਾਂਦਾ ਉਹ, ਫਿਰ ਉਦੋਂ ਜ਼ਖਮ ਬਣਨ ਦਾ ਡਰ ਹੁੰਦਾ। ਜਿਹੜਾ ਇਹ ਹੁਣ ਉੱਥੇ ਨਹਿਰ ਦੇ ਉੱਤੇ ਪਸ਼ੂ ਸਿੱਟੇ ਹੋਏ ਨੇ, ਮੈਂ ਵੀ ਵੀਡੀਓ ਪਾਈ ਸੀ, ਰਾਮ ਮਾਨੂਕੇ ਸਾਹਿਬ ਜੁੜੇ ਸੀ, ਜਿਹੜਾ ਉਹ ਮਿਰਤਕ ਪਸ਼ੂ ਹੈ, ਫਿਰ ਉਹਦੀ ਬਾਡੀ ਚ ਵਾਇਰਸ ਤਾਂ ਬਹੁਤ ਫੈਲਦਾ ਹੋਊ ਇਸ ਦਾ ਅੱਗੇ ਅੱਗੇ ਲੈਂਪੀ ਦਾ? ਹਾਂਜੀ, ਵੈਸੇ ਉਹਦੇ ਚ ਅਸੀਂ ਹੈ ਤਾਂ ਇਹੀ ਕਹਿੰਦੇ ਵੀ ਦਬਾਓ ਹਨਾ, ਪਰ ਫਾਰਮਰ ਦੇ ਬਸ ਦੀ ਗੱਲ ਨੀ ਵੀ ਉਹ ਜੇ ਅਸੀਂ ਮਸ਼ੀਨ ਲਿਆ ਕੇ ਉਹਨੂੰ ਪਟਾ ਕੇ, ਉਹ ਐਕਚੁਅਲੀ ਇਹ ਕੰਮ ਜਿਹੜਾ ਗਵਰਨਮੈਂਟ ਲੈਵਲ ਤੇ ਹੋਣਾ ਚਾਹੀਦਾ ਵੀ ਉਹ ਮਸ਼ੀਨਾਂ ਦੇ ਨਾਲ। ਜਿਵੇਂ ਕੋਰੋਨਾ ਕਿਹਾ ਜਾਂਦਾ ਕਿ ਜੇ ਡੈਥ ਹੋ ਗਈ ਤੇ ਉਹ ਰਿਪੋਰਟ ਸੀ ਕਿ ਜੇ ਬੰਦੇ ਦੀ ਡੈਥ ਹੋ ਗਈ ਤੇ ਉਹਦੇ ਚ ਫਿਰ ਕੋਰੋਨਾ ਦਾ ਅਸਰ ਖਤਮ ਹੋ ਜਾਂਦਾ ਡੈਡ ਬਾਡੀ ਕੁਛ ਘੰਟੇ ਬਾਅਦ, ਪਰ ਇਹ ਪਸ਼ੂ ਦੇ ਵਿੱਚ ਤਾਂ ਲੈਂਪੀ ਦਾ ਡਿਜ਼ੀਜ਼ ਜਿਹੜੀ ਹੈ ਮੇਰੇ ਖਿਆਲ ਉਹ ਵਾਇਰਸ ਦਾ ਅੱਗੇ ਮੱਖੀਆਂ ਮੱਛਰ ਬਹੁਤ ਫੈਲਾਉਂਦੇ ਹੋਣੇ ਆ। ਹਾਂਜੀ, ਇਹਦੇ ਚ ਮਤਲਬ ਜਿਹੜੀਆਂ ਮੇਨ ਇਨਸਟ੍ਰਕਸ਼ਨ ਆ ਉਹ ਇਹੀ ਆ ਵੀ ਐਨੀਮਲ ਨੂੰ ਦੱਬ ਦਿੱਤਾ ਜਾਵੇ ਹਨਾ, ਪਰ ਐਨੀਮਲ ਨੂੰ ਦਬਾਉਂਦੇ ਬਹੁਤ ਘੱਟ ਹੈ, ਕਿਉਂਕਿ ਉਹਦੇ ਲਈ ਜਾਂ ਤਾਂ ਉਹ ਗਵਰਨਮੈਂਟ ਅਰੇਂਜ ਕਰੇ ਮਸ਼ੀਨਾਂ ਦਾ ਜਿਹੜਾ ਪੱਟ ਕੇ ਦੂੰਗਾ ਹੋਵੇ, ਕਿਉਂਕਿ ਫਾਰਮਰ ਲਈ ਇੰਨਾ ਉਹ ਖਰਚਾ ਹੁੰਦਾ ਜਾਂ ਵੈਸੇ ਵੀ ਪੋਸੀਬਿਲਿਟੀ ਨਹੀਂ, ਉਹਦੇ ਕਰਕੇ ਫਾਰਮਰ ਬਹੁਤ ਥੋੜੇ ਫਾਰਮਰ ਆ ਜਿਹੜੇ ਦਬਾ ਰਹੇ ਆ, ਬਾਕੀ ਉਦੋਂ ਹੀ ਸਿੱਟ ਰਹੇ ਆ, ਪਰ ਉਹ ਤਾਂ ਬਹੁਤ ਨੁਕਸਾਨਦਾਇਕ ਅੱਗੇ ਦੀ ਕੋਈ ਵਾਇਰਸ। ਅੱਛਾ, ਇਹਦੀ ਕਿੰਨੀ ਕੁ ਹਿਸਟਰੀ ਹੈ ਭੈਣੇ, ਕਿੰਨੇ ਕੁ ਦਿਨ ਮਤਲਬ ਉਮੀਦ ਹੈ ਕਿ ਕਾਬੂ ਹੋਣ ਚ, ਜੇ ਇੱਦਾਂ ਪਸ਼ੂ ਖੁੱਲੇ ਚ ਸਿੱਟਦੇ ਰਹੇ ਉਹਦੇ ਨਾਲ ਤਾਂ ਵਾਇਰਸ ਵਧੇਗਾ ਕੁਦਰਤੀ ਹੈ ਤੇ? ਹਾਂਜੀ, ਪਰ ਇਹ ਬਿਮਾਰੀ ਸਾਡੇ ਏਰੀਆ ਚ ਖਾਸ ਕਰ ਘਟਣ ਲੱਗ ਪਈ ਆ, ਨਵੇਂ ਕੇਸ ਬਹੁਤ ਘੱਟ ਆ ਰਹੇ ਆ, ਤੇ ਇਹਦੀ ਜਿਹੜੀ ਡੈਥ ਰੇਟ ਆ 100 ਪਿੱਛੇ ਇੱਕ ਜਾਂ ਦੋ ਐਨੀਮਲ ਆ ਜਿਹੜੇ ਮਤਲਬ ਸਵੇਰੇ ਸ਼ਾਮ ਉਹ ਬੁਖਾਰ ਤੋਂ ਬਚਾਅ ਕਰਾਈ ਜਾਂਦੇ ਨਾ, ਉਹਨਾਂ ਦੇ ਐਨੀਮਲ ਬਚੀ ਜਾ ਰਹੇ, ਜਿਨ੍ਹਾਂ ਦੀਆਂ ਸ਼ੈੱਡਾਂ ਦੇ ਵਿੱਚ ਸਫਾਈ ਹੈਗੀ ਆ ਪੂਰੀ ਹਨਾ, ਉਹ ਉਹਨਾਂ ਦੇ ਪਸ਼ੂ ਬਹੁਤ ਘੱਟ ਮਤਲਬ ਬਿਮਾਰ ਹੋ ਕੇ ਵੀ ਠੀਕ ਹੋ ਰਹੇ ਆ, ਮਤਲਬ ਇਹ ਜਿਹੜਾ ਫਾਰਮਰ ਥੋੜਾ ਜਿਹਾ ਲਾਪਰਵਾਹ ਆ ਉਹਨਾਂ ਦੇ ਪਸ਼ੂਆਂ ਦਾ ਜ਼ਿਆਦਾ ਨੁਕਸਾਨ ਹੋ ਰਿਹਾ, ਜਿਹੜਾ ਥੋੜਾ ਜਿਹਾ ਵੀ ਕੰਸ਼ੀਅਸ ਹੈਗਾ ਨਾ ਜੀ, ਬੁਖਾਰ ਦੇ ਕਾਰਨ ਡੈਥ ਹੁੰਦੀ ਮਤਲਬ ਹਨਾ ਜੀ? ਹਾਂਜੀ, ਬੁਖਾਰ ਦਾ ਕਾਰਨ ਹੁੰਦੀ ਹੈ ਇੱਕ ਪਾਣੀ ਭਰਦਾ ਉਹਦੇ ਜਿਹੜਾ ਨਾ ਜਿਵੇਂ ਝਾਲਰ ਦੇ ਵਿੱਚ ਪਾਣੀ ਜਿਹਾ ਅੱਗੇ ਭਰ ਜਾਂਦਾ, ਉਹ ਜਿਹਾ ਪਾਣੀ ਫਿਰ ਫੇਫੜਿਆਂ ਦੇ ਵਿੱਚ ਵੀ ਭਰਦਾ, ਤੇ ਉਹਦੇ ਤੋਂ ਇੱਕ ਟੀਕਾ ਲੱਗਦਾ, ਕਿਉਂਕਿ ਉਹ ਜਿਹੜੇ ਮਤਲਬ ਸਰਕਾਰੀ ਤਾਂ ਲਾਈ ਜਾਂਦੇ ਆ, ਵਿੱਚ ਜਿਹੜੇ ਪ੍ਰਾਈਵੇਟ ਵਰਕਰ ਆ ਇੱਦਾਂ ਦੇ ਜਿਹੜੇ ਸਿੱਖ ਸਿਖਾ ਕੇ ਲੱਗੇ ਹੁੰਦੇ ਆ ਨਾ, ਉਹਨਾਂ ਨੂੰ ਨਹੀਂ ਪਤਾ ਲੱਗਦਾ, ਉਹ ਜਦੋਂ ਟੀਕਾ ਲਾਉਂਦੇ ਆ ਆਪਾਂ ਤੇ ਉਹਦੇ ਨਾਲ ਉਹ ਜਿਹੜਾ ਪਾਣੀ ਜਿੰਨਾ ਭਰਿਆ ਉਹ ਬਾਹਰ ਨਿਕਲ ਜਾਂਦਾ ਵਾ। ਉਹ ਕਿਸ ਚੀਜ਼ ਦਾ ਟੀਕਾ ਲੱਗਦਾ ਜੇ ਉਹ ਲਵਾਉਣਾ ਹੋਵੇ? ਕੋਸਟਲੀ ਟੀਕਾ ਪ੍ਰਾਈਵੇਟ ਮਿਲਦਾ ਨਹੀਂ, ਕੋਸਟਲੀ ਨਹੀਂ ਗਾ, ਲੈਸਿਕ ਤੇ ਆ ਉਹ, ਤੇ ਰਿਡੀਮਾ ਆਮ ਕੰਪਨੀ ਨੇਮ ਆ 10 ml ਦਾ ਟੀਕਾ, ਕੋਈ ਇੰਨਾ ਮਹਿੰਗਾ ਨੀ ਗਾ, ਤੇ ਉਹ ਹਿਊਮਨ ਚ ਵੀ ਈਵਨ ਯੂਜ ਹੁੰਦਾ, ਲੈਸਿਕ ਦਾ ਟੀਕਾ ਲਾਉਣ ਨਾਲ ਉਹ ਪਾਣੀ ਜਿੰਨਾ ਇਕੱਠਾ ਹੋਇਆ ਹੁੰਦਾ ਉਹ ਨਿਕਲ ਜਾਂਦਾ, ਉਹਦੇ ਨਾਲ ਫਿਰ ਅੰਦਰੋਂ ਜਿਹੜਾ ਨਮੋਨੀਆ ਵਗੈਰਾ ਹੋਣ ਦੇ ਜਿਹੜੇ ਪਸ਼ੂਆਂ ਦੇ ਝਾਲਰ ਚ ਨਹੀਂ ਵੀ ਆਇਆ, ਕੀ ਉਹਨਾਂ ਨੂੰ ਵੀ ਇਹ ਲਾ ਦੇਣਾ ਸਹੀ ਹੁੰਦਾ ਜਾਂ ਨਹੀਂ ਲਾਉਣਾ ਚਾਹੀਦਾ ਜਿਹਦੇ ਚ? ਨਹੀਂ ਨਹੀਂ, ਉਹਨਾਂ ਨੂੰ ਨਹੀਂ ਲਾਉਣਾ ਹੁੰਦਾ, ਕਿਉਂਕਿ ਆਟੋਮੈਟਿਕ ਪ੍ਰੈਸ਼ਰ ਸਾਰਾ ਉਹ ਟੀਕਾ ਚੇਂਜ ਕਰ ਦਿੰਦਾ, ਉਹ ਜਦੋਂ ਤੁਹਾਡੇ ਪਾਣੀ ਇਕੱਠਾ ਹੋ ਜਾਂਦਾ ਉਦੋਂ ਹੀ ਲਾਉਣਾ ਹੁੰਦਾ, ਤੇ ਦੂਜਾ ਜਿਹਨਾਂ ਪਸ਼ੂਆਂ ਦੇ ਵਿੱਚ ਆਹ ਸ਼ੱਕਰ ਤੇ ਨਾਲ ਉਹਦੇ ਬੇਸਣ ਘੋਲ ਕੇ ਪਿਲਾਉਂਦੇ ਆ, ਪ੍ਰੋਟੀਨ ਤੇ ਥੋੜਾ ਜਿਹਾ ਗਲੂਕੋਜ਼ ਦਾ ਤਰ੍ਹਾਂ ਬੋਡੀ ਦੇ ਵਿੱਚ ਚਲੇ ਜਾਂਦਾ, ਉਹ ਜਿਹੜੇ ਪਸ਼ੂ ਪੱਠੇ ਨਹੀਂ ਖਾ ਰਹੇ ਉਹਨਾਂ ਨੂੰ ਵੀ ਕਾਫੀ ਉਸ ਚੀਜ਼ ਨਾਲ ਵੀ ਕਾਫੀ ਫਰਕ ਪੈਂਦਾ। ਜਿਵੇਂ ਹੁਣ ਦੁੱਧ ਕਈ ਭੈਣ ਜੀ ਗੁਰੇਜ਼ ਕਰਦੇ ਨੇ ਵਰਤਣ ਤੋਂ ਕਿਸਾਨ ਕੋਲ, ਫਾਰਮਰ ਕੋਲ ਦੁੱਧ ਜੇ ਵਾਧੂ ਹੋ ਜਾਂਦਾ ਪਸ਼ੂ ਨੂੰ, ਕੀ ਦੁੱਧ ਪਿਆਉਣਾ ਵੀ ਜਾਇਜ਼ ਹੈ ਇਸ ਮੌਸਮ ਦੇ ਇਸ ਬਿਮਾਰੀ ਦੇ ਪੀੜਤ ਪਸ਼ੂ ਨੂੰ? ਨਹੀਂ ਨਹੀਂ, ਦੁੱਧ ਪਸ਼ੂ ਨੂੰ ਨਹੀਂ ਪਿਲਾਉਣਾ ਚਾਹੀਦਾ ਉਹਦੇ, ਕਿਉਂਕਿ ਸਿਸਟਮ ਜਿਹੜਾ ਆ ਉਹ ਸਿਰਫ ਤਾਪ ਤੱਕ ਹੀ ਹੁੰਦਾ, ਉਹਦੇ ਜਿਹੜੇ ਸਟੋਮਕ ਆ ਉਹ ਦੁੱਧ ਨੂੰ ਨਹੀਂ ਇੰਨਾ ਉਹਦੇ ਚ ਬੈਕਟੀਰੀਆ ਸਹੀ ਰਹਿੰਦੇ, ਤੇ ਦੁੱਧ ਕੋਈ ਐਡੀ ਗੱਲ ਨੀ, ਉਹਨੂੰ ਬੋਇਲ ਕਰਕੇ ਹਿਊਮਨ ਨੂੰ ਵਰਤ ਲੈਣਾ ਚਾਹੀਦਾ, ਉਹ ਖੈਰ ਬਾਰ ਬਾਰ ਇਸ ਚੀਜ਼ ਤੇ ਅਸੀਂ ਜ਼ੋਰ ਵੀ ਲਾਉਂਦੇ ਆ ਵੀ ਦੁੱਧ ਪੀਓ, ਕੁਛ ਨੀ ਹੁੰਦਾ, ਠੀਕ ਹੈ? ਹਾਂਜੀ, ਉਹ ਪਸ਼ੂ ਨੂੰ ਨਹੀਂ ਦੇਣਾ ਚਾਹੀਦਾ। ਥੈਂਕ ਯੂ ਭੈਣ ਰਾਣੀ।
ਬਹੁਤ ਬਹੁਤ ਧੰਨਵਾਦ ਡਾਕਟਰ ਗੁਰਪ੍ਰੀਤ ਕਾਲੋਂ ਜੀ, ਆਪਣਾ ਵੈਟਰਨਰੀ ਅਧਿਕਾਰੀ ਨੇ, ਇਹ ਕਹਿੰਦੇ ਵੀ ਰਿਪੋਰਟਸ ਤਾਂ ਇਹ ਨੇ ਕਿ ਕੰਟਰੋਲ ਹੋ ਰਿਹਾ, ਪਰ ਬੁਖਾਰ ਦਾ ਕੰਟਰੋਲ ਬਹੁਤ ਜ਼ਰੂਰੀ ਹੈ। ਈਵਨ ਪਸ਼ੂ ਨੂੰ ਨੁਹਾ ਵੀ ਦਿਓ ਜਾਂ ਖਾਸ ਕਰਕੇ ਸਿਰ ਚ ਪਾਣੀ ਤਾਂ ਜ਼ਰੂਰ ਪਾਓ, ਕਿਉਂਕਿ ਮੌਤ ਦਾ ਕਾਰਨ ਬੁਖਾਰ ਬਣਦਾ। ਭੈਣ ਡਾਕਟਰ ਗੁਰਪ੍ਰੀਤ ਕਾਲੋਂ ਵੈਟਰਨਰੀ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ। ਜੀ ਸੁਰਿੰਦਰ ਜੀ, ਪੰਜਾਬ ਸਰਕਾਰ ਦਾ ਤੇ ਇਸ ਕਿਸਾਨਾਂ ਨੂੰ ਥੋੜੀ ਦੇਰ ਕਾਲ ਨਹੀਂ ਲਵਾਂਗੇ, ਪਲੀਜ਼ ਕਰੋ ਕਿ ਕੰਪਲੀਟ ਇਹਨੂੰ ਤੇ ਜਿਹੜਾ ਸਵਾਲ ਦੋ ਤਿੰਨ ਇਕੱਠੇ ਹੋ ਗਏ ਨੇ, ਇੱਕ ਬੀਬੀ ਵਰਜਿੰਦਰ ਕੌਰ ਵਾਲਾ ਵੀ ਹੈ ਤੇ ਮਨੀਸ਼ਾ ਗੁਲਾਟੀ ਦੀ ਕਾਰਵਾਈ ਵੀ ਹੈ ਪਠਾਨ ਮਾਜਰਾ ਕੇਸ ਤੇ, ਲਗਾਤਾਰ ਤਾਂ ਬਣਾਈ ਰੱਖੋ ਪਲੀਜ਼, ਕੰਟੀਨਿਊ ਕਾਲ ਨਹੀਂ ਲਵਾਂਗੇ ਥੋੜੀ ਦੇਰ, ਕੰਟੀਨਿਊ ਸੁਰਿੰਦਰ ਵੀਰ। ਮਨੀਸ਼ਾ ਗੁਲਾਟੀ ਨੇ ਆ ਗਈ ਮੈਦਾਨ ਚ, ਸੋ ਮੋਟਿਵ ਲੈਂਦੇ ਹੋਏ ਉਹਨਾਂ ਨੇ ਸੱਦ ਲਿਆ ਨਾਲ ਹੀ ਪਠਾਨ ਮਾਜਰਾ ਸਾਹਿਬ ਨੂੰ ਤੇ ਨਾਲ ਹੀ ਸਟੇਟ ਨੂੰ ਉਹਨਾਂ ਨੇ ਕਹਿ ਤੱਕ ਆਓ ਮੈਦਾਨ ਚ ਦੱਸੋ ਜੀ ਕੀ ਕੀਤਾ। ਤੇ ਉਧਰ ਪਠਾਨ ਮਾਜਰਾ ਸਾਹਿਬ ਆ ਗਏ ਮੈਦਾਨ ਚ, ਉਹ ਕਹਿੰਦੇ ਜੀ ਪਹਿਲੀ ਗੱਲ ਕਹਿੰਦੇ ਚੰਗਾ ਹੋਇਆ ਰੋਜ਼ ਦਾ ਟੈਂਟਾ ਨਿਬੜਿਆ, ਪਹਿਲੀ ਗੱਲ। ਹੁਣ ਕਹਿੰਦਾ ਮੈਂ ਮਨੀਸ਼ਾ ਗੁਲਾਟੀ ਜੀ ਨੂੰ ਵੀ ਬੇਨਤੀ ਕਰਦਾ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿਓ। ਤੇ ਮਨੀਸ਼ਾ ਗੁਲਾਟੀ ਕਹਿੰਦੀ ਵੀ ਕਾਨੂੰਨੀ ਤੌਰ ਤੇ ਜਿਹੜਾ ਪੰਚਾਇਤੀ ਤਲਾਕ ਆ ਉਹ ਤਲਾਕ ਤਾਂ ਵੈਲਿਡ ਆ ਜਿਹੜਾ ਕੋਰਟ ਚੋਂ ਲਿਆ ਜਾਂਦਾ, ਤੇ ਤੁਸੀਂ ਦੂਜੀ ਮੈਰਿਜ ਨਹੀਂ ਕਰਾ ਸਕਦੇ, ਪਹਿਲੀ ਗੱਲ। ਅਗਲੀ ਗੱਲ ਫਿਰ ਪਠਾਨ ਮਾਜਰਾ ਸਾਹਿਬ ਜਵਾਬ ਉਹਦਾ ਕੀ ਦਿੰਦੇ, ਕਹਿੰਦੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਹਨਾਂ ਕੰਮਾਂ ਚ ਕੁਛ ਨੀ ਰੱਖਿਆ, ਸੁਧਰ ਜਾਓ ਚੰਗੇ ਰਹੋਗੇ। ਤੇ ਅਗਲੀ ਗੱਲ ਆ ਕਹਿੰਦਾ ਕੋਈ ਵੀ ਬੰਦਾ ਆਪਣੀ ਜਨਾਨੀ ਤੇ ਵਿਸ਼ਵਾਸ ਨਾ ਕਰੇ। ਮੈਂ ਕਿਹਾ ਯਾਰ ਇਹ ਤਾਂ ਪੰਗਾ ਹੀ ਬਹੁਤ ਆ, ਬਹੁਤ ਵੱਡਾ ਵੀ ਹੁਣ ਬਲੇਮ ਜਨਾਨੀ ਨੂੰ, ਜਨਾਨੀ ਤੇ ਵਿਸ਼ਵਾਸ ਨਾ ਕਰੋ, ਆਪਣੀਆਂ ਕਰਤੂਤਾਂ ਕੰਟਰੋਲ ਨਾ ਕਰੋ। ਹਾਂ ਫਿਰ ਨਾਲ ਹੀ ਕਹਿ ਤਾ ਕਹਿੰਦੇ ਜੀ ਇਹ ਚੰਦੂ ਮਾਜਰਾ ਸਾਹਿਬ ਦੇ ਕੰਟੈਕਟ ਚ ਸੀ ਜਿਹੜੀ ਇਹ ਬੀਬੀ ਸੀ। ਉਹ ਕਹਿੰਦਾ ਉਹ ਕਿਹੜੇ ਕੱਟ ਨੇ ਉਹ ਮੈਦਾਨ ਚ ਆ ਕੇ, ਉਹ ਕਹਿੰਦੇ ਵੀ ਬੀਬੀ ਜੇ ਮੈਦਾਨ ਸਾਡੇ ਕੰਟੈਕਟ ਚ ਸੀ ਅਸੀਂ ਕਿਹਾ ਸੀ ਦੂਜਾ ਵਿਆਹ ਕਰਾ ਜਾਂ ਅਸੀਂ ਕਰਾਉਣ ਗਏ ਸੀ, ਹੈਂ ਵਿਆਹ ਦੂਜਾ ਤੂੰ ਕਰਾਇਆ ਕਸੂਰ ਤੇਰਾ। ਅੱਛਾ ਜਿਹੜੀ ਦੂਸਰਾ ਪਠਾਨ ਮਾਜਰਾ ਸਾਹਿਬ ਦੀ ਬ੍ਰਿਗੇਡ ਸੀ ਉਹ ਆ ਗਈ, ਕਹਿੰਦੇ ਪੈਰ ਦੂਸਰਾ ਪਠਾਨ ਮਾਜਰਾ ਸਾਹਿਬ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਥੱਲੇ ਕਮੈਂਟ ਕਰਨ ਵਾਲਾ ਕਹਿੰਦਾ ਕਹਿੰਦਾ ਕਿਹੜੀ ਸੋਚ ਤੇ ਪਹਿਰਾ ਦੇਣਾ ਦੱਸ ਦੋ, ਪਿੰਡ ਵਾਲੀ ਤੇ ਦੇਣਾ ਕਿ ਲੁਧਿਆਣੇ ਵਾਲੀ ਤੇ ਦੇਣਾ ਕਿਹੜੀ ਤੇ ਦੇਣਾ। ਜਾਨੀ ਕਿ ਬ੍ਰਿਗੇਡ ਆ ਗਈ, ਉਹ ਕਹਿੰਦੇ ਯਾਰਾਂ ਦਾ ਯਾਰ ਆ। ਦੇਖੋ ਸਪਲੀਮੈਂਟ ਲੱਗ ਰਿਹਾ ਨੇ, ਮੈਂ ਸਵੇਰੇ ਵੀ ਜ਼ਿਕਰ ਕੀਤਾ ਸੀ ਕਿ ਅਜੀਤ ਦੇ ਵਿੱਚ ਅੱਜ ਫੁੱਲ ਪੇਜ ਐਡ ਹੈ 9 ਨੰਬਰ ਤੇ ਪਠਾਨ ਮਾਜਰਾ ਦੀ। ਥੋੜਾ ਜਿਹਾ ਆਪ ਵਾਲਿਆਂ ਨੂੰ ਇਹ ਵੀ ਹੈ ਨਾ ਕਿ ਦੇਖੋ ਜਿਹੜਾ ਚੇਤਨ ਜੋੜੇ ਮਾਜਰਾ ਬਾਜ਼ੀ ਮਾਰ ਗਿਆ, ਇਹ ਦੋ ਦਿਨ ਦਾ ਰੌਲਾ ਪਊਗਾ ਫੁੱਲ ਫਾਰਮ ਚ ਨੇ, ਉਹ ਵੀ ਇਹਨਾਂ ਨੂੰ ਬੂਸਟ ਕਰਦਾ ਜੀ। ਨਹੀਂ ਬੂਸਟ ਏਦਾਂ ਕਰਦਾ ਨਾ, ਚੇਤਨ ਜੋੜਾ ਮਾਜਰਾ ਦਾ ਕੀ ਹੋਇਆ, ਉਹਦੀ ਮੂਵਮੈਂਟ ਸਾਰੀ ਹਰਮੀਤ ਪਠਾਨ ਮਾਜਰਾ ਨੇ ਤਿਆਰ ਕੀਤੀ, ਬ੍ਰਿਗੇਡ ਇਹਨਾਂ ਦੀ ਸੀ, ਇਹਨਾਂ ਲਾ ਦਿੱਤੀ ਵੀ ਚਿੰਤਾ ਨਾ ਕਰੋ। ਦੂਜੀ ਗੱਲ ਭਗਵੰਤ ਮਾਨ ਕੋਲੇ ਪਾਵਰ ਨਹੀਂ ਸੀ ਕਿ ਉਹਦਾ ਡਿਪਾਰਟਮੈਂਟ ਚੇਂਜ ਕਰ ਦਿੰਦਾ ਜਾਂ ਉਹਨੂੰ ਮੰਤਰੀ ਜੇ ਉਹਦੇ ਤੋਂ ਬਰਖਾਸਤ ਕਰ ਦਿੰਦਾ। ਇਸੇ ਕਰਕੇ ਹੁਣ ਹਰਮੀਤ ਪਠਾਨ ਮਾਜਰਾ ਨੂੰ ਜੇ ਪਾਰਟੀ ਤੋਂ ਬਾਹਰ ਕਰਨਾ ਕੁਛ ਕਰਨਾ, ਜੋ ਵੀ ਫੈਸਲਾ ਲੈਣਾ ਉਹ ਫੈਸਲਾ ਹਾਈ ਕਮਾਂਡ ਨੇ ਲੈਣਾ, ਨਾ ਕਿ ਭਗਵੰਤ ਮਾਨ ਕੋਲੇ। ਭਗਵੰਤ ਮਾਨ ਫੈਸਲਾ ਲੈਣ ਦੇ ਕਾਬਲ ਨਹੀਂ ਹੈ, ਨਾ ਉਹਦੇ ਕੋਲੇ ਪਾਵਰ ਹੈ, ਫੈਸਲਾ ਉੱਥੋਂ ਹੋਣਾ। ਜਿਹੜੇ ਹਰਮੀਤ ਪਠਾਨ ਮਾਜਰੇ ਦੇ ਵਿਰੋਧੀ ਨੇ ਉਹ ਭੱਜੀ ਕਰਦੇ ਆ ਦਿੱਲੀ ਦੀਆਂ ਬਰੂਹਾਂ ਤੇ, ਫੈਸਲਾ ਲਓ ਜੀ ਪਾਰਟੀ ਚ ਬਹੁਤ ਇਨਸਲਟ ਹੋ ਗਈ, ਤੇ ਪਠਾਨ ਮਾਜਰਾ ਸਾਹਿਬ ਆਪਣੇ ਜੁਗਾੜਬੰਦੀ ਚ ਲੱਗੇ ਹੋਏ। ਪਰ ਹੁਣ ਬਲੇਮ ਘਰ ਵਾਲੀਆਂ ਨੂੰ ਦੇਈ ਜਾਂਦੇ ਆ, ਕਹਿੰਦੇ ਕੋਈ ਵੀ ਬੰਦਾ ਆਪਣੀ ਜਨਾਨੀ ਤੇ ਵਿਸ਼ਵਾਸ ਨਾ ਕਰੇ, ਕਹਿੰਦਾ ਮੈਂ ਤਾਂ ਡੁੱਬਿਆ ਹੀ ਤਾਂ ਮੈਂ ਵਿਸ਼ਵਾਸ ਕੀਤਾ ਘਰ ਵਾਲੀ ਤੇ ਘਰ ਵਾਲੀ ਨੇ ਮੇਰਾ ਧੋਖਾ ਕੀਤਾ। ਪਰ ਹੁਣ ਭਾਈ ਸਾਡੇ ਕੋਲ ਇੱਕ ਇੱਕ ਆ ਤੇ ਜਿਹੜੀਆਂ ਦੋ ਹੋਈਆਂ ਦੋਵਾਂ ਦਾ ਕਰਕੇ ਪੰਗਾ ਖੜਾ ਹੋਇਆ, ਇੱਕ ਇੱਕ ਵਾਲੀ ਤੇ ਤਾਂ ਵਿਸ਼ਵਾਸ ਕਰਨਾ ਪੈਣਾ, ਮੇਰੇ ਸਾਰੇ ਘਰ ਟੁੱਟ ਜਾਣਗੇ, ਏਦਾਂ ਗੱਡੀ ਨਹੀਂ ਕੀ ਚੱਲਣੀ ਹੈ। ਸੋ ਇਸ ਕਰਕੇ ਗਲਤ ਸਟੇਟਮੈਂਟ ਨਾ ਦੇਵੋ, ਇਹ ਗਲਤ ਬੰਨੇ ਨੂੰ ਜਾਓਗੇ। ਚਲੋ ਆਉਣ ਵਾਲੇ ਦਿਨ ਦੱਸ ਦੇਣਗੇ ਮਨੀਸ਼ਾ ਗੁਲਾਟੀ ਕੀ ਕਰਦੀ ਆ, ਪੰਜਾਬ ਸਰਕਾਰ ਕੀ ਕਰਦੀ ਆ, ਤੇ ਇਹਨਾਂ ਦੀ ਹਾਈ ਕਮਾਂਡ ਕੀ ਫੈਸਲਾ ਲੈਂਦੀ ਆ, ਤੇ ਜਾਂ ਠੰਡ ਠੰਡੋਰਾ ਹੋ ਜਾਂਦਾ, ਕਹਿ ਦੇਣਗੇ ਕਿ ਚਲੋ ਠੀਕ ਆ ਕੋਈ ਨੀ ਜੀ, ਘਰ ਘਰ ਦੀ ਗੱਲ ਸੀ ਘਰ ਤੇ ਰਹਿ ਗਈ ਆ, ਤੇ ਜਾਂ ਜੀ ਗੁਰਪ੍ਰੀਤ ਕੌਰ। ਹਾਂਜੀ ਹਾਂਜੀ, ਖੈਰ ਸ਼ੁਰੂ ਕਰੋ ਸੁਰਿੰਦਰ ਵੀ ਤੁਹਾਡੀ। ਸਤਨਾਮ ਜੀ ਸਵਾਗਤ ਹੈ ਤੁਹਾਡਾ ਸਰਮਸਤਪੁਰ ਤੋਂ। ਹੈਲੋ, ਹਾਂਜੀ ਗੱਲ ਕਰੋ। ਹਾਂਜੀ ਹਾਂਜੀ ਵੀਰ ਜੀ, ਹਾਂਜੀ ਗੱਲ ਕਰੋ ਗੱਲ ਕਰੋ। ਇਹ ਮਨੀਸ਼ਾ ਗੁਲਾਟੀ ਜਿਹੜੀ ਆ, ਮੈਂ ਆਪਣਾ ਮਤਲਬ ਦੂਜੇ ਐਪਲੀਕੇਸ਼ਨ ਭੇਜੀ ਸੀਗੀ, ਉਹਦਾ ਵੀ ਜਵਾਬ ਦਿੱਤਾ ਇਹਨਾਂ ਨੂੰ। ਮੈਂ ਕਿਹਾ ਸੀਗਾ ਮਨੀਸ਼ਾ ਗੁਲਾਟੀ ਨੂੰ ਮੈਂ
24 नवंबर नु मतलब एक दे के आया ही पेपर ते मेरे नाल आ गलबात हुई आ ओ शर्मा उत्थे जेड़ा ओदे नाल बैठा आ ओ कहिंदा असीं तीवियां दा गल करदे आ बंदियां दा नहीं करदे हैं ते फिर तुसीं ओदा लेबर सैन पुछदा क्यों कीता ता हुण इहदा क्यों करदे पठान दा क्यों करदे आ जे सच्चे ते सच्ची गल करो नहीं जा सकते बंदे पर जिहड़ा बंदा अप्रोच वाला जिहनूं कोई तीवी तंग करदी आ ओह उत्थे करदे आ पर आम बंदे कहंदे जी असीं तां विमन कमीशन दे आ पर जे बंदे दी अप्रोच है बंदा किसे इदां दी औरत तों पीड़ित है ते फिर नहीं इह सुणदे इहनूं पुछो इक मैं अपने सुरेंद्र भी भेजी आ मैं अपने अपने फोटो कापी मैं तुहानूं भी कहा मैं भेजूंगा मैं कल नूं भेजूंगा तुहानूं मैनूं ओहदा पढ़ के मैनूं दूजा जो भी आंसर दिओ मनीषा गलाटी दे नाल जिहड़ा शर्मा आ उहनें मैनूं इह गल कही कि मैं उहनूं कहा मैं कहा तूं लैंबर सैन पुलिस दा क्यों वे हस जे लै के तूं आह गल कीती आ जो सच आ सच कर बोलो फिर चुप सुरेंद्र पुछो मैं 22-24 नवंबर नूं भेजा और इहनां नूं दस्सिया भी मैं कहा मनीषा गलाटी नूं भेजिया ते कहिंदा तूं भेजणी सीगी जी थैंक यू थैंक यू मेहरबानी गल ओही है ना बई जी जिहदी अप्रोच आ ना उहदे तां बंदे दी भी सुणदे आ नहीं तां कहिंदे जी साडा तां बीबी वाला महकमा स्वागत जी तुहाडा 75 नंबर सत श्री अकाल जी तुहाडा सुरेंद्र भाई सूरे कहण लई ना किसानां दे धरने बारे वी हुण दुबारा उहदा धरना लगा रही ओह अज दा पहले दा ही लांघिया पता ओह 1000-1200 बंदा मैं की इक गया जी स्पीच सुनण दे आई ਕਹਿੰਦਾ ਸਾਨੂੰ ਪਾਣੀ ਨੀ ਦਿੱਤਾ ਸੁਸ਼ਾਲ ਲੈਣ ਦਿੱਤੇ ਅਸੀਂ ਇਹਨਾਂ ਨੂੰ ਵਾਰਨੇ ਦਿੰਦੇ ਆ ਸਾਨੂੰ ਪਾਣੀ ਸ਼ਾਲੇ ਦਿਓ ਨਹੀਂ ਤੇ ਅਸੀਂ ਇਹਨਾਂ ਦੇ ਡੀਸੀ ਅਫਸਰ ਘੇਰਾਂਗੇ ਤੇ ਭਾਜੀ ਪਹਿਲੇ ਦਿਨ ਪਤਾ ਲੱਗ ਗਿਆ 1000-1200 ਬੰਦਾ ਹੀ ਉੱਥੇ ਭਾਜੀ ਉਹ ਦਮ ਥੋ ਰਹਿਣਾ ਪਹਿਲਾਂ ਨੀ ਜਦੋਂ ਪੀਣ ਗਿਆ ਪਰ ਉਹਨੂੰ ਉਹ ਗੱਲ ਤਾਂ ਨਹੀਂ ਹੋਏਗੀ ਪਰ ਐਜੂਕੇਸ਼ਨ ਸ਼ੁਰੂ ਕਰਨਾ ਕੋਈ ਮਾੜਾ ਨਹੀਂ ਹੈ ਹਾਂਜੀ ਨੀ ਭਾਜੀ ਸਾਡੀ ਤਾਂ ਸਹੀ ਅੱਗੇ ਨਾ ਰਿਪੇਟ ਗਿਆ ਤੇ ਬੜਕ ਮਾਰੋ ਲਈ ਉਹ ਦਿੱਲੀ ਬਕਲ ਉਤਾਰ ਦੇਂਗੇ ਤੇ ਭਾਜੀ ਦਿੱਲੀ ਦੀ ਪੁਲਿਸ ਹੈ ਜੁੱਟ ਨੀ ਪੈਂਦੀ ਉਹ ਲੱਗ ਜਾਣ ਦੀ ਤੇ ਗੱਡੀ ਲੈ ਕੇ ਅੰਦਰ ਜਾਂਦਾ ਟੋਂ ਟੋਂ ਕਰਦਾ ਕੋਈ ਪੁਲਿਸ ਵਾਲਾ ਲੱਗ ਨੀ ਆਉਂਦਾ ਕਿਸੇ ਨੇ ਤੇ ਵੇਲੋ ਉੱਥੇ ਕੀ ਹਾਲ ਨੀ ਪਿਆ ਆਪਣੇ ਮਾਂ ਉੱਥੇ ਕਰਨਾਟਕਾ ਦੇ ਮਹਿਕਮਾਰੇ ਮੂੰਹ ਦੇ ਮੂੰਹ ਸਾਹੀ ਦਿੱਤੀ ਉਹਨੇ ਉੱਥੇ ਕੋਈ ਧਰਨਾ ਲਾਇਆ ਉਦਾਂ ਹੀ ਵਾਪਸ ਆ ਗਿਆ ਭਾਜੀ ਬਹੁਤ ਫਰਕ ਪੈ ਗਿਆ ਤਾਕਤ ਖਤਮ ਹੋ ਗਈ ਕਿਉਂਕਿ ਇਹਨਾਂ ਦੇ ਲੱਕ ਚ ਜੁੱਟ ਗਏ ਉਹ ਇਹਨਾਂ ਨੇ ਕਸ਼ਮੀਰ ਵੀ ਲੈ ਦਿੱਤੀ ਉਹਨਾਂ ਨੂੰ ਜੀ ਥੈਂਕ ਯੂ ਮਿਹਰਬਾਨੀ ਉਹਦੇ ਚ ਦੇਖੋ ਆਮ ਜਨਤਾ ਹਟ ਗਈ ਨੁਕਸਾਨ ਆਮ ਜਨਤਾ ਦਾ ਹੋਣਾ ਲੀਡਰਾਂ ਦਾ ਠੀਕ ਹੈ ਜਦੋਂ ਐਜੂਕੇਸ਼ਨ ਲੜਦੇ ਨੇ ਥੋੜੀ ਚੜ੍ਹਤ ਹੋ ਜਾਂਦੀ ਹੈ ਲੀਡਰਾਂ ਦੇ ਕੀ ਮਾਂ ਮਰ ਜਾਣੇ ਆ ਨੁਕਸਾਨ ਆਮ ਲੋਕਾਂ ਦਾ ਵੀ ਹੋਣਾ ਨਾ ਲੀਡਰਾਂ ਦਾ ਤੇ ਚਲੋ ਉਹਨਾਂ ਦਾ ਆਪਣੀ ਪਰਸਨੈਲਿਟੀ ਨੂੰ ਹੋਰ ਹੈ ਪਰ ਜੇ ਲੋਕ ਇਸੇ ਗੱਲ ਤੇ ਕਿ ਪਹਿਲਾਂ ਇਹਨਾਂ ਨੇ ਇਹ ਕੀਤਾ ਇਹ ਨਹੀਂ ਕੀਤਾ ਤੇ ਹੁਣ ਅਸੀਂ ਕਿਉਂ ਕਰੀਏ ਕਈ ਸਿੱਖ ਐਜੂਕੇਸ਼ਨਾਂ ਫੇਲ ਹੋਈਆਂ ਨੇ ਤੇ ਇਹਦਾ ਮਤਲਬ ਇਹ ਨਹੀਂ ਕਿ ਮੁੜ ਕੇ ਐਜੂਕੇਸ਼ਨ ਨਾ ਕੀਤੀ ਜਾਵੇ ਜੇ ਲੀਡਰ ਦਾਗੀ ਨੇ ਨਾ ਸਪੋਰਟ ਕਰੋ ਪਰ ਆਪਣੀ ਲੜਾਈ ਛੱਡ ਦੇਣੀ ਇਹ ਕੋਈ ਸਿਆਣਪ ਨਹੀਂ ਇਹ ਤਾਂ ਮਤਲਬ ਸਿੱਧੀ ਬੀਜੇਪੀ ਦੀ ਸਪੋਰਟ ਹੈ ਸਵਾਗਤ ਤੁਹਾਡਾ 1500 ਨੰਬਰ ਮੁਕੰਦਰ ਜੀ ਸਤਿ ਸ੍ਰੀ ਅਕਾਲ ਦਵਾਲਾ ਜੀ ਸਤਿ ਸ੍ਰੀ ਅਕਾਲ ਹਾਂਜੀ ਦਵਾਲਾ ਜੀ ਆ ਜਿਹੜੇ ਇਹਨਾਂ ਦੀ ਗੱਲ ਕਰਦੇ ਪਏ ਸੀ ਤੁਸੀਂ ਜਿਹੜਾ ਵਿਧਾਇਕ ਜਿਹਾ ਚੱਲ ਰਿਹਾ ਮਸਲਾ ਦੂਜੇ ਵਿਆਹ ਵਾਲਾ ਅੱਜ ਨਾ ਮੈਂ ਅੱਜ ਜਤਿੰਦਰ ਪੰਨੂ ਜੀ ਦਾ ਥੋੜਾ ਜਿਹਾ ਪ੍ਰੋਗਰਾਮ ਸੁਣਿਆ ਬੜੇ ਟਾਈਮ ਬਾਅਦ ਉਹ ਦੱਸ ਰਹੇ ਸੀ ਵੀ ਇਹਨਾਂ ਨੇ ਜਿਵੇਂ ਇਸ ਇਲੈਕਸ਼ਨ ਕਮਿਸ਼ਨ ਨੇ ਕਿਹਾ ਸੀ ਨਾ ਵੀ ਤੁਸੀਂ ਜੇ ਕੋਈ ਤੁਹਾਡੇ ਤੇ ਕੇਸ ਦਰਜ ਹੈ ਵੀ ਤੁਹਾਨੂੰ ਦੱਸਣਾ ਪਊਗਾ ਇਲੈਕਸ਼ਨ ਤੋਂ ਪਹਿਲਾਂ ਉਹਦੇ ਵਿੱਚ ਵੀ ਇਹਨਾਂ ਨੇ ਵੀ ਉੱਥੇ ਵੀ ਉਹ ਦੱਸਿਆ ਨਹੀਂ ਹੋਇਆ ਕਈ ਕੇਸਾਂ ਦਾ ਇਹਨਾਂ ਨੇ ਲਕੋ ਰੱਖਿਆ ਤੇ ਉਹ ਦੱਸਦੇ ਪਏ ਸੀ ਵੀ ਕਿਸੇ ਹੋਰ ਵਿਧਾਇਕ ਦੀ ਵੀ ਜੇ ਕੋਈ ਸ਼ਿਕਾਇਤ ਕਰਦੇ ਤੇ ਇਹਨਾਂ ਦੀ ਵਿਧਾਇਕੀ ਜਾਰੀ ਜਾਣੀ ਹੈ ਜੀ ਵੀ ਕੈਂਸਲ ਹੋਊਗੀ ਉਹਦੇ ਵਿੱਚ ਤੇ ਵੀ ਇਹ ਤੋਂ ਆਮ ਆਦਮੀ ਪਾਰਟੀ ਜਾਣ ਕੇ ਉਹ ਲੈ ਰਹੀ ਹੈ ਵੀ ਇਹਦਾ ਰਿਕਾਰਡ ਪਹਿਲਾਂ ਵੀ ਖਰਾਬ ਹੀ ਹੈ ਪਹਿਲਾਂ ਕਾਂਗਰਸ ਚ ਵੀ ਰਿਹਾ ਅਕਾਲੀਆਂ ਚ ਵੀ ਰਿਹਾ ਇਹ ਤੇ ਦੂਜੀ ਗੱਲ ਜਿਹੜੀ ਆ ਕਿਸਾਨਾਂ ਦਾ ਧਰਨਾ ਹੈ ਜੀ ਦੇਖੋ ਉਹ ਤਾਂ ਗੱਲ ਇਹਨਾਂ ਦੀ ਸੁਰਿੰਦਰ ਜੀ ਦੀ ਠੀਕ ਹੈ ਵੀ ਉਹ ਪਹਿਲਾਂ ਜੋ ਕੁਛ ਹੋਇਆ ਪਰ ਥੋੜਾ ਜਿਹਾ ਨਾ ਜਿਵੇਂ ਚਲੋ ਸੁਰਿੰਦਰ ਸਿੰਘ ਜੀ ਉਸੇ ਗੱਲ ਤੇ ਖੜੇ ਨੇ ਪਰ ਲੜਾਈ ਤਾਂ ਲੜਨੀ ਪਊਗੀ ਜੀ ਹੱਲ ਤਾਂ ਕੋਈ ਹੋਰ ਹੈ ਨੀ ਨਾ ਨਹੀਂ ਤਾਂ ਫਿਰ ਇਹ ਤਾਂ ਗੱਲ ਕੁੱਟਣਗੇ ਜੀ ਹੋਰ ਕੁੱਟਣਗੇ ਜੇ ਨਹੀਂ ਜੁੱਟਾਂਗੇ ਤਾਂ ਤੇ ਉਹ ਲੜਾਈ ਲੜਨੀ ਪਊਗੀ ਜੀ ਹਾਂ ਆਖਰੀ ਹੱਲ ਇਹੀ ਹੈ ਜੀ ਹੋਰ ਕੋਈ ਹੱਲ ਨਹੀਂ ਹੈਗਾ ਜੀ ਇਹਦਾ ਧੰਨਵਾਦ ਜੀ ਦੇਖੋ ਆਪਣੇ ਹਕੂਕ ਲਈ ਲੜਨਾ ਚਾਹੀਦਾ ਠੀਕ ਹੈ ਲੀਡਰ ਪਹਿਲਾਂ ਕੁਝ ਇੱਕ ਲੀਡਰ ਸਾਰੇ ਨਹੀਂ ਕਹਾਂਗੇ ਕੁਝ ਲੀਡਰ ਗਦਾਰੀ ਕਰ ਗਏ ਨੇ ਤੇ ਗੋਲਡਨ ਕੀ ਐਕਸਪ੍ਰੈਸ ਐਲ ਐਲ ਸੀ ਪੈਨਸਲਵੇਨੀਆ ਸਾਨੂੰ ਸਪੋਰਟ ਕਰਦੇ ਨੇ ਇਹਨਾਂ ਨੂੰ ਆਨਰਪ੍ਰੇਟਰਾਂ ਦੀ ਜ਼ਰੂਰਤ ਹੈ ਇਹਨਾਂ ਕੋਲ ਰੀਫਰ ਦੇ ਲੋਡ ਤੁਸੀਂ ਲੈ ਸਕਦੇ ਹੋ ਲਰੀ ਡੋਟ ਐਕਸਪ੍ਰੈਸ ਤੋਂ ਜੌਨਸਟਾਊਨ ਪੈਨਸਲਵੇਨੀਆ ਲਰੀ ਡੋਟ ਐਕਸਪ੍ਰੈਸ ਤੋਂ ਲਵੀਨੀਆ ਮਿਸ਼ੀਗਨ ਦੇ
ਤੇ ਕੰਪਨੀ ਦੇ ਡਾਇਰੈਕਟ ਲੋਡ ਨੇ, ਤੁਸੀਂ ਸਾਈਨ ਅਪ ਕਰਦੇ ਹੋ, ਤੁਹਾਡੀ ਸਹੂਲਤ ਵਾਸਤੇ ਲੋਡ ਦਾ ਸਮਾਂ ਸੈੱਟ ਕਰ ਦਿੰਦੇ ਨੇ, ਤੁਹਾਡਾ ਦਿਹਾੜੀ ਜੁੱਤਾ ਬਚਦਾ। ਤੇ ਸ਼ਿਪਰ ਟੂ ਸ਼ਿਪਰ ਟਰਾਂਸਫਰ ਲੋਡ ਨੇ ਤੇ 33-54 ਡਿਗਰੀ ਤਾਪਮਾਨ ਲੋਡ ਦਾ ਹੁੰਦਾ ਤੇ ਫਰੋਜ਼ਨ ਲੋਡ ਬਹੁਤ ਘੱਟ ਨੇ, ਇਸ ਕਰਕੇ ਤੁਹਾਡੇ ਡੀਜ਼ਲ ਦੀ ਖਪਤ ਹੈ ਜਿਹੜੀ ਉਹ ਘੱਟਦੀ ਹੈ। ਤੇ 10% ਕਮਿਸ਼ਨ ਚਾਰਜ ਕਰਦੇ ਨੇ ਤੇ ਵਧੀਆ ਕਿਰਾਏ ਭਾੜੇ ਨੇ। ਤੇ ਤੁਸੀਂ ਸੰਪਰਕ ਕਰਨਾ ਪ੍ਰਗਟ ਸਿੰਘ ਬੈਦਵਾਨ ਹੋਰਾਂ ਦਾ ਨੰਬਰ 484-320-6600 484-320-6700 ਸੈੱਲ ਫੋਨ 302-563-0080 302-563-0080। ਤੁਹਾਡੀ ਰਿਫਰ ਲੈਣ ਚ ਵੀ ਮਦਦ ਕਰਦੇ ਨੇ ਗੋਲਡਨ ਕੀ ਐਕਸੈਸ .com ਵੈਬਸਾਈਟ ਹੈ, ਗੋਲਡਨ ਕੀ ਐਕਸੈਸ .com @gmail.com ਜਿਹੜਾ ਈਮੇਲ ਹੈ। ਲਰੀਡੋ ਟੈਕਸਸ ਤੋਂ ਜੌਨਸਟਾਊਨ ਪੈਨਸਲਵੇਨੀਆ ਤੇ ਲਰੀਡੋ ਟੈਕਸਸ ਤੋਂ ਲਵੇਨੀਆ ਮਿਸ਼ੀਗਨ ਦੇ ਲੋਡ ਤੇ ਵਾਪਸੀ ਤੇ ਵੀ ਤੁਹਾਨੂੰ ਲੋਡ ਮਿਲ ਜਾਂਦਾ, ਕਈ ਵਾਰੀ ਕਨਫਰਮ ਨਹੀਂ ਬ੍ਰੋਕਰ ਦੇ ਲੋਡ ਹੁੰਦੇ ਨੇ। ਇਸੇ ਪਰਿਵਾਰ ਚੋਂ ਨੇ ਡਾਕਟਰ ਜਸਪ੍ਰੀਤ ਸਿੰਘ ਮਾਵੀ, ਰੀਅਲ ਸਟੇਟ ਕਾਰੋਬਾਰ ਕਰਦੇ ਨੇ ਡੈਲਸ ਟੈਕਸਸ ਦੇ ਵਿੱਚ, ਕੰਫਰਟੇਬਲ ਜੋਨ ਦੇ ਵਿੱਚ ਤੁਹਾਨੂੰ 3-5 ਲੱਖ ਡਾਲਰ ਦਾ ਘਰ ਦਵਾ ਦਿੰਦੇ ਨੇ ਤੇ ਨਾਲ ਲੋਨ ਆਦਿ ਦਾ ਵੀ ਪ੍ਰਬੰਧ ਕਰਾ ਦਿੰਦੇ ਨੇ। ਇਸ ਇਲਾਕੇ ਚ ਬਹੁਤ ਸਾਰੇ ਸਕੂਲ, ਕਾਲਜ, ਯੂਨੀਵਰਸਿਟੀਆਂ ਨੇ, ਤੁਹਾਡੇ ਬੱਚਿਆਂ ਲਈ ਵਧੀਆ ਰਿਹਾਇਸ਼ ਸਾਬਤ ਹੋ ਸਕਦੀ ਹੈ। ਤੇ ਜਿਹੜੇ ਵੀਰ ਕ੍ਰੋਸ ਕੰਟਰੀ ਟਰੈਕਿੰਗ ਜਾਂ ਹੋਰ ਬਿਜ਼ਨਸ ਨੇ, ਉਨ੍ਹਾਂ ਦੇ ਇਲਾਕੇ ਲਈ ਉਨ੍ਹਾਂ ਦਾ ਇਸ ਇਲਾਕੇ ਚ ਘਰ ਲੈਣਾ ਵਧੀਆ ਢੁਕਵਾਂ ਫੈਸਲਾ ਹੋ ਸਕਦਾ। ਕੋਈ ਵਪਾਰਕ ਜਾਇਦਾਦ ਖਰੀਦਣੀ ਵੇਚਣੀ ਹੈ, ਕਾਲ ਕਰੋ। ਡਾਕਟਰ ਜਸਪ੍ਰੀਤ ਸਿੰਘ ਮਾਵੀ ਹੋਰਾਂ ਦਾ ਸੈੱਲ ਫੋਨ ਹੈ 972-363-3700 972-363-3700 ਡਾਕਟਰ ਜਸਪ੍ਰੀਤ ਸਿੰਘ ਹੋਰਾਂ ਦਾ ਨੰਬਰ ਹੈ। ਇਸੇ ਤਰ੍ਹਾਂ ਬਲਵੀਰ ਸਿੰਘ ਸੁਪਾਨਪੁਰ ਪਰਿਵਾਰ ਹੈ, ਅਮਰੀਕਾ ਦੇ ਵਿਚ ਕਈ ਸਾਰੇ ਕਾਰੋਬਾਰ ਹੈ। ਵਾਸ਼ਿੰਗਟਨ ਦੇ ਵਿਚ ਹੈ ਆਰਲਿੰਗਟਨ ਫਿਊਜ਼ ਸ਼ਾਪ, 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ। ਇਸ ਲੋਕੇਸ਼ਨ ਤੋਂ ਫ੍ਰੀ ਕਾਫੀ, ਈਮੇਲ ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ, ਨਾਲ ਟਰੱਕਾਂ ਦਾ ਸਮਾਨ ਸਮਰੀ ਖਰੀਦ ਸਕਦੇ ਹੋ। ਦੂਜੀ ਲੋਕੇਸ਼ਨ ਇਹਨਾਂ ਦੀ ਕੈਲੀਫੋਰਨੀਆ ਚ ਲੋਸਟੇਲ ਟਰੈਵਲ ਸੈਂਟਰ, 1414 ਲੋਮਾ ਸਟਰੀਟ ਲੋਸਟੇਲ ਐਗਜ਼ਿਟ 278 ਤੇ। ਇਸ ਲੋਕੇਸ਼ਨ ਤੇ ਫ੍ਰੀ ਚਾਹ ਸ਼ਾਵਰ ਲਾਂਡੀ, ਓਵਰਨਾਈਟ ਟਰੱਕ ਪਾਰਕਿੰਗ, ਨਾਲ ਲਿਕਰ ਸ਼ੋਪ ਹੈ, ਫ੍ਰੀ ਨਹੀਂ ਹੈ, ਸਦਉਪਯੋਗ ਕਰੋ। ਬਲਵੀਰ ਸਿੰਘ ਸਮਾਨਪੁਰ ਹੋੜਾਂ ਦਾ ਫਿਊਲ ਕੰਪਨੀਆਂ ਦਾ ਕਾਰੋਬਾਰ ਹੈ, ਇਨ੍ਹਾਂ ਦੀਆਂ ਡੈਲਟਾ ਫਿਊਲ ਕੰਪਨੀ ਤੇ ਮੋਬਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਤੋਂ, ਗੈਸ ਸਟੇਸ਼ਨ ਤੋਂ ਜਿਹੜੇ ਨੇ ਗੈਸ ਸਟੇਸ਼ਨਾਂ ਵਾਲੇ ਸਰਜਨ ਫਿਊਲ ਫਰਾਂਚਾਈਜ਼ ਤੇ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ। ਕੋਈ ਡੀਲ ਬਣਾਉਣੀ ਹੈ ਬਲਵੀਰ ਸਿੰਘ ਸਮਾਨਪੁਰ ਹੋਣ ਦੇ ਭਰਾ ਸਾਹ ਹਰਜਾਪ ਸਿੰਘ ਦਾ ਨੰਬਰ ਨੋਟ ਕਰ ਲਓ 425-232-84-13 425-232-8413 ਨੰਬਰ ਹੈ ਹਰਜਾਪ ਸਿੰਘ ਹੋਰਾਂ ਦਾ। ਵਾਸ਼ਿੰਗਟਨ ਫਿਟ ਸਰਵਿਸ ਹੈ, ਸਿਆਟਲ ਦੇ ਲੋਡ ਚਾਹੀਦੇ ਨੇ, ਲੋਕਲ ਡਰਾਈਵਿੰਗ ਦੀ ਜੋਬ ਚਾਹੀਦੀ ਹੈ ਤਾਂ ਪ੍ਰਤੀ ਘੰਟੇ ਦੇ ਹਿਸਾਬ ਨਾਲ ਅੱਛੇ ਵੇਜ਼ਸ ਅਦਾ ਕਰਦੇ ਨੇ। ਸੋ ਡਰਾਈਵਿੰਗ ਦੀ ਜੋਬ ਦੇ ਲਈ ਤੇ ਸਿਆਟਲ ਦੇ ਲੋਡ ਲਈ ਹਮੇਸ਼ਾ ਯਾਦ ਰੱਖੋ, ਵਾਸ਼ਿੰਗਟਨ ਫਿਟ ਸਰਵਿਸ ਤੋਂ ਜਗਦੇਵ ਸੰਧੂ ਦਾ ਨੰਬਰ ਹੈ 253-266-6924 253-266-6924 ਤੇ ਗੈਰੀ ਧਾਲੀਵਾਲ ਦਾ ਨੰਬਰ ਹੈ 206-354-4060 206-354-4060 ਨੰਬਰ ਹੈ ਗੈਰੀ ਧਾਲੀਵਾਲ ਦਾ। ਸਿਆਟਲ ਦੇ ਲੋਡ ਅਤੇ ਡਰਾਈਵਿੰਗ ਜੋਬ ਵਾਸਤੇ ਵਾਸ਼ਿੰਗਟਨ ਫਿਟ ਸਰਵਿਸ। ਬਲਵੀਰ ਆਪਾਂ ਨੂੰ ਸਪੋਰਟ ਕੀਤਾ ਬਾਈ ਸੁਖੀ ਘੁੰਮਣ ਹੋਰਾਂ ਨੇ, ਬੇਕਰਸ ਫੀਲਡ ਇਲਾਕੇ ਚ ਵਿਚਰ ਰਹੇ ਤੇ ਮਾਰੋ ਟਰੈਕਟਰ ਵਾਲਿਆਂ ਨੂੰ ਬ੍ਰੇਕ, ਯੂਨੀਅਨ ਵਿਲੇਜ ਸਟਾਕ ਸ਼ਾਪ ਤੇ ਇੰਨੀ ਅੰਡਰਸਟੈਂਡ ਹੈ। ਅਡਰੈਸ 2201 ਸਾਊਥ ਯੂਨੀਅਨ ਐਵਨਿਊ, ਬੇਕਰਸ ਫੀਲਡ, ਕੈਲੀਫੋਰਨੀਆ। ਜਿਪ ਕੋਡ 93307। ਰੋਡਵੇਜ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਕਾਰੋਬਾਰ ਹੈ, ਜਿਨ੍ਹਾਂ ਦਾ ਨੰਬਰ ਹੈ 6061-304-7500 6613-047500 ਤੇ ਜੈਕ ਘੁੰਮਣ ਹੋਰਾਂ ਦਾ ਨੰਬਰ ਹੈ 6618-885-8858। ਬੇਕਰਸ ਫੀਲਡ ਦੇ ਵਿਚ ਯੂਨੀਅਨ ਵਿਲੇਜ ਸਟਾਕ ਸ਼ਾਪ ਤੇ ਇੰਡੀਅਨ ਰੈਸਟੋਰੈਂਟ, ਹਮੇਸ਼ਾ ਯਾਦ ਰੱਖੋ। ਤੇ ਸੁਰਿੰਦਰ ਜੀ, ਪੰਜਾਬ ਸਰਕਾਰ ਦੇ ਮਸਲੇ ਮਿਸਾਇਲ ਤੇ ਕਰੋ ਕਿਰਾ ਕੀ ਗੱਲਬਾਤ ਵਾਪਰ ਰਹੀ ਹੈ ਤੇ ਖਬਰਾਂ ਹੋਰ ਕਈ ਸਾਰੀਆਂ ਵੀ ਆ ਰਹੀਆਂ ਨੇ। ਮਰੇਕੋਟਲਾ ਦੇ ਨੇੜਲੇ ਪਿੰਡ ਦੇ ਵਿਚ ਇਕ ਅਣਮਨੁੱਖੀ ਵਿਵਹਾਰ ਦੀ ਘਟਨਾ ਸਾਹਮਣੇ ਆਈ ਹੈ, ਜਿਸ ਮੁਤਾਬਕ ਮਰੇਕੋਟਲਾ ਦੇ ਇਕ ਪਿੰਡ ਦੇ ਗੁਰੂ ਘਰ ਦੇ ਗ੍ਰੰਥੀ ਨੂੰ ਘਰੇ ਬੁਲਾ ਕੇ ਅਲਪ ਨੰਗਾ ਕਰਕੇ ਉਹਦਾ ਮੂੰਹ ਕਾਲਾ ਕੀਤਾ, ਜਬਰੀ ਸ਼ਰਾਬ ਵੀ ਪਿਆਈ ਗਈ, ਪਿਸ਼ਾਬ ਵੀ ਪਿਆ ਗਿਆ। ਸੋਰੀ, ਇਹ 14 ਅਗਸਤ ਦੀ ਘਟਨਾ ਹੈ। ਅਣਮਨੁੱਖੀ ਕਾਰੇ ਦੀ ਵੀਡੀਓ ਬਣਾ ਕੇ ਵਾਇਰਲ ਕਰਨ ਅਤੇ ਜਾਤੀ ਸੂਚਕ ਸ਼ਬਦ ਬੋਲਣ ਤੇ ਇਹ ਮਾਮਲਾ ਸਾਹਮਣੇ ਆਇਆ। ਦੱਸਿਆ ਜਾ ਰਿਹਾ ਕਿ ਪਿੰਡ ਦਾ ਗ੍ਰੰਥੀ ਐਸਸੀ ਐਸਟੀ ਭਾਈਚਾਰੇ ਚੋਂ, ਉਸਦੇ ਪਿੰਡ ਦੀ ਔਰਤ ਨਾਲ ਨਜਾਇਜ਼ ਸਬੰਧ ਸਨ, ਜਿਸ ਦੀ ਆੜ ਦੇ ਵਿਚ ਉਸ ਗ੍ਰੰਥੀ ਨੂੰ ਇਸ ਤਰ੍ਹਾਂ ਜਲੀਲ ਕੀਤਾ ਗਿਆ ਕਿ ਉਸਦੇ ਪਿੰਡ ਦੀ ਔਰਤ ਨਾਲ ਨਜਾਇਜ਼ ਸਬੰਧ ਸਨ। ਪਰ ਉਹ ਹੁਣ ਮਨੁੱਖੀ ਅਧਿਕਾਰਾਂ ਦਾ ਮਸਲਾ ਬਣ ਗਿਆ, ਮੂੰਹ ਕਾਲਾ ਕੀਤਾ ਤੇ ਨਾਲ ਨਾਲ ਉਸਨੂੰ ਐਸਸੀ ਐਸਟੀ ਐਕਟ ਦੇ ਅਧੀਨ ਮਾੜੇ ਸ਼ਬਦ ਵੀ ਬੋਲੇ ਗਏ ਨੇ। ਇਹ ਮਾਮਲਾ ਵੀ ਮਰੇਕੋਟਲਾ ਦੇ ਨੇੜਲੇ ਇਕ ਪਿੰਡ ਦੇ ਵਿਚੋਂ ਸਾਹਮਣੇ ਆਈ ਹੈ ਵੀਡੀਓ, ਇਹ ਵੀ ਕਾਫੀ ਵਾਇਰਲ ਹੈ। ਤੇ ਪੰਜਾਬ ਦੇ ਸੀਐਮ ਸਾਹਿਬ ਹਿਮਾਚਲ ਦੇ ਦੌਰੇ ਤੇ ਨੇ
ਤੇ ਪੰਜਾਬ ਸਰਕਾਰ ਦਾ ਜਿਹੜਾ ਆਪਣਾ ਚੌਪਰ ਹੈ ਪੀਲੇ ਰੰਗ ਦਾ, ਉਹ ਹਰਿਆਣੇ ਵਾਲੇ ਚੁਟਾਲਿਆਂ ਦਾ ਮੁੰਡਾ ਲੈ ਕੇ ਫਿਰ ਰਿਹਾ ਡਿਪਟੀ ਸੀਐਮ, ਤੇ ਬੜੀਆਂ ਸਾਂਝਾਂ ਬਣ ਰਹੀਆਂ ਪੰਜਾਬ ਹਰਿਆਣੇ ਦੀਆਂ, ਕਿਆ ਹੀ ਬਾਤਾਂ ਨੇ। ਤੇ ਲੱਗਦਾ ਕਿ ਸਹੁਰੇ ਘਰ ਦੀ ਥੋੜੀ ਜਿਹੀ ਜ਼ਿਆਦਾ ਹੀ ਸੇਵਾ ਹੋਣ ਲੱਗ ਪਈ ਹੈ ਮਾਨ ਸਾਹਿਬ ਵੱਲੋਂ। ਇਹ ਵੀਡੀਓ ਵਾਇਰਲ ਹੋਈ ਹੈ ਜਿਹੜਾ ਦੁਸ਼ਯੰਤ ਚੁਟਾਲਾ ਪੰਜਾਬ ਸਰਕਾਰ ਦਾ ਜਵਾਈ ਭਾਈ ਹੈ, ਭਾਈ ਇੱਧਰ ਦਾ ਵੀ ਹੈ ਨਾ, ਫਰਕ ਤਾਂ ਪੈਂਦਾ ਹੈ। ਕੀ ਮਹਿਸੂਸ ਕਰਦੇ ਹੋ ਜੀ ਸੁਰਿੰਦਰ ਜੀ? ਕਾਲ ਨਹੀਂ ਲਵਾਂਗੇ ਥੋੜੀ ਦੇਰ, ਕੰਟੀਨਿਊ ਪਲੀਜ਼। ਦੇਖੋ ਪਹਿਲੀ ਗੱਲ ਤਾਂ ਮੈਂ ਹੈਲੀਕਾਪਟਰ ਵੱਲ ਬਾਅਦ ਚ ਆਉਣਾ, ਪਹਿਲਾਂ ਆ ਜਾ ਕੇ 23 ਅਗਸਤ ਨੂੰ 4,358 ਨਵੇਂ ਜਿਹੜੇ ਕਾਂਸਟੇਬਲ ਭਰਤੀ ਹੋਏ ਨੇ, ਪਿਛਲੀ ਸਰਕਾਰ ਵੇਲੇ ਜਿਹੜੀਆਂ ਪੋਸਟਾਂ ਨਿਕਲੀਆਂ ਸੀ ਸਿਲੈਕਸ਼ਨ ਹੋ ਗਈ ਸੀ, ਉਹਨਾਂ ਨੂੰ ਨਿਯੁਕਤੀ ਪੱਤਰ ਦੇਣਗੇ ਮੁੱਖ ਮੰਤਰੀ ਸਾਹਿਬ। ਅੱਜ ਉਹਨਾਂ ਨੇ ਜਿਹੜੇ ਅਧਿਆਪਕ ਸੀ ਤਕਰੀਬਨ ਮੇਰਾ ਕਹਿ ਲਓ ਉਹ 6,000 ਦੇ ਲਗਭਗ ਜਿਹੜਾ ਅਧਿਆਪਕ ਆ ਉਹਨਾਂ ਨੂੰ ਅੱਜ ਨਿਯੁਕਤੀ ਪੱਤਰ ਦਿੱਤੇ ਗਏ ਆ। ਤੇ ਇਹਦੇ ਨਾਲ ਚਲਦੇ ਚਲਦੇ ਇੱਕ ਖਬਰ ਜਿਹੜੀ ਆ ਉਹ ਹੋਰ ਲੈ ਲਈਏ, ਉਹ ਹੈਗੀ ਆ ਰੂਸ ਦਾ ਰਾਸ਼ਟਰਪਤੀ, ਉਹਨੇ ਬੜੀ ਵਧੀਆ ਆਫਰ ਦੇ ਦਿੱਤੀ ਅੱਜ ਇੱਕ, ਤੇ ਉਹ ਕਹਿੰਦਾ ਸੀ ਵੀ ਜਿਹੜਾ ਜਿਹੜੀ ਵੀ ਔਰਤ ਕਹਿੰਦਾ ਵੀ 10 ਬੱਚੇ ਪੈਦਾ ਕਰੋ ਕਿਉਂਕਿ ਪਾਪੂਲੇਸ਼ਨ ਘੱਟ ਗਈ ਰੂਸ ਦੀ, ਕਹਿੰਦਾ ਤੇ ਜੇ ਤੁਸੀਂ ਬੱਚੇ ਪੈਦਾ ਕਰੋਗੇ ਤੇ ਕਹਿੰਦਾ ਹਰ ਔਰਤ ਨੂੰ ਪ੍ਰਤੀ ਮਹੀਨਾ 13,500 ਪਾਉਂਡ ਮਿਲਣਗੇ। ਜਿਹੜੇ ਆਪਣੇ ਕਹਿੰਦੇ ਸੀ ਰਸ਼ੀਆ ਚੱਲਾਂਗੇ ਯੂਕਰੇਨ ਚੱਲਾਂਗੇ, ਇਹ ਉਹ ਭੀੜ ਪਈ ਜੀ, ਹਾਂ ਉਹ ਕਾਰਨ ਬਣਿਆ ਕਿ ਆਬਾਦੀ ਘੱਟ ਗਈ। ਆਬਾਦੀ ਘੱਟ ਗਈ ਕਹਿੰਦੇ ਜੀ, ਆਬਾਦੀ ਘੱਟ ਗਈ ਤੇ ਉੱਥੇ ਕਹਿੰਦੇ ਚੱਲਾਂਗੇ। ਇਹਦੇ ਨਾਲ ਹੀ ਪੰਜਾਬ ਸਰਕਾਰ ਨੇ 560 ਸਬ ਇੰਸਪੈਕਟਰਾਂ ਦੀਆਂ ਪੋਸਟਾਂ ਕੱਢ ਦਿੱਤੀਆਂ ਪੰਜਾਬ ਪੁਲਿਸ ਚ, ਜਿਹ ਚ 87 ਪੋਸਟਾਂ ਹੈਗੀਆਂ ਜ਼ਿਲ੍ਹਾ ਪੁਲਿਸ ਕਾਡਰ ਚ, 97 ਹੈਗੀਆਂ ਆਰਮਡ ਪੁਲਿਸ ਚ, 87 ਹੈਗੇ ਇੰਟੈਲੀਜੈਂਸ ਚ, ਤੇ ਇਹਦੇ ਵਿਚ ਕੀ ਕਹਿੰਦੇ 299 ਹੈਗੀਆਂ ਜਿਹੜੀਆਂ ਉਹ ਇਨਵੈਸਟੀਗੇਸ਼ਨ ਚ, ਯਾਨੀ ਕਿ ਕੁੱਲ ਉਹਨਾਂ ਨੇ 560 ਕੱਢਤੀਆਂ। ਉਹੀ ਪੋਸਟਾਂ ਨੇ ਜਿਹੜੀਆਂ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਚ ਕੱਢੀਆਂ ਗਈਆਂ ਸੀ, ਬੱਚਿਆਂ ਦੇ ਟੈਸਟ ਹੋਏ ਸੀ, ਕੁਛ ਬੱਚੇ ਉਹਦੇ ਚ ਚੀਟਿੰਗ ਕਰਦੇ ਪਾਏ ਗਏ, ਉਹਦੀ ਇਨਵੈਸਟੀਗੇਸ਼ਨ ਹੋਈ, ਕਾਫੀ ਲੋਕ ਪਕੜੇ ਗਏ। ਲੇਕਿਨ ਜਿਹੜੇ ਬੱਚਿਆਂ ਨੇ ਉਦੋਂ ਅਪਲਾਈ ਕੀਤਾ ਉਹਨਾਂ ਦਾ ਅਪਲਾਈ ਕੀਤਾ ਹੋਇਆ 6 ਖਰਾਬ ਹੋ ਗਿਆ, ਦੁਬਾਰਾ ਕਹਿੰਦੇ ਸੀ ਟੈਸਟ ਲਵਾਂਗੇ, ਟੈਸਟ ਨਹੀਂ ਲਿਆ, ਲੇਕਿਨ ਹੁਣ ਦੁਬਾਰਾ ਤੋਂ ਪੋਸਟਾਂ ਐਡ ਕਰਤੀਆਂ, ਯਾਨੀ ਕਿ ਹੁਣ ਜੇ ਦੁਬਾਰਾ ਪੋਸਟਾਂ ਐਡ ਕਰਤੀਆਂ ਇਹਦਾ ਮਤਲਬ ਫੀਸ ਦੁਬਾਰਾ ਭਰਨੀ ਪਊਗੀ, ਫਿਰ ਬੱਚੇ ਜਾਣਗੇ ਤੇ ਕਿੱਥੇ ਜਾਣਗੇ? ਹੁਣ ਸਵਾਲ ਸਭ ਤੋਂ ਵੱਡਾ ਇਹ ਖੜਾ ਹੁੰਦਾ। ਹੁਣ ਇਸ ਤੋਂ ਅੱਗੇ ਆ ਜਾਈਏ, ਹੁਣ ਦੇਖੋ ਵੀ ਮਾਨ ਸਾਹਿਬ ਦਾ ਸਹੁਰਿਆਂ ਦਾ ਘਰ ਆ, ਤੇ ਸਹੁਰਿਆਂ ਦੇ ਘਰੋਂ ਆਈ ਕੋਈ ਚੀਜ਼ ਮੋੜੀ ਤੇ ਜਾ ਨਹੀਂ ਸਕਦੀ ਹੁੰਦੀ, ਕੋਈ ਮੰਗਣ ਆ ਗਿਆ ਤੇ ਉਹਨੂੰ ਕਿੱਦਾਂ ਮੋੜਿਆ ਜਾ ਸਕਦਾ? ਅਗਲੇ ਕਹਿੰਦੇ ਮਾਨ ਸਾਹਿਬ ਕੁੜੀ ਦਿੱਤੀ ਆ ਇਸ ਉਮਰ ਚ, ਉਹ ਵੀ ਦੂਸਰੇ ਵਿਆਹੇ ਨੂੰ। ਚੁਟਾਲਾ ਬੀਜੇਪੀ ਇਹਨੂੰ ਛੱਡ ਕੇ ਬੀਜੇਪੀ ਦਾ ਅਲਾਇੰਸ ਕੀ ਆਮ ਆਦਮੀ ਪਾਰਟੀ ਦੇ ਨਾਲ ਇਸ ਤਰ੍ਹਾਂ ਕਰ ਸਕਦਾ? ਜਿਸ ਤਰ੍ਹਾਂ ਇਹ ਸਾਂਝਾ ਨੇ ਕਿ ਸ਼ਾਇਦ ਇਸ ਬਣਾ ਤੇ ਉਹਨੂੰ ਇਹ ਦਿੱਤਾ ਹੋਇਆ ਕਿ ਉਹ ਚੌਪਰ ਪੰਜਾਬ ਸਰਕਾਰ ਦਾ ਤੇ ਦੂਸਰੇ ਸੂਬੇ ਦਾ, ਖਾਸ ਕਰਕੇ ਸੂਬਾ ਵੀ ਉਹ ਜਿਹਦੇ ਨਾਲ ਇੱਟ ਖੜਕਾ ਹੋਵੇ, ਕਿਸ ਹੈਸੀਅਤ ਦੇ ਵਿੱਚ ਹੁਣ ਬਾਅਦ ਚ ਜਾਂ ਤਾਂ ਰੈਂਟ ਸ਼ੋਅ ਕਰ ਦੇਣਗੇ ਕਿ ਸਰਕਾਰ ਇੱਦਾਂ ਰੈਂਟ ਤੇ ਦੇ ਸਕਦੀ ਹੈ? ਪੰਜਾਬ ਦਾ ਚੌਪਰ ਕਿਉਂ ਵਰਤ ਰਿਹਾ ਜੀ? ਪੰਜਾਬ ਵਾਲੇ ਰੈਂਟ ਤੇ ਲਈ ਫਿਰਦੇ ਆ। ਤੁਹਾਨੂੰ ਦੱਸਦੇ ਕਿ ਜਿੱਦਣ ਭਗਵੰਤ ਮਾਨ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੱਕੀ ਸੀ, ਉਦਣ ਚੰਡੀਗੜ੍ਹੋਂ ਚੌਪਰ ਚੱਲਿਆ ਸੀਗਾ, ਦਿੱਲੀ ਵਾਲੇ ਪ੍ਰਾਹੁਣੇ ਜਿਹੜੇ ਆ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੇ ਆਏ ਸੀ, ਇੱਥੋਂ ਹਰਿਆਣੇ ਵਾਲਾ ਵੀ ਚੌਪਰ ਇਹਨਾਂ ਵਰਤਿਆ ਸੀ ਉਦਣ। ਸੋ ਇਸ ਕਰਕੇ ਆ ਇਹਨਾਂ ਦਾ ਲੈਣ ਦੇਣ ਪਹਿਲਾਂ ਚੱਲਦਾ। ਜਿੱਥੋਂ ਤੱਕ ਚੁਟਾਲਿਆਂ ਦਾ ਸਵਾਲ ਆ ਜੇਜੇਪੀ ਦਾ, ਮੈਨੂੰ ਨਹੀਂ ਲੱਗਦਾ ਕਿ ਜੇਜੇਪੀ ਪਾਰਲੀਮੈਂਟ ਦੇ ਵਿੱਚ ਛੱਡ ਕੇ ਸਰਕਾਰ ਤੇ ਆਮ ਆਦਮੀ ਪਾਰਟੀ ਨਾਲ ਚੱਲ ਜੂ, ਅਜੇ ਮੈਨੂੰ ਇੱਦਾਂ ਦੀ ਹਾਲਾਤ ਨਹੀਂ ਲੱਗਦੀ ਆ। ਪਿੱਛੇ ਜੇ ਅਗਲਿਆਂ ਨੇ ਮਾੜੇ ਮੋਟੀਆਂ ਅੱਖਾਂ ਦਿਖਾਈਆਂ ਸੀ, ਲੇਕਿਨ ਫੇਰ ਦੁਬਾਰਾ ਤੋਂ ਇਕੱਠੇ ਹੋ ਗਏ, ਇਸ ਕਰਕੇ ਅਜੇ ਤੱਕ ਉਹਨਾਂ ਦੇ ਖਿੰਡਣ ਦੀ ਕੋਈ ਹਾਲਾਤ ਜਿਹੜੀ ਆ ਉਹ ਨਹੀਂ ਦਿਖਾਈ ਦੇ ਰਹੀ। ਲੇਕਿਨ ਚੌਪਰ ਵਰਤਣਾ ਜਿਹੜਾ ਉਹ ਤੇ ਸਵਾਲ ਤਾਂ ਖੜੇ ਹੋ ਗਏ, ਤੇ ਉਹ ਤੇ ਫਿਰ ਚੁਟਾਲੇ ਨੇ ਵੀ ਕਹਿਤਾ, ਉਹ ਕਹਿੰਦਾ ਜੀ ਦੇਖੋ ਉਹ ਸਾਡੇ ਵੱਲ ਜਾਂਦੇ ਅਸੀਂ ਉਹਨਾਂ ਵਾਲਾ ਲੈ ਆਏ। ਹੁਣ ਪਤਾ ਨੀ ਜਿਹੜਾ ਉਸ ਵੇਲੇ ਜਿਦਣ ਭਗਵੰਤ ਮਾਨ ਦਾ ਸਹੁੰ ਚੁੱਕ ਸਮਾਗਮ ਸੀ ਉਦਣ ਤੇ ਪੇਮੈਂਟ ਕੀਤੀ ਗਈ ਸੀਗੀ, ਇਹ ਗੱਲ ਕਲੀਅਰ ਸੀ, ਉਹਦਾ ਰੈਂਟ ਤੇ ਲਿਆ ਸੀ। ਪਰ ਜਿਹੜਾ ਅੱਜ ਚੌਪਰ ਪਕੜਿਆ ਗਿਆ, ਕੀ ਉਹ ਵਾਕਿਆ ਰੈਂਟ ਤੇ ਆ ਕਿ ਜਾਂ ਤੇ ਇਹ ਹੋਊਗਾ ਕਿ ਜਦੋਂ ਪਕੜਿਆ ਗਿਆ ਉਸਦਾ ਰਸੀਦ ਕੱਟ ਦੇਵਾਂਗੇ ਅੱਗੋਂ ਪਿੱਛੋਂ ਉਦਾਂ ਸਾਰ ਦੇਵਾਂਗੇ, ਇਹ ਵੀ ਹੋ ਸਕਦਾ। ਸੋ ਇਸ ਕਰਕੇ ਆ ਵੀ ਸਾਂਝਾਂ ਤਾਂ ਹੈਗੀਆਂ ਨੇ ਦੋਨਾਂ ਸਰਕਾਰਾਂ ਦੀਆਂ, ਆਪਾਂ ਨੂੰ ਪਤਾ ਹੀ ਆ ਆਪਾਂ ਚ ਦਿਖਾਉਣ ਨੂੰ ਜੋ ਮਰਜ਼ੀ ਦਿਖਾਉਣ, ਉੱਥੇ ਬੀਜੇਪੀ ਦੀ, ਇੱਥੇ ਆਮ ਆਦਮੀ ਪਾਰਟੀ ਦੀ, ਉੱਪਰ ਬੀਜੇਪੀ ਤੇ ਆਮ ਆਦਮੀ ਪਾਰਟੀ ਦੀਆਂ ਸਾਂਝਾਂ ਨੇ ਆਪਾਂ ਚ
RSS ਇਹਨਾਂ ਦਾ ਹੈਡਕੁਆਟਰ ਆ ਤੇ ਫਿਰ ਜੜ ਏਕਾ ਜੜ ਤੋਂ ਇੱਕ ਬੰਨੇ ਕੱਦੂ ਲੱਗ ਗਿਆ ਇੱਕ ਬੰਨੇ ਜਿਹੜਾ ਉਹ ਪੇਠੇ ਲੱਗ ਗਏ ਤੇ ਏਦੀ ਚੱਲਦਾ ਵਾ ਫਿਰ ਇਹ ਕੁਛ ਤਾਂ ਚੱਲਣਾ ਹੀ ਚੱਲਣਾ ਸੀਗਾ ਸੋ ਇਸ ਕਰਕੇ ਲੱਗੇ ਹੋਏ ਆ ਜਿਹਨੂੰ ਪੇਠਾ ਚੰਗਾ ਲੱਗਦਾ ਉਹ ਖਾ ਲਵੇ ਜਿਹਨੂੰ ਘੀਆ ਲੱਗਦਾ ਚੰਗਾ ਉਹ ਖਾ ਲਵੇ ਤੇ ਉਹਦੇ ਨਾਲ ਸਰ ਜਾਣਾ ਵਾ ਪਰ ਗੱਲ ਤੇ ਆ ਕਿ ਜਦੋਂ ਜੜ ਏਕ ਆ ਤੇ ਫਿਰ ਇੱਕ ਜਗ੍ਹਾ ਤੇ ਜਾਣਾ ਸੀ ਅਲੱਗ ਅਲੱਗ ਥੋੜੀ ਜਾਣਾ ਸੀ ਇਹ ਤਾਂ ਹੈ ਖੈਰ ਸਾਨੂੰ ਸਪੋਰਟ ਕੀਤਾ ਬਲਵੀਰ ਸਿੰਘ ਸਮਾਨਪੁਰ ਪਰਿਵਾਰ ਨੇ ਅਮਰੀਕਾ ਚ ਕਈ ਸਾਰੇ ਕਾਰੋਬਾਰ ਨੇ ਵਾਸ਼ਿੰਗਟਨ ਦੇ ਵਿਚ ਹੈ ਇਹਨਾਂ ਦਾ ਆਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ ਇਸ ਲੋਕੇਸ਼ਨ ਤੇ ਫ੍ਰੀ ਕਾਫੀ ਈਮੇਲ ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ ਨਾਲ ਟਰੱਕਾਂ ਦਾ ਸਮਾਨ ਸਮੱਗਰੀ ਖਰੀਦ ਸਕਦੇ ਹੋ ਦੂਜੀ ਲੋਕੇਸ਼ਨ ਹੈ ਇਹਨਾਂ ਦੀ ਕੈਲੀਫੋਰਨੀਆ ਚ ਲੋਸਟਲ ਟਰੈਵਲ ਸੈਂਟਰ 1414 ਅਲੋਮਾ ਸਟਰੀਟ ਲੋਸਟਲ ਐਗਜ਼ਿਟ 278 ਤੇ ਇਸ ਲੋਕੇਸ਼ਨ ਤੇ ਫ੍ਰੀ ਕਾਫੀ ਈਮੇਲ ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ ਨਾਲ ਟਰੱਕਾਂ ਦਾ ਸਮਾਨ ਸਮੱਗਰੀ ਖਰੀਦ ਸਕਦੇ ਹੋ ਨਾਲ ਇੱਥੇ ਲੁਕਰ ਸ਼ੋਪ ਹੈ ਫ੍ਰੀ ਨਹੀਂ ਹੈ ਸਦ ਉਪਯੋਗ ਕਰੋ ਬਲਵੀਰ ਸਿੰਘ ਸਮਾਨਪੁਰ ਹੋੜਾਂ ਦਾ ਫਿਊਲ ਕੰਪਨੀ ਦਾ ਕਾਰੋਬਾਰ ਹੈ ਇਹਨਾਂ ਦੀ ਡੈਲਟਾ ਫਿਊਲ ਕੰਪਨੀ ਤੇ ਮੋਬਲ ਐਕਸ਼ਨ ਮੈਰਾਥਨ ਨੇ ਫਿਊਲ ਕੰਪਨੀਆਂ ਤੋਂ ਤੁਸੀਂ ਜਿਹੜਾ ਫਿਊਲ ਫਰਾਂਚਾਈਜ਼ ਤੇ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਵੀ ਖਰੀਦ ਸਕਦੇ ਹੋ ਕੋਈ ਡੀਲ ਬਣਾਉਣੀ ਹੈ ਬਲਵੀਰ ਸਿੰਘ ਸਮਾਨਪੁਰ ਹੋੜਾਂ ਦੇ ਭਰਾ ਸਾਹਰਜਾਪ ਸਿੰਘ ਹੋੜਾਂ ਦਾ ਨੰਬਰ ਨੋਟ ਕਰ ਲਓ 425-232-8413 425-232-8413 ਨੰਬਰ ਹੈ ਹਰਜਾਪ ਸਿੰਘ ਹੋਰਾਂ ਦਾ ਪਹਿਲਾਂ ਅਮੁੱਲ ਨੇ ਦੁੱਧ ਦੇ ਰੇਟ ਵਧਾ ਦਿੱਤੇ ਹੁਣ ਵੇਰਕਾ ਨੇ ਵੀ 2 ਰੁਪਏ ਲੀਟਰ ਵਧਾ ਦਿੱਤੇ ਕਿਸਾਨ ਮੰਗ ਕਰ ਰਹੇ ਸਨ ਐਜੀਟੇਸ਼ਨ ਕਿਸਾਨਾਂ ਦੀ ਵੀ ਹੈ ਖਾਸ ਕਰਕੇ ਡੇਅਰੀ ਫਾਰਮਰਾਂ ਦੀ ਦੁੱਧ ਦੇ ਰੇਟਾਂ ਦੇ ਵਿੱਚ ਥੋੜੀ ਤੇਜ਼ੀ ਕੀਤੀ ਗਈ ਹੈ ਤੇ ਇਸੇ ਦੌਰਾਨ ਸਾਨੂੰ ਸਪੋਰਟ ਕੀਤਾ ਬਾਈ ਸੁਖੀ ਘੁੰਮਣ ਹੋਰਾਂ ਨੇ ਬੇਕਰਸ ਫੀਲਡ ਇਲਾਕੇ ਚ ਵਿਚਰ ਰਹੇ ਤੋਂ ਮਾਰੋ ਟਰੱਕ ਟਰਾਲੇ ਨੂੰ ਬ੍ਰੇਕ ਯੂਨੀਅਨ ਵਲੇਜ ਟਰੱਕ ਸਟਾਪ ਤੇ ਨਾਲ ਇੰਡੀਅਨ ਰੈਸਟੋਰੈਂਟ ਹੈ ਜਿੱਥੇ ਤੁਸੀਂ ਦੇਸੀ ਘਿਓ ਦੇ ਪਰੌਂਠੇ ਦਹੀਂ ਨਾਲ ਸ਼ਕੋ ਸ਼ਕਾਓ ਟਰੱਕ ਤੋਂ ਆਓ ਡੀਜ਼ਲ ਪਾਓ ਜਿੱਥੇ ਟਰੱਕ ਯੂਨੀਅਨ ਸਕੂਲ ਸੀ ਉਸੇ ਜਗ੍ਹਾ ਤੇ ਹੈ ਯੂਨੀਅਨ ਵਲੇਜ ਟਰੱਕ ਸਟਾਪ ਤੇ ਇੰਡੀਅਨ ਰੈਸਟੋਰੈਂਟ ਅਡਰੈਸ 2201 ਸਾਊਥ ਯੂਨੀਅਨ ਐਵਨਿਊ ਬੇਕਰਸ ਫੀਲਡ ਕੈਲੀਫੋਰਨੀਆ ਜਿਪ ਕੋਡ 93307 ਰੋਡਵੇਜ਼ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਕਾਰੋਬਾਰ ਹੈ ਜਿਨ੍ਹਾਂ ਦਾ ਨੰਬਰ 661-304-7500 ਤੇ ਜੈ ਘੁੰਮਣ ਹੋਰਾਂ ਦਾ ਨੰਬਰ 661-885-88-58 ਤੇ ਇੱਕ ਵੀਡੀਓ ਵਾਇਰਲ ਹੋਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਸਵਾਲ ਖੜੇ ਹੋਏ ਸੀ ਕਿ ਦਰਬਾਰ ਸਾਹਿਬ ਦੇ ਵਿੱਚ ਇੱਕ ਬਜ਼ੁਰਗ ਦੀ ਕੁੱਟਮਾਰ ਹੋਈ ਹੈ ਜਦੋਂ ਰੋਜ਼ਾਨਾ ਪਾਲਕੀ ਸਾਹਿਬ ਦੇ ਨਾਲ ਅੰਮ੍ਰਿਤ ਵੇਲੇ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦਾ ਮੌਕਾ ਹੁੰਦਾ ਤੇ ਉਹ ਦੌਰਾਨ ਉਸ ਬਜ਼ੁਰਗ ਦੀ ਕੁੱਟਮਾਰ ਹੋਈ ਸੀ ਤੇ ਖਿੱਚਤੂ ਟਾਸਕ ਫੋਰਸ ਦੇ ਮੁਲਾਜ਼ਮਾਂ ਨੇ ਇਸ ਬਜ਼ੁਰਗ ਦੀ ਕੀਤੀ ਸੀ ਉਸ ਨੂੰ ਬਾਹਰ ਕੱਢ ਦਿੱਤਾ ਸੀ ਕਿ ਉਹ ਜਿਹੜਾ ਅਕਾਲ ਤਖ਼ਤ ਦੀਆਂ ਪੌੜੀਆਂ ਤੇ ਬੈਠ ਗਿਆ ਸੀਗਾ ਲੇਟ ਹੋ ਜਾਣ ਕਾਰਨ ਤੇ ਜਿਸ ਨੂੰ ਲੈ ਕੇ ਵਿਵਾਦ ਵਧਿਆ ਤੇ ਇਸ ਨੂੰ ਲੈ ਕੇ ਖੈਰ ਉਹਨਾਂ ਦੋ ਜਿਹੜੇ ਨੇ ਸਬੰਧਤ ਵਿਅਕਤੀ ਨੇ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਵਾਸ਼ਿੰਗਟਨ ਫੀਡ ਸਰਵਿਸ ਹੈ ਸਿਆਟਲ ਦੇ ਲੋਕ ਲੋਡ ਮੁਹੱਈਆ ਕਰਾਉਂਦੇ ਨੇ ਡਰਾਈਵਿੰਗ ਦੀ ਜੋਬ ਚਾਹੀਦੀ ਹੈ ਤੇ ਪ੍ਰਤੀ ਘੰਟੇ ਦੇ ਹਿਸਾਬ ਨਾਲ 6 ਵੇਜ਼ਸ ਅਦਾ ਕਰਦੇ ਨੇ ਡਰਾਈਵਿੰਗ ਦੀ ਜੋਬ ਲਈ ਤੇ ਸਿਆਟਲ ਇਲਾਕੇ ਦੇ ਲੋਕਲ ਲੋਡ ਵਾਸਤੇ ਹਮੇਸ਼ਾ ਯਾਦ ਰੱਖੋ ਵਾਸ਼ਿੰਗਟਨ ਫੀਡ ਸਰਵਿਸ ਤੋਂ ਜਿਹੜਾ ਜਗਦੇਵ ਸਿੰਘ ਸੰਧੂ ਦਾ ਨੰਬਰ 253-266-6924 253-226-6924 ਤੇ ਗੈਰੀ ਧਾਲੀਵਾਲ ਦਾ ਨੰਬਰ 206-354-4060 206-354-4060 ਨੰਬਰ ਹੈ ਗੈਰੀ ਧਾਲੀਵਾਲ ਦਾ ਸੈਟਲ ਦੇ ਲੋਡ ਅਤੇ ਡਰਾਈਵਿੰਗ ਦੀ ਜਵਾਬ ਲਈ ਹਮੇਸ਼ਾ ਯਾਦ ਰੱਖੋ ਵਾਸ਼ਿੰਗਟਨ ਫੇਟ ਸਰਵਿਸ ਸੁਰਿੰਦਰ ਬਾਈ ਜੀ ਹੋਰ ਕੀ ਖਬਰ ਸਾਰਾ ਇੱਕ ਕਾਲ ਲੈ ਲਵਾਂ ਇਸ ਤੋਂ ਬਾਅਦ ਕੰਟੀਨਿਊ 21 ਨੰਬਰ ਸਵਾਗਤ ਹੈ ਜੀ ਹੈਲੋ ਬਾਥਰੂਮ ਡੱਬੇ ਕਰਕੇ ਮੂੰਹ ਤੇ ਪਾਇਆ ਗਿਆ ਜੀ ਸਰ ਇਹ ਵੀ ਥੋੜੀ ਜਿਹੀ ਹੈਡਲਾਈਨ ਸਾਨੂੰ ਦਿੱਤੀ ਜਾਵੇ ਸਰ ਇਹ ਮੈਂ ਪੂਰੀ ਖਬਰ ਨੂੰ ਦੇਖੀ ਹੈਗੀ ਅਮਰੀਕੋਟਲ ਦੇ ਨੇੜੇ ਕਿਸੇ ਪਿੰਡ ਦਾ ਇਹ ਮਾਮਲਾ ਤੇ ਕਾਰਵਾਈ ਪੁਲਿਸ ਕਰ ਰਹੀ ਹੈ SC ST ਦਾ ਮਾਮਲਾ ਵੀ ਉਹਦੇ ਤੇ ਆ ਉਹਦੇ ਪਿੰਡ ਦੀ ਔਰਤ ਨਾਲ ਕੋਈ ਨਜਾਇਜ਼ ਸਬੰਧ ਸੀ ਤੇ ਇਸ ਕਰਕੇ ਪਿੰਡ ਵਾਲਿਆਂ ਵੱਲੋਂ ਜਾਂ ਸਬੰਧਤ ਲੋਕਾਂ ਵੱਲੋਂ ਇਹ ਕੀਤਾ ਗਿਆ ਮਿਹਰਬਾਨੀ ਜੀ ਗੱਲਬਾਤ ਕਰ ਲੈਂਦੇ ਹਾਂ ਸੁਰਿੰਦਰ ਬਾਈ ਜੀ ਇਸ ਤਰ੍ਹਾਂ ਪਬਲਿਕ ਤੌਰ ਤੇ ਸਜ਼ਾ ਦਿੱਤੀ ਜਾਣੀ ਤੇ ਗੁਰੂ ਘਰ ਦਾ ਗ੍ਰੰਥੀ ਹੈ ਤੇ ਉਹਦੇ ਤੇ SC ST ਮਾਮਲਾ ਵੀ ਆ ਗਿਆ ਕਿਉਂਕਿ ਗਾਲ ਕੱਢ ਦਿੰਦਾ ਅਗਲਾ ਕਈ ਵਾਰੀ ਤੇ ਉਹ ਜਾਤੀ ਸੂਚਕ ਸ਼ਬਦਾਂ ਦਾ ਮਾਮਲਾ ਵੀ ਆਉਂਦਾ ਤੇ ਹੋਰ ਕੀ ਖਬਰ ਸਾਰਿਆਂ ਨੇ ਕਰੀਏ ਸਮਾਪਤੀਆਂ ਜੀ ਸੁਰਿੰਦਰ ਜੀ ਪਰਮਿੰਦਰ ਇੱਕ ਖਬਰ ਆ ਉਹ ਮੈਨੂੰ ਕਲੀਅਰ ਨਹੀਂ ਹੋ ਰਹੀ ਪਾਇਲ ਦੇ ਨੇੜੇ ਕੋਈ ਪਿੰਡ ਆ ਉੱਥੇ ਸਕੂਲ ਆ ਸਕੂਲ ਦਾ ਹੈਡ ਮਾਸਟਰ ਆ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਬੜੀ ਬੁਰੀ ਤਰ੍ਹਾਂ ਨਾਲ ਕੁੱਟਿਆ ਉਹ ਸਿਓੜਾ ਪਿੰਡ ਦਾ ਹੈ ਬਜ਼ੁਰਗ ਹੈ ਬੰਦਾ ਉਹ ਸਿਓੜੇ ਹਾਂ ਤੇ ਦੂਸਰੀ ਗੱਲ
ਭੂ ਭੜਾਸ ਹੋ ਗਈ ਉਹ ਕੀ ਕਹਿੰਦੇ ਹੁੰਦੇ ਮੈਨੂੰ ਇੱਕ ਹਾਸਾ ਜਿਹਾ ਆਉਂਦਾ ਜਦੋਂ ਕੋਈ ਬੰਦਾ ਕਹਿੰਦਾ ਭੂ ਭੜਾਸ ਹੋ ਗਈ ਮੈਂ ਕਿਹਾ ਇਹ ਕੀ ਆ ਕਹਿੰਦੇ ਜੀ ਕੋਈ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਫਲੋਪ ਹੋ ਜਾਵੇ ਰੋਪੜ ਦੇ ਵਿੱਚ ਜਿਹੜਾ ਮਹੱਲਾ ਕਲੀਨਿਕ ਆ ਆਮ ਆਦਮੀ ਕਲੀਨਿਕ ਆ ਪਤਾ ਨੀ ਕੀ ਆ ਉਹਦਾ ਅੱਜ ਤੱਕ ਸਮਝ ਨੀ ਆਇਆ ਤੇ ਖੋਲੇ ਤੇ ਸੇਵਾ ਕੇਂਦਰ ਆ ਉਹਦੇ ਡਾਕਟਰ ਉਹ ਕਹਿੰਦਾ ਜੀ ਮੈਂ ਚੱਲਿਆ ਘਰ ਨੂੰ ਤੇ ਪੰਜਾਬ ਸਰਕਾਰ ਕਹਿੰਦੀ ਇਹਨੂੰ ਨੋਟਿਸ ਦੇਣਾ ਚਾਹੀਦਾ ਸੀ ਏਦਾਂ ਕਿੱਦਾਂ ਚੱਲ ਗਿਆ ਸੀ ਇੱਥੇ ਕਾਰਵਾਈ ਕਰਾਂਗੇ ਤੇ ਲੋਕ ਜਿਹੜੇ ਸੀ ਉਹ ਸਾਰਾ ਦਿਨ ਬੈਠ ਬੈਠ ਕੇ ਵਾਪਸ ਚਲੇ ਗਏ ਡਾਕਟਰ ਕਹਿੰਦਾ ਵੀ ਮੈਂ ਏਦਾਂ ਸਟ੍ਰੈਸ ਚ ਕੰਮ ਨਹੀਂ ਕਰਾ ਸਕਦਾ ਨਾ ਮੈਨੂੰ ਜ਼ਰੂਰਤ ਆ ਏਦਾਂ ਦੇ ਕੰਮ ਦੀ ਜਿੱਦਾਂ ਦੇ ਤੁਸੀਂ ਕਰਾਉਂਦੇ ਹੋ ਹੁਣ ਗੱਲ ਤੇ ਇਹ ਆ ਪੁਖਤਾ ਇੰਤਜ਼ਾਮ ਨਹੀਂ ਗੇ ਦਵਾਈਆਂ ਨੀ ਟੈਸਟ ਬਾਹਰੋਂ ਕਰਵਾਉਣੇ ਪੈ ਰਹੇ ਆ ਤੇ ਡਾਕਟਰ ਦੇ ਤੁਸੀਂ ਡੰਡੇ ਦੇ ਰਹੇ ਹੋ ਡਾਕਟਰ ਕਿੱਧਰ ਜਾਵੇ ਡਾਕਟਰ ਕਹਿੰਦਾ ਮੈਂ ਡੰਡੇ ਨਾਲ ਕਿੰਨੀ ਕੁ ਦੇਰ ਚੱਲੂਗਾ ਤੇ ਅਖੀਰ ਅਗਲਾ ਭੱਜ ਗਿਆ ਜਾਣੀ ਕਿ ਸੁਵਿਧਾ ਕੇਂਦਰ ਇੱਕ ਦਾ ਭੋਗ ਪੈ ਗਿਆ ਤੇ ਫਿਰ ਸਿਵਲ ਸਰਜਨ ਨੂੰ ਕਿਹਾ ਗਿਆ ਕਿ ਇੱਕ ਡਾਕਟਰ ਦਾ ਇਮੀਡੀਏਟਲੀ ਇੰਤਜ਼ਾਮ ਹੋਗਾ ਡਾਕਟਰ ਕਹਿੰਦਾ ਜੀ ਉਹ ਸਿਵਲ ਸਰਜਨ ਕਹਿੰਦਾ ਅੱਜ ਨੀ ਆਉਣਾ ਕੱਲ ਹੋਊਗਾ ਜੀ ਅੱਜ ਮਰੀਜ਼ਾਂ ਨੂੰ ਘਰੇ ਭੇਜ ਦੋ ਜਿਹਨੂੰ ਕੋਈ ਸਿਰ ਦੁਖਦੇ ਦੀ ਦਵਾਈ ਦੇਣੀ ਹੈ ਗੋਲੀ ਗੋਲੀ ਦੇ ਕੇ ਭੇਜ ਦੋ ਕੱਲ ਨੂੰ ਇੰਤਜ਼ਾਮ ਕਰ ਦੂੰਗਾ ਤੇ ਆਪਣਾ ਨਵਾਂ ਬੰਦਾ ਰੱਖੋ ਹੁਣ ਗੱਲ ਇਹ ਆ ਤੁਸੀਂ ਰਿਟਾਇਰ ਹੋਏ ਬੰਦੇ ਰੱਖੇ ਆ ਜਿਹੜੇ ਪਤਾ ਕਿ ਜੇ ਉਹ ਕੰਮ ਦੇ ਲਾਇਕ ਹੁੰਦੇ ਤੇ ਸਰਕਾਰਾਂ ਪਹਿਲਾਂ ਜਦੋਂ ਇਹ ਫੈਸਲੇ ਹੁੰਦੇ ਆ ਕਿ 60 ਸਾਲ ਤੇ ਰਿਟਾਇਰ ਕਰਨਾ ਉਦੋਂ ਅਮਲੇ ਆ ਜਿਹੜਾ ਬੰਦਾ ਰਿਟਾਇਰ ਕਰਤਾ ਕਿਉਂ ਰੱਖੇ ਉਹ ਤੁਸੀਂ ਉਹ ਅਮਲਾ ਕਿਉਂ ਭਰਤੀ ਕੀਤਾ ਉਹ ਭਰਤੀ ਕਰ ਲਿਆ ਅਗਲਾ ਤੁਰ ਗਿਆ ਉਹ ਕਹਿੰਦਾ ਵੀ ਸਾਡੇ ਵੱਸ ਦਾ ਰੋਗ ਹੀ ਨਹੀਂ ਹੈ ਸੋ ਇਸ ਕਰਕੇ ਆ ਕਿ ਜਿਹੜੇ ਸੁਵਿਧਾ ਕੇਂਦਰ ਸੀਗਾ ਨਾ ਉਹਦੀ ਜਗ੍ਹਾ ਦੇ ਉੱਤੇ ਲਿਆ ਕੇ ਇਹਨਾਂ ਨੇ ਫਿਰ ਇਹ ਜਿਹੜੇ ਦੁਵਿਧਾ ਕੇਂਦਰ ਬਣਾਤੇ ਹੈ ਨਾ ਇਹ ਹੁਣ ਸੇਵਾ ਕਹਿਣ ਨੂੰ ਤੇ ਦੂਸਰਾ ਕੀ ਕਹਿੰਦੇ ਆਮ ਆਦਮੀ ਕਲੀਨਿਕ ਆ ਪਰ ਇਹ ਦੁਵਿਧਾ ਕੇਂਦਰ ਆ ਤੇ ਦੁਵਿਧਾ ਕੇਂਦਰ ਜਿਹੜੇ ਆ ਉਹ ਫਲੋਪ ਹੋਣੇ ਜੇ ਇਸੇ ਤਰ੍ਹਾਂ ਸ਼ੁਰੂ ਹੋ ਗਏ ਤੇ ਇਹਨਾਂ ਦਾ ਜਲਦੀ ਜ਼ਰੂਰ ਜਿਹੜਾ ਉਹ ਨਿਕਲ ਜਾਣਾ ਵਾ ਜੀ ਸੁਰਿੰਦਰ ਸਵਾਗਤ ਹੈ ਤੁਹਾਡਾ ਵੈਲਕਮ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਤੁਹਾਡਾ ਗੱਲ ਕਰੋ ਮੈਂ ਤਾਂ ਭਾਅ ਜੀ ਇੱਕ ਗੱਲ ਪੁੱਛਣਾ ਚਾਹੁੰਦਾ ਤੁਹਾਨੂੰ ਜੀ ਜਿਹੜਾ ਆਪਣਾ ਸਮਾਜ ਆ ਇਹ ਨਾਰੀ ਦੇ ਏਡਾ ਕਿਉਂ ਸਫਰਾ ਹੋਇਆ ਕਰਦਾ ਜੀ ਹੁਣ MLA ਸਾਹਿਬ ਦੀ ਦੇਖੋ ਮੈਂ ਭਗਤ ਨੀ ਹੈਗਾ ਵੀ ਆਪਣੇ ਆਪ ਪਾਰਟੀ ਦਾ ਉਹ MLA ਸਾਹਿਬ ਨੇ ਗਲਤੀ ਕੀਤੀ ਉਹ ਜਿਹੜੀ ਕੋਈ ਗਲਤੀ ਨੀ ਜੀ ਇਹਨੂੰ ਸਾਰਾ ਪਤਾ ਸਾਰਾ ਕੁਛ ਚੱਲਾ ਜੀ ਗਲਤੀ ਤਾਂ ਉਹਦੀ ਵੀ ਹੈ ਕਿਸੇ ਹੱਦ ਤੱਕ ਮੈਂ ਉਹੀ ਗੱਲ ਕਰ ਦੇਖੋ ਜੀ ਗਲਤ ਚੱਕਰ ਤਾਂ ਇਹ ਹੈ ਦੇਖੋ ਆਪਾਂ ਸਾਰੇ ਬੰਦੇ ਪਿੱਛੇ ਪੈ ਗਏ ਇਹਨੇ ਗਲਤੀ ਕੀਤੀ ਲੇਡੀ ਸਭ ਬਖ ਦਿੰਦੇ ਆਪਾਂ ਰੋਸ਼ਨੀ ਪਾਓ ਜੀ ਦੋਨੋਂ ਬਰਾਬਰ ਰੱਖੋ ਜੀ ਥੈਂਕ ਯੂ ਰੋਸ਼ਨੀ ਵੀ ਜਾਣੀ ਸੁਣਦੀ ਆ ਕੋਰਟ ਵੀ ਜਾਣੀ ਸੁਣਦੀ ਆ ਮੀਡੀਆ ਵਾਲੇ ਵੀ ਐਂ ਸੁਣਦੇ ਨੇ ਬੰਦੇ ਨੂੰ ਵੀ ਕੋਈ ਨੀ ਪੁੱਛਦਾ ਸਹੀ ਗੱਲ ਆ ਕੋਈ ਨੀ ਲੈ ਲੈਣੇ ਕਮੈਂਟ ਸੁਰਿੰਦਰ ਜੀ ਦਾ ਵੀ ਥੈਂਕ ਯੂ ਸੁਰਿੰਦਰ ਬਾਈ ਜੀ ਕਹਿੰਦੇ ਜੀ ਉਹ ਪਠਾਨ ਮਾਜਰਾ ਮਾਮਲੇ ਚ ਕਹਿੰਦੇ ਗੱਲ ਉਹੀ ਹੈ ਨਾ ਕਿ ਬੰਦਾ ਮੰਗੇ ਆਟਾ ਉਹਨੂੰ ਆਟੇ ਵੀ ਘਾਟਾ ਤੇ ਤੀਵੀਂ ਮੰਗੇ ਪੇੜੇ ਤੇ ਉਹਨੂੰ ਦੇਣ ਵਾਲੇ ਬਥੇਰੇ ਕਹਿੰਦੇ ਉਸ ਬੀਬੀ ਨਾਲ ਹਮਦਰਦੀ ਜ਼ਿਆਦਾ ਜੁੜ ਜਾਂਦੀ ਹੈ ਬੰਦੇ ਨਾਲ ਹਮਦਰਦੀ ਨਹੀਂ ਜੁੜਦੀ ਤੇ ਉਹਦੇ ਚ ਦੋਸ਼ ਲੜਕੀ ਦਾ ਉਨਾ ਨਹੀਂ ਮੰਨਿਆ ਜਾਂਦਾ ਜਿੰਨਾ ਜੋੜੇ ਇਹਦਾ ਪਠਾਨ ਮਾਜਰਾ ਦਾ ਮੰਨਿਆ ਜਾਂਦਾ ਦੇਖੋ ਟੈਕਨੀਕਲ ਪੁਆਇੰਟ ਇਹ ਹੈ ਕਿ ਪਹਿਲੀ ਪਤਨੀ ਦੇ ਹੁੰਦਿਆਂ ਦੂਜਾ ਵਿਆਹ ਕਰਾਉਣਾ ਹੈਨਾ ਅੰਡਰਸਟੈਂਡਿੰਗ ਤਾਂ ਦੋਨਾਂ ਦੀ ਸੀ ਕਿਤੇ ਜਾ ਕੇ ਰਿਲੇਸ਼ਨ ਡਿਵੈਲਪ ਹੋਏ ਤੇ ਇਹ ਤਾਂ ਚਲੋ ਮੰਨਿਆ ਬਰਾਬਰ ਦੀ ਗੱਲ ਹੈ ਪਰ ਉਸ ਦੌਰਾਨ ਗੁੱਡ ਫੇਸ ਚ ਆ ਕੇ ਉਹਨੇ ਆਪਣਾ ਜਿਹੜਾ ਬਾਡੀ ਪਾਰਟ ਦਿਖਾਏ ਤੇ ਅਗਲੀ ਨੇ ਵਾਇਰਲ ਕਰ ਦਿੱਤੇ ਹੈਨਾ ਤੇ ਆਪਣੀਆਂ ਕਮਜ਼ੋਰ ਕੜੀਆਂ ਉਹਨੇ ਸਾਂਝੀਆਂ ਕੀਤੀਆਂ ਜਿਸ ਤੇ ਉਹ ਕੈਸ਼ ਹੋ ਗਿਆ ਤੇ ਕੀ ਫਿਰ ਬੰਦੇ ਦਾ ਹੀ ਕਸੂਰ ਹੋ ਜਾਂਦਾ ਤੇ ਔਰਤ ਦਾ ਕਸੂਰ ਕਿਉਂ ਨਹੀਂ ਹੈ ਹੈਨਾ ਤੇ ਹਾਲਾਂਕਿ ਕਿਸੇ ਦੀ ਪ੍ਰਾਈਵੇਸੀ ਨੂੰ ਇੱਦਾਂ ਜਨਤਕ ਕਰਨਾ ਜੇ ਉਹ ਮਾੜਾ ਬੋਲਿਆ ਚਲੋ ਆਪਾਂ ਆਲੋਚਨਾ ਕੀਤੀ ਹੈ ਕਿ ਉਹਨੂੰ ਗਲਤ ਕਹਿ ਰਿਹਾ ਉਹ ਵੀ ਗਲਤ ਹੈ ਪਰ ਜਿਹੜਾ ਉਹਦੇ ਪਰਸਨਲ ਬਾਡੀ ਪਾਰਟ ਜਿਹਨੇ ਜਿਹੜੇ ਠੀਕ ਹੈ ਉਹਨੇ ਦਿਖਾਏ ਮਾੜੀ ਗੱਲ ਹੈ ਪਰ ਜਦੋਂ ਹਸਬੈਂਡ ਵਾਈਫ ਦਾ ਰਿਸ਼ਤਾ ਕਈ ਵਾਰੀ ਬੰਦੇ ਸ਼ਰਾਰਤ ਕਰਦੇ ਨੇ ਇੱਦਾਂ ਦੀ ਜਾਂ ਮਿਆਰ ਤੋਂ ਥੱਲੇ ਆਉਂਦੇ ਨੇ ਪਰ ਉਹਨੂੰ ਵਾਇਰਲ ਕਰ ਦੇਣਾ ਇਹ ਵੀ ਕਿਤੇ ਨਾ ਕਿਤੇ ਗੁਨਾਹ ਤੇ ਉਸ ਔਰਤ ਨੇ ਵੀ ਕੀਤਾ ਜਿਹਨੇ ਵਾਇਰਲ ਕੀਤੀ ਹੈ ਹਨਾ ਤੇ ਇਹ ਬਾਈ ਜੀ ਕਹਿੰਦੇ ਵੀ ਸਿਰਫ ਬੰਦਾ ਹੀ ਕਿਉਂ ਪੀੜਤ ਮੰਨਿਆ ਜਾਵੇ ਤੇ ਦੋਸ਼ੀ ਬੀਬੀ ਕਿਉਂ ਨਹੀਂ ਹੈ ਇਹਦੇ ਤੇ ਕਰੋ ਕੰਪਲੀਟ ਫਿਰ ਲਈ ਆ ਗਿਆ ਜੀ ਸੁਰਿੰਦਰ ਕਿੱਥੇ ਸਟੈਂਡ ਕਰਦਾ ਕਿ ਕਾਨੂੰਨ ਇਸ ਤੇ ਕੋਈ ਉਸ ਬੰਦੇ ਦੀ ਵਿਥਿਆ ਸੁਣੇਗਾ ਕਿਉਂਕਿ ਵਿਮੈਨ ਕਮਿਸ਼ਨ ਬਹੁਤ ਨੇ ਤੇ ਮੈਨ ਕਮਿਸ਼ਨ ਕਿਤੇ ਵੀ ਨਹੀਂ ਹੈ
ਬੰਦਿਆਂ ਦਾ ਕਮਿਸ਼ਨ ਬਣਾਉਣ ਦੀ ਗੱਲ ਹੋਈ ਸੀ, ਮੀ ਟੂ ਦਾ ਮਾਮਲਾ ਸੀ ਤੇ ਬੰਦੇ ਵੀ ਪੀੜਤ ਨੇ ਬਹੁਤੇ। ਇਸ ਤਰ੍ਹਾਂ ਔਰਤਾਂ ਵੀ ਕਈ ਵਾਰੀ ਉਹ ਹਨੀ ਟ੍ਰੈਪ ਚ ਫਸਾ ਕੇ ਬਹੁਤ ਲੁੱਟਦੀਆਂ ਨੇ, ਮੰਨਣਾ ਪਏਗਾ, ਕਿਉਂਕਿ ਬੰਦਾ ਕਿਤੇ ਨਾ ਕਿਤੇ ਉਹ ਭੜਕ ਜਾਂਦਾ ਆਪਣੇ ਮਿਆਰ ਤੋਂ ਤੇ ਫਿਰ ਉਹ ਦੋਸ਼ੀ ਜ਼ਿਆਦਾਤਰ ਬੰਦਾ ਹੀ ਸਮਝਿਆ ਜਾਂਦਾ। ਜੀ ਇੱਕ ਪਤੀ ਪੀੜਤ, ਦੂਜਾ ਪਤਨੀ ਪੀੜਤ, ਹੁਣ ਕਾਨੂੰਨੀ ਨਜ਼ਰੀਆ ਕੀ ਆ? ਉਸ ਔਰਤ ਦੇ ਇਸ ਤੋਂ ਪਹਿਲਾਂ ਦੋ ਵਿਆਹ ਹੋਏ ਤੇ ਦੋਨਾਂ ਤੇ ਡਿਵੋਰਸ ਹੋ ਚੁੱਕੇ ਨੇ, ਲੇਕਿਨ ਜਿਹੜੇ ਸ਼੍ਰੀਮਾਨ ਜੀ ਆ ਇਹਨਾਂ ਦਾ ਪਹਿਲੇ ਤੋਂ ਡਿਵੋਰਸ ਨਹੀਂ ਹੋਇਆ ਹੋਇਆ ਕਾਨੂੰਨੀ ਤੌਰ ਤੇ, ਤੇ ਦੂਜਾ ਵਿਆਹ ਕਰਾਈ ਬੈਠੇ ਨੇ। ਰੌਲਾ ਇਹ ਆ ਕਾਨੂੰਨੀ ਤੌਰ ਤੇ ਫਸਦੇ ਆ ਲੱਖ ਕਈ ਜੋ ਪੰਚਾਇਤੀ, ਕਦੀ ਵੀ ਤਲਾਕ ਜਿਹੜਾ ਉਹ ਪੰਚਾਇਤੀ ਤੌਰ ਤੇ ਨਹੀਂ ਹੁੰਦਾ, ਸਹਿਮਤੀ ਨਾਲ ਭਾਵੇਂ ਤੁਸੀਂ 15 ਜਗ੍ਹਾ ਰਹਿ ਜਾਓ ਕੋਈ ਚੱਕਰ ਨਹੀਂ, ਜਦੋਂ ਅਸਹਿਮਤੀ ਆ ਫੇਰ ਕਾਨੂੰਨ ਨੇ ਆਪਣੇ ਨਜ਼ਰੀਏ ਤੋਂ ਦੇਖਣਾ। ਉਹਦੇ ਚ ਸ਼੍ਰੀਮਾਨ ਜੀ ਦੋਸ਼ੀ ਨੇ, ਮੁੱਖ ਦੀ ਗੱਲ ਇਹ ਆ। ਇਸ ਕਰਕੇ ਕਾਨੂੰਨ ਉਸ ਨਜ਼ਰੀਏ ਦੇਖਿਆ ਨਾ, ਸਰਕਾਰ ਇਹਨਾਂ ਦੀ ਆ, ਸਰਕਾਰ ਬਚਾਉਣ ਦੀ ਕੋਸ਼ਿਸ਼ ਵੀ ਕਰੇਗੀ, ਸਰਕਾਰ ਦੀ ਵੀ। ਜਿਹੜਾ ਕਿਸੇ ਦੀ ਨਿੱਜੀ ਲਾਈਫ ਉਹਦੇ ਪਰਸਨਲ ਉਹਨੂੰ ਇਸ ਤਰ੍ਹਾਂ ਵਾਇਰਲ ਕਰਨਾ ਟੋਇਲਟ ਚ ਬੈਠੇ ਨੂੰ, ਤੇ ਉਹਦੇ ਚ ਵਾਇਰਲ ਕਰਨ ਵਾਲਾ ਵੀ ਤਾਂ ਜ਼ਿੰਮੇਵਾਰ ਹੈ ਕਿਸੇ ਦੀ ਨਿੱਜੀ ਲਾਈਫ। ਨਹੀਂ ਉਹ ਨਿੱਜੀ ਲਾਈਫ ਤਾਂ ਹੈਗੀ, ਵਾਇਰਲ ਤਾਂ ਕੀਤੀ ਆ, ਪਰ ਉਹ ਨਿੱਜੀ ਲਾਈਫ ਜਿਹੜੀ ਦੇਖੋ, ਜਾਂ ਤਾਂ ਤੁਸੀਂ ਕਿਸੇ ਇਕੱਠੇ ਆ ਤੁਹਾਡੀ ਵੀਡੀਓ ਬਣੀ ਉਹ ਵੱਖਰੀ ਗੱਲ ਆ, ਤੁਸੀਂ ਆਪਣੇ ਘਰੇ ਉਹ ਆਪਣੇ ਘਰੇ ਆ ਤੇ ਤੁਸੀਂ ਇੱਥੋਂ ਉਹਨੂੰ ਵਟਸਐਪ ਤੇ ਬਣਾ ਬਣਾ ਭੇਜ ਰਹੇ ਹੋ ਤੇ ਗਲਤੀ ਤਾਂ ਤੁਹਾਡੀ ਵੀ ਆ, ਜਿਹੜੇ ਇੱਕ ਧਿਰ ਨੂੰ ਥੋੜੀ ਦੋਸ਼ ਦਿਓਗੇ ਤੁਸੀਂ ਉਹ। ਫਿਰ ਮੈਨੂੰ ਤਾਂ ਹੈਰਾਨਗੀ ਇਸ ਗੱਲ ਦੀ ਆਉਂਦੀ ਕਿ ਸ਼੍ਰੀਮਾਨ ਜੀ ਤੁਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋ, ਕਹਿੰਦਾ ਮੈਨੂੰ। ਗੱਲ ਇਹ ਹੈ ਨਾ ਕਿ ਪੋਲੀਟੀਕਲ ਪਾਰਟੀ ਨਾਲ ਜਦੋਂ ਬੰਦਾ ਸਬੰਧਤ ਹੁੰਦਾ ਉਹ ਜ਼ਿਆਦਾ ਇਸ਼ੂ ਬਣਦਾ। ਦੇਖੋ ਨਹੀਂ ਆਪਸੀ, ਇੱਕ ਸੈਕਿੰਡ, ਆਪਸੀ ਅੰਡਰਸਟੈਂਡਿੰਗ ਦੇ ਵਿੱਚ ਠੀਕ ਹੈ, ਔਰਤ ਕਿਸੇ ਵੀ ਰੂਪ ਚ ਈਵਨ ਵੇਸਵਾ ਵੀ ਹੈ ਆਪਣੇ ਨਿਗੇਜ ਨੂੰ ਪ੍ਰਦਰਸ਼ਿਤ ਬਹੁਤ ਘੱਟ ਕਰਦੀ ਹੈ, ਤੇ ਜੇ ਬੰਦੇ ਨੇ ਕੀਤਾ ਸਦਾਚਾਰ ਤੇ ਉਹਦੇ ਮਿਆਰ ਤੋਂ ਸਦਾਚਾਰ ਤੋਂ ਡਿੱਗਿਆ, ਇਹ ਨਿੱਜੀ ਲਾਈਫ ਤੱਕ ਸੀਮਤ ਸੀ, ਦੋਨੇ ਆਪਸ ਚ ਹਾਸਾ ਠੱਠਾ ਜਾਂ ਜੋ ਵੀ ਕਰਦੇ ਆ ਉਹਨਾਂ ਦੀ ਅੰਡਰਸਟੈਂਡਿੰਗ ਸੀ, ਪਰ ਉਸ ਨੂੰ ਇੱਕ ਧਿਰ ਜੇ ਵਾਇਰਲ ਕਰਕੇ ਦੂਸਰੇ ਦਾ ਕਰੈਕਟਰ ਅਸੈਸੀਨੇਸ਼ਨ ਕੀਤਾ, ਇਹਦਾ ਇਹ ਪਠਾਨ ਬਾਜਰਾ ਦਾ ਕਰੈਕਟਰ ਅਸੈਸੀਨੇਸ਼ਨ ਤਾਂ ਕੀਤਾ। ਹੁਣ ਉਹਦੀ ਇਸ ਹਰਕਤ ਉਹਦੇ ਸਰੀਰ ਨੂੰ ਉਹਦੀਆਂ ਧੀਆਂ ਭੈਣਾਂ ਪੁੱਤ ਪੋਤਰੇ ਰਹਿੰਦੀ ਦੁਨੀਆਂ ਤੱਕ ਵੇਖਣਗੇ, ਕਿਉਂਕਿ ਕਿਸੇ ਬੰਦੇ ਨਾਲ ਜੇ ਜਬਰ ਜਨਾਹ ਹੁੰਦਾ ਔਰਤ ਨਾਲ ਉਹ ਵੀ ਮਾੜਾ ਹੈ। ਦੂਸਰਾ ਕਿਸੇ ਬੰਦੇ ਦਾ ਏਦਾਂ ਕਰੈਕਟਰ ਅਸੈਸੀਨੇਸ਼ਨ ਇਹ ਵੀ ਤਾਂ ਗਲਤ ਹੈ, ਉਹ ਕਿਸ ਹੈਸੀਅਤ ਚ ਉਹਨੇ ਕੀਤਾ, ਠੀਕ ਹੈ ਉਹਨੇ ਦਿਖਾਇਆ ਤੇ ਹੋ ਸਕਦਾ ਉਹਦੀ ਜਿਹੜੀ ਪਾਰਟਨਰ ਸੀ ਉਹ ਵੀ ਕੀ ਕੁਛ ਦਿਖਾਉਂਦੀ ਹੋਵੇ ਉਕਸਾ ਕੇ, ਇਹ ਉਹ ਸੀਟ ਤੇ ਬੈਠਾ ਸੀ ਇਹਨੇ ਰਿਕਾਰਡ ਨਹੀਂ ਕੀਤਾ ਉਹਨੇ ਰਿਕਾਰਡ ਕੀਤਾ, ਕਤਲ ਜਦੋਂ ਹੁੰਦਾ ਉਹਦੇ ਚ ਉਕਸਾਉਣ ਵਾਲਾ ਤਾਂ ਕੀ, ਦੂਰੋਂ ਲਲਕਾਰਾ ਮਾਰਨ ਵਾਲਾ, ਚੱਕ ਦੋ ਵਾਲਾ ਵੀ ਮਾਰ ਦੋ ਉਹ ਵੀ ਜ਼ਿੰਮੇਵਾਰ ਹੈ, ਪਰ ਜੇ ਉਹਨੇ ਉਕਸਾਇਆ ਕਿਸ ਹੈਸੀਅਤ ਚ ਉਕਸਾਇਆ ਉਹ ਕਹਿੰਦਾ ਪੂਰੀ ਵੀਡੀਓ ਦਿਖਾਓ, ਤੇ ਉਹ ਗਲਤੀ ਤਾਂ ਉਸ ਵੀਡੀਓ ਵਾਇਰਲ ਕਰਨ ਵਾਲੇ ਦੀ ਕਾਨੂੰਨ ਦੀ ਨਜ਼ਰ ਚ ਹੈ ਜਾਂ ਨਹੀਂ, ਇਹਦੇ ਤੇ ਕੰਪਲੀਟ ਕਰ ਦੇ। ਕਾਲ ਲੈ ਲਾ ਮੈਂ ਆਪਣਾ ਬਾਈ ਜੀ ਮਨਜੀਤ ਇੰਦਰ ਸਿੰਘ, ਸਵਾਗਤ ਹੈ ਭਾਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਟਵਾਣਾ ਸਾਹਿਬ ਜੀ। ਸਰ ਬਸ ਮੈਂ ਸ਼ੋਰਟ ਜੀ ਗੱਲ ਕਰੂੰਗਾ, ਜਿਹੜਾ MLA ਸਾਹਿਬ ਦਾ ਰੌਲਾ ਪੈ ਰਿਹਾ ਨਾ, ਮੈਂ ਹੁਣੇ ਤੁਹਾਡੀ ਗੱਲ ਸੁਣੀ ਆ, ਕਈ ਸਾਡੇ ਫਰੈਂਡ ਸਰਕਲ ਦੇ ਡਿਸਕਸ ਵੀ ਹੋਈ ਆ, ਨਾ ਤਾਂ ਮੈਂ ਉਹਦੀ ਵੀਡੀਓ ਦੇਖੀ ਆ ਨਾ ਕੋਈ ਬਾਹਲਾ ਮੈਨੂੰ ਪਤਾ, ਪਰ ਉਹ ਜੋ ਸਾਡੀ ਡਿਸਕਸ਼ਨ ਹੋਈ ਆ ਉਹਦੇ ਵਿਚ ਇਹ ਆ ਵੀ ਦੇਖੋ ਇਹੋ ਜਿਹੀ ਗੱਲਾਂ ਹੋ ਜਾਂਦੀਆਂ ਨੇ, ਠੀਕ ਆ ਨਾ, ਬੰਦਾ ਵਾ ਉਹ ਹਰ ਉਹਦੇ ਮਤਲਬ ਡਿਜ਼ਾਇਰ ਹੁੰਦੀ ਸਭ ਕੁਛ ਹੁੰਦਾ ਵਾ, ਹਰ MLA ਵੀ ਬੰਦੇ ਹੁੰਦੇ ਆ, ਪਰ ਜਦ ਤੁਸੀਂ MLA ਹੋ ਯੂ ਆਰ ਲੈਜਿਸਲੇਟਰ, ਠੀਕ ਹੈ, ਤੁਸੀਂ ਕਾਨੂੰਨ ਬਣਾਉਣ ਵਾਲੇ ਹੋ, ਤੁਹਾਨੂੰ ਜੇ ਤੁਹਾਨੂੰ ਕਾਨੂੰਨ ਦੀ ਸਮਝ ਹੀ ਹੈ ਨਹੀਂ ਤੁਸੀਂ ਕਾਨੂੰਨ ਬਣਾਓਗੇ ਕੀ, ਠੀਕ ਹੈ ਨਾ। ਹੁਣ ਜਿਵੇਂ ਸੁਰਿੰਦਰ ਜੀ ਨੇ ਕਿਹਾ ਕਿ ਜਦ ਤੁਹਾਡਾ ਵਿਆਹ ਤੁਸੀਂ ਦੂਜਾ ਕਰਾਉਣਾ ਨਜਾਇਜ਼ ਆ, ਠੀਕ ਹੈ ਨਾ, ਉਹਨੂੰ ਤੁਸੀਂ ਪੰਚਾਇਤੀ ਵਿਆਹ ਕਹਿ ਕੇ ਹੋਰ ਕਹਿ ਕੇ ਆਪਦਾ ਲੱਲਾ ਭੱਬਾ ਕਰਕੇ ਉਹਨੂੰ ਜਸਟੀਫਾਈ ਕਰਦੇ ਹੋ, ਹੁਣ ਜੇ ਭਾਈ ਤੇਰੇ ਕੋਲ ਗਲਤੀ ਹੋ ਗਈ ਸੀ ਤਾਂ ਤੂੰ ਚੁੱਪ ਰਹਿ, ਤੁਸੀਂ ਦਸ 15 ਦਿਨ ਪਰੇ ਹੋ ਜਾ, ਇਦੋਂ ਪਹਿਲਾਂ ਤਦ ਤੱਕ ਕੋਈ ਹੋਰ ਨਿਊਜ਼ ਵੱਡੀ ਆਜੂਗੀ, ਕੋਈ ਧਮਾਕਾ ਹੋਜੂਗਾ, ਕੋਈ ਗੈਂਗਸਟਰ ਫੜਿਆ ਜਾਊਗਾ, ਤੇਰੀ ਗੱਲ ਲੁਕ ਜਾਊਗੀ, ਜਾਂ ਤੂੰ ਪੱਗ ਬੰਨ ਕੇ ਸਾਰਾ ਕੁਛ ਕਰਕੇ ਮੀਡੀਆ ਚ ਆ ਜਾਣਾ, ਮੀਡੀਆ ਚ ਆ ਕੇ ਇੰਨੇ ਬੇਵਕੂਫਾਨਾ ਬਿਆਨ ਦਿੰਦਾ, ਯੂ ਡੋਂਟ ਡਿਜ਼ਰਵ ਟੂ ਬੀ MLA, ਪਤਾ ਨੀ ਕਿਹਨੇ ਉਹਨੂੰ ਚੁਣ ਲਿਆ, ਵੀ ਜਦ ਭਾਈ ਤੈਨੂੰ ਪਤਾ ਹੀ ਨੀ ਹੈ ਕਿ ਗਲਤ ਤੇ ਸਹੀ ਕੀ ਹੈ, ਤੂੰ ਲੋਕਾਂ ਦਾ ਫੈਸਲਾ ਕੀ ਕਰਾਏਗਾ, ਠੀਕ ਹੈ ਨਾ।
ਪਤਾ ਇਹ ਹੈਰਾਨੀ ਪਤਾ ਨੀ ਹੋਰ ਕਿੰਨੇ ਕਾਜੇ ਹੋਣਗੇ। ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ ਮਿਹਰਬਾਨੀ ਜੀ। ਸੁਰਿੰਦਰ ਜੀ, ਮੈਂ ਇੱਕ ਦੋ ਆਪਣੇ ਸਵਾਲ ਕੀਤੇ ਸੀਗੇ, ਕਰੋ ਕਿ ਉਹ ਤੇ ਕੰਪਲੀਟ ਲਈ ਆ ਗਿਆ ਜੀ। ਪਰਮਿੰਦਰ ਹੁਣ ਕੁੱਲ ਮਿਲਾ ਕੇ ਆ ਉਹ ਲੇਡੀਜ ਆ, ਉਹਦੇ ਨਾਲ ਸਹਿਮਤੀ ਜੁੜੀ ਆ, ਰਹਿ ਗਈ ਗੱਲ ਐਮ ਐਲ ਏ ਦੀ, ਜੇ ਉਹਨੇ ਵੀਡੀਓ ਵਾਇਰਲ ਕੀਤੀ ਆ ਤੇ ਇਹਨੇ ਬਣਾ ਕੇ ਵੀ ਭੇਜੀ ਆ, ਦੋਸ਼ੀ ਇਹ ਵੀ ਆ। ਦੂਸਰੀ ਗੱਲ ਕੈਮਰੇ ਤੇ ਸੀ ਨਾ, ਦੇਖੋ ਦੋਨੇ ਆਪਸ ਚ ਕੈਮਰੇ ਤੇ ਸੀ, ਉਹਨੇ ਇਹਨੂੰ ਫੋਕਸ ਕੀਤਾ ਹੋਇਆ ਸੀਗਾ ਤੇ ਉਹਨੇ ਰਿਕਾਰਡ ਕਰ ਲਿਆ, ਕੈਪਚਰ ਕਰ ਲਿਆ। ਚਲੋ ਜੋ ਵੀ ਕੀਤਾ, ਗੱਲ ਤੇ ਇਹ ਆ ਇਲੈਕਟ੍ਰੋਨਿਕ ਮੀਡੀਆ ਤੇ ਸਾਈਬਰ ਤੇ ਅਜੇ ਕ੍ਰਾਈਮ ਦੀਆਂ ਕਈ ਤਰ੍ਹਾਂ ਲਾਗੂ ਨਹੀਂ ਹੋ ਰਹੀਆਂ ਕਿ ਕਿਸੇ ਨੂੰ ਇਸ ਤਰ੍ਹਾਂ ਕਿਸੇ ਦੀ ਨਿੱਜੀ ਲਾਈਫ ਵਾਇਰਲ ਕਰਨੀ। ਹਾਲਾਂਕਿ ਤਾਂ ਇਹ ਵੀ ਕਾਨੂੰਨ ਹੈ, ਜੇ ਤੁਸੀਂ ਆਪਣੇ ਨੈਟ ਤੇ ਬੈਠੇ ਕੋਈ ਤੁਸੀਂ ਖੋਲਦੇ ਹੋ, ਕੋਈ ਸਾਈਟ ਏਦਾਂ ਦੀ ਖੋਲਦੇ ਹੋ, ਤਾਂ ਤੁਹਾਡੇ ਤੇ ਐਕਸ਼ਨ ਕਰਦੀ ਹੈ ਗਵਰਨਮੈਂਟ। ਤੁਸੀਂ ਪੋਰਨ ਸਾਈਟਸ ਬੱਚਿਆਂ ਦੀਆਂ ਚੀਜ਼ਾਂ ਨਹੀਂ ਵੇਖ ਸਕਦੇ ਭਾਵੇਂ ਉਹ ਨੈਟ ਤੇ ਪਈਆਂ ਨੇ, ਜੇ ਤੁਹਾਡੇ ਨਾਲ ਗਲਤੀ ਤੇ ਖੁੱਲੀ ਹੈ ਤੁਹਾਡੇ ਤੇ ਕੇਸ ਹੋ ਜਾਂਦਾ। ਪਰ ਜਿਹਨੇ ਬਣਾਉਣੀ ਵੀ ਗਲਤ ਹੈ, ਪਰ ਜਿਹਨੇ ਵਾਇਰਲ ਕੀਤੀ ਹੈ, ਕੀ ਵਾਇਰਲ ਕਰਨ ਵਾਲੇ ਤੇ ਕੋਈ ਐਕਸ਼ਨ ਬਣਦਾ ਜੀ? ਨਹੀਂ, ਅਜੇ ਤੱਕ ਏਦਾਂ ਦਾ ਕੁਛ ਨੀ, ਨਾ ਕਦੀ ਬਣਿਆ ਨਾ ਬਣਨਾ ਵਾ। ਹੁਣ ਮੁੱਖ ਦੀ ਗੱਲ ਇਹ ਆ ਕਿ ਸਭ ਤੋਂ ਵੱਡਾ ਹੱਲਾ ਕੀ ਹੈ, ਸਭ ਤੋਂ ਵੱਡਾ ਹੱਲਾ ਇਹ ਹੈ ਕਿ ਉਹ ਲੇਡੀਜ਼ ਦਾ, ਉਹਨੇ ਦੋ ਡਿਵੋਰਸ ਉਹਦੇ ਆਲਰੇਡੀ ਹੋ ਚੁੱਕੇ ਆ, ਤੀਸਰਾ ਵਿਆਹ ਉਹਦਾ ਇਹਦੇ ਨਾਲ ਹੋਇਆ, ਇਹਨੇ ਪਹਿਲੀ ਦੇ ਹੁੰਦਿਆਂ ਦੂਸਰਾ ਵਿਆਹ ਕਰਾ ਲਿਆ, ਜਿਹੜਾ ਕਿ ਕਾਨੂੰਨ ਮੁਤਾਬਕ ਨਹੀਂ ਹੋ ਸਕਦਾ। ਉਧਰ ਭਜਨ ਲਾਲ ਦੇ ਮੁੰਡੇ ਨੇ ਕਰਾਇਆ ਸੀ, ਚਾਂਦ ਮੁਹੰਮਦ ਬਣ ਕੇ ਕਰਾਉਣਾ ਪਿਆ ਸੀਗਾ, ਉਹ ਵੱਖਰੀ ਗੱਲ ਸੀ, ਮਹੀਨੇ ਇੱਕ ਚ ਭੱਜ ਗਿਆ ਸੀਗਾ। ਇਸ ਕਰਕੇ ਉਹ ਜਦੋਂ ਕਿਸੇ ਵੱਡੇ ਸਕੰਜੇ ਚ ਤੁਸੀਂ ਫਸ ਜਾਓ, ਫਿਰ ਇਹ ਚੀਜ਼ਾਂ ਸਕੈਂਡਰੀ ਹੋ ਜਾਂਦੀਆਂ ਨੇ। ਹੁਣ ਗੱਲ ਤੇ ਆ ਕਿ ਭਾਵੇਂ ਤੁਹਾਡੀ ਸਰਕਾਰ ਇਹ ਚੋਂ ਨਿਕਲਣਾ ਕਿੱਦਾਂ, ਹਾਈ ਕਮਾਂਡ ਤੁਹਾਡੇ ਤੇ ਕੀ ਸਟੈਂਡ ਲੈਂਦੀ ਆ, ਕੀ ਉਹ ਤੁਹਾਡੇ ਪੱਖ ਚ ਕੱਢਦੀ, ਤੁਹਾਡੇ ਵਿਰੋਧ ਚ ਜਾਂਦੀ, ਕੀ ਕੁਛ ਹੁੰਦਾ, ਕਿ ਜਿਹੜੀ ਤੁਸੀਂ ਲੌਬਿੰਗ ਕਰਦੇ ਕੀ ਤੁਹਾਡੀ ਫੇਵਰ ਚ ਜਾਂਦੇ, ਜਾਂ ਪਾਰਟੀ ਤੁਹਾਨੂੰ ਬਾਹਰ ਦਾ ਰਸਤਾ ਦਿਖਾ ਦਿੰਦੀ ਕਿ ਅਸੀਂ ਕੱਢ ਰਹੇ ਹਾਂ। ਜੇ ਪਾਰਟੀ ਨਹੀਂ ਕੱਢੇਗੀ ਤੇ ਪਾਰਟੀ ਬੜੀ ਸੁੱਤੀ ਬਾਅਦ ਚ ਹੈਗੀ ਇਹ ਵੀ ਗੱਲ। ਸੋ ਇਸ ਕਰਕੇ ਆ ਆਉਣ ਵਾਲੇ ਇੱਕ ਜਾਂ ਦੋ ਦਿਨਾਂ ਦੇ ਵਿੱਚ ਪਾਰਟੀ ਨੂੰ ਕੋਈ ਨਾ ਕੋਈ ਡਿਸੀਜਨ ਜਿਹੜਾ ਉਹ ਲੈਣਾ ਪੈਣਾ। ਜੇ ਪਾਰਟੀ ਡਿਸੀਜਨ ਨਹੀਂ ਲਊਗੀ, ਪਾਰਟੀ ਕਸੂਤੀ ਫਸੇਗੀ, ਤੇ ਜੇ ਡਿਸੀਜਨ ਲੈ ਲਿਆ ਬਾਹਰ ਕੱਢ ਦਿੱਤਾ, ਤਾਂ ਫਿਰ ਇਹ ਵੀ ਗੱਲ ਆ ਕਿ ਪਠਾਨ ਮਾਜਰੇ ਨੂੰ ਇਸ ਕੇਸ ਚੋਂ ਨਿਕਲਣਾ ਵੀ ਔਖਾ ਹੋ ਜਾਣਾ। ਕਿ ਤੁਸੀਂ ਸੱਤਾ ਚ ਬੈਠੇ ਹੋ, ਕਿਤੇ ਤੁਸੀਂ ਵਿਰੋਧੀ ਧਿਰ ਚ ਬੈਠ ਜਾਣਾ, ਕਿ ਤੁਹਾਡੀ ਹਲਕੇ ਤੁਹਾਡੇ ਚ ਚੱਲਣੀ ਨਹੀਂ ਹੈ, ਸਰਕਾਰ ਨੇ ਤੁਹਾਡੀ ਸੁਣਨੀ ਨਹੀਂ ਹੈ, ਬਹੁਤ ਕੁਛ ਤੁਹਾਡੇ ਸਿਰ ਤੇ ਆ ਕੇ ਪੈਣਾ। ਇਸ ਕਰਕੇ ਕਿਤੇ ਨਾ ਕਿਤੇ ਆਉਣ ਵਾਲੇ ਜਿਹੜੇ ਦੋ ਦਿਨ ਨੇ ਉਹ ਬੜੇ ਭਾਰੀ ਨੇ, ਜਿੱਦਾਂ ਕਹਿ ਦਿੰਦੇ ਨਾ ਫਲਾਣੇ, ਦੋ ਦਿਨ ਭਾਰੀ ਵਰਖਾ ਹੋਣ ਦੀ ਉਮੀਦ ਆ, ਦੋ ਦਿਨ ਬਹੁਤ ਝੱਖੜ ਆਉਣ ਦੀ ਉਮੀਦ ਆ। ਇਸ ਕਰਕੇ ਦੋ ਦਿਨ ਐਮ ਐਲ ਏ ਤੇ ਪੂਰੇ ਭਾਰੀ ਆ, ਦੋ ਦਿਨਾਂ ਚ ਕਿਸੇ ਕੰਨ ਪੱਤਣ ਜਿਹੜੀ ਆ ਉਹ ਕਹਾਣੀ ਲੱਗੂਗੀ, ਸਮਝੌਤਾ ਹੋ ਕੇ ਨਿਬੜਦਾ ਜਾਂ ਕੀ ਕੁਛ ਆ। ਵੈਸੇ ਜਿਹੜਾ ਮੈਨੂੰ ਪਤਾ ਲੱਗਿਆ ਵਿੱਚ ਬੰਦੇ ਪਾਏ ਹੋਏ ਆ ਸਮਝੌਤਾ ਕਰਨ ਲਈ, ਉਹ ਕੀ ਉੱਥੇ ਗੱਲ ਨਿਬੜਦੀ ਆ ਕਿ ਜਾਂ ਨਹੀਂ ਨਿਬੜਦੀ, ਉਹ ਬਾਅਦ ਦੀ ਗੱਲ। ਸ਼ਨੀਵਾਰ ਭਾਰੀ ਪਊ ਮਤਲਬ ਹੈ? ਹਾਂ, ਸ਼ਨੀ ਉਹ ਸ਼ਨੀਵਾਰ ਆਉਂਦੇ ਹੁੰਦੇ ਨੀ ਉਹ ਤੇਲ ਮੰਗਣ ਵਾਲੇ, ਉਹ ਇੱਕ ਡੋਲੂ ਜਿਹਾ ਚ, ਹਾਂ ਡੋਲੂ ਜਿਹਾ ਚ ਪਤਾ ਨੀ ਕੀ ਰੱਖੀ ਫਿਰਦੇ ਹੁੰਦੇ, ਇੱਕ ਉਹ ਇੱਕ ਉਹ ਸ਼ਨੀ ਦੇਵ ਦਾ, ਇੱਕ ਉਹ ਦੂਜਾ ਚ ਇੱਕ ਜਿਹੜਾ ਟੱਲੀਆਂ ਖੜਕਾਉਣ ਵਾਲੇ ਹੁੰਦੇ ਉਹ ਵੀ ਆਉਂਦੇ ਹੁੰਦੇ ਆ, ਠੀਕ ਹੈ ਨਾ। ਉਹ ਜਿੰਗਮ ਹੁੰਦੇ ਆ, ਉਹ ਸ਼ਿਵ ਦੇ ਭਗਤ ਹੁੰਦੇ ਆ, ਉਹ ਸ਼ਿਵ ਦੇ ਭਗਤ ਹੁੰਦੇ, ਬੜਾ ਕੋ ਗਾਈ ਜਾਂਦੇ, ਦਿਰ ਤੇਰੇ ਦੀ ਪਹਿਲਾਂ ਮਾਰੀ ਜਾਂਦੇ। ਸੁਣਾ ਦਿੰਦੇ ਆ ਤੁਹਾਨੂੰ? ਲੈ ਬਹੁਤ ਵਧੀਆ, ਜਿੰਗਮ ਜਿੰਗਮ ਕਹਿੰਦੇ ਆ ਸ਼ਿਵ ਭਗਤ ਹੁੰਦੇ ਆ ਉਹ, ਸ਼ਿਵ ਜੀ ਮਹਾਰਾਜ ਦੇ। ਖੈਰ ਵੋਟੀਆਂ ਤੋਂ ਪੱਗਾਂ ਤੁਹਾਨੂੰ ਬੀਰਬਲ ਤੇ ਅਕਬਰ ਦਾ ਕਿੱਸਾ ਸੁਣਾਉਂਦੇ ਆ। ਵੋਟੀਆਂ ਦਾ ਵਾਹਵਾ ਰੌਲਾ ਪਈ ਜਾਂਦਾ, ਬੀਵੀਆਂ ਇਹ ਬੀਵੀਆਂ, ਬੇਬੀ ਦਾ ਗੀਤ ਵੀ ਬੜਾ ਕਮਾਲ ਦਾ ਸਾਨੂੰ ਸਪੋਰਟ ਕੀਤਾ ਬਲਬੀਰ ਸਿੰਘ ਸਮਾਨਪੁਰ ਨੇ, ਥੈਂਕ ਯੂ। ਸਾਨੂੰ ਸਪੋਰਟ ਕੀਤਾ ਗੋਲਡਨ ਕੀ ਐਕਸਪ੍ਰੈਸ ਐਲ ਐਲ ਸੀ ਪੈਨਸਲਵੇਨੀਆ ਵਾਲੇ ਨੇ, ਜਿਨ੍ਹਾਂ ਨੂੰ ਆਨਰਪ੍ਰੇਟਰਾਂ ਦੀ ਜ਼ਰੂਰਤ ਹੈ, ਇਹਨਾਂ ਕੋਲ ਤੁਸੀਂ ਰੀਫਰ ਦੇ ਲੋਡ ਲੈ ਸਕਦੇ ਹੋ ਲਰੀ ਡੋ ਟੈਕਸਸ ਤੋਂ ਜੌਨਸਟੋਨ ਪੈਨਸਲਵੇਨੀਆ ਅਤੇ ਲਰੀ ਡੋ ਟੈਕਸਸ ਤੋਂ ਲਵੀਨੀਆ ਮਿਸ਼ੀਗਨ ਦੇ। ਕੰਪਨੀ ਦੇ ਡਾਇਰੈਕਟ ਲੋਡ ਨੇ ਤੁਸੀਂ ਸਾਈਨ ਅਪ ਕਰ ਦਿਓ, ਤੁਹਾਡੀ ਸਹੂਲਤ ਵਾਸਤੇ ਲੋਡ ਦਾ ਸਮਾਂ ਸੈੱਟ ਕਰ ਦਿੰਦੇ ਨੇ, ਦਿਹਾੜੀ ਜੋਤਾ ਬਚਦਾ ਤੇ 10-33 ਤੋਂ 54 ਡਿਗਰੀ ਤਾਪਮਾਨ ਹੈ ਤੇ ਫਰੋਜ਼ਨ ਲੋਡ ਬਹੁਤ ਘੱਟ ਨੇ, ਤੁਹਾਡਾ ਡੀਜ਼ਲ ਦੀ ਖਪਤ ਘੱਟਦੀ ਹੈ ਰੀਫਰ ਦੀ, ਤੇ ਸ਼ਿਪਰ ਟੂ ਸ਼ਿਪਰ ਟਰਾਂਸਪੋਰਟ ਲੋਡ ਨੇ ਤੇ ਤੁਹਾਨੂੰ ਮਦਦ ਕਰਦੇ ਆ ਰੀਫਰ ਲੈਣ ਚ ਵੀ। 10% ਕਮਿਸ਼ਨ ਚਾਰਜ ਕਰਦੇ ਨੇ, ਵਧੀਆ ਕਿਰਾਏ ਭਾੜੇ ਨੇ। ਪ੍ਰਗਟ ਸਿੰਘ ਬੈਦਵਾਨ ਐਮ ਡੀ ਨੇ, ਉਨ੍ਹਾਂ ਦਾ ਆਫਿਸ ਨੰਬਰ 484-3206700, ਸੈੱਲ ਫੋਨ ਹੈ 302-500-63
0080 320-563-0080 ਸੈੱਲ ਫੋਨ ਹੈ ਪ੍ਰਗਟ ਸਿੰਘ ਬੈਦਵਾਨ ਹੋਰਾਂ ਦਾ ਤੇ ਵੈਬਸਾਈਟ ਹੈ goldenkeyaccess.com ਤੇ ਈਮੇਲ ਹੈ goldenkeyaccess@gmail.com ਲਰੀਡੋ ਟੈਕਸਸ ਤੋਂ ਲਵੇਨੀਆ ਮਿਸ਼ੀਗਨ ਤੇ ਲਰੀਡੋ ਟੈਕਸਸ ਤੋਂ ਜੌਨਸਟਨ ਪੈਨਸਿਲਵੇਨੀਆ ਦੇ ਕੰਪਨੀ ਦੇ ਲੋੜ ਨੇ ਤੇ ਵਾਪਸੀ ਤੇ ਵੀ ਲੋੜ ਤੁਹਾਨੂੰ ਮਿਲ ਸਕਦਾ ਉਹ ਕਈ ਵਾਰੀ ਕਨਫਰਮ ਨਹੀਂ ਹੁੰਦਾ ਬ੍ਰੋਕਰ ਦੇ ਲੋੜ ਨੇ ਯਾਦ ਰੱਖੋ goldenkeyaccess LLC ਪੈਨਸਿਲਵੇਨੀਆ ਇਸੇ ਪਰਿਵਾਰ ਚੋਂ ਨੇ ਡਾਕਟਰ ਜਸਵੀਰ ਸਿੰਘ ਮਾਵੀ ਡੈਲਸ ਟੈਕਸਸ ਦੇ ਵਿਚ ਰੀਅਲ ਸਟੇਟ ਕਾਰੋਬਾਰ ਕਰਦੇ ਨੇ ਡੈਲਸ ਟੈਕਸਸ ਸੈਂਟਰਲ ਕੰਫਰਟੇਬਲ ਜ਼ੋਨ ਦੇ ਵਿਚ ਤੁਹਾਨੂੰ 3 to 5 lakh ਡਾਲਰ ਦਾ ਵਧੀਆ ਘਰ ਦਵਾ ਦਿੰਦੇ ਨੇ ਤੇ ਜਿਹੜੇ ਵੀਰ ਕ੍ਰਾਸ ਕੰਟਰੀ ਟਰੈਕਿੰਗ ਜਾਂ ਹੋਰ ਬਿਜ਼ਨਸ ਨੇ ਉਨ੍ਹਾਂ ਦੇ ਲਈ ਇਲਾਕਾ ਵਧੀਆ ਰਿਹਾ ਸਵਾਗਤ ਹੋ ਸਕਦਾ ਇੱਥੇ ਬਹੁਤ ਸਾਰੇ ਸਕੂਲ ਕਾਲਜ ਯੂਨੀਵਰਸਿਟੀਆਂ ਨੇ ਤੇ ਲੋਨ ਦਾ ਪ੍ਰਬੰਧ ਵੀ ਕਰਾ ਦਿੰਦੇ ਨੇ ਸੋ ਕੋਈ ਵਪਾਰਕ ਜਾਂ ਘਰੇਲੂ ਜਾਇਦਾਦ ਖਰੀਦਣੀ ਵੇਚਣੀ ਹੈ ਤੇ ਉਹ ਤੁਸੀਂ ਫਿਰ ਸੰਪਰਕ ਕਰਨਾ ਡਾਕਟਰ ਜਸਪ੍ਰੀਤ ਸਿੰਘ ਮਾਵੀ ਦਾ ਨੰਬਰ 972-3633-3700 972-363-3700 ਤੇ ਹਰਮਨਦੀਪ ਸਿੰਘ ਥੈਂਕ ਯੂ ਗੁਰਨੇਕ ਸਿੰਘ ਕਹਿੰਦੇ ਜੀ MLA ਨੱਚਣ ਲੱਗ ਜਾਣ ਕੋਈ ਮਾੜਾ ਗੱਲ ਨਹੀਂ ਹੈ ਤੇ ਇਸੇ ਦੌਰਾਨ ਓਂਕਾਰ ਸਿੰਘ ਥੈਂਕ ਯੂ ਰਣਜੀਤ ਸਿੰਘ ਥੈਂਕ ਯੂ ਮਿਹਰਬਾਨੀ ਲਓ ਤੁਹਾਨੂੰ ਕਹਾਣੀ ਸੁਣਾਉਣਾ ਦੋਸਤੋ ਵੋਟੀਆਂ ਤੋਂ ਪੱਗਾਂ ਟਿਵਾਣਾ ਰੇੜੀ ਦੇ ਸਰੋਤਿਓ ਸਵੇਰੇ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਵੇਰੇ 6 to 8 ਤੇ ਸ਼ਾਮੀ 7:30 to 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਤੁਸੀਂ ਆਪਣੇ ਇਹਨਾਂ ਪ੍ਰੋਗਰਾਮ ਨੂੰ ਆਪਣੀ ਵੈਬਸਾਈਟ tiwanaradio.com ਤੇ ਲਾਈਵ ਸੁਣ ਸਕਦੇ ਹੋ ਉੱਥੇ ਤੁਹਾਨੂੰ ਆਈਫੋਨ ਦੇ ਨੈਟ ਐਪਸ ਮਿਲਣਗੀਆਂ ਇੰਸਟਾਲ ਕਰੋ ਟਿਵਾਣਾ ਰੇੜੀ ਦਾ ਫੇਸਬੁੱਕ ਤੇ ਯੂਟਿਊਬ ਪੇਜ ਦਾ ਲਿੰਕ ਮਿਲੇਗਾ ਜਿੱਥੇ ਆਪਾਂ ਲਾਈਵ ਹੁੰਦੇ ਹਾਂ ਤੇ ਇਹ ਲਿੰਕ ਆਪਣੇ ਵਟਸਐਪ ਤੇ ਮੰਗਵਾਉਣਾ ਤਾਂ ਤੁਸੀਂ ਆਪਣੇ ਵਟਸਐਪ ਗਰੁੱਪ ਚ ਸ਼ਾਮਲ ਹੋ ਜਾਓ ਜਿਹੜੇ ਨੰਬਰ ਤੇ ਸਟੂਡੀਓ ਤੇ ਕਾਲ ਕਰਦੇ ਹੋ ਉਹੀ ਨੰਬਰ ਤੇ ਵਟਸਐਪ ਗਰੁੱਪ ਬਣਿਆ ਹੋਇਆ 98-763-096-55 9876309655 ਤੇ ਅਮਰੀਕਾ ਦੇ ਵਿਚ ਇਸ ਪ੍ਰੋਗਰਾਮ ਨੂੰ ਸੁਣਨਾ ਤਾਂ ਕਾਲ ਟੂ ਲਿਸਨ ਨੰਬਰ ਹੈ ਅਮਰੀਕਾ ਦਾ 667-960-9302-60 ਨੰਬਰ ਹੈ ਕਾਲ ਟੂ ਲਿਸਨ ਵਾਸਤੇ ਆਈਫੋਨ ਤੇ ਨੈਟ ਐਪਸ ਨੇ ਇੰਸਟਾਲ ਕਰੋ tiwanaradio.com ਵੈਬਸਾਈਟ ਯਾਦ ਰੱਖੋ ਖਬਰਾਂ ਵੀ ਉੱਥੇ ਪੜ੍ਹ ਸਕਦੇ ਹੋ ਲੋਕ ਕਹਾਣੀਆਂ ਵੋਟੀਆਂ ਤੋਂ ਪੱਗਾਂ ਇੱਕ ਦਿਨ ਬੀਰਬਲ ਨੇ ਬਾਦਸ਼ਾਹ ਅਕਬਰ ਨੂੰ ਪੁੱਛਿਆ ਬੀਰਬਲ ਤੋਂ ਅਕਬਰ ਬਾਦਸ਼ਾਹ ਨੇ ਪੁੱਛਿਆ ਕਿ ਬੀਰਬਲ ਤੇਰੀ ਪੱਗ ਐਵੇਂ ਦੀ ਹੈ ਤੇ ਜਦੋਂ ਕਿ ਦੂਜਿਆਂ ਨੇ ਬਹੁਤ ਵਧੀਆ ਪੱਗਾਂ ਬੰਨੀਆਂ ਹੋਈਆਂ ਨੇ ਤੇਰੀ ਪੱਗ ਐਵੇਂ ਠਿੱਬੀ ਜੀ ਕਿਉਂ ਆਉਂਦੀ ਹੈ ਬੀਰਬਲ ਕਹਿੰਦਾ ਮਹਾਰਾਜ ਇਹ ਸਾਰੇ ਦਰਬਾਰੀ ਨੇ ਆਪਣੀਆਂ ਵੋਟੀਆਂ ਤੋਂ ਪੱਗਾਂ ਬਣਾ ਕੇ ਲਿਆਉਂਦੇ ਨੇ ਮੈਂ ਕਹਿੰਦਾ ਆਪਣੇ ਆਪ ਬੰਨ ਇਸ ਕਰਕੇ ਮੇਰੀ ਤਾਂ ਟੇਢੀ ਮੇਢੀ ਹੁੰਦੀ ਹੈ ਅਕਬਰ ਕਹਿੰਦਾ ਮੈਂ ਨਹੀਂ ਇਹ ਗੱਲ ਮੰਨਦਾ ਇਸ ਦਾ ਕੋਈ ਸਬੂਤ ਦੇ ਕਿ ਇਹ ਜਿਹੜੇ ਬਾਕੀ ਵਜ਼ੀਰ ਨੇ ਘਰ ਵਾਲੀਆਂ ਤੋਂ ਪੱਗਾਂ ਬਣਾਉਂਦੇ ਨੇ ਬੀਰਬਲ ਕਹਿੰਦਾ ਬਾਦਸ਼ਾਹ ਸਲਾਮਤ ਹੁਣੇ ਜਵਾਬ ਲੈ ਲਓ ਇਹ ਕਹਿ ਕੇ ਉਸਨੇ ਝਟਪਟ ਇੱਕ ਦਰਬਾਰੀ ਦੀ ਪੱਗ ਲਾ ਦਿੱਤੀ ਤੇ ਬਾਦਸ਼ਾਹ ਨੂੰ ਕਹਿਣ ਲੱਗਾ ਕਿ ਬਾਦਸ਼ਾਹ ਸਲਾਮਤ ਦੇਖੋ ਮੈਂ ਇਹ ਗੁਸਤਾਖੀ ਕੀਤੀ ਮੈਂ ਮਾਫ਼ੀ ਮੰਗਦਾ ਪਰ ਮੈਂ ਇਸ ਵਜ਼ੀਰ ਦੀ ਪੱਗ ਲਾ ਦਿੱਤੀ ਜੇ ਇਹ ਵਜ਼ੀਰ ਤੁਹਾਡੇ ਸਾਹਮਣੇ ਉਸੇ ਤਰ੍ਹਾਂ ਦੀ ਪੱਗ ਦੁਬਾਰਾ ਬੰਨ ਲਵੇ ਜਿਵੇਂ ਇਹਨੇ ਪਹਿਲਾਂ ਬੰਨ ਰੱਖੀ ਸੀ ਤਾਂ ਮੈਂ ਮੰਨ ਜਾਵਾਂਗਾ ਕਿ ਇਸਨੇ ਆਪਣੀ ਪੱਗ ਆਪ ਬੰਨੀ ਹੈ ਜੇਕਰ ਇਹਨੇ ਪਹਿਲਾਂ ਵਰਗੀ ਪੱਗ ਨਾ ਬੰਨੀ ਤੇ ਸਮਝ ਲੈਣਾ ਕਿ ਆਪਣੀ ਪਤਨੀ ਤੋਂ ਪੱਗ ਬਣਾ ਕੇ ਲਿਆਇਆ ਜੇਕਰ ਅਜੇ ਵੀ ਇਤਵਾਰ ਨਹੀਂ ਤਾਂ ਸਾਰੇ ਦਰਬਾਰੀਆਂ ਦੀਆਂ ਪੱਗਾਂ ਲੁਹਾ ਦਿਓ ਤੇ ਉਨ੍ਹਾਂ ਨੂੰ ਆਖੋ ਕਿ ਹੁਣੇ ਹੀ ਤੁਹਾਡੇ ਸਾਹਮਣੇ ਆਪਣੀ ਆਪਣੀ ਪੱਗ ਬੰਨਣ ਫਿਰ ਪਤਾ ਲੱਗ ਜਾਏਗਾ ਕਿ ਖੁਦ ਬੰਨਦੇ ਨੇ ਜਾਂ ਵੋਟੀਆਂ ਤੋਂ ਬਣਾਉਂਦੇ ਨੇ ਖੈਰ ਬੀਰਬਲ ਨੇ ਸਾਰੇ ਦਰਬਾਰੀਆਂ ਨੂੰ ਆਖਿਆ ਕਿ ਆਪਣੀਆਂ ਆਪਣੀਆਂ ਪੱਗਾਂ ਢਾਹ ਕੇ ਬੰਨੋ ਤੇ ਬੀਰਬਲ ਝੱਟ ਹੀ ਪੱਗ ਆਪਣੀ ਢਾਹ ਕੇ ਬੰਨਣ ਲੱਗ ਪਿਆ ਤੇ ਉਸਨੇ ਉਸੇ ਤਰ੍ਹਾਂ ਲਪੇਟ ਲਈ ਜਿਵੇਂ ਪਹਿਲਾਂ ਲਪੇਟੀ ਸੀ ਦੂਜੇ ਜਿਹੜੇ ਸ਼ੀਸ਼ਿਆਂ ਚ ਵੇਖ ਕੇ ਪੱਗਾਂ ਬੰਨਣ ਦੇ ਆਦੀ ਸਨ ਪੇਚ ਲਾਉਣ ਦੇ ਹੈਨਾ ਖੁੱਲਾ ਸਮਾਂ ਪੱਗ ਤੇ ਲਾਉਣ ਵਾਲੇ ਉਨ੍ਹਾਂ ਤੋਂ ਪੇਚ ਹੀ ਨਾ ਠੀਕ ਲੱਗਣ ਕਈ ਤਾਂ ਪੱਗਾਂ ਨਾਲ ਘੁਲਦੇ ਘੁਲਦੇ ਅੱਕ ਹੀ ਗਏ ਕੁਛ ਵੈਸੇ ਹੁੰਦਾ ਨਾ ਜਦੋਂ ਅਚਾਨਕ ਤੁਹਾਡੀ ਪੱਗ ਲੱਥ ਜਾਏ ਤੁਹਾਡੇ ਖਿਲਰੇ ਵਾਲ ਹੁੰਦੇ ਨੇ ਕਿੱਥੇ ਤੁਹਾਡੀ ਪੱਗ ਠਾਠ ਵਾਠ ਮਣ ਕੇ ਮੋਤੀ ਲੱਗੇ ਆ ਤੇ ਕਿੱਥੇ ਤੁਹਾਨੂੰ ਕਿ ਬਹੁਤ ਸਾਰੇ ਬੰਦੇ ਕਿਸੇ ਦੇ ਸਾਹਮਣੇ ਵੀ ਨਹੀਂ ਪੱਗ ਬੰਨ ਸਕਦੇ ਇਹ ਵੀ ਕਾਰਨ ਵਾਪਰਦਾ ਖੈਰ ਉਹ ਵੀ ਮਤਲਬ ਸਾਈਕੋਲੋਜੀਕਲੀ ਇਫੈਕਟ ਆਇਆ ਖੈਰ ਉਹ ਆਖਰ ਦੇ ਵਿੱਚ ਅੱਕ ਕੇ ਪੱਗਾਂ ਨਾ ਬੰਨ ਸਕੇ ਫਿਰ ਬੀਰਬਲ ਨੇ ਆਖਿਆ ਦੇਖਿਆ ਬਾਦਸ਼ਾਹ ਸਲਾਮਤ ਮੈਂ ਠੀਕ ਆਖਿਆ ਸੀ ਕਿ ਇਹ ਆਪਣੀਆਂ ਵੋਟੀਆਂ ਤੋਂ ਪੱਗਾਂ ਬਣਾ ਕੇ ਲਿਆਉਂਦੇ ਨੇ ਜੇਕਰ ਆਪ ਬੰਨਦੇ ਹੁੰਦੇ ਤਾਂ ਝੱਟ ਹੀ ਮੇਰੇ ਵਾਂਗੂ ਬੰਨ ਲੈਂਦੇ ਤੇ ਇਹ ਸੁਣ ਕੇ ਦਰਬਾਰੀ ਸ਼ਰਮਸ਼ਾਰ ਹੋਏ ਤੇ ਅਕਬਰ ਖੁਸ਼ ਹੋਇਆ ਯਾਨੀ ਇਹ ਆ ਮੌਕੇ ਦੀ ਹਾਜ਼ਰ ਜਵਾਬੀ ਉਹ ਸਿੱਧਾ ਸਾਧਾ ਬੰਦਾ ਸੀ ਉਹ ਐਵੇਂ ਲਪੇਟ ਲਿਆਉਂਦਾ ਸੀ ਵੈਸੇ ਜਿਹੜੇ ਕਹਿੰਦੇ ਹੁੰਦੇ ਨਾ ਕਿ ਇੰਟਲੈਕਚੁਅਲ ਬੰਦੇ ਜਿਹੜੇ ਹੁੰਦੇ ਨੇ ਉਹਨਾਂ ਦੀ ਪੱਗ ਇੱਦਾਂ ਦੀ ਹੁੰਦੀ ਕੋਈ ਬੜੀ ਉਹ ਪੱਗ ਤੇ ਬੜਾ ਟਾਈਮ ਨਹੀਂ ਲਾਉਂਦੇ ਪਰ ਇਹ ਵੀ ਗੱਲ ਨਹੀਂ
पग बनन नू मतलब तुहाडे कोल हुनर होना चाहिए जां पग कई वारी वधिया होवे ना उहदा कपड़ा वधिया होवे उहदा साइज ठीक होवे तुसीं बहुत सोहणी दस्तार सजा लैंदे हो उह कपड़े दी क्वालिटी दे वी मुनसर करदा है सो इस करके पग किसी भी शख्सियत का खास अंग होंदा तेनू पग बननी ना आवे वी तेरे नाल की वसना है ना टेढ़ी पगड़ी बन के चोबरा आशक बनदा नारा ना सो टेढ़ी पगड़ी बालपने की निशानी है सो ऐसी लोक कहानी वोटियां तो पग्गां बनाउण वाले लोग कईयां तो पूनी आप नहीं हुंदी उहदा वारस दा गीत है ना मनमोहन दा तुर जाएगा पग बन के जां मैं नहीं करवाउणी पूनी क्योंकि जदों तुहाडे घर च होर मैंबर ने तुसीं डिपेंड कर दिओ क्योंकि असी घर च मैं छोटा भैन है नहीं सी कोई ते ना कोई बनाउण वाला सी मां ने कित्थे पूनी करवाउणी आउंदा ही नहीं हुंदा ते मैं शुरू तो ही दरवाजे दे हैंडल नूं पग बन के लड़ बन के पूनी करदा आया हुण कई वारी पग्गां अजकल कैमिकल रंग ने कमजोर हो जांदियां ने ते उह फट जांदे ने ते उहदा मैं तरकीब कढ़ी है क्योंकि नवीं पग दे वी लड़ फट जांदे आ उह फिर हैंडल दे ना कोई रुमाल बन लो है ना भावें जुराब बन लो कोई साफ कपड़ा मतलब टावल बन लो दरवाजे दे हैंडल दे एक लड़ उहदा बरीक ना बनो ते वड्डा जाने के गिठ दो गिठ पिछों बनो जिथे लड़ चौड़ा हो जाता ते उथों बन के बड़े आराम नाल पूनी हो जाती है फिर आपां नूं लोड़ ही नहीं पैंदी कि तुर जाएगा पग बन के जां मैं नहीं करवाउणी पूनी सो पग बननी चाहीदी है पग की क्या ठाठ हुंदी है हाँ ढौंसी भी कहिंदे आ इहनां नूं गुरनेक सिंह कहरा जी जिहड़े तेल लैण आउंदे आ डकौंत भी कह दिंदे आ ढौंसी भी कह दिंदे आ ढौंसी हाँ उहनां दे उत्थे जिहड़ा ਹੁੰਦੀ ਹੈ ਤੇਲ ਵਾਲੀ ਗੜਵੀ ਉਹਦੇ ਚ ਸ਼ਨੀ ਜੀ ਦਾ ਬਣਾਇਆ ਹੁੰਦਾ ਸਿੰਬਲ ਲੋਹੇ ਦਾ ਉਹ ਪੀਸ ਜਿਹਾ ਕੱਟ ਕੇ ਉਹ ਸ਼ਨੀ ਦੀ ਮੂਰਤੀ ਬਣਾਈ ਹੁੰਦੀ ਹਾਲਾਂਕਿ ਸ਼ਨੀ ਦੇਵਤੇ ਦੀਆਂ ਫੋਟੋਆਂ ਵੇਖੋ ਸਾਰੇ ਦੇਵਤਿਆਂ ਚ ਸੋਹਣਾ ਬਣਦਾ ਤਣਦਾ ਤੇ ਉਹਦੇ ਤਾਂਗੇ ਨੂੰ ਜਾਂ ਉਹਦੀ ਸਵਾਰੀ ਨੂੰ ਜਿੱਥੇ ਉਹ ਬੈਠਾ ਹੁੰਦਾ ਰਾਤ ਉਹਨੂੰ ਕਾਂ ਜੁੜਿਆ ਹੁੰਦਾ ਹੈ ਨਾ ਸ਼ਨੀਵਾਰ ਖੈਰ ਲਓ ਹੁਣ ਸਮਾਪਤੀਆਂ ਦਾ ਵਕਤ ਹੋ ਗਿਆ ਧੰਨਵਾਦ ਤੇ ਸਵੇਰੇ ਹੁੰਦੀ ਹੈ ਮੁਲਾਕਾਤ ਲਓ ਇੱਕ ਕਾਲਰ ਆਪਣੇ ਨਾਲ ਜੁੜੇ ਨੇ ਸਰਾਂ ਸਾਹਿਬ ਸਵਾਗਤ ਹੈ ਤੁਸੀਂ ਹੁਣ ਕਮੈਂਟ ਵੀ ਨਹੀਂ ਕਰਦੇ ਤੁਸੀਂ ਸੁਣਦੇ ਹੋ ਐਪਸ ਤੇ ਤੁਹਾਡੀ ਸਤਿ ਸ਼੍ਰੀ ਅਕਾਲ ਪਰਸਨਲ ਜੀ ਜਾਣਕਾਰੀ ਦਿੰਦਾ ਸਾਡਾ ਕੋਈ ਮਿੱਤਰ ਉਹਨੂੰ ਨਾ ਏਦਾਂ ਹੀ ਕੋਈ ਲੜਕੀ ਮਿਲ ਗਈ ਤੇ ਉਹਦੇ ਨਾਲ ਪਹਿਲਾਂ ਗੱਲਾਂ ਬਾਤਾਂ ਕਰੀ ਗਈ ਤੇ ਉਹ ਜਿਵੇਂ ਬਾਅਦ ਚ ਹੌਲੀ ਹੌਲੀ ਫੋਨ ਉਹਨਾਂ ਦਾ ਵਧੀ ਗਿਆ ਤੇ ਵੀਡੀਓ ਕਾਲ ਕਰਨ ਲੱਗ ਪਏ ਵੀਡੀਓ ਕਾਲ ਕਰਨ ਲੱਗ ਪਏ ਤੇ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਉਹ ਤੋਂ ਨਹੀਂ ਰਿਹਾ ਗਿਆ ਜਾਂ ਉਹਨੇ ਉਹਨੂੰ ਉਦਾਂ ਖਸਾਇਆ ਤੇ ਉਹਦੀ ਅਸ਼ਲੀਲ ਵੀਡੀਓ ਬਣਾ ਲਈ ਤੇ ਜਦੋਂ ਬਣਾ ਲਈ ਉਹਨੇ ਬਾਅਦ ਚ ਨਾਲ ਹੀ ਉਹਦੇ ਫੇਸਬੁੱਕ ਵਾਲੇ ਪੰਜ ਚਾਰ ਮਿੱਤਰ ਉਹ ਐਡ ਕਰ ਲਏ ਤੇ ਉਹ ਤੋਂ ਬਾਅਦ ਚ ਪੈਸਿਆਂ ਦੀ ਮੰਗ ਕਰਨ ਲੱਗ ਪਈ ਤੇ ਚਲੋ ਉਹਨੇ ਪੈਸੇ ਵੀ ਪਾ ਤੇ ਉਹ ਪੈਸੇ ਫਿਰ ਹਟੇ ਜਾਣਾ ਕਰੇ ਫਿਰ ਥੋੜੇ ਦਿਨਾਂ ਬਾਅਦ ਕਹਿੰਦੇ ਕਰੇ ਵੀ ਇੰਨੇ ਕੁ ਪੈਸੇ ਹੋਰ ਦੇ ਅਖੀਰ ਜੀ ਬੰਦਾ ਸੁਸਾਈਡ ਕਰਨ ਦਾ ਮਨ ਬਣਾ ਗਿਆ ਕੁਦਰਤੀ ਉਹਨੇ ਇੱਕ ਮਿੱਤਰ ਨੂੰ ਕਿਤੇ ਗੱਲ ਦੱਸਤੀ ਫਿਰ ਉਹਦਾ ਬਚਾਅ ਹੋਇਆ ਜਾਂ ਸਾਰਿਆਂ ਨੂੰ ਸਮਝਾਇਆ ਕੋਈ ਗੱਲ ਨੀ ਤੇਰੀ ਹੁਣ ਇਹਦੇ ਚ ਕੋਈ ਗਲਤੀ ਨੀ ਵੀ ਜਿਹੜਾ ਕੁਛ ਹੋ ਗਿਆ ਉਹਨੂੰ ਤੂੰ ਮਿੱਟੀ ਪਾ ਉਹ ਕਹਿੰਦਾ ਮੇਰੀ ਵੀਡੀਓ ਵਾਇਰਲ ਹੋਈ ਕਹੇ ਵੀ ਕੋਈ ਗੱਲ ਨੀ ਅਸੀਂ ਜ਼ਿੰਮੇਵਾਰ ਹਾਂ ਤੂੰ ਚੁੱਪ ਕਰ ਜਾ ਅਖੀਰ ਉਹ ਜੀ ਉਹਨੂੰ ਜਵਾਬ ਦੇਤਾ ਵੀ ਜਾ ਜਿਹੜਾ ਕੁਛ ਤੂੰ ਕਰਨਾ ਕਰ ਲਾ ਤੇ ਫੇਰ ਕਿਤੇ ਜਾ ਕੇ ਉਹਦਾ ਖੈਂਡਾ ਛੁੱਟਿਆ ਮਸਾਂ ਜਾਣੀ ਉਹਦਾ ਬਚਾਅ ਕੀਤਾ ਜਾਣੀ ਨਹੀਂ ਉਹ ਬੰਦਾ ਗਿਆ ਸੀ ਜਾਣੀ ਪਤਾ ਨੀ ਲੱਗਦਾ ਕਈ ਵਾਰੀ ਬੰਦੇ ਤੋਂ ਗਲਤੀ ਹੋ ਜਾਂਦੀ ਹੈ ਤੇ ਉਹਨੂੰ ਆਪ ਨੂੰ ਨੀ ਪਤਾ ਲੱਗਦਾ ਵੀ ਉਹ ਕਿਹੜੇ ਰਾਹ ਤੁਰਿਆ ਜਾਂਦਾ ਜਾਣੀ ਇਹ ਚੀਜ਼ਾਂ ਦਾ ਚਾਹੇ ਕੋਈ ਛੋਟਾ ਟੀਮ ਇੱਧਰ ਚਾਹੇ ਕੋਈ ਵੱਡਾ ਬਜ਼ੁਰਗ ਆ ਜਾਂ ਕੋਈ ਸਿਆਣਾ ਵਾ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਜਦੋਂ ਵੀ ਤੁਸੀਂ ਕਿਸੇ ਨਾਲ ਇੰਟਰਨੈਟ ਤੇ ਗੱਲ ਕਰਦੇ ਆ ਆਪਦਾ ਥੋੜਾ ਜਿਹਾ ਇਸ ਪਾਸੇ ਤੋਂ ਬਚਿਆ ਜਾਵੇ ਜੀ ਹਾਂ ਤੇ ਬਾਕੀ ਹਨੀ ਟ੍ਰੈਪ ਲੱਗਦੇ ਆ ਜੀ ਪਤਾ ਨੀ ਗੱਲ ਕਰਨੀ ਚਾਹੀਦੀ ਕਿ ਨਹੀਂ ਹੁਣ ਤੁਹਾਨੂੰ ਵੀ ਪਤਾ ਜਿਹੜਾ ਭਗਵੰਤ ਮਾਨ ਦਾ ਪੁਰਾਣਾ ਸਾਥੀ ਆ ਉਹ ਹੁਣ ਇਹੀ ਕਹਿ ਰਿਹਾ ਵੀ ਮੈਨੂੰ ਇਹ ਹਿਸਾਬ ਨੀ ਦੇ ਰਿਹਾ ਪੈਸਿਆਂ ਦਾ ਤੇ ਮੈਂ ਇਹਦੀ ਵੀਡੀਓ ਵਾਇਰਲ ਕਰਨੀ ਹੈ ਚਲੋ ਕਈ ਸੱਜਣ ਮਿੱਤਰਾਂ ਨੇ ਉਹਨੂੰ ਮੈਸੇਜ ਵੀ ਕੀਤੇ ਵੀ ਤੂੰ ਇਹ ਚੀਜ਼ ਨਾ ਕਰ ਨਾ ਕਰ ਤੇ ਮੈਂ ਵੀ ਪਰਸਨਲੀ ਉਹਨੂੰ ਇਹੀ ਕਿਹਾ ਵੀ ਯਾਰ ਇਹਦੇ ਚ ਨੁਕਸਾਨ ਪੰਜਾਬ ਦਾ ਹੋਣਾ ਜਾਂ ਲੋਕਾਂ ਦਾ ਆਉਣਾ ਵਾ ਵੀ ਉਹਦੇ ਵਾਇਰਲ ਕਰਕੇ ਕੀ ਹੋਜੂਗਾ ਹੁਣ ਫਾਇਦਾ ਦਿੱਲੀ ਵਾਲੇ ਕੱਟ ਜਾਣਗੇ ਤੇ ਉਹ ਵੀ ਜਾਣੀ ਇਹੀ ਚੀਜ਼ ਕਹਿ ਰਿਹਾ ਵੀ ਯਾਰ ਇਹ ਬੰਦਾ ਸਹੀ ਨੀ ਇਹਨੇ ਉਦੋਂ ਆਹ ਕੁਛ ਕੀਤਾ ਤੇ ਉਹਦੇ ਕੋਲ ਇਹ ਤਿੰਨ ਵੀਡੀਓ ਪਈਆਂ ਵੇਖ ਲਓ
ਸਲਾਮ ਕੇ ਆਪਣੇ ਸਿਆਸੀ ਤੌਰ ਤੇ ਵਿਰੋਧੀ ਹੈ ਪਰ ਫੇਰ ਵੀ ਓਹਨੂੰ ਕਿਹਾ ਵੀ ਨਹੀਂ ਯਾਰ ਇਹ ਕੰਮ ਤੂੰ ਨਾ ਕਰ। ਹਾਂ ਓਹਦੇ ਚ ਦੇਖੋ ਪਰਸਨਲ ਵੀ ਓਹਦੇ ਚ ਆਪਸ਼ਨ ਕੋਈ ਨੀ ਨਿਕਲ ਨੀ, ਬਦਨਾਮੀ ਪੰਜਾਬ ਦੀ ਹੋਊ, ਪੰਜਾਬ ਦੇ ਲੋਕਾਂ ਦੀ, ਲੋਕਾਂ ਦਾ ਵਿਸ਼ਵਾਸ ਟੁੱਟੂ, ਯਕੀਨ ਟੁੱਟੂ। ਹੁਣ ਲੀਡਰ ਤਾਂ ਚਲੋ ਜਾਂ ਬਥੇਰੇ ਲੋਕ ਇਹੋ ਜਿਹੇ ਹੈਗੇ ਆ, ਕਿੰਨੇ ਆਪਾਂ ਲੀਡਰ ਜਾਣਦੇ ਜਿਨ੍ਹਾਂ ਦੇ ਚੰਡੀਗੜ੍ਹ ਵਿਆਹ ਹੋਰ ਆ, ਪਿੰਡ ਹੋਰ ਆ। ਉਹ ਜਦੋਂ ਚੀਜ਼ਾਂ ਮੀਡੀਆ ਮੂਹਰੇ ਆ ਜਾਂਦੀਆਂ ਜਾਂ ਉਹਨਾਂ ਦਾ ਆਪ ਚ ਰੌਲਾ ਪੈਂਦਾ, ਉਦੋਂ ਫਿਰ ਕਹਾਣੀ ਹੋਰ ਬਣ ਜਾਂਦੀ ਹੈ ਵੀ ਜਿਹੜੇ ਪਹਿਲਾਂ ਤੁਹਾਡੇ ਚੇਤੇ ਹੁੰਦੇ ਦਿਲ ਦੇ ਕਰੀਬ ਹੁੰਦੇ ਫੇਰ ਉਹ ਤੁਹਾਡੇ ਦੁਸ਼ਮਣ ਬਣ ਜਾਂਦੇ ਆ। ਵੀ ਜਾਣੀ ਇਹ ਚੀਜ਼ ਜਿਹੜੀ ਚੱਲ ਪਈ ਨਾ ਸੋਸ਼ਲ ਮੀਡੀਆ ਤੇ, ਇਹ ਗਲਤ ਹੀ ਵਰਤਾਰਾ ਜਿਹਾ ਚੱਲ ਪਿਆ, ਕੋਈ ਬਾਹਲਾ ਵਧੀਆ ਨੀ ਗਾ। ਦੂਜੇ ਇੱਕ ਦਿਨ ਕਿਸੇ ਦੀ ਵੀਡੀਓ ਵਾਇਰਲ ਹੋਈ ਜਾਂਦੀ ਆ ਜਾਂ ਕੀ ਆ, ਵੀ ਇੱਕ ਹਿਸਾਬ ਨਾਲ ਇੱਕ ਦੂਜੇ ਦਾ ਵਿਸ਼ਵਾਸ ਘਾਤ ਹੀ ਆ ਇਹ। ਹਾਂ ਅੱਗੇ ਹੁੰਦਾ ਤਾਂ ਅੱਗੇ ਵੀ ਸੀ, ਅੱਗੇ ਬਾਈ ਜੀ ਇਹ ਖਬਰਾਂ ਪਹੁੰਚਦੀਆਂ ਨੀ ਸੀ, ਰਿਕਾਰਡਿੰਗ ਨੀ ਸੀ ਹੁੰਦੀਆਂ। ਹੁਣ ਇਹ ਚੀਜ਼ਾਂ ਉਦੋਂ ਕੁਦਰਤੀ ਆ, ਫਿਰ ਉਹ ਸਿਸਟਮ ਹਰ ਬੰਦੇ ਕੋਲ ਆ ਗਿਆ, ਫਿਰ ਜਿੱਦ ਚ ਇਹ ਚੀਜ਼ਾਂ ਵਾਪਰ ਰਹੀਆਂ ਨੇ। ਪੋਲੀਟੀਕਲ ਕਾਰਨ ਵੀ ਨੇ ਨਾ, ਇੱਕ ਦੂਸਰੇ ਦੇ ਜਿਹੜਾ ਰੰਜ ਵੱਧ ਰਿਹਾ ਉਹ ਫਿਰ ਇਸ ਤਰ੍ਹਾਂ ਦੇ ਸਟਿੰਗ ਹੁੰਦੇ ਨੇ, ਹੈ ਨਾ, ਹਨੀ ਟ੍ਰੈਪ ਹੁੰਦੇ ਨੇ ਜੀ। ਥੈਂਕ ਯੂ। ਵੱਡੇ ਮੁਲਕਾਂ ਦੇ ਦੇਖਦੇ ਸੀ ਹਨੀ ਟ੍ਰੈਪ, ਹੁਣ ਆਪਣੇ ਵੀ ਚੱਲ ਪਿਆ। ਉਹਨਾਂ ਨੂੰ ਜਾਂ ਜਿਹੜੇ ਵਪਾਰੀ ਸੀ ਉਹਨਾਂ ਨੂੰ ਕਿਵੇਂ ਜਾਲ ਚ ਫਸਾਉਂਦੇ ਸੀਗੇ, ਫੇਰ ਉਹਨਾਂ ਤੋਂ ਬਾਅਦ ਚ ਪੈਸਿਆਂ ਦੀ ਮੰਗ। ਬਿਲਕੁਲ ਬਿਲਕੁਲ, ਉਹ ਤਾਂ ਕਹਿ ਲੋ ਵੀ ਇੱਕ ਇੰਸਪੈਕਟਰ ਤੋਂ ਲੈ ਕੇ SSP ਜਾਂ ਜ਼ਿਲ੍ਹੇ ਦੇ ਕਿਨਾਂ ਦੇ ਲੀਡਰ ਨਾਲ ਰਲੇ ਸੀਗੇ, ਉਹਦੇ ਚ ਵੀ ਮੈਂ 4-5 ਬੰਦਿਆਂ ਨੂੰ ਜਾਣਦਾ ਜਿਹੜੇ ਫਸੇ। ਬਹੁਤ ਲੋਕ ਲੁੱਟੇ ਗਏ ਆ ਜੀ। ਥੈਂਕ ਯੂ, ਹਾਂਜੀ ਥੈਂਕ ਯੂ ਸਰਾਂ ਸਾਹਿਬ, ਮਿਹਰਬਾਨੀ ਮਿਹਰਬਾਨੀ, ਥੈਂਕ ਯੂ ਥੈਂਕ ਯੂ। ਲਓ ਦੋਸਤੋ, ਹੁਣ ਭੈਣ ਗੁਰਚਰਨ ਜੀ ਦਾ ਥੈਂਕ ਯੂ, ਕਹਿੰਦੇ ਰਣਜੀਤ ਸਿੰਘ ਕਹਿੰਦੇ ਮੇਰੀ ਬੇਟੀ ਵਿਆਹੀ ਹੋਈ ਹੈ, ਸਾਰਾ ਪਰਿਵਾਰ ਕੈਲੀਫੋਰਨੀਆ ਰਹਿੰਦਾ, ਪਿਛਲੀ ਵਾਰੀ ਦਸੰਬਰ ਚ ਆਇਆ ਸੀ, ਰਾਸ਼ਨ ਸਮੇਤ ਆਟਾ ਲੈ ਗਏ ਤੇ ਉਹਨਾਂ ਨੇ ਆਟਾ ਮੋੜ ਦਿੱਤਾ, ਕਹਿੰਦੇ ਮੁੰਡੇ ਦੇ ਸਹੁਰਿਆਂ ਤੋਂ ਆਟਾ ਨਹੀਂ ਲੈਣਾ। ਹਾਂ ਉਹ ਲੱਦਿਆ ਮੰਨਿਆ ਜਾਂਦਾ ਨਾ, ਮਕਾਨ ਦੇ ਵਕਤ ਆਟਾ ਜੋ ਲਾਉਂਦੇ ਨੇ। ਥੈਂਕ ਯੂ ਮਿਹਰਬਾਨੀ। ਤੇ ਅਸ਼ਵਨੀ ਕੁਮਾਰ ਜੀ ਥੈਂਕ ਯੂ, ਮਿਹਰਬਾਨੀ, ਧੰਨਵਾਦ ਆਪ ਸਭ ਦਾ। ਲਓ ਦੋਸਤੋ, ਹੁੰਦੀ ਹੈ ਫਿਰ ਸਵੇਰੇ ਮੁਲਾਕਾਤ, ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰੱਖਾ, ਸ਼ੱਬਾ ਖੈਰ, ਸਤਿ ਸ੍ਰੀ ਅਕਾਲ, ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ।